ਕਿੱਦਾਂ ਤੁਹਾਨੂੰ 200 ਰੁਪਏ ਨੂੰ ਪਨੀਰ ਦੇ ਦੂ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਥੋਈ ਨਹੀਂ ਸਕਦਾ ਉਹ ਪਨੀਰ ਪਨੀਰ ਹੈ ਹੀ ਨਹੀਂ ਉਹ ਦਾਨੀ ਪੁਰਸ਼ ਥੋੜਾ ਜਿਹਾ ਤੁਹਾਨੂੰ 200 ਰੁਪਏ ਦਾ ਪਨੀਰ ਦੇ ਰਿਹਾ ਉਹਨੂੰ 350 ਦਾ ਪੈਂਦਾ ਤਾਂ ਤੁਹਾਨੂੰ 200 ਦੇ ਦੇ ਰਿਹਾ ਮੰਨ ਲਓ ਉਹ ਦਾਨੀ ਪੁਰਸ਼ ਹੈ ਪਰ 150 ਰੁਪਏ ਕਰ ਪਰ ਕਿਲੋ ਮਗਰ ਛੱਡੀ ਜਾਂਦਾ ਬੰਦੇ ਨੇ ਮੈਨੂੰ ਬਹੁਤ ਕੁਛ ਧਮਕੀਆਂ ਵੀ ਦਿੱਤੀਆਂ ਜਦੋਂ ਕਰਤਾਰਪੁਰ ਦਾ ਪੋਲਿਟਿਸ਼ੀਅਨ ਨਾਲ ਬਹੁਤ ਵੱਡਾ ਰਿਲੇਟਡ ਬੰਦਾ ਹੈ ਜਿਹੜਾ ਪਨੀਰ ਦਾ ਜਿਹਦਾ ਕੰਮ ਸੀ ਤੇ ਯਾਦ ਰੱਖਦੇ ਜੋ ਤੁਸੀਂ ਆਪਣੇ ਬੱਚਿਆਂ ਲਈ ਪਨੀਰ ਖੜੋਗੇ ਤਾਂ ਛੋਟੀ ਫੈਮਿਲੀ ਯੂਨਿਟ ਲਈ ਖੜੋਗੇ ਕਦੇ ਤੁਸੀਂ 200 ਵਾਲਾ ਪਨੀਰ ਨਹੀਂ ਖਰੀਦਦੇ ਤੁਸੀਂ 350 ਵਾਲਾ ਮਿਆਰੀ ਪਨੀਰ ਖਰੀਦ ਮੈਂ ਲਿਖ ਕੇ ਦੇ ਦਿੰਦਾ ਤਾਂ ਮੈਂ ਕਿਹਾ ਮੈਨੂੰ ਮੇਰੇ ਮੋਠੇ ਚ ਪੈਸੇ ਦੇਣ ਨੂੰ ਵੀ ਉਹ ਦੋ ਦੋ ਨੋਟ ਸੀਗੇ ਦੋ ਦੋ ਹਜ਼ਾਰ ਵਾਲੇ ਮਤਲਬ ਹਾਂਜੀ ਉਹ ਮੇਰੇ ਹੱਥ ਚ ਵੀ ਦੇਣ ਦੀ ਕੋਸ਼ਿਸ਼ ਕਰਨੇ ਇਦਾਂ ਫੜ ਕੇ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਕੀ ਕਰਦਾ ਸ਼ੁੱਧ ਪੂਲ ਬਣਾ ਲਾਤਾ ਪਨੀਰ ਦੇ ਸੈਂਪਲ ਜਦੋਂ ਉਹਨੇ ਕਿਹਾ ਫਿਰ ਮੈਨੂੰ ਗੁੱਸਾ ਆਇਆ ਫਿਰ ਮੈਂ ਕਿਹਾ ਵੀ ਅੱਗੇ ਤਾਂ ਤੇਰਾ ਦੇਸੀ ਘੇੜਾ ਸੈਂਪਲ ਮੈਂ ਪਰਣਾ ਹੀ ਹੁਣ ਮੈਂ ਪਨੀਰ ਦਾ ਵੀ ਲਵਾਂ ਮੈਂ ਕਿ ਜਿੰਨੀ ਜਿੰਨੇ ਪੈਸੇ ਆਫਰ ਕਰੂਗਾ ਉਨੇ ਸੈਂਪਲ ਵੱਧ ਲਵਾਂਗਾ ਤੇਰੀ ਧਮਕੀਆਂ ਆਈਆਂ ਤੁਹਾਨੂੰ ਡਾਕਟਰ ਸਾਹਿਬ ਪਿਛਲੇ ਦੌਰ ਚ ਬਥੇ ਨੇ ਤਾਂ ਕਾਲ ਆਉਂਦੀ ਜਦਦਾ ਦਮ ਮੈਨੂੰ ਕਾਲਸ ਆਈ ਜਾਂਦੇ ਆਹ ਕਾਲ ਵਿਦੇਸ਼ ਨੰਬਰ ਤੋਂ ਆਈ ਹੈ ਹਾਂ ਦੇਖਾ ਵੀ ਇੱਕ ਵਾਰ ਕਰ ਹਾਂ ਪਲੱਸ 4 ਹੀ ਆ ਕੋਈ ਹਾਂਜੀ ਹੈਲੋ ਕਹ ਕਿ ਆ ਜਾਂਦੀਆਂ ਸੀ ਕਿ ਕਹਿੰ ਜਾਂਦੀਆਂ ਥ੍ਰੈਟ ਕਰਨੀ ਲਈ ਤੈਨੂੰ ਦੇਖ ਲਾਂਗੇ ਜਾਂ ਕਰ ਦਾਂਗੇ ਸਿਕਿਉਰਿਟੀ ਜੇ ਮੈਂ ਮੰਗ ਕੀਤੀ ਐ ਸਸਤੀ ਸਾਧਨੋਂ ਲੈ ਕੇ ਮਿਲੀ ਨਹੀਂ ਪਾ ਮੈਨੂੰ ਕਹਤਾ ਗੱਡੀ ਕੱਢ ਕੇ ਦਿਖਾਓ ਸੈਂਪਲ ਤੋੜ ਦਾਂਗੇ ਤੂੰ ਨਿਕਲ ਕੇ ਦਿਖਾ ਮੈਂ ਬਹੁਤ ਪਰੇਸ਼ਾਨ ਹੋ ਗਿਆ ਮੈਂ ਪੁਲਿਸ ਨੂੰ ਫੋਨ ਕੀਤਾ ਮੇਰਾ ਸਾਥ ਨਹੀਂ ਦਿੱਤਾ ਮੈਂ ਦੋ ਬੰਦੇ ਲੈ ਕੇ ਮੈਨੂੰ ਉਦੋਂ ਡਰ ਲੱਗਦਾ ਸੀ ਵੀ ਮੇਰੀ ਪੱਗ ਲਾਉਣਗੇ ਜਾਂ ਇਦਾਂ ਮਤਲਬ ਇਦਾਂ ਲੱਗਦਾ ਸੀ ਬਹੁਤ ਲੋਕ ਇਕੱਠੇ ਹੋਣ ਕੋ ਤੁਸੀਂ ਮੈਨੂੰ ਰੋਕਿਆ ਕਿਉਂ ਗਿਆ ਉਹਦੇ ਸੈਂਪਲ ਲੈਣ ਤੋਂ ਫਿਰ ਮੈਂ ਧਰਮ ਨਹੀਂ ਨਿਵਾਇਆ ਹਾਂ ਰੋਕਿਆ ਗਿਆ ਉੱਥੇ ਦੇ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਕੌਣ ਸੀ ਰਿਪਰੈਜ਼ੈਂਟ ਕਰਦਾ ਚਲੋ ਨਾਂ ਨਹੀਂ ਲੈਣਾ ਵਿਧਾਇਕ ਹੁੰਦੇ ਜਿਹੜੇ ਵੀ ਉਹ ਐਮਐਲਏ ਹੋਣਗੇ ਉਹਨਾਂ ਨੂੰ ਸ਼ਰਮ ਆਣੀ ਜਿੰਨੇ ਵੀ ਬਹੁਤ ਬਲਕ ਚਮਾਇਆ ਇਕੱਠੀ ਕੀਤੀ ਹੈ ਨਾ ਉਹ ਪਾਪ ਹੋਏ ਹੋਣਗੇ ਗੁਰਬਾਣੀ ਕਹਿੰਦੀ ਮੈਂ ਨਹੀਂ ਤੁਸੀਂ ਸਾਨੂੰ ਕਰਨ ਦਿਓ ਨਾ ਜੇ ਤਾਂ ਅਸੀਂ ਪੈਸੇ ਮੰਗ ਰਹੇ ਉੱਥੇ ਫਿਰ ਸਾਨੂੰ ਟੰਗ ਦਿਓ ਉਹ ਉਹ ਉਦੋਂ ਦੇ ਸੇਤ ਮੰਤਰੀ ਸੀਗੇ ਉਹਨਾਂ ਨੇ ਫੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਲਾਪਰਵਾਹ ਬਹੁਤ ਲਾਪਰਵਾਹ ਫੇ ਮੇਰੀ ਬਦਲੀ ਦਾ ਆਰਡਰ ਹੋ ਗਿਆ ਮੇਰਾ ਪਤਾ ਸੀ ਹੁਣ ਹੋਣੇ ਬਦਲੀ ਮੇਰੀ ਆਰਾਮਸਰਾ ਅਬ ਹੋਰ ਫਾਜ਼ਲ ਕਾਬੂਰ ਫੇ ਬਹੁਤ ਪਰੇ ਆਰਾਮਸਰਾ ਰਾਜਸਥਾਨ ਪਾਕਿਸਤਾਨ ਦਾ ਬਾਰਡਰ ਹੈ ਰਾਜਸਥਾਨ ਬਾਰਡਰ ਫੇ ਫੇ ਸੱਦਕੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਮੈਨੂੰ ਖੜਾ ਰੱਖਿਆ ਮੇਰਾ ਮਾਨ ਵੀ ਦੁਖੀ ਹੁੰਦਾ ਕੇ ਵਰੀ ਐਦਾਂ ਰਾਜਨੀਤੀ ਚ ਆਨਦਾ ਇੰਟਰਸਟ ਹੈਗਾ ਤੁਹਾਨੂੰ ਮੈਂ ਤਾਂ ਲੋਕੀ ਐਕਸਪੈਕਟ ਕਰਦੇ ਆ ਵੀ ਜਿੱਦਾਂ ਲੋਕੀ ਕਮਾਉਂਦੇ ਪਏ ਇਹ ਬੰਦਾ ਆ ਹੋਣਾ ਚਾਹੀਦਾ ਕਈ ਵਾਰ ਸੋਸ਼ਲ ਮੀਡੀਆ 'ਚ ਆਉਣਾ ਬਹੁਤ ਕਰਦੇ ਆ ਬੰਦਿਆਂ ਨੂੰ ਕਮੈਂਟ ਪਾਉਂਦੇ ਪਰ ਉਹ ਬੂਟਾ ਨਹੀਂ ਪਾਉਂਦੇ ਤਾਂ ਕੀ ਹੋਇਆ ਸਮਾਂ ਇਲੈਕਸ਼ਨ ਨੇੜੇ ਆ ਇਲੈਕਸ਼ਨ ਲੜਨ ਜਾ ਰਹੇ ਹਾਂ ਜੇ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਜ਼ਰੂਰ ਲੜਾਂਗਾ ਤੇ ਮੈਂ 3.5 ਸਾਲ ਦੀ ਜੌਬ ਕੁਇਟ ਕਰ ਰਿਹਾ ਔਰ ਇਸ ਸਮੇਂ 'ਚ ਹੋ ਸਕਦਾ ਮੈਂ ਪੰਜਾਬ ਦੀ ਪੀਕ ਪੋਸਟ ਪੋਸਿਬਿਲਟੀ ਹੋ ਸਕਦਾ ਮੈਂ ਉਹ ਵੀ ਮੈਨੂੰ ਮਿਲ ਜੇ ਲੋ ਸਿਵਲ ਸਰਜੰਟ ਤਾਂ ਮੈਂ ਬਾਣੀ ਜਾਣਾ ਤੇ ਮੈਂ ਤਿਆਗ ਰਿਆਂ ਏਡੀਆਂ ਵੱਡੀਆਂ ਪੋਸਟਾਂ ਤੇ ਕੋਈ ਤਾਂ ਗੱਲ ਹੈਗੀ ਆ ਅੰਦਰੋਂ ਮੈਂ ਤਾਂ ਜਿੱਥੇ ਜਾਊਂਗਾ ਮੇਰਾ ਜਿਹੜਾ ਟੈਂਪਰਮੈਂਟ ਆ ਜਿੰਨੀ ਮੇਰੀ ਬੋਲਡਨੈਸ ਹੈ ਜਿਹੜੀ ਮੇਰੀ ਇਮਾਨਦਾਰੀ ਆ ਜਿਹੜੀ ਮੇਰੀ ਲਾਇਲਟੀ ਡੈਡੀਕੇਸ਼ਨ ਆ ਉਹ ਤਾਂ ਮੇਰੀ ਆ ਨਾ ਫਿਰ ਉਹ ਮੈਂ ਕਿਸੇ ਦੀ ਥੋੜਾ ਕਿੱਦਾਂ ਮੈਂ ਕਿਸੇ ਤੇ ਉਹ ਚੀਜ਼ ਇੰਪੋਜ਼ ਕਰਾਂ ਮੈਂ ਉੱਥੇ ਸੈਂਪਲ ਲੈ ਸੈਂਪਲ ਉਹਦਾ ਫੇਲ ਵੀ ਆਏ ਉਹ ਸਾਰਾ ਕੇਸ ਵੀ ਉਹਦੇ ਤੇ ਆ ਜਾ ਚੌਥੇ ਲਗੇ ਤਨਖਾਹ ਤਾਂ ਉਹ ਵੀ ਲੈਂਦੇ ਆ ਸਾਰੇ ਹੀ ਲੈਂਦੇ ਮੈਂ ਵੀ ਲੈਣਾ ਉਹ ਵੀ ਲੈਂਦੇ ਆ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਗੰਭੀਰਤਾ ਨੂੰ ਸਮਝਣਾ ਚਾਹੀਦਾ ਫੂਡ ਸੇਫਟੀ ਦਾ ਮੈਂ ਇੰਚਾਰਜ ਲੱਗਾ ਹਾਂ ਮੈਨੂੰ ਐਡੀ ਵੱਡੀ ਮੈਨੂੰ ਦਿਹਾੜੀ ਦਿੰਦੀ ਹੋਵੇ ਸਰਕਾਰ ਤਾਂ ਮੈਂ ਫੂਡ ਸੇਫਟੀ ਤੇ ਕੱਖ ਵੀ ਨਾ ਕਰਾਂ ਤਾਂ ਮੈਂ ਉਹ ਬੇਈਮਾਨੀ ਨਹੀਂ ਬ੍ਰਾਈਬ ਨਹੀਂ ਇਹ 10000 ਰੁਪਏ ਤੇ ਜਾਂ ਦਿਹਾੜੀ ਤੁਹਾਡੀ ਜਿਹੜੀ ਮੋਟੀਆਂ ਤਨਖਾਹਾਂ ਕੋਈ ਲੈ ਰਹੇ ਆ ਉਹ ਵੀ ਤਾਂ ਬ੍ਰਾਈਬ ਹੀ ਆ ਫਿਰ ਆ ਫੋਨ ਕਾਲਸ ਮੈਂ ਸਾਰਾ ਦਿਨ ਚ ਸਾਰੀ ਰਾਤ ਤੱਕ ਅਟੈਂਡ ਕਰਨਾ 60 70 ਤਾਂ ਮੇਰੇ ਬੈਠਾ ਤੁਹਾਡੇ ਬੈਠੇ ਆ ਇਟਲੀ ਤੋਂ ਕਿਤੇ ਉਹ ਫੋਨ ਕਾਲਸ ਆ ਰਹੀਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਹਾਂ ਦੱਸੋ ਬੋਲ ਰਹੇ ਨੇ ਹਾਂ ਡਾਕਟਰ ਲਖਵੀਰ ਬੋਲਦਾ ਜੀ ਦਲੰਦਰ ਮੈਂ ਇੱਕ ਜਗ੍ਹਾ ਬਹੁ ਨੰਮੀ ਗ੍ਰਾਮੀ ਦੇ ਸੈਂਪਲ ਲੈ ਉਹ ਬੰਦੇ ਕਹਿਣ ਵੀ ਸੈਂਪਲ ਨਾ ਲਾਓ ਇੱਥੇ ਨੂੰ ਫੋਨ ਆਇਆ ਤੇ ਸਿਵਲ ਸਰਜਨ ਜਿਹੜੇ ਉਦੋਂ ਦੇ ਸੀਗੇ ਉਹ ਮੈਨੂੰ ਕਹਿੰਦੇ ਸੀਗੇ ਵੀ ਉਹਨਾਂ ਨੂੰ ਮੇਰੇ ਤੋਂ ਬਹੁਤ ਵੱਡੀ ਪ੍ਰੋਬਲਮ ਸੀ। ਮੈਂ ਜੋ ਕਹਾਂਗਾ ਸੱਚ ਕਹਾਂਗਾ। ਮੈਨੂੰ ਨਹੀਂ ਲੋੜ ਝੂਠ ਕਹਿਣ ਦੀ। ਫੜੇ ਹੋਇਆ ਜਰਾ 5 ਮਿੰਟ ਸੜਕ ਤੇ 10 ਮਿੰਟ ਤੁਸੀਂ ਆ ਕੇ ਇਦਾਂ ਆਪਣੇ ਸਕਿਨ ਨੂੰ ਕਰਕੇ ਦੇਖੋ ਤੁਹਾਡੀ ਸਕਿਨ ਤੇ ਡਸਟ ਹੋਊਗੀ। ਠੀਕ ਹੈ ਨਾ? ਹੋਊਗੀ ਕਿ ਨਹੀਂ? ਹੱਥ ਧੋਵੋਗੇ ਤੁਹਾਨੂੰ ਹੱਥਾਂ ਤੋਂ ਪਤਾ ਲੱਗ ਜਾਊ। ਜਿਹੜੀ ਮਠਿਆਈ ਬਾਹਰ ਰੱਖੀ ਸੀ ਉੱਤੇ ਡਸਟ ਨਹੀਂ ਪੈ ਰਹੀ। ਇਹ ਚੀਜ਼ਾਂ ਮੈਂ ਸੈਂਸਿਟਿਵਲੀ ਲੈਂਦਾ। ਸਤਿ ਸ਼੍ਰੀ ਅਕਾਲ ਜੀ, ਪ੍ਰੋ ਪੰਜਾਬ ਟੀਵੀ ਦੇ ਪ੍ਰੋਗਰਾਮ ਅਫਸਰ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਅਫਸਰ ਬੰਦਾ ਕਿਵੇਂ ਬਣਦਾ? ਕਿੰਨੀ ਮਿਹਨਤ ਮੁਸ਼ਕਲ ਕਰਨੀ ਪੈਂਦੀ ਹੈ? ਇਹ ਸਭ ਤੋਂ ਬਾਅਦ ਜਦੋਂ ਬੰਦਾ ਅਫਸਰ ਬਣ ਜਾਂਦਾ ਫਿਰ ਕੀ ਕੁਝ ਕਰਨਾ ਪੈਂਦਾ? ਕਿਹੜੀਆਂ-ਕਿਹੜੀਆਂ ਚੀਜ਼ਾਂ ਸੋਚ ਕੇ ਆਉਂਦਾ ਕਿ ਉਹ ਕੰਮ ਬੰਦਾ ਕਰਦਾ? ਜਿਹੜੀਆਂ ਚੀਜ਼ਾਂ ਸੋਚ ਕੇ ਆਉਂਦਾ ਕਿ ਅਸੀਂ ਅਫਸਰ ਬਣ ਜਾਈਏ ਔਰ ਅਫਸਰਸ਼ਾਹੀ ਸ਼ਾਮਲ ਹੋਣ ਤੋਂ ਬਾਅਦ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ। ਤਾਂ ਇਹ ਗੱਲ ਮੈਂ ਇਸ ਲਈ ਵੀ ਕਰ ਰਿਹਾ ਕਿਉਂਕਿ ਪੰਜਾਬ ਦਾ ਇੱਕ ਸਿਹਤ ਅਫਸਰ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਛਾਇਆ ਹੋਇਆ ਜਿਸ ਦੀ ਚ ਇੰਜ ਲੱਗ ਰਿਹਾ ਜਿਵੇਂ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਹੀ ਸਿਹਤ ਅਫਸਰ ਕੰਮ ਕਰ ਰਿਹਾ ਹੋਵੇ ਇਹ ਗੱਲ ਮੈਂ ਕਹਿ ਰਿਹਾ ਸ਼ਾਇਦ ਬਾਕੀ ਅਫਸਰਾਂ ਨੂੰ ਬੁਰਾ ਵੀ ਲੱਗ ਸਕਦਾ ਪਰ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਕਿਉਂਕਿ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਜੋ ਨੇ ਡਾਕਟਰ ਲਖਵੀਰ ਸਿੰਘ ਬਹੁਤ ਦਲੇਰੀ ਦੇ ਨਾਲ ਕੰਮ ਕਰ ਰਿਹਾ ਔਰ ਉਹ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਤੇ ਉਹਨਾਂ ਦੀ ਜ਼ਿੰਦਗੀ ਰਹੀ ਹੈ ਕਿਹੜੀਆਂ-ਕਿਹੜੀਆਂ ਔਕੜਾਂ ਉਹਨਾਂ ਨੂੰ ਆਈਆਂ ਕੀ ਉਹ ਅੱਗੇ ਕਰਨਾ ਚਾਹੁੰਦੇ ਆ ਕੀ ਸਿਰਫ ਹਿੱਟ ਹੋਣਾ ਹੀ ਉਹਨਾਂ ਦਾ ਮਕਸਦ ਹੈ ਜਾਂ ਵਾਕਈ ਉਹ ਗਰਾਊਂਡ ਤੇ ਕੰਮ ਕਰਦੇ ਵੀ ਆ ਜਾਂ ਤਾਂ ਵਾਕਈ ਉਹਨਾਂ ਦਾ ਮਕਸਦ ਵੀ ਇਹ ਹੈ ਜਾਂ ਕੁਝ ਮਕਸਦ ਹੋਰ ਹੈ ਗੱਲਬਾਤ ਕਰਦੇ ਆਂ ਡਾਕਟਰ ਲਖਵੀਰ ਜੀ ਸਾਡੇ ਨਾਲ ਨੇ ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਸਰ ਸਿਕਲ ਜੀ ਥੈਂਕ ਯੂ ਥੈਂਕਸ ਤੁਹਾਡਾ ਵੈਲਕਮ ਮੈਂ ਇਹੋ ਜਾਨਣਾ ਚਾਹੁੰਨਾ ਸਭ ਤੋਂ ਪਹਿਲਾਂ ਸਵਾਲ ਤਾਂ ਮੇਰਾ ਇਹ ਹੋਇਆ ਬਹੁਤ ਛਾਏ ਹੋਏ ਹੁਜਕਲ ਸੋਸ਼ਲ ਮੀਡੀਆ ਤੇ ਆ ਪਿਛਲੇ 4 ਕਿ ਮਹੀਨਿਆਂ ਤੋਂ ਹੀ ਆਏ ਹੋ ਪਹਿਲਾਂ ਕਿੱਥੇ ਸੀਗੇ ਅ ਦੇਖੋ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਤੁਹਾਡੇ ਕੁਝ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਬੜੇ ਮੁਸ਼ਕਲਤਾ ਤੋਂ ਬਾਅਦ ਵਾਅਦ ਅਸਰ ਬਣਦਾ ਬੰਦਾ ਮੇਰਾ ਤਾਂ ਬਿਲਕੁਲ ਇਹ ਮੇਰੀ ਮੇਰੀ ਤੁਸੀਂ ਗੱਲ ਗੱਲ ਕੀਤੀ ਹੈ ਕਿਉਂਕਿ ਅਸੀਂ ਪਿੰਡੂ ਪਿੰਡਾਂ ਦੇ ਬੰਦੇ ਆ ਪਿੰਡ ਮੇਰਾ ਡੱਫਰ ਆ ਜਿੱਦਾਂ ਗੜ੍ਹਦੀ ਵਾਲਾ ਤੇ ਮੈਨੂੰ ਯਾਦ ਆਇਆ ਤੁਹਾਡੀ ਗੱਲ ਤੋਂ ਮੇਰੇ ਮੈਨੂੰ ਮਹਿਸੂਸ ਜਿਹਾ ਹੋ ਗਿਆ ਥੋੜਾ ਮੈਂ ਅੰਦਰੋਂ ਇਮੋਸ਼ਨਲ ਵੀ ਹੋਇਆ ਤੇ ਅਸੀਂ ਉਹ ਬੰਦੇ ਸੀ ਜਿਨ੍ਹਾਂ ਦੇ ਘਰ ਚ ਕੋਈ ਪਿੰਡਾਂ ਚ ਕੋਈ ਅੱਜ ਤੋਂ 40 50 ਸਾਲ ਪਹਿਲਾਂ ਕੋਈ ਕਮਰੇ 40 ਸਾਲ ਪਹਿਲਾਂ ਤਾਂ ਹੁੰਦੇ ਨਹੀਂ ਸੀ ਬਹੁਤ ਅੱਜ ਕੱਲ ਤਾਂ ਹਰ ਬੱਚੇ ਦੇ ਬੈਡਰੂਮ ਸੈਪਰੇਟ ਆ ਉਹਨੂੰ ਪੜਨ ਨੂੰ ਕਮਰਾ ਅਲੱਗ ਮਿਲਦਾ ਰੀਡਿੰਗ ਰੂਮ ਅਲੱਗ ਮਿਲਦੇ ਉਹਨਾਂ ਨੂੰ ਅਸਤਾ ਇੱਕੋ ਹੀ ਕਮਰਾ ਸੀ ਸਾਰੇ ਟੱਬਰ ਸਾਬ ਨੇ ਉੱਥੇ ਰਹਿਣਾ ਹੂੰ ਅਸੀਂ ਖੇਤਾਂ 'ਚ ਜਾ ਕੇ ਪੜਦੇ ਸੀ ਝਿੜੀਆਂ 'ਚ ਜਿਹਨੂੰ ਜੰਗਲ ਕਹਿ ਲੈਂਦੇ ਝਿੜੀਆਂ ਕਹਿੰਦੇ ਨੇ ਸਾਡੇ ਪਿੰਡਾਂ 'ਚ ਉੱਥੇ ਸੌਂ ਜਾਣਾ ਛੱਪ ਵੀ ਉਤੋਂ ਲੰਘ ਜਾਂਦੇ ਹੁੰਦੇ ਸੀ ਹੂੰ ਸਵੇਰੇ ਚੱਲ ਜਾਣਾ ਦੁਪਹਿਰ ਨੂੰ ਉੱਥੋਂ ਆ ਜਾਣਾ ਇਦਾਂ ਦੇ ਹਾਲਾਤਾਂ 'ਚ ਪੜੇ ਆ ਕੋਈ ਮਤਲਬ ਇਦਾਂ ਸਹੂਲਤ ਕੋਈ ਨਹੀਂ ਸੀ ਪਰ ਜਦੋਂ ਉਹ ਬੰਦਾ ਕਰਦਾ ਫਿਰ ਸੁਪਨਾ ਹੁੰਦਾ ਜਦ ਮੇਰੇ ਨਾਲ ਲਾਇਕ ਹੁੰਦਾ ਕੋਈ ਫੇ ਮੈਂ ਕੋਈ ਕਿਹੜੇ ਫੀਲਡ 'ਚ ਜਾਵਾਂ ਹੂੰ ਤੋ ਮੇਰਾ ਤਾਂ ਕੋਈ ਇਦਾਂ ਦਾ ਹੈ ਨਹੀਂ ਸੀ ਮੇਰੇ ਘਰ 'ਚ ਕੋਈ ਡਾਕਟਰ ਜਾਂ ਪਿੱਛੇ ਤਾਂ ਕੋਈ ਹੈ ਨਹੀਂ ਪਰ ਮੈਂ ਸੋਚਿਆ ਵੀ ਜੇ ਲਾਇਕ ਬੱਚਾ ਨਿਕਲੇ ਟਾਪਰ ਸੀ ਮੈਂ ਤੇ ਮੈਨੂੰ ਮੈਡੀਕਲ ਲਾਈਨ 'ਚ ਪਾਤਾ ਮੈਂ ਡਾਕਟਰ ਬਣ ਗਿਆ ਪਰ ਜ਼ਿੰਦਗੀ 'ਚ ਇੱਕ ਗੱਲ ਮੈਂ ਜ਼ਿੰਦਗੀ 'ਚ ਸਿੱਖੀ ਆ ਵੀ ਚਾਹੇ ਗਰੀਬੀ ਹੋਵੇ ਜਾਂ ਹਾਲਾਤ ਕਿਸੇ ਦੇ ਮਾੜੇ ਵੀ ਹੁਣ ਫਾਈਨੈਂਸ਼ੀਅਲੀ ਇਹ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ ਮੈਟਰ ਕਰਦਾ ਪਰ ਮੈਨੂੰ ਲੱਗਦਾ ਜਿਹੜੇ ਸੰਸਕਾਰ ਜਿਹੜੇ ਦੇਣੇ ਹਨ ਜਿਹੜੇ ਸੰਸਕਾਰ ਦੇਣੇ ਉਹ ਬਹੁਤ ਮੈਟਰ ਕਰਦੇ ਬੱਚਿਆਂ ਨੂੰ ਅੱਛੇ ਸੰਸਕਾਰ ਵੈਲਿਊਜ਼ ਜ਼ਰੂਰ ਸਿਖਾਉਣੀਆਂ ਚਾਹੀਦੀਆਂ ਜਿਹੜੀ ਅੱਜ ਬਹੁਤ ਵੱਡੀ ਕਮੀ ਹੈ ਸਾਡੇ ਮੇਰੇ ਮਾਂ ਨੇ ਮੈਨੂੰ ਇਦਾਂ ਦਾ ਬ੍ਰੌਟ ਅਪ ਕੀਤਾ ਜਿਹਦਾ ਫਲ ਸਰੂਪ ਜੋ ਵੀ ਮੈਂ ਅੱਜ ਦੇਖਣ ਨੂੰ ਮਿਲ ਰਿਹਾ ਹੂੰ ਬਾਕੀ ਰਹੀ ਗੱਲ ਤੁਸੀਂ ਕਿਹਾ ਵੀ ਚਾਹੇ ਪਿਓ ਦੇਖੋ ਗੱਲ ਇਹ ਆ ਵਿਕਰਮ ਜੀ ਛਾਉਣਾ ਮੇਰਾ ਮਕਸਦ ਨਹੀਂ ਹੈਗਾ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਨਾ ਆ ਜੇ ਉਹਦੇ ਵਿੱਚ ਤੁਹਾਡੀ ਪਪੂਲੈਰਿਟੀ ਵੀ ਹੋ ਜਾਂਦੀ ਤਾਂ ਇਤਰਾਜ਼ ਵੀ ਕੀ ਹੈ ਲੋਕੀ ਤੁਹਾਨੂੰ ਲਾਈਕ ਕਰਨਾ ਪੈਂਦੇ ਤਾਂ ਚੰਗੀ ਗੱਲ ਹੀ ਆ ਪਰ ਇਸ ਮਕਸਦ ਨਾਲ ਨਹੀਂ ਕਦੇ ਕੰਮ ਕੀਤਾ ਸੀ ਵੀ ਸਨਮਾਨ ਲੈਣੇ ਅਵਾਰਡ ਲੈਣੇ ਆ ਜਾਂ ਇਦਾਂ ਇਸ ਇਹ ਮੋਟਿਵ ਨਾਲ ਨਹੀਂ ਕੀਤਾ ਹੁਣ ਜੇ ਗੱਲ ਕਰੋ ਵੀ ਹੁਣੇ ਹੀ ਕਿਉਂ ਇਦਾਂ ਹੋਏ ਮੈਂ ਇਹ ਸਵਾਲ ਮੀਡੀਆ ਤੇ ਬਹੁਤ ਉਠਾਉਣਾ ਹੂੰ ਫੇ ਚਲੋ ਇਹ ਵੀ ਕਹਿ ਲਓ ਕਿ ਸੋਸ਼ਲ ਮੀਡੀਆ ਅੱਜ ਕੁਝ ਜ਼ਿਆਦਾ ਐਕਟਿਵ ਹੋ ਗਿਆ ਹੂੰ ਔਰ ਜਿੱਦਾਂ ਕਹਿ ਲਓ ਇੱਕ ਤੋਂ ਦੂਜਾ ਕੁਝ ਇਹ ਵੀ ਕਹਿ ਲਓ ਤੇ ਸਮਾਂ ਬਹੁਤ ਵੱਡਾ ਬਲਵਾਨ ਹੁੰਦਾ ਸਮਾਂ ਬਹੁਤ ਵੱਡੀ ਚੀਜ਼ ਹੈ ਜਦੋਂ ਤੁਹਾਡਾ ਕਈ ਵਾਰ ਟਾਈਮ ਹੁੰਦਾ ਤੁਹਾਨੂੰ ਬਹੁਤ ਹਾਈਲਾਈਟ ਹੋ ਜਾਂਦੇ ਕਈ ਵਾਰ ਤੁਸੀਂ ਵੱਡੇ ਵੱਡੇ ਕੰਮ ਕਰ ਜਾਂਦੇ ਆ ਪਰ ਉਹ ਜ਼ਿਕਰ ਵੀ ਨਹੀਂ ਹੁੰਦਾ ਨਾਲ ਦੇ ਗਵਾਂਢੀ ਨੂੰ ਨਹੀਂ ਪਤਾ ਲੱਗਦਾ ਮੈਂ ਹਾਈਲਾਈਟ ਨਹੀਂ ਹੁੰਦੇ ਹੁਣ ਕੋਵਿਡ ਚ ਇੰਨਾ ਕੰਮ ਕੀਤਾ ਮੈਂ ਤਾਂ ਕਈ ਵਾਰ ਸੋਚਦਾ ਹੁਣ ਨਾ ਵੀ ਡੀਐਚ ਬਤੌਰ ਡੀਐਚਓ ਤਾਂ ਮੇਰੀ ਕੋਈ ਇਹ ਤਾਂ ਫੀਲਡ ਅਲੱਗ ਸੀ ਕਿ ਚਲੋ ਇੱਧਰ ਆ ਗਏ ਕਰ ਰਹੇ ਕੰਮ ਪਰ ਮੈਂ ਕਰੋਨਾ ਚ ਬਹੁਤ ਡੈਡੀਕੇਸ਼ਨ ਨਾਲ ਕੰਮ ਕੀਤਾ ਕੋਵਿਡ ਚ ਮੈਂ ਬਹੁਤ ਸਨਮਾਨ ਲਿਆ ਬਹੁਤ ਪਿਆਰ ਮਿਲਿਆ ਮੀਡੀਆ ਚ ਨਹੀਂ ਕਵਰੇਜ ਬਹੁਤੀ ਮਿਲੀ ਉਦਾਂ ਬੜਬੜੇ ਚੈਨਲਸ ਨੇ ਐਨਡੀ ਟੀਵੀ ਜੇ ਉਹ ਇਹਨਾਂ ਨੇ ਮੇਰੀ ਇੰਟਰਵਿਊਜ਼ ਕੀਤੀ ਸਾਡੀ ਕਵਰੇਜ ਦਿੱਤੀ ਹੈ ਨਿਊਜ਼ ਸਾਡੀਆਂ ਚੱਲੀਆਂ ਮੈਟਰ ਬੜਾ ਸੈਂਸਿਟਿਵ ਸੀਗਾ ਪਰ ਮੈਨੂੰ ਉਦੋਂ ਇਦਾਂ ਲੱਗਦਾ ਸੀ ਵੀ ਦੇਸ਼ ਨੂੰ ਜ਼ਰੂਰਤ ਹੈ ਲੋਕਾਂ ਨੂੰ ਜ਼ਰੂਰਤ ਹੈ ਮਨਚ ਇੱਕ ਇਦਾਂ ਦੀ ਵੀ ਫੀਲਿੰਗ ਸੀ ਕਿ ਹੁਣ ਪਿੰਡਾਂ ਦੇ ਪਿੰਡ ਖਰੇ ਖਾਲੀ ਹੋ ਜਾਣੇ ਹਮ ਇਟਲੀ ਦੀਆਂ ਖਬਰਾਂ ਰੋਜ਼ ਆਉਂਦੀਆਂ ਸੀ ਕਿੰਨੇ ਬੰਦੇ ਮਰ ਗਏ ਇੰਨੇ ਰੋਜ਼ ਦੀਆਂ ਡੈਥਸ ਆਉਂਦੀਆਂ ਸੀਗੀਆਂ ਸਾਡੇ ਵੀ ਡਾਟੇ ਰੋਜ਼ ਦੇਖਦਾ ਹਿੰਦ ਭਈ ਸਾਡੇ ਸਾਹਮਣੇ ਰੋਜ਼ ਇਦਾਂ ਲੱਗਦਾ ਸੀ ਵੀ ਇੰਨੇ ਪੇਸ਼ੈਂਟ ਪੋਜ਼ਿਟਿਵ ਕੋਵਿਡ ਪੋਜ਼ਿਟਿਵ ਆ ਗਏ ਮਲੋਂਦਰੋਂ ਦਰਦ ਸੀਗਾ ਵੀ ਮਤਲਬ ਆਪਣੀ ਪਰਵਾਹ ਨਹੀਂ ਕੀਤੀ ਬੱਚਿਆਂ ਤੋਂ ਆਈਸੋਲੇਟ ਆਪਣੇ ਆਪ ਨੂੰ ਅਲੱਗ ਕਰਕੇ ਰੱਖਿਆ ਬਹੁਤ ਲੰਬਾ ਅਰਸਾ ਸਾਡੇ 10:10 ਵਜੇ ਤਹਸੀਲਾਂ ਲਾ ਕੇ ਸੈਂਪਲ ਭੇਜਣੇ ਜਿਹੜੇ ਆਰਟੀਪੀਸੀਆਰ ਟੈਸਟ ਕਰਦੇ ਸੀ ਹੁਣ ਤੁਸੀਂ ਦੱਸੋ ਵੀ ਦੇਸ਼ ਨੂੰ ਜ਼ਰੂਰਤ ਸੀਗੀ ਉਸ ਵੇਲੇ ਮੇਰੀ ਸੇਵਾਵਾਂ ਦੀ ਔਰ ਮੈਂ ਤੁਹਾਨੂੰ ਸੱਚੀ ਦੱਸਾਂ ਉਦੋਂ ਮੇਰਾ ਕੋਈ ਮਤਲਬ ਨਹੀਂ ਸੀਗਾ ਉਹ ਮੇਰਾ ਕੰਮ ਨਹੀਂ ਸੀਗਾ ਕੋਈ ਮੈਨੂੰ ਅਫਸਰ ਅਥਾਰਟिटीज ਵੱਲੋਂ ਨਹੀਂ ਸੀ ਅਸਾਈਨ ਕੀਤਾ ਕੋਈ ਅਪਾਇੰਟ ਇਦਾਂ ਦੀ ਡਿਊਟੀ ਕਰ ਤੂੰ ਮੈਂ ਤੱਕੇ ਨਾ ਲਈ ਸੀ ਡਿਊਟੀ ਮੈਂ ਕਹੇ ਸੀ ਮੇਰੀ ਲਾਓ ਡਿਊਟੀ ਮੈਂ ਆਪਣੇ ਡੀ ਐਚਓ ਦੇ ਕੰਮ ਨਾਲ ਐਡੀਸ਼ਨਲ ਕਰੂੰਗਾ ਕੋਵਿਡ ਮੇਰਾ ਕੰਮ ਸਫਰ ਨਹੀਂ ਕਰੂਗਾ ਮੈਂ ਅਸ਼ੋਰੈਂਸ ਦਿੱਤੀ ਸੀ ਉਹਨਾਂ ਨੂੰ ਭਰੋਸਾ ਦਿੱਤਾ ਸੀ ਤੇ ਮੈਂ ਕੰਮ ਕੀਤਾ ਉਹਦੇ ਤੇ ਬਹੁਤ ਕੰਮ ਕੀਤਾ ਮੇਰੇ ਨਾਲ ਮੇਰੀ ਟੀਮ ਜਿਹੜੀ ਸੀ ਪੁਲਿਸ ਲਾਈਨ ਹਸਪੀਟਲ ਹੁਸ਼ਿਆਰਪੁਰ ਜਿਹੜਾ ਮੈਂ 7 ਸਾਲ ਜਿੱਥੇ ਰਿਹਾ ਔਰ ਤੁਸੀਂ ਹੈਰਾਨ ਹੋ ਜਾਣਾ ਜਦੋਂ ਸੈਸ਼ਨ ਚੱਲਦੇ ਸੀ ਸਾਰੇ ਵੈਕਸੀਨ ਲਵਾਉਣ ਦੇ ਮੇਰੇ ਬੜ ਬੜੀਆਂ ਅਖਬਾਰਾਂ ਇੰਟਰਵਿਊਨ ਸਭ 'ਚ ਮੇਰੇ ਬੜ ਬੜੀਆਂ ਖਬਰਾਂ ਛਪੀਆਂ ਪਈ ਜਿਹੜਾ ਕੋਵਿਡ ਵਾਰੀਅਰ ਕਿਦਾਂ ਡੀ ਐਚਓ ਖੜਾ ਢਾਲ ਬਣ ਕੇ ਕੋਵਿਡ ਕੋਰੋਨਾ ਦੇ ਵਿੱਚ ਲੋਕਾਂ ਦੇ ਤੇ ਕੋਵਿਡ ਵਿੱਚ ਢਾਲ ਬਣ ਕੇ ਖੜਾ ਦੀਵਾਰ ਬਣ ਕੇ ਬਹੁਤ ਵੱਡੀਆਂ ਵੱਡੀਆਂ ਖਬਰਾਂ ਉਦੋਂ ਲੱਗੀਆਂ ਪਰ ਇਦਾਂ ਨਹੀਂ ਸੀ ਹਾਈਲਾਈਟ ਹੋਇਆ ਬਹੁਤ ਕੰਮ ਕੀਤਾ ਮੈਂ ਉਹ ਹੀ ਪੁੱਛ ਰਿਹਾ ਤਿੰਨ ਚਾਰ ਮਹੀਨਿਆਂ ਤੋਂ ਹੀ ਕਿਉਂ ਮੈਂ ਤੁਸੀਂ ਮੇਰੀ ਹਿਸਟਰੀ ਦੇਖੋ ਨਾ ਸਾਰੀ ਮੈਂ ਸਾਰੀ ਚ ਇਦਾਂ ਹੀ ਕੰਮ ਕੀਤਾ ਜਿੱਥੇ ਕੋਈ ਬਿਲਡਿੰਗ ਨਾਂ ਨਿਸ਼ਾਨ ਨਹੀਂ ਸੀ ਉੱਥੇ ਬਿਲਡਿੰਗ ਵੀ ਆਪ ਬਣਾਈ ਬੈੱਡ ਲਿਆ ਲਿਆ ਖਰੀਦ ਕੇ ਡੇਰਾ ਬਸੀ ਤੋਂ ਉਧਰੋਂ ਬਹੁਤ ਸੁੰਦਰ ਬੈੱਡ ਇਦਾਂ ਪ੍ਰਾਈਵੇਟ ਹਸਪਤਾਲ ਵਾਂਗ ਉਹਨੂੰ ਰੂਪ ਦੇ ਦਿੱਤਾ ਵਿਦਆਊਟ ਗਵਰਨਮੈਂਟ ਫੰਡਸ ਆਪਣੇ ਸਾਰੇ ਜਿਹੜੇ ਕੋਈ ਸੱਜਣ ਮਿੱਤਰ ਉਹਨਾਂ ਤੋਂ ਪੈਸੇ ਲੈ ਲੈ ਗਏ ਗੇਟ ਲਾਉਣਾ ਕਦੀ ਕੁਝ ਚਾਹ ਹੁੰਦਾ ਸੀਗਾ ਫੇ ਜੇ ਸੰਸਥਾ ਚ ਜਾਣਾ ਜਿੱਥੋਂ ਬੱਚੇ ਪਾਲਣੇ ਆ ਜਿੱਥੋਂ ਰੋਟੀ ਖਾਣੀ ਆ ਉੱਥੇ ਜੇ ਉਹਨੂੰ ਜ ਬਿਊਟੀਫਾਈ ਨਹੀਂ ਕਰਦੇ ਤਾਂ ਉਹ ਸੋਹਣਾ ਨਹੀਂ ਲੱਗਦਾ ਤਾਂ ਫਿਰ ਤੁਹਾਡਾ ਘਰ ਸੋਹਣਾ ਲੱਗਣ ਦਾ ਕੀ ਫਾਇਦਾ ਮੈਂ ਉਹਦੇ ਤੇ ਉਹ ਜਿਹੜਾ ਕੰਮ ਕੀਤਾ ਨਾ ਕੋਵਿਡ ਵਿੱਚ ਮੈਨੂੰ ਯਾਦ ਆ ਫੇ ਡੇਢ ਮਹੀਨਾ ਤੱਕ ਮਿਸਤਰੀ ਮੈਸ ਨਹੀਂ ਲੱਗੇ ਰਹੇ ਜਦੋਂ ਮੈਂ ਉੱਥੇ ਗਿਆ ਹੂੰ 50 ਕਰਾ ਦੋ ਆ ਕਰਾ ਦੋ ਫਲੋਰ ਟਾਈਲ ਲਵਾ ਦੋ ਸੋ ਇੱਕ ਚਾ ਸੀਗਾ ਜਿਸ ਸੰਸਥਾ ਚ ਵੀ ਕੰਮ ਕੀਤਾ ਕਿਉਂਕਿ ਮੇਰੀ ਕੋਈ ਇਦਾਂ ਦੀ ਨੌਕਰੀ ਨਹੀਂ ਹੈਗੀ ਪਈ ਕੋਈ ਫੋਰਨ ਕੰਟਰੀ ਚ ਮੈਂ ਕਰਿਆ ਤਾਂ ਤੁਸੀਂ ਵੈਰੀਫਾਈ ਨਹੀਂ ਕਰ ਸਕਦੇ ਮੇਰੀ 29ਵਾਂ ਸਾਲ ਚੱਲ ਰਿਹਾ ਤਾਂ ਮੇਰੀ ਸਾਰੀ ਹੁਸ਼ਿਆਰਪੁਰ ਚੀ ਹੈ ਨੌਕਰੀ ਜਿਆਦਾ ਤੇ ਜਿੱਥੋਂ ਮਰਜੀ ਵੈਰੀਫਾਈ ਕਰ ਲੈ ਪਈ ਇਹਨੇ ਕੰਮ ਕੀਤਾ ਕਿ ਨਹੀਂ ਇਮਾਨਦਾਰੀ ਨਾਲ ਪੈਸੇ ਖਾਏ ਖਾਦੇ ਕਿ ਨਹੀਂ ਖਾਦੇ ਹਾਈਲਾਈਟ ਹੋਣ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਹੁਣ ਤੁਸੀਂ ਮਠਿਆਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਖਾਸ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਜਿਆਦਾ ਉਸ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਕਰਨ ਲੱਗ ਕੇ ਔਰ ਇਸ ਚੀਜ਼ ਤੇ ਕੋਈ ਕੰਮ ਹੀ ਨਹੀਂ ਕਰ ਰਿਹਾ ਇਸ ਕਰਕੇ ਵੀ ਤੁਹਾਨੂੰ ਲੱਗਦਾ ਕਿ ਜਿਆਦਾ ਚਰਚਾ ਹੋ ਰਹੀ ਹੈ ਤੁਹਾਡੀ ਇਹ ਤੁਸੀਂ ਬਿਲ ਵਿਕਰਮ ਜੀ ਕਹਿ ਸਕਦੇ ਆ ਕਿ ਫੂਡ ਤੇ ਜਾਨੀ ਇਦਾਂ ਲੱਗਾ ਕਿਉਂਕਿ ਫੂਡ ਜਿਹੜਾ ਨਾ ਬਹੁਤ ਹੀ ਹਰ ਬੰਦੇ ਦਾ ਦੁੱਖ ਦੀ ਰਗ ਹੈ ਫੂਡ ਤਾਂ ਜਿਹੜਾ ਹਰ ਬੰਦਾ ਤੁਸੀਂ ਚਲ ਜਾਓ ਬਾਹਰ ਤੁਹਾਨੂੰ ਆਟੋ ਚ ਬਹਿ ਜਾਓ ਬੱਸ ਚ ਬਹਿ ਜਾਓ ਜਹਾਜ਼ ਚ ਬਹਿ ਜਾਓ ਹਰ ਜਗ੍ਹਾ ਫੂਡ ਦਾ ਕਨਸਰਨ ਜਿਹੜਾ ਇਦਾਂ ਦਾ ਆ ਵੇ ਹਰ ਬੰਦੇ ਦਾ ਕਨਸਰਨ ਹੈ ਇਹ ਔਰ ਬੜਾ ਸੈਂਸਿਟਿਵ ਕਨਸਰਨ ਹੈ ਔਰ ਮੈਂ ਜਿੱਦਾਂ ਕੋਵਿਡ 'ਚ ਕੰਮ ਕੀਤਾ ਉਦਾਂ ਹੀ ਮੈਂ ਸੀਰੀਅਸਲੀ ਇਹਦੇ ਤੇ ਵੀ ਕੀਤਾ ਕੋਵਿਡ ਤੇ ਮਤਲਬ ਪਰ ਇਹ ਇਦਾਂ ਸੀਗਾ ਵੀ ਇਹ ਜਿੱਦਾਂ ਦੁੱਖ ਦੀ ਰਗ ਸੀ ਉਹਨਾਂ ਲੋਕਾਂ ਨੇ ਨਾ ਇਦਾਂ ਨਹੀਂ ਲਿਆ ਬਹੁਤਾ ਉਦੋਂ ਇਦਾਂ ਜਿਆਦਾ ਜਿੱਦਾਂ ਬਹੁਤ ਹਾਈਲਾਈਟ ਨਹੀਂ ਹੋਇਆ ਪਪੂਲਰ ਨਹੀਂ ਹੋਇਆ ਹੁਣ ਬਹੁਤ ਹੋਏ ਆ ਜਿਹੜੀ ਫੁੱਡੀ ਐ ਚੋਦੇ ਕਿਤੇ ਨਾ ਕਿਤੇ ਜਿਹੜਾ ਨਾ ਪਿੱਛੋਂ ਇੱਕ ਦਰਦ ਲੈ ਕੇ ਆਇਆ ਡੀ ਐਚਓ ਜਦੋਂ ਮੈਂ ਲੱਗਾ ਸੀਗਾ ਨਾ ਉਹ ਮੇਰੇ ਅੰਦਰ ਕੋਈ ਹਿਸਟਰੀ ਐ ਜਿਹਦੇ ਕਰਕੇ ਮੈਂ ਡੀ ਐਚਓ ਲੱਗਾ ਕੀ ਹਿਸਟਰੀ ਐ ਦੱਸੋ ਜਰਾ ਜਦੋਂ ਮੈਂ ਪਹਿਲਾ ਐਕਟ ਜਿਹੜਾ ਸੀ ਨਾ ਪੀ ਐਫ ਏ ਐਕਟ ਪਹਿਲਾ ਪੀ ਐਫ ਏ 1954 ਐਕਟ prevention of food adulteration act ਜਿਹੜਾ 54 ਪਹਿਲਾ ਐਕਟ ਇਹ ਸੀਗਾ ਉਹ ਐਕਟ ਨਹੀਂ ਅੱਜ ਹੈਗਾ ਤੇ ਉਹ ਐਕਟ ਤੋਂ ਬਾਅਦ ਮੈਂ ਜਿਹੜਾ ਨਵਾਂ ਐਕਟ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਆ ਗਿਆ ਉਹ ਜਿਹੜਾ 2006 ਮੈਂ ਜਿਹੜਾ ਉਹ ਐਕਟ ਵਿੱਚ ਮੈਂ ਮੈਡੀਕਲ ਅਫਸਰ ਸੀਗਾ ਮੈਂ ਬਤੌਰ ਫੂਡ ਇਨਸਪੈਕਟਰ ਨੋਟੀਫਾਈਡ ਫੂਡ ਇਨਸਪੈਕਟਰ ਹੁੰਦੇ ਸੀ ਉਹਨਾਂ ਨੂੰ ਟ੍ਰੇਨਿੰਗ ਦੇ ਦੇਣੀ ਡਾਕਟਰਾਂ ਨੂੰ ਤੇ ਉਹਨਾਂ ਤੋਂ ਫੂਡ ਸੈਂਪਲਿੰਗ ਦਾ ਕੰਮ ਲੈਣਾ ਐਡਲਟਰੇਸ਼ਨ ਦਾ ਜੇ ਉਹ ਉਸ ਸੈਕਟਰ ਵਿੱਚ ਮੈਂ ਉਹਦੇ ਵਿੱਚ ਬਹੁਤ ਲੰਮਾ ਕੰਮ ਕੀਤਾ ਬਹੁਤ ਅਰਸਾ ਉਹ ਜਦੋਂ ਮੈਂ ਕੰਮ ਕੀਤਾ ਤਾਂ ਮੈਂ ਮਤਲਬ ਮੈਨੂੰ ਕਈ ਚੀਜ਼ਾਂ ਮਹਿਸੂਸ ਹੁੰਦੀਆਂ ਸੀ ਤੇ ਮੈਂ ਹੈਲਪਲੈਸ ਹੋ ਜਾਂਦਾ ਸੀਗਾ ਮੈਨੂੰ ਇਦਾਂ ਲੱਗਣਾ ਵੀ ਇੱਥੇ ਸੈਂਪਲਿੰਗ ਕਰਨੀ ਚਾਹੀਦੀ ਸਹੀ ਅਧਿਕਾਰੀਆਂ ਨੇ ਰੋਕ ਦਿੱਤਾ ਨਹੀਂ ਕਰਨ ਦਿੱਤੀ ਇੱਥੇ ਨਹੀਂ ਕਰਨੀ ਸੀ ਚਾਹੀਦੀ ਸੀ ਕਿ ਕੋਈ ਲੋਡ ਵੀ ਨਹੀਂ ਸੀਗੀ ਇੱਥੇ ਸੈਂਪਲ ਲੈ ਲਏ ਗਏ ਹਾਲਾਂਕਿ ਇਦਾਂ ਦਾ ਕੋਈ ਲੱਗਦਾ ਨਹੀਂ ਸੀ ਡਾਲਟਰੇਸ਼ਨ ਦਾ ਮੈਟਰ ਉਹ ਚੀਜ਼ 'ਚ ਇਦਾਂ ਮਹਿਸੂਸ ਹੋਇਆ ਵੀ ਕਦੇ ਕੋਈ ਰੱਬਾ ਕੋਈ ਮੌਕਾ ਆਵੇ ਪ੍ਰਮਾਤਮਾ ਅੱਗੇ ਵੀ ਮੈਂ ਡੀ ਐਚਓ ਲੱਗਾ ਫਿਰ ਮੈਂ ਕੰਮ ਕਰਕੇ ਦਿਖਾਵਾਂ ਡਾਲਟਰੇਸ਼ਨ ਤੇ ਫਿਰ ਮੈਨੂੰ ਕਮ ਸੋ ਕਮ ਕਿਸੇ ਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਜਿੱਦਾਂ ਮੈਂ ਪਹਿਲਾਂ ਕਹਿ ਸਕਦਾ ਸੀ ਯਾਰ ਮੈਂ ਡੀ ਐਚਓ ਨਹੀਂ ਸੀਗਾ ਮੈਂ ਬੇਵਜ ਸੀਗਾ ਮੈਂ ਨਹੀਂ ਕਰ ਸਕਿਆ ਮੇਰੇ ਹੱਥ ਖੜੇ ਸੀਗੇ ਪਰ ਜਦੋਂ ਮੈਂ ਡੀ ਐਚਓ ਲੱਗ ਜਾ ਲੱਗ ਜਾਊਗਾ ਫੇਰ ਤਾਂ ਨਹੀਂ ਨਾ ਮੈਂ ਕਹਿ ਸਕੂਗਾ ਹੂੰ ਫੇਰ ਤਾਂ ਮੈਂ ਇਹ ਮੇਰੇ ਕੋਲ ਬਹਾਨਾ ਐਕਸਕਿਊਜ਼ ਨਹੀਂ ਰਹਿਣਾ ਇਹ ਫੇਰ ਮੈਂ ਲੱਗ ਗਿਆ ਹੂੰ ਡੀ ਐਚਓ ਮੇਰੀ ਇੱਛਾ ਸੀਗੀ ਤਾਂ ਮੈਂ ਐਡਲਟਰੇਸ਼ਨ ਤੇ ਕੰਮ ਕਰਕੇ ਦਿਖਾਤਾ ਉਹ ਜਗ ਜਾਹਰ ਸਭ ਨੂੰ ਪਤਾ ਹੂੰ ਪੁਰਾਣੀ ਜਿਹੜੀ ਗੱਲ ਸੀ ਇੱਕ ਜਨੂਨ ਦਾ ਦਰਦ ਲੈ ਕੇ ਕੰਮ ਕੀਤਾ ਲੱਗਦਾ ਸੀਗਾ ਵੀ ਲੋਕ ਸੁਇਸਾਈਡ ਮਾਰ ਰਹੇ ਐ ਇਦਾਂ ਹੂੰ ਅੰਦਰੋਂ ਮਨ ਬਹੁਤ ਕਈ ਵਾਰ ਦੁਖੀ ਹੁੰਦਾ ਹੂੰ ਤੁਸੀਂ ਤਰਨਤਾਰ ਨੂੰ ਪਿੱਛੇ ਜਾ ਕੇ ਆਈ ਤਾਰਨ ਤਾਰਨ ਜਿੰਨੇ ਦਿਨ ਅਠਕ ਦਿਨ ਤੁਸੀਂ ਰਹੇ ਹੋ ਉਹਨੇ ਇੱਕ ਦਿਨ ਕਹਿੰਦੇ ਐਕਟਿਵ ਰਿਹਾ ਉਦੋਂ ਬਾਅਦ ਫਿਰ ਇੱਧਰ ਨੂੰ ਆ ਗਏ ਫਿਰ ਉੱਧਰ ਸੋਸਰੀ ਪੈ ਗਈ ਗੱਲ ਇਦਾਂ ਹੁੰਦੀ ਵੀ ਮੈਂ ਤਾਂ ਜਿੱਥੇ ਜਾਊਂਗਾ ਮੇਰਾ ਜਿਹੜਾ ਟੈਂਪਰਮੈਂਟ ਆ ਜਿੰਨੀ ਮੇਰੀ ਬੋਲਡਨੈਸ ਹੈ ਜਿਹੜੀ ਮੇਰੀ ਇਮਾਨਦਾਰੀ ਆ ਜਿਹੜੀ ਮੇਰੀ ਲਾਇਲਟੀ ਡੈਡੀਕੇਸ਼ਨ ਆ ਉਹ ਤਾਂ ਮੇਰੀ ਆ ਨਾ ਫਿਰ ਉਹ ਮੈਂ ਕਿਸੇ ਦੀ ਥੋੜਾ ਕਿੱਦਾਂ ਮੈਂ ਕਹਤੇ ਉਹ ਚੀਜ਼ ਇੰਪੋਜ਼ ਕਰ ਦਵਾਂ ਜਦੋਂ ਮੈਂ ਗਿਆ ਮੈਨੂੰ ਜਲੰਧਰ ਲਾਇਆ ਤੇ ਜਲੰਧਰ ਵੀ ਮੀਡੀਆ ਮੈਨੂੰ ਲੱਭਦਾ ਸੀ ਉੱਥੇ ਵੀ ਰੌਲਾ ਇਦਾਂ ਪੈਂਦਾ ਸੀਗਾ ਮੈਂ ਗੁਰਾਇਆਂ ਜਾ ਕੇ ਵੀ ਉਹ ਸੈਂਪਲ ਹੈ ਜਿਹਦੇ ਕਦੀ ਵੀ ਨਹੀਂ ਕਿਸੇ ਨੇ ਲਏ ਮੈਂ ਜਲੰਧਰ ਚ ਉਹ ਸੈਂਪਲਿੰਗ ਕੀਤੀ ਜਿਹੜੀ ਕਦੀ ਵੀ ਨਹੀਂ ਸੀ ਹੋਈ ਬੰਦਿਆਂ ਦੀ ਹੈਰਾਨੀ ਦੀ ਗੱਲ ਐ ਕੋਈ ਢਾਬਾ ਜਿੱਥੇ ਪੁੱਛਿਆ ਕਦੋਂ ਦਾ ਚੱਲਦਾ 69 ਦਾ ਚੱਲਦਾ ਅੱਛਾ ਸੈਂਪਲ ਕਿਹਨੇ ਕਰੇ 69 ਤੋਂ ਚੱਲਦਾ ਮੈਂ ਕਿਹਾ ਮੈਂ ਉਹਨੂੰ ਇਹ ਪੁੱਛਿਆ ਵੀ ਕਹਿੰਦਾ ਨਹੀਂ ਜੀ 69 ਤੋਂ ਪਹਿਲਾਂ ਸਾਡੇ ਦਾਦੇ ਕਰਦੇ ਸੀਗੇ ਆਪਾਂ 69 ਤੋਂ ਹੋਸ਼ ਜਾ ਕੇ ਇਹਨੂੰ ਸੰਭਾਲਿਆ ਹਾਂ ਕੈਂਟ ਚ ਮੈਂ ਹੁਣ ਇਹ ਵੀ ਦੱਸ ਦਿੰਦਾ ਮੈਂ ਨਾਂ ਨਹੀਂ ਲੈਣਾ ਹਾਂ ਮੈਂ ਉਹਦੀ ਮੈਂ ਕਹਾਂ ਕਦੀ ਕੋਈ ਫੂਡ ਸੇਫਟੀ ਟੀਮ ਆਈ ਕਦੀ ਸੈਂਪਲ ਭਰੇ ਉਹਦੇ ਹਾਂ ਇਹਨਾਂ ਨੇ ਕਦੀ ਨਹੀਂ ਆਏ ਹਾਂ ਸੋ ਮੈਂ ਉੱਥੇ ਸੈਂਪਲ ਲੈ ਸੈਂਪਲ ਉਹਦਾ ਫੇਲ ਵੀ ਆਏ ਉਹ ਸਾਰਾ ਕੇਸ ਵੀ ਉਹਦੇ ਤੇ ਹੋਇਆ ਅੰਦਰ ਗਿਆ ਨਹੀਂ ਉਹਦੇ ਫੂਡ ਸਬਸਟੈਂਡਰਡ ਵਾਲਾ ਸੀਗਾ ਸਬਸਟੈਂਡਰਡ ਸੀਗਾ ਉਹਦੇ ਚ ਪੈਨਲਟੀਆਂ ਪੈਂਦੀਆਂ ਉਹ ਚ ਇੰਪ੍ਰੀਜ਼ਨਮੈਂਟ ਨਹੀਂ ਸਜਨ ਉਹ ਨਹੀਂ ਹੈ ਉਹ ਤੁਹਾਨੂੰ ਪੈਨਲਟੀ ਪੈ ਗਈ ਤੇ ਤੇ ਜੁਰਮਾਨੇ ਹੋ ਗਏ ਮੈਂ ਕਹਿਣ ਦਾ ਮਤਲਬ ਆ ਪਈ ਜਦੋਂ ਜਿੱਥੇ ਵੀ ਗਏ ਤੁਸੀਂ ਕਿਹਾ ਤਰਨ ਤਰਨ ਗਏ ਤਾਂ ਉਹ ਬਾਅਦ ਚ ਇਦਾਂ ਹੋ ਗਿਆ ਤੁਹਾਡੇ ਤੋਂ ਬਾਅਦ ਸੌਂਗੇ ਜਾਂ ਕੁਝ ਕਿਹਾ ਉਹ ਤਾਂ ਹੁਣ ਜਿਹੜੇ ਡੀਐਚ ਉੱਥੇ ਲਗੇ ਤਨਖਾਹ ਤਾਂ ਉਹ ਵੀ ਲੈਂਦੇ ਹੀ ਆ ਸਾਰੇ ਹੀ ਲੈਂਦੇ ਮੈਂ ਵੀ ਲੈਣਾ ਉਹ ਵੀ ਲੈਂਦੇ ਆ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਗੰਭੀਰਤਾ ਨੂੰ ਸਮਝਣਾ ਚਾਹੀਦਾ ਡਿਊਟੀ ਨੂੰ ਔਰ ਮੈਨੂੰ ਇਦਾਂ ਲੱਗਦਾ ਮੈਂ ਜੋ ਮੈਂ ਸਮਝਿਆ ਜੋ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਮੈਂ ਇਦਾਂ ਸਮਝਦਾ ਪਈ ਜਿਹੜੀ ਸਰਕਾਰੀ ਜੋਬ ਜਿਹਨੂੰ ਆਪਾਂ ਜੇ ਇਦਾਂ ਸਮਝਦੇ ਆ ਫੇ ਗਵਰਨਮੈਂਟ ਜੌਬ ਤਾਂ ਇੱਕ ਨਾ ਮੀ ਜਾਏ ਨੇਰੀ ਜਾਏ ਚਖੜ ਜਾਵੇ ਤਨਖਾਹ ਦਿਹਾੜੀ ਮਿਲ ਹੀ ਜਾਣੀ ਹਾਂ ਔਰ ਤਨਖਾਹ ਥੋੜੀ ਨਹੀਂ ਤੁਸੀਂ ਸਾਡੀ ਦਿਹਾੜੀ ਸੁਣ ਕੇ ਵੀ ਹੈਰਾਨ ਰਹੇ ਨਾ ਵੀ ਸਾਨੂੰ ਇੰਨੀ ਦਿਹਾੜੀ ਮਿਲਦੀ ਆ ਕਿਤੇ ਬਾਹਰ ਕੋਈ ਕੰਮ ਕਰਾ ਕੇ ਇੰਨੀ ਦਿਹਾੜੀ ਪਾ ਕੇ ਦਿਖਾ ਦੇ ਕਿੰਨੀ ਦਿਹਾੜੀ ਮਿਲਦੀ 10000 ਰੁਪਏ ਤੋਂ ਵੱਧ ਦਿਹਾੜੀ ਮਿਲਦੀ ਇੱਕ ਦਿਨ ਦੀ ਸਾਨੂੰ ਡੇ ਤਨਖਾਹ ਤੇ ਆਪਾਂ ਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਤਾਂ ਸ਼ਰਮ ਆਉਂਦੀ ਵੀ ਜੇ ਮੈਂ ਕੁਝ ਵੀ ਨਹੀਂ ਫੂਡ ਸੇਫਟੀ ਦਾ ਮੈਂ ਇੰਚਾਰਜ ਲੱਗਾ ਹਾਂ ਵਾ ਐਡੀ ਵੱਡੀ ਮੈਨੂੰ ਦਿਹਾੜੀ ਦਿੰਦੀ ਹੋਏ ਸਰਕਾਰ ਹਾਂ ਤਾਂ ਮੈਂ ਫੂਡ ਸੇਫਟੀ ਤੇ ਕੱਖ ਵੀ ਨਾ ਕਰਾਂ ਹੂੰ ਤਾਂ ਮੈਂ ਉਹ ਬੇਈਮਾਨੀ ਨਹੀਂ ਬ੍ਰਾਈਬ ਨਹੀਂ ਇਹ 10000 ਰੁਪਏ ਫਿਰ ਜਾਂ ਦਿਹਾੜੀ ਤੁਹਾਡੀ ਜਿਹੜੀ ਮੋਟੀਆਂ ਤਨਖਾਹਾਂ ਕੋਈ ਲੈ ਰਹੇ ਉਹ ਵੀ ਤਾਂ ਬ੍ਰਾਈਬ ਹੀ ਆ ਫਿਰ ਮੈਨੂੰ ਦਿਲ ਤੇ ਹੱਥ ਰੱਖ ਕੇ ਸੱਚ-ਸੱਚ ਬਸੇਵਾ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਤੁਸੀਂ ਹਮੇਸ਼ਾ ਬੋਲਡਨੈਸ ਦੀ ਲੋਇਲਟੀ ਦੀ ਗੱਲ ਕਰਦੇ ਹੋ ਤੁਸੀਂ ਹਾਂ ਹਾਂਜੀ ਜਿਹੜੀ ਤਨਖਾਹ ਤਾਂ ਤੁਹਾਨੂੰ ਮਿਲਦੀ ਮਿਲਦੀ ਹੈ ਜਦੋਂ ਤੁਸੀਂ ਆ ਕੇ ਕੰਮ ਸ਼ੁਰੂ ਕੀਤਾ ਕਿ ਬਾਕੀ ਲੋਕਾਂ ਨੇ ਮੰਥਲੀ ਦੇਣ ਵਾਸਤੇ ਤੁਹਾਨੂੰ ਆਫਰ ਕੀਤਾ ਵੀ ਸਾਡੇ ਤੋਂ ਆ ਭਾਈ ਪੈਸੇ ਫੜ ਲਓ ਸਾਡੇ ਤੇ ਰੀਡ ਨਾ ਕਰੋ ਨਹੀਂ ਸ਼ੁਰੂ ਚ ਤਾਂ ਬਹੁਤ ਪ੍ਰੋਬਲਮ ਆਈ ਸ਼ੁਰੂਤਾਂ ਜਲੰਧਰ ਜਦੋਂ ਰੇਡ ਕੀਤਾ ਉੱਥੇ ਨਵਾਂ ਸੀਗਾ ਉਹ ਉਹਨਾਂ ਨੂੰ ਤਾਂ ਮੇਰਾ ਪਤਾ ਨਹੀਂ ਸੀਗਾ ਉੱਥੇ ਤਾਂ ਪਹਿਲੇ ਹੀ ਡੀਐਚਓ ਜਾਂਦੇ ਹੋਊਗੇ ਜੋ ਮੈਂ ਥੋੜਾ ਗਿਆ ਜਦੋਂ ਮੈਂ ਕਿਹਾ ਮੈਨੂੰ ਮੇਰੇ ਮੋਟੇ ਚ ਪੈਸੇ ਦੇਣ ਨੂੰ ਵੀ ਉਹਦੋਂ ਦੋ ਨੋਟ ਸੀਗੇ 2000 ਵਾਲੇ 2000 ਵਾਲੇ ਮਤਲਬ ਹਾਂਜੀ ਉਹ ਮੇਰੇ ਹੱਥ 'ਚ ਵੀ ਦੇਣ ਦੀ ਕੋਸ਼ਿਸ਼ ਕਰਨੇ ਇਦਾਂ ਫੜ ਕੇ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਕੀ ਕਰਦਾ ਸ਼ੁੱਧ ਫੂਡ ਬਣਾ ਲਾ ਤਾਂ ਪਨੀਰ ਦੇ ਸੈਂਪਲ ਜਦੋਂ ਉਹਨੇ ਕਿਹਾ ਫਿਰ ਮੈਨੂੰ ਗੁੱਸਾ ਆਇਆ ਫੇਰ ਮੈਂ ਕਿਹਾ ਵੀ ਅੱਗੇ ਤਾਂ ਤੇਰਾ ਦੇਸੀ ਘੇੜਾ ਸੈਂਪਲ ਮੈਂ ਪਰ ਨਹੀਂ ਹੁਣ ਮੈਂ ਪਨੀਰ ਦਾ ਵੀ ਲਵ ਮੈਂ ਕਿ ਜਿੰਨੀ ਜਿੰਨੇ ਪੈਸੇ ਆਫਰ ਕਰੂੰਗਾ ਉਨੇ ਸੈਂਪਲ ਵੱਧ ਲਵਾਂਗਾ ਤੇਰੇ ਪੈਸੇ ਦੀ 2000 ਵਾਲੀ ਗੁੱਟੀ ਫੜਾ ਰਹੇ ਸੀ ਤੋਰ ਮਰ ਇਦਾਂ ਫੜਾ ਰਹੇ ਸੀ ਪਾਸੇ ਲੈ ਜਾ ਕੇ ਇਦਾਂ ਪਾਸੇ ਨੂੰ ਲੈ ਜਾ ਕੇ ਇਹ ਇਹ ਰਾਮਾ ਮੰਡੀ ਦੀ ਗੱਲ ਆ ਹੂੰ ਸੋ ਬੜੀ ਜਗ੍ਹਾ ਇਦਾਂ ਹੁੰਦਾ ਹੂੰ ਪਰ ਤੁਹਾਡੀ ਆਪਣੀ ਜ਼ਮੀਰ ਹੈ ਵੀ ਤੁਸੀਂ ਲੈਣੇ ਕਿ ਨਹੀਂ ਤਾਂ ਤੁਹਾਡੇ ਹੱਥ 'ਚ ਹੈ ਫਿਰ ਤੁਸੀਂ ਪੈਸੇ ਲੈਨੇ ਨਹੀਂ ਨਹੀਂ ਮੈਂ ਕਦੀ ਵੀ ਨਹੀਂ ਲੈ ਤੋ ਤੁਸੀਂ ਮੈਨੂੰ ਗੱਲ ਪੂਰੀ ਕਰੋ ਤੁਸੀਂ ਕਿਹਾ ਹੱਥ ਰੱਖ ਕੇ ਕਹੋ ਤੁਸੀਂ ਕੁਝ ਕਿਹਾ ਮੈਨੂੰ ਮੈਂ ਹੀ ਕਿਹਾ ਸੀ ਦਿਲ ਤੇ ਹੱਥ ਰੱਖ ਕੇ ਦੱਸਿਓ ਕਦੇ ਪੈ ਇਸ ਤਰੀਕੇ ਨਾਲ ਆਫਰ ਲੋਕਾਂ ਨੇ ਕੀਤੇ ਕਿ ਤੁਸੀਂ ਕੰਮ ਤੁਸੀਂ ਕੰਪਲੀਟ ਕਰੋ ਇਸ ਦਾ ਸੁੱਧ ਦੋਨੇ ਚੀਜ਼ਾਂ ਮੈਂ ਕਹਿਣ ਲੱਗਾ ਦੋਨੇ ਚੀਜ਼ਾਂ ਮੈਂ ਕਹਿਣ ਲੱਗਾ ਹੁਣ ਮੈਂ ਇਹਨਾਂ ਦਿਨਾਂ ਚ ਕੰਮ ਕਰ ਰਿਹਾ ਤੁਸੀਂ ਮੇਰਾ ਜ਼ਿਕਰ ਕੀਤਾ ਹੁਣ ਆਹ ਫੋਨ ਕਾਲਸ ਮੈਂ ਸਾਰਾ ਦਿਨ ਚ ਸਾਰੀ ਰਾਤ ਚ ਅਟੈਂਡ ਕਰਦਾ ਹਾਂ 60 70 ਤਾਂ ਮੇਰੇ ਬੈਠੇ ਆ ਤੁਹਾਡੇ ਬੈਠੇ ਆ ਇਟਲੀ ਤੋਂ ਕਿਤੇ ਹੋਰ ਫੋਨ ਕਾਲਸ ਆ ਰਹੀਆਂ ਉਹ ਮੇਰੇ ਤੇ ਕਹਿ ਰਹੇ ਵੀ ਡਾਕਟਰ ਸਾਹਿਬ ਤੁਸੀਂ ਕੰਮ ਕਰ ਰਹੇ ਮੈਂ ਹਾਂਜੀ ਚਲੋ ਹੈਲੋ 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 ਜੀ ਚਲੋ ਕੋਈ ਨਾ ਦੁਬਾਰਾ ਆ ਜਾਏਗਾ ਹਾਂ ਤੁਸੀਂ ਆਪਣੀ ਗੱਲ ਕੰਪਲੀਟ ਕਰਿਓ ਕੀ ਜਦੋਂ ਇੱਕ ਇੱਕ ਇਨਸੀਡੈਂਟ ਤਾਂ ਇਹ ਹੋ ਗਿਆ ਤੁਹਾਨੂੰ 2-2000 ਵਾਲੇ ਨੋਟ ਦੇਣ ਲੱਗਾ ਹਾਂ ਹਾਂ ਨਹੀਂ ਨਹੀਂ ਬੜੀ ਬਾਰ ਬਹੁਤ ਸਾਰੇ ਪੀ ਜ਼ਿਕਰ ਕਰਨਾ ਕਿ ਇੱਥੇ ਲਿਸਟ ਥੋੜਾ ਬਣਾਉਣੀ ਆ ਬਹੁਤ ਰੁਚੀ ਤਾਂ ਪੈਸੇ ਦੇਣ ਦਾ ਉਹਦਾ ਸੰਤਾਪ ਵੀ ਕਟਿਆ ਹੂੰ ਮਤਲਬ ਜਿੱਦਾਂ ਦਸੂਏ ਚ ਘਰਾਓ ਹੋਇਆ ਜਾਂ ਕਿਤੇ ਉੱਥੇ ਉਹਨਾਂ ਨੂੰ ਇਦਾਂ ਲੱਗਿਆ ਹੂੰ ਜੋ ਸਚਾਈ ਆ ਨਹੀਂ ਮੋੜਨਾ ਚਾਹੀਦਾ ਸਚਾਈ ਤੋਂ ਮੈਂ ਸੱਚ ਕਹਿਣਾ ਚਾਹੁੰਦਾ ਹੂੰ ਕਿ ਉਹਨਾਂ ਨੂੰ ਲੱਗਿਆ ਸੀਗਾ ਵੀ ਯਾਰ ਇਹ ਸਿਸਟਮ ਚੱਲਦਾ ਇਹ ਮੈਨੇਜ ਹੋ ਜਾਂਦਾ ਪਿਆਹੇ ਨਾ ਸਿਸਟਮ ਤਾਂ ਕਹਿੰਦੇ ਐਂ ਹੀ ਹਾਂ ਹਾਂ ਉਹਨਾਂ ਨੂੰ ਲੱਗਦਾ ਸੀ ਉਹਨਾਂ ਕਹਿੰਦੇ ਸੈਂਪਲ ਕਿਉਂ ਲੈਂਦਾ ਲੂਜ਼ ਸੈਂਪਲ ਕਿਉਂ ਲੈਂਦਾ ਦਸੂਵੇ ਚ ਜਦੋਂ ਮੈਂ ਗਿਆ ਘਰਾਓ ਮੇਰਾ ਕੀਤਾ ਮੈਨੂੰ ਕਹਿੰਦਾ ਗੱਡੀ ਕੱਢ ਕੇ ਦਿਖਾਓ ਸੈਂਪਲ ਤੋੜ ਦਾਂਗੇ ਤੂੰ ਨਿਕਲ ਕੇ ਦਿਖਾ ਮੈਂ ਬਹੁਤ ਪਰੇਸ਼ਾਨ ਹੋ ਗਿਆ ਮੈਂ ਪੁਲਿਸ ਨੂੰ ਫੋਨ ਕੀਤਾ ਮੇਰਾ ਸਾਥ ਨਹੀਂ ਦਿੱਤਾ ਮੈਂ ਦੋ ਬੰਦੇ ਲੈ ਕੇ ਮੈਨੂੰ ਉਦੋਂ ਡਰ ਲੱਗਦਾ ਸੀ ਵੀ ਮੇਰੇ ਪੱਗ ਲਾਉਣਗੇ ਜਾਂ ਇਦਾਂ ਮਤਲਬ ਇਦਾਂ ਲੱਗਦਾ ਸੀ ਬਹੁਤ ਲੋਕ ਇਕੱਠੇ ਹੋ ਗਏ ਫਿਰ ਮੈਂ ਦੋ ਬੰਦੇ ਵਿਚਾਰੇ ਕੀ ਕਰਦੇ ਉਹ ਵੀ ਬੇਵੱਸ ਖੜੇ ਸੀਗੇ ਮੈਂ ਬਥੇਰਾ ਫੋਨ ਕਰਦਾ ਸੀ ਫੇ ਮੈਂ ਉਹਨਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਵੀ ਮੈਨੂੰ ਕਢਾਓ ਇੱਥੋਂ ਕੱਢੋ ਹੂੰ ਚੱਕਿਆ ਨਹੀਂ ਆਇਆ ਨਹੀਂ ਕੁਛ ਵੀ ਨਹੀਂ ਗਲਤ ਕੀ ਕੀਤਾ ਸੀ ਸੈਂਪਲ ਲੈ ਜੀ ਸੈਂਪਲ ਵੀ ਉਸ ਬੰਦੇ ਦੇ ਲੈ ਜਿਹੜੇ ਬੰਦੇ ਦਾ ਕਿੰਨੇ ਕੁਆਂਟਲ ਖਵਾ ਕੋਲਡ ਸਟੋਰ ਚ ਪਿਆ ਸੀ ਕਦੇ ਆਲੂ ਵਾਲੇ ਕੋਲਡ ਸਟੋਰ ਹਾਂਜੀ ਆਲੂ ਵਾਲੇ ਚ ਬੈਗਾਂ ਚ ਪਿਆ ਸੀਗਾ ਅਨਹਾਈਜਨ ਹਾਲਾਤਾਂ ਚ ਪਿਆ ਸੀ ਜਿੱਥੇ ਕੋਈ ਹਾਈਜਨ ਦਾ ਖਿਆਲ ਨਹੀਂ ਰੱਖਿਆ ਹੁਣ ਤੁਸੀਂ ਦੱਸੋ ਵਿਕਰਮ ਉਹਦੇ ਸੈਂਪਲ ਲੈਣੇ ਚਾਹੀਦੇ ਕਿ ਨਹੀਂ ਉਸ ਬੰਦੇ ਦੇ ਲੈਣੇ ਚਾਹੀਦੇ ਉਹਨੂੰ ਤਾਂ ਸਜ਼ਾ ਹੋਣੀ ਚਾਹੀਦੀ ਜਿਹੜੇ ਫਿਰ ਦੱਸੋ ਤੁਸੀਂ ਮੈਨੂੰ ਰੋਕਿਆ ਕਿਉਂ ਗਿਆ ਉਹਦੇ ਸੈਂਪਲ ਲੈਣ ਤੋਂ ਫਿਰ ਮੈਂ ਧਰਮ ਨਹੀਂ ਨਿਭਾਇਆ ਹਾਂ ਰੋਕਿਆ ਗਿਆ ਉੱਥੇ ਦੇ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਕੌਣ ਸੀ ਰਿਪਰੈਜ਼ੈਂਟ ਕਰਦਾ ਚਲੋ ਨਾਂ ਨਹੀਂ ਲੈਣਾ ਵਿਧਾਇਕ ਹੁੰਦੇ ਜਿਹੜੇ ਉੱਥੇ ਦੇ ਮੌਜੂਦਾ ਜਾਂ ਪੁਰਾਣੇ ਪਹਿਲਾਂ ਜਦੋਂ 20 ਦੀ ਗੱਲ ਕਰ ਰਹੇ ਹਾਂ 21 ਜਨਵਰੀ ਮੈਂ ਇੱਕ ਦੀ ਗੱਲ ਆ ਸ਼ਾਇਦ ਹਾਂ ਹਾਂ ਜੁਲਾਈ ਜੂਨ ਜੁਲਾਈ ਦੇ ਗੱਲ ਉਸ ਸਮੇਂ ਦੇ ਜਿਹੜੇ ਮੌਜੂਦਾ ਬਦਲੇ ਹਾਂਜੀ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਨਹੀਂ ਲੈਣੇ ਸੈਂਪਲ ਅਸੀਂ ਸਾਡੀ ਬ੍ਰੈਂਡ ਖੋਲੋਣਾ ਸਾਡਾ ਇਹ ਘਰ ਦਾ ਇਦਾਂ ਜਿਹੜੇ ਵੀ ਉਹ ਐਮ.ਐਲ.ਏ ਹੋਣਗੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਸੁਣੋ ਵੀ ਲੈਣ ਇਸ ਗੱਲ ਨੂੰ ਤਾਂ ਤਾਂ ਕਿ ਮਤਲਬ ਤੁਸੀਂ ਦੱਸੋ ਜਦੋਂ ਇਹਨਾਂ ਵਾਲੀਆਂ ਚੀਜ਼ਾਂ ਤੇ ਜੇ ਤੁਸੀਂ ਸਿਫਾਰਿਸ਼ ਕਰੋਗੇ ਉਹ ਕਿੰਨੇ ਬੰਦੇ ਮੰਨ ਲਓ 100 ਬੰਦਾ ਖਾਂਦਾ ਹੋ ਸਕਦਾ ਕੋਈ ਇਸ ਤਰ੍ਹਾਂ ਬਿਮਾਰ ਹੋ ਜਾਏ ਮਰ ਜਾਣ ਲੋਕ ਤਾਂ ਕੌਣ ਜ਼ਿੰਮੇਵਾਰ ਹੈ ਫਿਰ ਤੁਸੀਂ ਹੋਰ ਦੱਸੋ ਵੀ ਉਹ ਕੋਈ ਗਰੀਬ ਨਹੀਂ ਹੈਗਾ ਬੰਦਾ ਜਿਹਦੇ ਸੈਂਪਲ ਲੈ ਰਹੇ ਹ ਉਹ ਬੰਦੇ ਦੀ ਬਰਫੀ ਬੰਦੇ ਦੀ ਨ ਮੇਰੇ ਨਜ਼ਰ ਚ ਕੋਰੋਣਾ ਪਤੀ ਆ ਅੱਛਾ ਮੇਰੀ ਨਜ਼ਰ ਚ ਹੋ ਔਰ ਮੈਨੂੰ ਇਦਾਂ ਲੱਗਦਾ ਜਿੱਦਾਂ ਕਹਿੰਦੇ ਨਾ ਪਾਪਾਂ ਬਾਜ ਨਾ ਹੁੰਦੀ ਇਕੱਠੀ ਮੋਇਆ ਨਾਲ ਨਾ ਜਾਣੀ ਪਤਾ ਨਹੀਂ ਇਦਾਂ ਫਿਰ ਜਿੰਨੇ ਵੀ ਬਹੁਤ ਬਲਕ ਚ ਮਾਇਆ ਇਕੱਠੀ ਕੀਤੀ ਹੈ ਨਾ ਉਹ ਪਾਪ ਹੋਏ ਹੋਏ ਹੋਣਗੇ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਮੈਨੂੰ ਇਦਾਂ ਲੱਗਦਾ ਔਰ ਮੈਨੂੰ ਇਦਾਂ ਲੱਗਦਾ ਵੀ ਜੇ ਕੋ ਬੰਦਾ ਬਹੁਤ ਫੇਅਰ ਸਾਫ ਸੁਥਰਾ ਕੰਮ ਕਰੂਗਾ ਤਾਂ ਉਹਦਾ ਮਾਰਜਨ ਇੱਕ ਲਿਮਟਿਡ ਹੋਊਗਾ ਮਾਰਜਨ ਇਦਾਂ ਨਹੀਂ ਹੋਊਗਾ ਮਾਰਜਨ ਪਈ ਉਹ ਬੰਦਾ ਲੱਖ ਰੁਪਏ ਡੈਲੀ ਬਣਾ ਕੇ ਦਿਹਾੜੀ ਚੱਲ ਜਾਊਗਾ ਉਹ ਠੀਕ ਠੀਕ ਹੋਊਗਾ ਉਹਦਾ ਮੈਨੂੰ ਜੇ ਸ਼ੁੱਧ ਚੀਜ਼ ਬਣਾਊਗਾ ਮੰਨ ਲਓ ਪਨੀਰ ਦਾ ਐਗਜ਼ਾਮਪਲ ਕਿੰਨਾ ਕੁ ਮਾਰਜਨ ਲੈ ਲਊਗਾ ਦੁੱਧ ਦਾ ਖੁਆ ਅਸਲੀ ਦਾ ਬਣਾਊਗਾ ਉਹਦੀ ਬਰਫੀ ਬਣਾਊਗਾ ਦੁੱਧ ਦਾ ਅਸਲੀ ਪਨੀਰ ਬਣਾਊਗਾ ਦੁੱਧ ਦਾ ਅਸਲੀ ਦਾ ਹੋਊਗਾ ਕਿੰਨੇ ਕ ਪੈਸੇ ਕਮਾ ਲਊਗਾ ਜਦੋਂ ਮੈਨੂੰ ਲੱਗਦਾ ਵੀ ਜਦੋਂ ਮੋਰਓਵਰ ਤੁਸੀਂ ਸਾਨੂੰ ਲਾਉਣੇ ਵੀ ਡੀ ਐਚਓ ਆਪ ਸਾਨੂੰ ਤੁਸੀਂ ਇਹ ਪੁਆਇੰਟ ਵੀ ਕੀਤਾ ਸਾਨੂੰ ਫੂਡ ਇਨਸ਼ੋਰ ਕਰਨ ਲਈ ਲਾਇਆ ਫੂਡ ਦਾ ਸੇਫ ਤੇ ਸਟੈਂਡਰਡ ਫੂਡ ਇਨਸ਼ੋਰ ਕਰਨ ਲਈ ਲਾਇਆ ਮੇਕ ਸ਼ੋਰ ਕਰਨ ਲਈ ਲਾਇਆ ਹਨ ਤਾਂ ਫਿਰ ਤੁਸੀਂ ਸਾਨੂੰ ਕਰਨ ਦੋ ਨਾ ਜੇ ਤਾਂ ਅਸੀਂ ਪੈਸੇ ਮੰਗ ਰਹੇ ਉੱਥੇ ਫਿਰ ਸਾਨੂੰ ਟੰਗ ਦੋ ਜੇ ਮੈਂ ਪੈਸੇ ਨਹੀਂ ਮੰਗ ਰਿਆ ਕੋਈ ਮੈਂ ਬਦਲਾ ਲਊ ਭਾਵਨਾ ਨਾ ਨਹੀਂ ਉੱਥੇ ਗਿਆ ਮੈਨੂੰ ਲੱਗ ਰਿਹਾ ਵੀ ਇਹ ਬੰਦਾ ਜਿਹੜਾ ਐਡਲਟਰੇਸ਼ਨ ਜਿਹੜੀ ਆ ਇਹ ਇਹਦੇ ਤੇ ਮੈਂ ਆਸ ਕਰਦਾ ਵੀ ਇਹ ਬੰਦਾ ਮਿਲਾਵਟ ਖੋਰੀ ਕਰ ਸਕਦਾ ਜਾਂ ਇਹ ਚੀਜ਼ ਐਡਲਟਰੇਟਡ ਹੋ ਸਕਦੀ ਇਹ ਐਡਲਟਰੈਂਟ ਮਿਲਾਉਂਦਾ ਇਹ ਤਾਂ ਮੈਂ ਦੇਖਣਾ ਨਾ ਤੁਸੀਂ ਥੋੜਾ ਜੱਜ ਹੋ ਉੱਥੇ ਉੱਥੇ ਤਾਂ ਮੈਂ ਜੱਜਮੈਂਟ ਕਰਨੀ ਆ ਉੱਥੇ ਮੈਂ ਜੱਜਮੈਂਟਲ ਆ ਹੁਣ ਫਿਰ ਉਹਦਾ ਕੀ ਐਕਸ਼ਨ ਹੋਇਆ ਉਹ ਬਰਫੀ ਵਾਲੇ ਤੇ ਐਕਸ਼ਨ ਜੀ ਉਹਦੇ ਸੈਂਪਲ ਭਰੇ ਸੀਗਾ ਸੈਂਪਲ ਤਾਂ ਚਲੋ ਕਾਰਵਾਈ ਆ ਰਿਪੋਰਟਾਂ ਆ ਪੁਰਾਣੀ ਗੱਲ ਪਰ ਉਤਵਾਦ ਘਰਾਓ ਹੋਇਆ ਫਿਰ ਇੱਕ ਜਗ੍ਹਾ ਤੇ ਸੈਂਪਲ ਲੈਣ ਗਏ ਗੱਲ ਸਿਰਫ ਇਹੀ ਸੀ ਜਿਹੜੀ ਮੈਂ ਛੋਣੀ ਚਾਹੁੰਨਾ ਵੀ ਉਹ ਕਹਿੰਦੇ ਲੂਜ਼ ਸੈਂਪਲ ਕਿਉਂ ਲੈਣੇ ਲੂਜ਼ ਸੈਂਪਲ ਮਤਲਬ ਲੂਜ਼ ਸੈਂਪਲ ਦਾ ਮਤਲਬ ਇਹ ਹੈ ਪੇ ਇੱਕ ਚੀਜ਼ ਬ੍ਰਾਂਡਡ ਹੁੰਦੀ ਆ ਜਦੋਂ ਕੋਈ ਚਾਹ ਪੱਤੀ ਜਾਂ ਕੋਈ ਵੀ ਹੈ ਨਹੀਂ ਇੱਕ ਖੁੱਲੀ ਚਾਹ ਪੱਤੀ ਆ ਐਦਾਂ ਹੀ ਪਈ ਜਿਹੜੀ ਉਹਦੇ ਸੈਂਪਲ ਭਰਨੇ ਇੱਕ ਪੈਕੇਟ ਬ੍ਰਾਂਡਡ ਦੁੱਧ ਆਉਂਦਾ ਇੱਕ ਪੈਕੇਟ ਥੋੜਾ ਦੁੱਧ ਖੁੱਲਾ ਲੈਣਿਆ ਇੱਕ ਮਿਰਚ ਖੁੱਲੀ ਲੈ ਰਹੇ ਆ ਬੋਰੇ ਚ ਜਿੱਥੇੋਂ ਖੁੱਲੀ ਲੈ ਰਹੇ ਆ ਲੂਜ਼ ਹਮ ਖੁੱਲੀ ਚੀਜ਼ ਹੈ ਖੁੱਲੀ ਇੱਕ ਪੈਕਟ ਹੈ ਮਤਲਬ ਪੈਕਟ ਚ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬਚਾਇਆ ਹਮ ਟਾਰਗੇਟ ਪੂਰਾ ਹੋ ਜਾਣਾ ਸੈਂਪਲ ਹੋ ਜਾਣਾ ਇਹ ਕਹਿਣ ਨੂੰ ਵੀ ਜੋ ਸੈਂਪਲਿੰਗ ਹੋ ਗਈ ਆ ਤੇ ਸਾਡਾ ਸਾਨੂੰ ਪਰੇਸ਼ਾਨੇ ਵੀ ਨਹੀਂ ਹੋਣੀ ਕੋਈ ਮੈਨੂੰ ਨਹੀਂ ਹੁੰਦਾ ਮੈਨੂੰ ਤਾਂ ਜਿਹੜੀ ਚੀਜ਼ ਖਾਣ ਲਈ ਰੱਖੀ ਅਗਲੇ ਨੇ ਵੇਚਣ ਲਈ ਰੱਖੀ ਦੁਕਾਨ ਚ ਕੋਈ ਵੀ ਚੀਜ਼ ਹੋਵੇ ਤੂੰ ਨਾ ਰੱਖ ਫਿਆ ਲੂਜ਼ ਮੈਂ ਕਹਾਂ ਜੇ ਤੂੰ ਲੂਜ਼ ਵੇਚਦਾ ਤਾਂ ਲੂਜ਼ ਦੇ ਸੈਂਪਲ ਵੀ ਤਾਂ ਲਵਾਂਗੇ ਹੁਣ ਜਿਹਦਾ ਜਲੰਧਰ ਮੈਂ ਇੱਕ ਜਗ੍ਹਾ ਬਹੁਤ ਡੰਮੀ ਗ੍ਰਾਮੀ ਦੇ ਸੈਂਪਲ ਲੈ ਹਮ ਉਹ ਬੰਦੇ ਕਹਿੰਦੇ ਸੈਂਪਲ ਨਾ ਲਓ ਇੱਥੇ ਮੈਂ ਕਿਹਾ ਕਿਉਂ ਨਾ ਲਈਏ ਕਿਉਂ ਕਹਿੰਦੇ ਉਹ ਮਾਲਕ ਕਹੇ ਵੀ ਮੈਂ ਇੱਥੇ ਹੈ ਨਹੀਂਗਾ ਇੱਕ ਜੀ ਇੱਕ ਹੈਲੋ ਡਾਕਟਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਆ ਡਾਕਟਰ ਬੋਲ ਰਹੇ ਨੇ ਹਾਂ ਡਾਕਟਰ ਲਖਵੀਰ ਬੋਲਦਾ ਜੀ ਹਾਂ ਜੀ ਹਾਂ ਜੀ ਸਰ ਕਿਹਾਲ ਹੈ ਜੀ ਬਸ ਫਾਈਨ ਸਰ ਵਧੀਆ ਜੀ ਡਾਕਟਰ ਮੈਨੂੰ ਉਮੀਦ ਨਹੀਂ ਸੀ ਕਿ ਪਹਿਲੀ ਵਾਰ ਜੋੜਨਾ ਗੱਲ ਹੋ ਜੂਗੀ ਬਹੁਤ ਬਹੁਤ ਸਰ ਖੁਸ਼ੀ ਹੋਈ ਸਰ ਪਹਿਲਾਂ ਤਾਂ ਬਹੁਤ ਬਹੁਤ ਕੀ ਕੰਮ ਕਰ ਰਹੇ ਹੋ ਸਰ ਬਹੁਤ ਅੱਛਾ ਕੰਮ ਕਰ ਰਹੇ ਹੋ ਸਰ ਥੈਂਕ ਯੂ ਸ਼ੁਕਰੀਆ ਜੀ ਤੁਹਾਡਾ ਬਹੁਤ ਮਿਹਰਬਾਨ ਹੈ ਇੱਕ ਮੈਂ ਮੈਂ ਤੇਰੇ ਤਲਾਣਾ ਬਾਬਾ ਦੇ ਰਸਾਲ ਬੈਂਕ ਚ ਮੈਨੇਜਰ ਆ ਜੀ ਹਾਂਜੀ ਕਿਹੜੀ ਥਾਂ ਦੇ ਕਿੱਥੇ ਰਹੇ ਮੈਨੇਜਰ ਕਿੱਥੇ ਰਹੇ ਸਰ ਮੈਂ ਡਿਸਟ੍ਰਿਕਟ ਸੰਗਰੂਰ ਤੋਂ ਬੋਲ ਰਿਹਾ ਜੀ ਧੂਰੀ ਤੋਂ ਅੱਛਾ ਧੂਰੀ ਤੋਂ ਜੀ ਠੀਕ ਹੈ ਜੀ ਠੀਕ ਹੈ ਹਲੋ ਐਜ਼ ਅ ਬੈਂਕਰ ਮੇਰੇ ਕੋਲੇ ਮੇਰੇ ਮਤਲਬ ਕਲਾਇੰਟ ਬਹੁਤ ਰਹਿੰਦੇ ਡਾਕਟਰ ਹਾਂਜੀ ਹਾਂਜੀ ਮੇਰੇ ਮਤਲਬ ਬਹੁਤ ਅੱਛਾ ਲੱਗਾ ਕਿ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਸਰ ਸ਼ੁਕਰੀਆ ਜੀ ਕਰਨਾ ਹੀ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਵੈਸੇ ਹਾਂਜੀ ਸਰ ਮੈਂ ਨਾ ਵੈਸੇ ਇੱਕ ਗੱਲ ਮੈਂ ਵਿਚ ਐਡ ਕਰਦਾ ਵੀ ਇਹ ਆਬਲੀਗੇਸ਼ਨ ਨਹੀਂ ਹੈਗੀ ਉਦਾਂ ਵੈਸੇ ਬਣ ਗਈ ਨਾ ਆਬਲੀਗੇਸ਼ਨ ਇਹ ਅੱਛਾ ਕੰਮ ਕਰਨਾ ਚਾਹੀਦਾ ਓਨੈਸਟੀ ਅੱਛਾ ਕੰਮ ਕਰਨਾ ਇਹ ਆਬਲੀਗੇਸ਼ਨ ਨਹੀਂ ਆਪਾਂ ਨੂੰ ਸੈਲਰੀਆਂ ਮਿਲਦੀਆਂ ਤਨਖਾਹ ਮਿਲਦੀ ਹੈ ਬਿਲਕੁਲ ਸਰ ਬਿਲਕੁਲ ਸਰ ਮੈਂ ਨਾ ਸੇਮ ਪੈਟਰਨ ਦੇ ਉੱਤੇ ਹੀ ਕੰਮ ਕਰ ਰਿਹਾ ਹਾਂ ਹਾਂਜੀ ਹਾਂਜੀ ਮੇਰੇ ਜੋ ਵੀ ਮੇਰੇ ਪੀਕਸ ਨੇ ਜਾਂ ਜਿਨ੍ਹਾਂ ਨਾਲ ਮੇਰੀ ਮਤਲਬ ਬੰਦੀ ਹੈ ਜੀ ਹਾਂਜੀ ਮਤਲਬ ਉਹ ਵੀ ਭਾਵੇਂ ਸੇਮ ਕੋਆਰਡੀਨੇਟਰ ਵੀ ਨੇ ਅੱਛਾ ਠੀਕ ਹੈ ਜੀ ਡਾਕਟਰ ਡਾਕਟਰ ਗਗਰੀਵ ਸਿੰਘ ਕਲਿਆਣ ਜੀ ਇਹ ਵੀ ਮਤਲਬ ਆਪਣੇ ਸੇਮ ਥੋੜੇ ਵਾਲੀ ਫੀਲਡ ਦੇ ਬੰਦੇ ਨੇ ਜੀ ماہر ਬੰਦੇ ਮਤਲਬ ਉਹਨਾਂ ਨੇ ਵੀ ਅਜ ਤੱਕ ਕਦੇ ਆਪਣੇ ਕਿਸੇ ਜੀ ਇਹਨਾਂ ਕੰਪਰੋਮਾਈਜ਼ ਨਹੀਂ ਕੀਤਾ ਬਹੁਤ ਅੱਛੀ ਮਤਲਬ ਇੱਕ ਟੀਮ ਮਤਲਬ ਇੱਕ ਕੰਮ ਆਪਾਂ ਕਰ ਕਰ ਸਕਦੇ ਹੁੰਦੇ ਆ ਹਾਂ ਜੀ ਬਿਲਕੁਲ ਠੀਕ ਹੈ ਜੀ ਮੈਂ ਸਰ 12-13 ਸਾਲ ਜਦੋਂ ਬੈਂਕ ਚ ਮੈਨੇਜਰ ਰਿਆਂ ਜੀ ਮੇਰੇ ਕੋਲ ਕਈ ਆਫਰਸ ਆਈਆਂ ਆਣਗੀਆਂ ਬਹੁਤ ਆਈ ਆਣੀਆਂ ਨਾ ਮਤਲਬ ਇਹ ਐਸ ਲਾਈਕ ਮੈਨੇਜਰ ਅਸਿਸਟੈਂਟ ਲਓਗੇ ਨੋ ਨੋਤੀ ਆਈ ਇਹ ਉਹ ਥੋੜਾ ਮੱਟ ਨਹੀਂ ਆਪਾਂ ਕਦੇ ਕੰਪਰੋਮਾਈਜ਼ ਨਹੀਂ ਕੀਤਾ ਪਿੱਛੇ ਚੀਜ਼ ਦੇ ਵਿੱਚ ਹੁਣ ਵੀ ਜਦੋਂ ਗਵਰਨਮੈਂਟ ਜੌਬ ਮਿਲੀ ਸੀ ਉਸ ਤੋਂ ਬਾਅਦ ਵੀ ਕਦੇ ਕੰਪਰੋਮਾਈਜ਼ ਨਹੀਂ ਕੀਤਾ ਬਹੁਤ ਅੱਛੀ ਗੱਲ ਹਾਂਜੀ ਫਿਰ ਕਰ ਠੀਕ ਹੈ ਠੀਕ ਹੈ ਸਰ ਆਪਾਂ ਥੋੜਾ ਰੋਕੇ ਕਰ ਲਈਏ ਗੱਲ ਫਿਰ ਮੈਂ ਥੋੜਾ ਕਿਸੇ ਬਿਜ਼ੀ ਆ ਪ੍ਰੋਗਰਾਮ ਚ ਤੇ ਤੁਹਾਨੂੰ ਮੈਂ ਖੁਦ ਕਾਲ ਕਰੂੰਗਾ 37401 ਜਿਹੜਾ ਲਾਸਟ ਵਿੱਚ ਨੰਬਰ ਹੈ ਮੈਂ ਤੇ ਆਫ ਕਰੂੰਗਾ ਹਾਂਜੀ ਥੈਂਕ ਯੂ ਸੋ ਮਚ ਸਰ ਵੈਲਕਮ ਇਦਾਂ ਤਾਂ ਕਾਲ ਬਹੁਤ ਸਾਰੇ ਆਉਣੇ ਮੈਨੂੰ ਲੱਗਦਾ 60 ਸਾਰੇ ਬੈਠਿਆ ਵੇਟਿੰਗ ਦੇ ਵਿੱਚ ਵੀ ਫੋਨ ਆਉਂਦਾ ਵਿੱਚ ਆਗਰੀ ਤੇ ਗੱਲ ਜਿਹੜੀ ਜਿੱਥੇ ਜੇ ਗੱਲ ਖੜੀ ਸੀ ਮੈਂ ਇਹੋ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਕਿ ਕਿਰਾਇਆ ਕਰਾਓ ਹੋ ਗਿਆ ਸੁਣਾ ਫਿਰ ਕਰ ਉਹ ਇੱਕ ਸਟੈਪ ਉਹ ਹੋ ਗਿਆ ਜਦੋਂ ਘਰਾਓ ਕਰ ਲਿਆ ਉਹ ਜਲਾਲਤ ਫੇਸ ਕਰਨੀ ਟੂੰ 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 ਟੜਕ ਕਰਕੇ ਬੋਲਣਾ ਲੈਂਗੁਏਜ ਉਹ ਲੋਕਾਂ ਨੇ ਇਕੱਠੀ ਮੌਬ ਹੁੰਦੀ ਆ ਉਹਨਾਂ ਨੂੰ ਕੋਈ ਹੁੰਦਾ ਥੋੜਾ ਜਦੋਂ ਮੌਬ ਇਕੱਠੀ ਪੇੜ ਹੁੰਦੀ ਤਾਂ ਉਹ ਤਾਂ ਫਿਰ ਹੁੰਦਾ ਕਿਹੜਾ ਇਕੱਲੇ ਤੇ ਗੱਲ ਆਉਣੀ ਜੋ ਮਰਜ਼ੀ ਵਿੱਚ ਬੋਲੀ ਜਾਵੇ ਬੱਕ ਦਵੋ ਫਿਰ ਜਦੋਂ ਦੂਜੀ ਵਾਰੀ ਮੈਂ ਰਸਤੇ ਚੋਂ ਦੇ ਪ੍ਰੈਸ ਕਾਨਫਰੈਂਸ ਕਰਤੀ ਫੇ ਮੇਰੇ ਨਾਲ ਇਦਾਂ ਹੋ ਗਈ ਜੋ ਮੇਰੇ ਨਾਲ ਵਾਪਰਿਆ ਸੀਗਾ ਕਿਸੇ ਜਗ੍ਹਾ ਤੇ ਰੁਕ ਕੇ মিডিਆ ਸੀਗੇ ਨਾਲ ਫਿਰ ਉਸ ਤੋਂ ਬਾਅਦ ਫਿਰ ਨੂੰ ਫੋਨ ਮੈਨੂੰ ਫੋਨ ਆਇਆ ਵੀ ਸਿਵਲ ਸਰਜਨ ਜਿਹੜੇ ਉਦੋਂ ਦੇ ਸੀਗੇ ਉਹ ਮੈਨੂੰ ਕਹਿੰਦੇ ਸੀਗੇ ਵੀ ਉਹਨਾਂ ਨੂੰ ਮੇਰੇ ਤੋਂ ਬਹੁਤ ਵੱਡੀ ਪ੍ਰੋਬਲਮ ਸੀਗੀ ਮੈਡੀਕਲ ਚੋਂ ਲੱਗ ਗਿਆ ਸੀਗਾ ਕਿਉਂਕਿ ਉਹ ਮੇਰੇ ਤੋਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਕਮਰੇ ਚ ਇੱਕ ਵਾਰ ਜਿੱਦਾਂ ਬੁਲਾਇਆ ਸ਼ਾਮ ਨੂੰ ਡਿਊਟੀ ਟਾਈਮ ਆਫ ਦਾ ਸਮੇਂ ਵੀ 5 ਵਜੇ ਔਰ ਮੈਂ ਜੋ ਕਹਾਂਗਾ ਸੱਚ ਕਹਾਂਗਾ ਮੈਨੂੰ ਨਹੀਂ ਲੋੜ ਝੂਠ ਕਹਿਣ ਦੀ ਉਹ ਹੈਗੇ ਨਹੀਂ ਹੁਣ ਅਫਸਰ ਯਾ ਰਿਟਾਇਰ ਹੋ ਗਏ ਨਹੀਂ ਰਿਟਾਇਰ ਹੋ ਗਏ ਉਹ ਬਾਅਦ ਚ ਵੱਡੀ ਅਹੁਦੇ ਤੋਂ ਰਿਟਾਇਰ ਅੱਛਾ ਉਹਨਾਂ ਨੇ ਮੈਨੂੰ ਸਾਧ ਕੇ ਕਿਹਾ ਮੈਂ ਰਿਟਨ ਕੰਪਲੇਂਟਸ ਵੀ ਕੀਤੀਆਂ ਫੇ ਮੈਨੂੰ ਕਿਹਾ ਵੀ ਤੁਸੀਂ ਜਿਹੜਾ ਜਿਹੜਾ ਨਾ ਇਹ ਗਰੋਸਰੀ ਜਾਂ ਕੋ ਡਰਾਈ ਫਰੂਟ ਰਿਫਰੈਸ਼ਮੈਂਟ ਜੋ ਵੀ ਆਫਿਸ ਦਾ ਲੋਕਾਂ ਦਾ ਹਸਪੀਟਲਿਟੀ ਦੇ ਵਾਸਤੇ ਜੋ ਵੀ ਉਹ ਤੁਸੀਂ ਡੀ ਐਚਓ ਨੇ ਮੈਨੇਜ ਕਰਨਾ ਅੱਛਾ ਤੇ ਮੈਨੂੰ ਇਹ ਵੀ ਕਿਹਾ ਵੀ ਜਿੱਦਾਂ ਸਾਰਾ ਘਰ ਲਈ ਤਾਂ ਤੂੰ ਮੇਰਾ ਕਰਨਾ ਸਿਵਲ ਸਰਜਨ ਮੁਖੀ ਸਾਡੇ ਸੀਨੀਅਰ ਅਫਸਰ ਹੁੰਦੇ ਤੇ ਮੈਂ ਮੈਂ ਕਿਹਾ ਜੀ ਵੀ ਮੈਂ ਇੱਕ ਦੋ ਮਹੀਨੇ ਤਾਂ ਕਰ ਦੂੰਗਾ ਤੁਹਾਨੂੰ ਪਰ ਮੈਂ ਬਾਅਦ ਚ ਨਹੀਂ ਕਰਨਾ ਹੈਗਾ ਅੱਛਾ ਸਿੱਧੇ ਤੌਰ ਤੇ ਮੈਂ ਸਿੰਪਲ ਲੋਕਾਂ ਨੂੰ ਸਮਝਾ ਦਿਆਂ ਵੀ ਜਿਵੇਂ ਵੀ ਕੋਈ ਮੰਨ ਲਓ ਮੰਤਰੀ ਆ ਗਿਆ ਐਮ ਐਲ ਏ ਆ ਗਿਆ ਜਾਂ ਕੋਈ ਸਰਕਾਰੀ ਪ੍ਰੋਗਰਾਮ ਆ ਉਹ ड्राई फ्रूट खान पीने ਦਾ ਸਾਰਾ ਤੁਸੀਂ ਮੈਨੇਜ ਕਰਨਾ ਗਰੋਸਰੀ ਮੈਨੂੰ ਜੋ ਕਿਹਾ ਗਿਆ ਮੈਨੂੰ ਨਹੀਂ ਪਤਾ ਮੈਨੂੰ ਇਹ ਤੋਂ ਸਾਬਤ ਹੁੰਦਾ ਵੇ ਉਹ ਕਹਿੰਦੇ ਵੇ ਪਹਿਲਾਂ ਉਹ ਮੈਨੇਜ ਕਰਦੇ ਸੀਗੇ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਵੀ ਮੈਂ ਤਾਂ ਨਹੀਂ ਕਰਨਾ ਮੈਂ 2 ਮਹੀਨੇ ਦੇ ਦਊਗਾ ਤੁਹਾਨੂੰ ਫਿਰ ਅਸੀਂ ਕਰੋਨਾ ਚ ਵੀ ਲੰਗਰ ਵਾ ਵੰਡਿਆ ਤੁਹਾਨੂੰ ਵੀ ਦੇ ਦਾਂਗੇ ਫਿਰ ਕੋਵਿਡ ਵਿੱਚ ਲੋਕਾਂ ਦੇ ਘਰ ਜਾ ਕੇ ਕਿੰਨੀਆਂ ਕਿੱਟਾਂ ਮੈਂ ਦਿੱਤੀਆਂ ਵੀ ਤੁਹਾਨੂੰ ਵੀ ਦੇ ਦਊਗਾ ਪਰ ਮੈਂ ਨਾ ਕਿਸੇ ਤੋਂ ਲੈਣਾ ਨਹੀਂ ਮੁਫਤ ਚ ਖਰੀਦ ਕੇ ਲਿਆਉਣਾ ਤੇ ਮੈਂ ਤਨਖਾਹ ਚੋਂ ਮੈਂ 1-2 ਮਹੀਨੇ ਮੈਨੇਜ ਕਰ ਸਕਦਾ ਜਿਆਦਾ ਨਹੀਂ ਕਰ ਸਕਦਾ ਫਿਰ ਉਹਨਾਂ ਨੇ ਮੈਨੂੰ ਮਜ਼ਾਕ ਚ ਮੇਰੇ ਜੇਬ ਚ ਹੱਥ ਪਾਇਆ ਇਦਾਂ ਤੇ ਹੱਥ ਪਾ ਕੇ ਉਹ ਹੋ ਹੋ ਨਾ ਮੈਂ ਮਜ਼ਾਕ ਕਰਦਾ ਮੈਂ ਤੈਨੂੰ ਸ਼ੁਗਲ ਕਰਦਾ ਸੀ ਫਿਰ ਜੇ ਮੈਂ ਤੇਰੇ ਤੋਂ ਲੈਣੇ ਹੋਏ ਲਖਵੀਰ ਤਾਂ ਮੈਂ ਤੇਰੇ ਤੋਂ ਤੱਕ ਇਦਾਂ ਤੱਕੇ ਨਾ ਨਹੀਂ ਕੱਢ ਸਕਦਾ ਮੇਰੇ ਇਦਾਂ ਮੇਰੇ ਨਾਲ ਉਹਨਾਂ ਨੇ ਕਿਹਾ ਮੈਂ ਕਿਹਾ ਚਲੋ ਠੀਕ ਹੈ ਮਜ਼ਾਕ ਕਰਦੇ ਸੀ ਤੁਸੀਂ ਫਿਰ ਨਹੀਂ ਉਹਨਾਂ ਨੇ ਮੈਨੂੰ ਕਿਹਾ ਇਦਾਂ ਉਹਨੂੰ ਪਤਾ ਲੱਗ ਗਿਆ ਮਤਲਬ ਮੇਰਾ ਕੰਮ ਫਿਰ ਉਹਨਾਂ ਨੇ ਮੈਨੂੰ ਕਿਹਾ ਫੋਨ ਨਹੀਂ ਚੱਕਦਾ ਫੋਨ ਕੋ ਫੋਨ ਚੱਕ ਕੇ ਗੱਲ ਕਰੇ ਫੋਨ ਬੰਦ ਆ ਫਿਰ ਮੈਂ ਫੋਨ ਔਨ ਕੀਤਾ ਫੋਨ ਤੇ ਕਾਲ ਆਈ ਉਹ ਤੇ ਫਿਰ ਮੈਨੂੰ ਜਿਹੜੇ ਉਦੋਂ ਦੇ ਸਿਹਤ ਮੰਤਰੀ ਸੀਗੇ ਉਹਨਾਂ ਨੇ ਫਿਰ ਮੇਰੀ ਬਹੁਤ ਬੇਇੱਜ਼ਤੀ ਕੀਤੀ ਨਾਪਾ ਕੀਤੀ ਬਹੁਤ ਨਾਪਾ ਕੀਤੀ ਜਾਨੀ ਲੈਂਗੁਏਜ ਨਹੀਂ ਸੀ ਖਰੀ ਅਨਪਾਰਲੀਮੈਂਟਰੀ ਸੀ ਵਜਾ ਹਾਂਜੀ ਵਜਾ ਤੇ ਤੂੰ ਰਿਸਪੈਕਟ ਨਹੀਂ ਕੀਤੀ ਐਮਐਲਏ ਜੀ ਤੂੰ ਫਲਾਣੇ ਦੀ ਰਿਸਪੈਕਟ ਨਹੀਂ ਕੀਤੀ ਤੂੰ ਸਮਝਦਾ ਕੀ ਆ ਆਪਣੇ ਆਪ ਮਤਲਬ ਉਹੋ ਹੀ ਗੱਲਾਂ ਮਤਲਬ ਮੈਂ ਕਿਹਾ ਜੀ ਸੈਂਪਲਿੰਗ ਲਈ ਆ ਰਿਸਪੈਕਟ ਮੈਂ ਪੂਰੀ ਕੀਤੀ ਪਰ ਮੈਂ ਸੈਂਪਲਿੰਗ ਕੀਤੀ ਹੂੰ ਇਹ ਪ੍ਰੋਬਲਮ ਆ ਵੀ ਮੈਂ ਰਿਸਪੈਕਟ ਪੂਰੀ ਕੀਤੀ ਯਾਰ ਰਿਸਪੈਕਟ ਚ ਮੈਂ ਕੋਈ ਕਮੀ ਨਹੀਂ ਛੱਡੀ ਕਿ ਮੈਨੂੰ ਕੋਈ ਹੱਕ ਥੋੜਾ ਮੈਂ ਰਿਸਪੈਕਟ ਨਾ ਕਰਾਂ ਪ੍ਰੋਟੋਕੋਲ ਤੁਸੀਂ ਲਗਾਤਾਰ ਐਕਸ਼ਨ ਕਰ ਰਹੇ ਹੋ ਉਸ ਤੋਂ ਬਾਅਦ ਫੇਰ ਫੇਰ ਮੇਰੀ ਬਦਲੀ ਦੇ ਆਰਡਰ ਹੋ ਗਏ ਮੈਨੂੰ ਪਤਾ ਸੀ ਹੁਣ ਹੋਣੇ ਆ ਜੀ ਬਦਲੀ ਮੇਰੀ ਆਰਾਮਸਰਾ ਅਵੋਰ ਫਾਜਲ ਕਾਬੋਰ ਫੇਵੋਰਤ ਪਰੇ ਆਰਾਮਸਰਾ ਰਾਜਸਥਾਨ ਪਾਕਿਸਤਾਨ ਦਾ ਬਾਰਡਰ ਹੈ ਰਾਜਸਥਾਨ ਬਾਰਡਰ ਤੇ ਟਪਾਦਾ ਪਾਕਿਸਤਾਨ ਦਾ ਸੋਚਿਆ ਗਿਆ ਕਿੱਥੇ ਲਾਈਏ ਟੰਗੀਏ ਤਾਂ ਕਿੱਥੇ ਸਜਾ ਲੱਭਿਆ ਗਿਆ ਸਟੇਸ਼ਨ ਤੇ ਕਿੱਥੇ ਇਹਨੂੰ ਸਰ ਮੈਕਸਿਮਮ ਕਿੱਥੇ ਪਨਿਸ਼ ਕਰ ਸਕਦੇ ਜਦੋਂ ਤੁਸੀਂ ਉਹਨੂੰ ਸਜ਼ਾ ਸਮਝਿਆ ਜਾਂ ਤੁਸੀਂ ਉੱਥੇ ਵੀ ਜਾ ਕੇ ਐਕਸ਼ਨ ਕੀਤਾ ਨਹੀਂ ਨਹੀਂ ਸੁਣੋ ਮੈਂ ਗਿਆ ਹੀ ਨਹੀਂ ਉੱਥੇ ਨਹੀਂ ਗਿਆ ਸੁਣੋ ਮੇਰੀ ਗੱਲ ਮੈਂ 5 ਜੁਲਾਈ ਨੂੰ ਫਿਰ ਮੈਨੂੰ ਉੱਥੇ ਬੁਲਾ ਲਿਆ 5 ਜੁਲਾਈ ਨੂੰ ਮੰਤਰੀ ਸਾਹਿਬ ਦੇ ਘਰ 'ਚ ਜਦੋਂ ਉੱਥੇ ਬੁਲਾਇਆ 39 ਚ ਕੋਠੀ 'ਚ 39 'ਚ ਉੱਥੇ ਫਿਰ ਸੱਦ ਕੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਮੈਨੂੰ ਖੜਾ ਰੱਖਿਆ ਮੇਰਾ ਮਾਨ ਵੀ ਦੁਖੀ ਹੁੰਦਾ ਕਈ ਵਾਰੀ ਐਦਾਂ ਹੋ ਜਾਂਦਾ ਭਾਵਕ ਵੀ ਹੋ ਜਾਂਦਾ ਫਿਰ ਮੇਰੀ ਬੇਇੱਜ਼ਤੀ ਹੋ ਗਈ ਮਦਰ ਅਕੰਧਰੋਂ ਦਰਦ ਮਹਿਸੂਸ ਆਇਆ ਵੀ ਯਾਰ ਆਪਾਂ ਇੱਕ ਐਡੇ ਵੱਡੇ ਆਫੀਸਰ ਆ ਨਾ ਇੰਨੀ ਜੌਬ ਹੋ ਗਈ ਆ ਕਦੀ ਕੋ ਪੈਸਾ ਨਹੀਂ ਲਿਆ ਅਡਲਟਰੇਸ਼ਨ ਤੇ ਕੰਮ ਕੀਤਾ ਪੈ ਇਹ ਜਿਹੜਾ ਸੈਂਪਲਿੰਗ ਕੀਤੀ ਉਹ ਲੋਕਾਂ ਦੀ ਸਿਹਤ ਨੂੰ ਲੈ ਕੇ ਕੀਤੀ ਔਰ ਜਦੋਂ ਮੈਂ ਉਹ ਬੰਦੇ ਨੂੰ ਕਿਹਾ ਜਨੇ ਮੈਨੂੰ ਰੋਕਿਆ ਸੀ ਦਸੂਏ ਮੈਂ ਕਿਹਾ ਜੀ ਵੀ ਜਿਹੜੇ 5000 10000 ਵੋਟਰ ਜਿੱਥੋਂ ਲੈ ਕੇ ਖਾਂਦੇ ਉਹ ਉਹਨਾਂ ਪ੍ਰਤੀ ਵੀ ਦੋਸਤੀ ਨਿਭਾਉ ਤੁਸੀ ਇਹਦੇ ਨਾਲ ਨਿਭਾ ਰਹੇ ਜਿਹੜਾ ਵੇਚਣ ਵਾਲੇ ਨੇ ਅੱਖਾਂ 'ਚ ਦਰਦ ਤੁਹਾਡੇ ਝਲਕਦਾ ਮੈਂ ਸਾਫ਼ ਦੇਖ ਸਕਦਾ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਦਾ ਵੀ ਤਾਂ ਉਹਨਾਂ ਨੂੰ ਵੀ ਜਸਟੀਫਾਈ ਕਰੋ ਨਾ ਉਹਨਾਂ ਪ੍ਰਤੀਜਿਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਫਿਰ ਉੱਥੇ ਸੱਦ ਕੇ ਜਦੋਂ ਖੜੇ ਰੱਖਿਆ ਬਹੁਤ ਬੈਣ ਨੂੰ ਨਹੀਂ ਕਿਹਾ ਉੱਥੇ ਹੋਰ ਵੀ ਅਫਸਰ ਬੈਠੇ ਸੀ ਇਹ ਗੱਲ ਯਾਦ ਕਰਕੇ ਇਮੋਸ਼ਨਲ ਹੋ ਜਾਂਦੇ ਹਾਂ ਹਾਂਜੀ ਹੋ ਜਾਂਦਾ ਜੀ ਉਹ ਹੋਰ ਸੁਣਾ ਨਾ ਉਹ ਗੱਲ ਉੱਥੇ ਅਫਸਰ ਹੋਰ ਵੀ ਬੈਠੇ ਸੀ ਜਿਨ੍ਹਾਂ ਸਾਹਮਣੇ ਮੈਨੂੰ ਬੇਇੱਜ਼ਤ ਕੀਤਾ ਉਹ ਮੈਂ ਫੇਸ ਕੀਤਾ ਸਾਰਾ ਫਿਰ ਮੈਂ ਘਰ ਆ ਗਿਆ ਹਾਂ ਕਹ ਰਹਾ ਕਿ ਮੇਰੀ ਬੇਟੀ ਦਾ ਜਨਮ ਦਿਨ ਸੀ ਉਸ ਦਿਨ 5 ਜੁਲਾਈ ਨੂੰ 5th ਜੁਲਾਈ ਨੂੰ ਬੇਟੀ ਮੈਨੂੰ ਬਾਰ-ਬਾਰ ਮੇਰਾ ਮਨ ਬਹੁਤ ਦੁਖੀ ਸੀ ਕਿਉਂਕਿ ਮੈਂ ਜਲੀਲ ਬਹੁਤ ਹੋ ਗਿਆ ਐਮਬੈਰਸਡ ਸੀਗਾ ਫਿਰ ਮੇਰੀ ਬੇਟੀ ਮੈਨੂੰ ਬਾਰ-ਬਾਰ ਕਹਿੰਦੀ ਸੀ ਪਾਪਾ ਮੇਰਾ ਬਰਥਡੇ ਆ ਤੁਸੀਂ ਹੱਸਦੇ ਕਿਉਂ ਨਹੀਂ ਸਮਾਈਲ ਕਿਉਂ ਨਹੀਂ ਤੁਹਾਡਾ ਵੀ ਬੱਚਾ ਇਦਾਂ ਹੀ ਕਹੂ ਮੇਰਾ ਵੀ ਕਹਿੰਦਾ ਉਹ ਮੈਂ ਕਹਿੰਦਾ ਨਹੀਂ ਮੈਂ ਖੁਸ਼ ਆ ਬੇਟੇ ਆਮ ਹੈਪੀ ਤੂੰ ਜਨਮ ਦਿਨ ਤੇ ਕੇਕ ਕਟਾਂਗੇ ਮਨਾਵਾਂਗੇ ਖੁਸ਼ ਹੋਵਾਂਗੇ ਕੋਈ ਨਹੀਂ ਡੋਨਟ ਵਰੀ ਮਨ ਲਾ ਐਕਟਿੰਗ ਕੀਤੀ ਪਰ ਦੂਸਰੇ ਦਿਨ ਤੜ ਕਰਦਿਆਂ ਨੂੰ ਲੱਗਣ ਲੱਗਾ ਤੜਕੇ ਵਿੱਚ ਚੱਲ ਗਿਆ ਮੇਰਾ ਇੱਕ ਦੋਸਤ ਮੇਰੇ ਨਾਲ ਗਿਆ ਐਡਵੋਕੇਟ ਐਲ ਐ ਐਮ ਵਕੀਲ ਮਾਸਟਰ ਆ ਡਿਗਰੀ ਉਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਜਤਿੰਦਰ ਪੰਨੂ ਜੀ ਨੇ ਮੇਰੇ ਤੇ ਬਹੁਤ ਸਾਥ ਦਿੱਤਾ ਜਾਨੀ ਮੇਰੀ ਫੇਵਰ ਚ ਬੋਲੇ ਉਹ ਵੀ ੱੱਕਾ ਹੋਇਆ ਬੰਦੇ ਦਾ ਗਲਤ ਹੋ ਰਿਹਾ ਉਹ ਰਿਕਾਰਡਿੰਗ ਆ ਸਾਰਾ ਕੁਝ ਫਿਰ ਮੈਂ ਮੈਂ ਮਤਲਬ ਪੁੱਛਿਆ ਵੀ ਯਾਰ ਹਾਈ ਕੋਰਟ ਚ ਵਕੀਲ ਕਿਹੜਾ ਕਰਮ ਹੈ ਮੈਂ ਜਾਣਾ ਮੈਂ ਆਪਣੀ ਤੁਖਾਂਤ ਸੁਣਾਉਣਾ ਉੱਥੇ ਤੇ ਮੇਰੀ ਬਦਲੀ ਕਰਤੀ ਮੇਰਾ ਸਭ ਕੁਝ ਹੋ ਗਿਆ ਤੇ ਮੇਰਾ ਕਸੂਰ ਕੀ ਆ ਇਕੰਦਰੋਂ ਸੀ ਵੀ ਯਾਰ ਅੰਦਰੋਂ ਮਤਲਬ ਟੁੱਟ ਗਏ ਹੁਣ ਤਾਂ ਇਦਾਂ ਦੀ ਆ ਵੀ ਜਾਬਾਬ ਕੀ ਹੋਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝ ਮਰੂੰ ਜਦੋਂ ਆਬ ਤੇ ਹੀ ਬਣ ਗਈ ਹੁਣ ਇਤੋਂ ਫਿਰ ਹੋਰ ਕੀ ਕਰਨਾ ਮੇਰਾ ਜਜ ਬੇਜ ਬਦਰੀ ਵੀ ਹੋ ਗਈ ਬੇਜਤੀ ਵੀ ਹੋ ਗਈ ਫਿਰ ਫਿਰ ਚਲੋ ਚਲੀਏ ਹਾਈ ਕੋਰਟਸ ਫਿਰ ਰਿਕਾਰਡਿੰਗ ਦੇਤੀਆਂ ਜਾ ਕੇ ਕੋਲ ਰਿਕਾਰਡਿੰਗ ਸੀ ਕੋਲ ਰਿਕਾਰਡਿੰਗ ਸੀ ਕਿ ਜੋ ਜੋ ਮੇਰੇ ਕੋ ਐਵੀਡੈਂਸ ਸੀ ਮੈਂ ਦੇ ਦਿੱਤਾ ਤੇ ਮੇਰੇ ਨਾਲ ਇਦਾਂ ਹੋਈ ਆ ਉੱਥੇ ਮੇਰਾ ਸਟੇ ਹੋ ਗਿਆ ਜੀ ਇਹ ਪਹਿਲੇ ਹੀ ਸਟਾਪ ਟ੍ਰਾਂਸਫਰ ਰੁਕ ਗਈ ਮੇਰੇ ਡੀ ਐਚਓ ਲੱਗਾ ਰਹਿ ਗਿਆ ਹਾਂ ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਫਿਰ ਪਰ ਰੱਬ ਬੜਾ ਬਿਆਨਤਾ ਜੀ ਜਿਹੜਾ ਕਰੂਗਾ ਉੱਪਰ ਹੋਊਗਾ ਮੈਂ ਤਾਂ ਕਹੂੰਗਾ ਜੇ ਮੈਂ ਕਿਸੇ ਨਾਲ ਕਰੂੰਗਾ ਮੈਂ ਵੀ ਪਰੂੰਗਾ ਜੋ ਕੋਈ ਕਰਦਾ ਉਹ ਵੀ ਪਰੇ ਪਰੇ ਵੀ ਇਹ ਲੋਕਾਂ ਨੇ ਤੁਹਾਡੇ ਦੋਸਤ ਮਿੱਤਰ ਕਈ ਵਾਰ ਇਸ ਤਰ੍ਹਾਂ ਤੁਹਾਨੂੰ ਸਲਾਹ ਦਿੰਦੇ ਹੁੰਦੇ ਆ ਕਿ ਯਾਰ ਲਖਵੀਰ ਸਿਆਂ ਤਨਖਾਹ ਤਾਈ ਜਾਂਦੀ ਹੈ ਹਰ ਮਹੀਨੇ ਜੇ ਤੂੰ ਆ ਮਠਿਆਈਆਂ ਵਾਲਿਆਂ ਨਾਲ ਗੁਲਗੱਪਿਆਂ ਵਾਲਿਆਂ ਨਾਲ ਇਹਨਾਂ ਵੱਡੀਆਂ ਦੁਕਾਨਾਂ ਵਾਲਿਆਂ ਨਾਲ ਸੈਟਿੰਗ ਕਰ ਲੇਂਗਾ 10-15 ਲੱਖ ਤਾਂ ਮੰਥਲੀ ਮਿਲ ਜਾਣੀ ਤੁਹਾਨੂੰ 10-15 ਲੱਖ ਪਰ ਸਰ ਪੈਸਾ ਸਭ ਕੁਝ ਨਹੀਂ ਹੁੰਦਾ ਜਿਸ ਕੌਜ਼ ਲਈ ਲੱਗੇ ਆ ਨਾ ਲੇਖਾ ਦੇਣਾ ਪੈਣਾ ਤੁਹਾਨੂੰ ਮੈਂ ਨਾਲ ਮੋਹ ਨਹੀਂ ਨਹੀਂ ਜ਼ਰੂਰਤ ਜਿੰਨੀ ਮਿਲਤਾ ਰਹੀ ਆ ਮੈਨੂੰ ਲੱਗਦਾ ਜਿਹੜਾ ਰਿਕਸ਼ਾ ਚਲਾਉਣ ਵਾਲਾ ਉਹਨੂੰ ਵੀ ਰੱਬ ਦੇ ਰਿਹਾ ਜਿੰਨੀ ਕੋ ਨੀਡ ਐ ਨਾ ਉਹਦੀ ਲਈ ਤਾਂ ਰੱਬ ਹਰ ਇੱਕ ਨੂੰ ਦੇ ਰਿਹਾ ਹਮ ਸੈਲ ਪੱਥਰ ਮੈਂ ਜਾਂ ਜੰਤ ਪਾਏ ਤਾਂ ਕਰੇ ਜਕਾ ਅੱਗੇ ਕਰਤ ਰਿਹਾ ਹਮ ਹਨਾ ਉੜੇ ਉੜੇ ਆਵੇ ਸੈ ਕੋ ਸਤ ਕੋਸਾਂ ਤੇ ਇਸ ਪਾਛਾ ਬਚਰੇ ਛਰੇ ਹਰ ਪੰਛੀ ਨੂੰ ਮਗ ਤੁਦ ਕਵਣ ਖਿਲਾਵੇ ਕਵਣ ਚਗਾਵੇ ਮਨ ਵਿੱਚ ਸਿਮਰਨ ਕਰੇ ਰੱਬ ਹਰ ਇੱਕ ਨੂੰ ਤਾਂ ਦੇ ਰਿਹਾ ਹਣਾ ਜਿਹੜੇ ਇੰਨੇ ਡੇਪ ਜਲਚ ਪੰਡਸ਼ੀ ਉਹਨਾਂ ਨੇ ਵੀ ਸਾਨੂੰ ਵੀ ਦੇ ਰਿਆ ਨੇਡ ਤਾਂ ਤੁਹਾਨੂੰ ਰੱਬ ਨੇ ਠੇਕਾ ਲਿਆ ਸਾਡੀ ਫੁੱਲਫਰ ਕਰਨ ਗਰੀਡ ਤਾਂ ਕਦੀ ਨਹੀਂ ਫੁੱਲਫਰ ਹੋਣੀ ਉਹ ਤਾਂ ਸਿਕੰਦਰ ਬਾਦਸ਼ਾਹ ਦੀ ਨਹੀਂ ਉਹ ਸਾਡੇ ਕਿੱਥੋਂ ਆ ਜਾਣੀ ਔਰ ਜਿਹ ਗਰੀਡੀ ਬੰਦੇ ਕਰਪਟ ਕੀ ਸੋਚ ਕੇ ਨਿਕ ਗਰੀਡੀ ਕਰਪਟ ਔਰ ਜਿਹਨੂੰ ਕਹਿੰਦੇ ਨਾ ਬਿਨ ਸੰਤੋਖ ਨਹੀਂ ਕੋ ਰਾਜ ਹੈ ਸੰਤੋਖ ਨਹੀਂ ਹੈਗਾ ਜਿਹੜੇ ਕਰਪਟ ਬੰਦੇ ਨਹੀਂ ਤਾਂ ਜਿੰਨੀ ਕਿ ਚਾਦਰ ਆ ਉਹਨੇ ਚ ਰਹਿਣਾ ਚਾਹੀਦਾ ਮੇਰੇ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਆ ਰਿਹਾ ਸੀ ਮੈਂ ਪਿਛਲੇ ਦਿਨੀ ਤੁਹਾਡੀ ਖਬਰ ਵੀ ਦੇਖ ਰਿਆ ਸੀ ਫਿਰ ਮੇਰਾ ਸਟੇ ਹੋਇਆ ਕਿ ਮੈਂ ਗੱਲ ਕਰਾਂ ਉਹਦੇ ਜਦੋਂ ਫਿਰ ਉੱਥੇ ਫਿਰ ਮੈਂ ਨਹੀਂ ਗਿਆ ਫਿਰ ਮੈਂ ਡੱਟ ਕੇ ਸੈਂਪਲਿੰਗ ਕੀਤੀ ਜਿੱਦਾਂ ਮੈਨੂੰ ਕਰਨੀ ਚਾਹੀਦੀ ਸੀ ਫਿਰ ਮੈਂ ਜਿੱਦਾਂ ਸਮਝ ਲਵਾਂ ਕਿ ਇੱਕ ਸੋਣੀ ਨਾ ਆਪਣਾ ਲੈਬਲ ਕਾ ਫੋਰਨ ਤੋਂ ਕਾਲ ਆਉਂਦੀ ਹੈ ਜਿੱਦਾਂ ਇਦਾਂ ਮੈਨੂੰ ਕਾਲਸ ਆਈ ਜਾਂਦੀਆਂ ਆਹ ਕਾਲ ਵਿਦੇਸ਼ ਨੰਬਰ ਤੋਂ ਆਈ ਹੈ ਦਿਖਾ ਵੀ ਦਿਓ ਇੱਕ ਵਾਰ ਕਿਵੇਂ ਹਾਂ ਜੀ ਆਹ ਪਲੱਸ 40 ਹੀ ਆ ਕੋਈ ਹਾਂ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਜਲੰਧਾ ਦਾ ਰਹਿਣ ਵਾਲਾ ਆ ਤੇ ਵੈਸੇ ਮੈਂ ਇਸ ਟਾਈਮ ਰਮਾਨੀਆਂ ਕਿਹ ਅਸਰ ਰਮਾਨੀਆਂ ਚ ਹਾਂਜੀ ਥੋੜੀ ਛੋਟੀ ਗੱਲ ਕਰਿਓ ਕਿਉਂਕਿ ਮੈਂ ਨਾ ਫਿਰ ਤੁਹਾਨੂੰ ਕਾਲ ਮੈਨੂੰ ਪਵਾ 2 ਘੰਟੇ ਬਾਅਦ ਕਰ ਲਿਓ ਹੁਣ ਥੋੜੀ ਜੀ ਗੱਲ ਕਰ ਲਓ ਹਾਂਜੀ ਬਸ ਇਹ ਇਹੀ ਸੀਗਾ ਵੀ ਜਾਨੀ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀਂ ਧੰਨਵਾਦ ਹੈ ਤੁਹਾਡਾ ਜੀ ਪੰਜਾਬ ਨੂੰ ਬਚਾਉਣ ਵਾਸਤੇ ਥੈਂਕ ਯੂ ਸ਼ੁਕਰੀਆ ਪੰਜਾਬ ਲਈ ਪਿਆਰ ਕਰਨ ਲਈ ਤੁਹਾਡਾ ਵੀ ਮੇਰਾ ਵੀ ਸਭ ਦਾ ਸ਼ੁਕਰੀਆ ਜੀ ਟੀ ਬਹੁਤ ਹੀ ਵਧੀਆ ਮੈਂ ਵੀਡੀਓ ਹੌਂਦੀ ਤੁਹਾਡੀ ਦੇਖਦਾ ਅਟਿਆ ਸੀਗਾ ਸ਼ਹਿਰਪੁਰ ਦੀ ਬਹੁਤ ਹੀ ਵਧੀਆ ਸਾਨੂੰ ਚੰਗਾ ਲੱਗਦਾ ਬਹੁਤ ਵਧੀਆ ਮਿਹਰਬਾਨੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇਗਾ ਥੈਂਕ ਯੂ ਥੈਂਕ ਯੂ ਸ਼ੁਕਰੀਆ ਭਾਜੀ ਆਪੇ ਸਰ ਤੁਸੀਂ ਹੁਣ ਬਿਜ਼ੀ ਹੋਣੇ ਫੇਰ ਕਰਾਂਗੇ ਫੇਰ ਕਰਿਓ ਮੈਨੂੰ ਕੋਈ ਨਹੀਂ ਹੁਣ ਮੈਂ ਥੋੜਾ ਬਿਜ਼ੀ ਹਾਂ ਠੀਕ ਹੈ ਥੈਂਕ ਯੂ ਤਾਂ ਅਰਮੇਨੀਆ ਤੋਂ ਅਰਮੇਨੀਆ ਅਰਮੇਨੀਆ ਇਹਨਾਂ ਨੂੰ ਲਗਾਤਾਰ ਕਾਲ ਆ ਰਹੇ ਹੋਰ ਵੀ ਬਹੁਤ ਸਾਰੇ ਕਿਉਂਕਿ ਮੇਰੇ ਬੈਠੇ ਰਹਿ ਕੇ ਮੈਂ ਸਾਰੀ ਸਾਰੀ ਰਾਤ ਕਿਉਂਕਿ ਉਹਨਾਂ ਦਾ ਉਧਰ ਦਿਨ ਹੁੰਦਾ ਸਾਡਾ ਰਾਤ ਹੁੰਦਾ ਤੇ ਉਹ ਆਪਣੇ ਹਿਸਾਬ ਨਾਲ ਕਾਲ ਕਰ ਲੈਂਦੇ ਇੱਕ ਘੰਟੇ ਤੋਂ ਡੇਢ ਘੰਟੇ ਜਿੰਨਾਂ ਦਾ ਸੱਤ ਸੌ ਕਾਲ ਆ ਗਏ ਹਿਸਾਬ ਨਾਲ ਦੀ ਮੈਂ ਕਿਹੜਾ ਤੁਹਾਨੂੰ ਸੈਂਕੜੇ ਕਾਲ ਬਹੁਤ ਕਾਲ ਅੱਛਾ ਗੱਲ ਕੰਪਲੀਟ ਕਰੋ ਫਿਰ ਤੁਸੀਂ ਡਟ ਕੇ ਸੈਂਪਲ ਲਏ ਹੈ ਫਿਰ ਮੈਂ ਮਤਲਬ ਫਿਰ ਮੈਨੂੰ ਹੋਰ ਲੱਗਿਆ ਵੀ ਯਾਰ ਭਈ ਸੱਚ ਸੱਚ ਦੀ ਜਿੱਤ ਹੋਈ ਹਾਂ ਭਾਵੇਂ ਮਨਜੋਗ ਅਦਾਲਤ ਵਿੱਚ ਜਾ ਕੇ ਹਾਈ ਕੋਰਟ ਚ ਹੋਈ ਪਰ ਦਿੱਤ ਹੋਈ ਸੱਚ ਦੀ ਫਿਰ ਮੈਂ ਕਹਾ ਜੇ ਲਖਵੇਰ ਤੇ ਨਾਲ ਰੱਬ ਖੜਾ ਆ ਪਰਮਾਤਮਾ ਖੜਾ ਆ ਚਾਹੇ ਹਾਈ ਕੋਰਟ ਦੇ ਜ਼ਰੀਏ ਤੇਰੀ ਮਦਦ ਹੋਈ ਜਾਂ ਕਿਸੇ ਤਰ੍ਹਾਂ ਵੀ ਹੋਈ ਆ ਤੇ ਹੁਣ ਕੰਮ ਕਰ ਡਟ ਕੇ ਤੇਰਾ ਹੋਰ ਜਿਆਦਾ ਜ਼ਿੰਮੇਵਾਰੀ ਬਣ ਗਈ ਆ ਤੇਰੇ ਚ ਤੇਰੇ ਚ ਹਾਈ ਕੋਰਟ ਨੇ ਵੀ ਪਰੋਸਾ ਪ੍ਰਗਟ ਕੀਤਾ ਤੇਰੇ ਚ ਮੇਰੇ ਚ ਤਾਂ ਹੀ ਸਟੇ ਦਿੱਤਾ ਨਾ ਉਹਨਾਂ ਮੈਨ ਲੱਗਾ ਵੀ ਬੰਦਾ ਨਜਾਇਜ਼ ਹੋ ਗਿਆ ਇਹਦੇ ਨਾਲ ਉਹਨੂੰ ਮੇਰੇ ਕੰਮ ਤੇ ਕੰਮ ਮੇਰਾ ਠੀਕ ਲੱਗਾ ਠੀਕ ਹੈ ਨਾ ਫਿਰ ਮੈਂ ਕੀਤਾ ਕੰਮ ਮੈਂ ਕਰਦਾ ਰਿਹਾ ਫਿਰ ਮੈਂ ਪੈਸੇ ਪੁੱਛੇ ਦੀ ਤਾਂ ਮੇਰੇ ਕਦੇ ਚਿੱਤ ਖਿਆਲ ਚ ਵੀ ਨਹੀਂ ਆਈ ਪੈਸਾ ਲੈਣਾ ਮੈਨੂੰ ਪਰਿਵਾਰ ਨਹੀਂ ਕਹਿੰਦਾ ਵੀ ਪੈਸੇ ਚਾਰ ਇਕੱਠੇ ਕਰ ਲੋ ਬਾਕੀ ਦੇ ਵੀ ਦਈ ਜਾਂਦੇ ਆ ਕਦੀ ਵੀ ਨਹੀਂ ਮੇਰੇ ਬੱਚੇ ਕਦੀ ਵੀ ਨਹੀਂ ਕੋਈ ਲਾਇਕ ਨਹੀਂ ਮੈਂ ਮੈਂ ਤੁਹਾਨੂੰ ਦੱਸਿਆ ਨਾ ਜਿੱਦਾਂ ਮੇਰਾ ਬਰੌਟ ਅਪ ਹੋਇਆ ਜਿੱਦਾਂ ਮੈਂ ਇਦਾਂ ਦੇ ਪੜਿਆ ਹਾਲਾਤਾਂ ਚ ਮੇਰੇ ਬੱਚੇ ਵੀ ਤਾਂ ਮੈਂ ਉਹਨਾਂ ਨੂੰ ਦੇ ਰਿਆਂ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਨਹੀਂ ਬਰੌਟ ਅਪ ਕਰ ਰਿਆਂ ਮੈਂ ਕਰਾਪਟਾ ਥੋੜਾ ਨਿਆਣੇ ਆਪਣੇ ਬਣਾਉਣੇ ਮੈਂ ਆਪਣੇ ਬੱਚਿਆਂ ਨੂੰ ਸਿੱਖਿਆ ਹੀ ਇਦਾਂ ਦੀ ਦਿੰਨਾ ਤੇ ਜੋ ਮਿਹਨਤ ਕਰਕੇ ਕਮਾਉਣਾ ਪੈਸਾ ਆਪਣਾ ਆਪਣੀ ਜਿੰਦਗੀ ਬਸ਼ਰ ਕਰਨੀ ਆ ਘੱਟ ਖਾ ਲਵਾਂਗੇ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਆ ਛੋਟੀ ਗੱਡੀ ਚ ਵੀ ਮਨਜ਼ੂਰ ਆ ਸਕੂਟਰ ਵੀ ਮਨਜ਼ੂਰ ਆ ਪਰ ਲੁੱਟ ਕੇ ਨਹੀਂ ਲੈਣਾ ਸਮਾਜ ਨੂੰ ਲੋਕਾਂ ਨੂੰ ਕਿਸੇ ਦੇ ਜੇਬ ਵਾਲ ਨਹੀਂ ਦੇਖਣਾ ਲੁੱਟ ਕੇ ਪੈਸਾ ਕਮਾ ਕੇ ਫੋਰਚੂਨਰ ਨਹੀਂ ਲੈਉਣੀ ਫੋਰਚੂਨਰ ਨਹੀਂ ਲੈਉਣੀ ਇਹ ਜਿਹੜੇ ਜਿਹੜੇ ਲਾਸਟ ਆ ਨਾ ਇਹ ਲਾਸਟ ਬੰਦੇ ਨੂੰ ਨਰਕਾਂ ਚ ਲੈ ਜਾਊਗੀ ਡੋਬ ਦਊਗੀ ਇੱਕ ਦਿਨ ਔਰ ਉਹਨਾਂ ਦੇ ਬੱਚੇ ਵੀ ਡੁੱਬ ਜਾਣਗੇ ਪੱਕੀ ਗੱਲ ਆ ਜੀ ਨਹੀਂ ਤਾਂ ਫੇ ਗੁਰੂ ਨਾਨਕ ਸਾਹਿਬ ਦੀ ਜਾਂ ਗੁਰਬਾਣੀ ਦੀਆਂ ਸਟੇਟਮੈਂਟਾਂ ਕਿਦਾਂ ਉਹ ਨਹੀਂ ਸਹੀ ਹੈਗੀਆਂ ਤਿੰਨ ਕਾਲ ਸੱਤ ਆ ਉਹ ਜੇ ਕਹਿੰਦੇ ਆਪੇ ਹੀ ਬੀਜ ਆਪੇ ਹੀ ਖਾ ਜੇ ਉਹ ਕਹਿੰਦੇ ਲੋੜੇ ਦਾਖ ਵਿਜੋਰੀਆਂ ਕਿਕਰ ਬੀਜੇ ਜੱਟ ਇਹ ਤੈਨੂੰ ਦਾਖਾਂ ਨਹੀਂ ਲੱਭਣੀਆਂ ਕਿਕਰਾਂ ਬੀਜ ਕੇ ਸੋ ਉਹ ਸਾਰਾ ਕੁਝ ਅਸੀਂ ਪੜ ਦਿੱਤਾ ਜ ਰਹੇ ਆ ਜੋ ਸੋ ਸੋਸ਼ਲ ਜੋ ਜੋ ਬੀਜੂਗੇ ਵੱਡੋਂਗੇ ਫਿਰ ਆਪਾਂ ਬੱਚਿਆਂ ਨੂੰ ਕਿਉਂ ਇਦਾਂ ਦਾ ਬੀਜ ਪਾਉਣ ਨੂੰ ਕਹਾਂਗੇ ਸੋ ਗੱਲ ਉਹ ਵੀ ਬੱਚੇ ਨਹੀਂ ਇਦਾਂ ਦਾ ਕਦੀ ਕੋਈ ਗੱਲ ਨਹੀਂ ਹੁਣ ਜਦੋਂ ਬੱਚਿਆਂ ਦੀ ਕੋਈ ਫੀਸ ਆ ਜਾਂਦੀ ਹੈ ਕਈ ਵਾਰੀ ਭਾਵੇਂ ਅਸੀਂ ਵੱਡੀ ਤਨਖਾਹ ਲੈ ਲੈਂਦੇ ਆ ਪਰ ਫੀਸਾਂ ਵੀ ਅੱਜਕੱਲ ਵੱਡੀਆਂ ਜਦੋਂ ਉਹਨੀਆਂ ਬਜਟ ਹਿੱਲ ਜਾਂਦਾ ਹਮ ਕਈ ਵਾਰੀ ਪਰ ਈਮਾਨ ਨਹੀਂ ਹਿੱਲਿਆ ਬੱਚੇ ਨਾਲ ਨਹੀਂ ਰੱਖਦੇ ਤੁਸੀਂ ਬੱਚੇ ਮੇਰੇ ਚਲੇ ਗਏ ਕਿਉਂਕਿ ਮੈਂ ਮੈਂ ਨਹੀਂ ਛੱਡਣਾ ਹੁਸ਼ਾਰਪੁਰ ਹਮ ਮੇਰਾ ਪਿਆਰ ਹੈ ਨਾ ਹਮ ਕਿਉਂਕਿ ਮੈਂ ਪਹਿਲਾਂ ਦਸੂਏ ਇੰਨਾ ਚੜਿਆ ਫਿਰ ਮੈਂ ਇੱਥੇ ਆ ਗਿਆ ਹੁਣ ਹੁਣ ਮੈਨੂੰ 20 ਸਾਲ ਦੇ ਕਰੀਬ ਇੱਥੇ ਹੋ ਗਿਆ ਦੋ ਦਹਾਕਿਆਂ ਤੋਂ ਮੈਂ ਰਹਿ ਰਿਹਾ ਕਿੰਨਾ ਮੇਰਾ ਪਿਆਰ ਸਰਕਲ ਬਣਿਆ ਹੁਣ ਮੈਂ ਚੰਡੀਗੜ੍ਹ ਜਾਊਂਗਾ ਉੱਥੇ ਕਿਤੇ ਹੋਰ ਰਹੂੰਗਾ ਉੱਥੇ ਮੈਂ ਫੇਬ ਲੈ ਕੇ ਜਾਊਗਾ ਤਦ ਨੂੰ ਮੇਰੀ ਮਰਤੂ ਦਾ ਟਾਈਮ ਆ ਜਾਊਗਾ ਹੋਰ 10 ਸਾਲਾਂ ਬਾਅਦ ਨੂੰ ਮੈਂ ਤਾਂ ਫੇਰ ਕੀ ਕਰਨਾ ਮੈਂ ਤਾਂ ਇਹੀ ਕੰਮ ਲੱਗਾ ਰਾਂ ਮੈਂ ਇੱਥੇ ਪਿਆਰ ਹੈ ਮੈਂ ਇਹਨਾਂ ਵਿੱਚ ਰੂੰਗਾ ਲੋਕਾਂ ਵਿੱਚ ਮੈਂ ਵੀਕਐਂਡ ਤੇ ਫੈਮਿਲੀ ਨੂੰ ਮੈਂ ਚਲ ਜਾਊਂ ਕਰਾਂਗਾ ਚਲ ਜਾਈਂ ਚਰੇਂਦੀ ਤੁਹਾਡੀ ਉਹ ਮੋਹਾਲੀ ਜ਼ਿਲ੍ਹੇ ਚ ਰੈਂਦੇ ਉੱਥੇ ਹਾਂਜੀ ਉੱਥੇ ਬਦਲੀ ਕਰਾ ਗਏ ਉੱਥੇ ਰਹਿੰਦੇ ਆ ਵਾਈਫ ਬੱਚੇ ਉੱਥੇ ਪੜਦੇ ਆਪਣੇ ਆਪਣੇ ਜਗ੍ਹਾ ਪ੍ਰਭੂ ਬੈਠਾ ਅਕਾਲਪੁਰਖ ਸਾਹਿਬ ਉਹਨਾਂ ਦਾ ਫਿਕਰ ਕਰੂਗਾ ਫਿਕਰ ਕਰੂਗਾ ਮੈਂ ਆਪਣਾ ਡਿਊਟੀ ਕਰਦਾ ਮੈਂ ਸਮਾਜ ਲਈ ਕਰਦਾ ਮੈਂ ਰੱਬ ਦਾ ਹੁਕਮ ਮੰਨ ਰਿਹਾ ਬਹੁਤ ਬਹੁਤ ਡੀਪਲੀ ਬਲੀਵ ਕਰਦਾ ਬਹੁਤ ਜ਼ਿਆਦਾ ਬਹੁਤ ਡੀਪ ਬਲੀਵਰ ਹਾਂ ਬਹੁਤ ਜ਼ਿਆਦਾ ਹਾਂ ਨਾਸਤਿਕ ਨਹੀਂ ਮੈਂ ਹਾਂ ਪਰ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਲੱਗਦਾ ਮੈਂ ਨਾਸਤਿਕ ਨਹੀਂ ਹਾਂ ਪਰ ਮੈਂ ਜਦੋਂ ਉਹ ਨਾ ਕੰਟਰੀਆਂ ਨੂੰ ਦੇਖਦਾ ਨਾ ਜਿਹੜੇ ਕੰਟਰੀ ਪਿੱਛੇ ਜੇ ਮੈਨੂੰ ਵਿਜੀਲੈਂਸ ਅਵੇਅਰਨੈਸ ਵੀਕਸ ਤੇ ਸਪੀਕਰ ਚੁਣਿਆ ਉਹਨੇ ਹਰ ਵਾਰੀ ਚੁਣਦੇ ਹੋ ਮੈਨੂੰ ਕਿੱਥੇ ਵਿਜੀਲੈਂਸ ਅਵੇਅਰਨੈਸ ਜਾਗਰੂਕਤਾ ਹਫਤੇ ਉਹ ਮੈਨੂੰ ਸਪੀਕਰ ਬਣਾਉਂਦੇ ਜਿੱਦਾਂ ਕਿਤੇ ਉੱਥੇ ਜਦੋਂ ਮੈਂ ਕਰਾਪਸ਼ਨ ਤੇ ਬੋਲਦਾ ਤੇ ਮੈਂ ਉੱਥੇ ਜਦੋਂ ਮੈਂ ਡਾਟੇ ਕੱਢਦਾ ਫਿਰ Google ਤੋਂ ਸਰਚ ਮਾਰਦਾ ਮੈਨੂੰ ਲੈਕਚਰ ਕਰਨ ਲਈ ਮਟੀਰੀਅਲ ਚਾਹੀਦਾ ਹੁੰਦਾ ਫਿਰ ਜਦੋਂ ਮੈਂ ਉਹਦੇ 'ਚ ਦੇਖਿਆ ਵੀ ਜਿਹੜੇ ਕ腐ਪਸ਼ਨ ਫ੍ਰੀ ਮੁਲਕ ਕਿਹੜੇ ਜਿਨ੍ਹਾਂ 'ਚ ਭ੍ਰਿਸ਼ਟਾਚਾਰ ਹੈ ਹੀ ਨਹੀਂਗਾ ਉਹ ਮੈਂ ਕੰਟਰੀ ਕੱਢੇ ਚਾਹ ਡੈਨਮਾਰਕ ਨਿਊਜ਼ੀਲੈਂਡ ਸਵੀਡਨ ਹਨਾ ਹਾਲੈਂਡ ਇਦਾਂ ਕੋਈ ਕੰਟਰੀ ਕੱਢੇ ਜਿਹੜੇ ਫਿਰ ਮੈਂ ਵਿਕਰਮ ਜੀ ਸੀਰੀਅਸ ਮੈਟਰ ਹੈ ਤੁਸੀਂ ਵੀ ਇਸ ਗੱਲ ਨੂੰ ਦੇਖੋਗੇ ਗਣੇ ਤਾਂ ਦੇਖੋ ਜ਼ਿੰਦਗੀ ਦਾ ਕਿੱਦਾਂ ਦਾ ਉਹਨਾਂ ਦਾ ਮੈਂ ਕੱਢਿਆ ਵੀ ਉਹ ਮੁਲਕ ਜਿਹੜੇ ਧਾਰਮਿਕ ਕਿੰਨੇ ਕ ਉਹ ਗੋਡ ਚ ਕਿੰਨੇ ਕ ਬਲੀਵਰ ਆ ਤੁਸੀਂ ਮੇਰੀ ਗੱਲ ਕੀਤੀ ਮੈਂ ਜਦੋਂ ਉਹਨਾਂ ਚ ਦੇਖਿਆ ਵੀ ਉਹ ਤਾਂ ਲਗਭਗ ਨਾਸਤਿਕ ਮੁਲਕ ਆ ਤੁਸੀਂ ਪੜ੍ਹ ਕੇ ਦੇਖ ਲਓ ਜਿਹੜੇ ਕ腐ਸ਼ਨ ਫਰੀ ਮੁਲਕ ਹਨ ਜਿਹੜੇ ਬਿਲਕੁਲ ਆਲਮੋਸਟ ਨਾਸਤਿਕ ਜਿਹੇ ਆ ਜੋ ਮੈਂ ਗੂਗਲ ਤੇ ਸਰਚ ਮਾਰ ਕੇ ਕੱਢਿਆ ਫਿਰ ਮੈਨੂੰ ਇਹ ਚਿੰਤਾ ਹੋਈ ਵੀ ਯਾਰ ਸਾਡੇ ਤਾਂ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਅਸੀਂ ਤਾਂ ਰੱਬ ਨੂੰ ਮੰਨਣ ਵਾਲੇ ਸੀ ਸਾਡਾ ਤਾਂ ਮੁਲਕ ਸਾਰਾ ਆਸਤਿਕ ਹੈ ਹਨਾ ਮਤਲਬ ਫਿਰ ਆਪਾਂ ਦਾ ਤਾਂ ਕਿਰਦਾਰ ਬਹੁਤ ਉੱਚਾ ਚਾਹੀਦਾ ਸਾਡੇ ਤਾਂ ਕ腐ਸ਼ਨ ਦਾ ਨਾਂ ਨਿਸ਼ਾਨ ਨਹੀਂ ਚਾਹੀਦਾ ਮਤਲਬ ਉਹ ਮੋਹ ਮਾਇਆ ਉਹ ਉਹ ਲੋਕ ਇੰਨੇ ਮੋਹ ਮਾਇਆ ਦੇ ਚੱਕਰ ਚ ਨਹੀਂ ਪੈਂਦੇ ਜਿੰਨੇ ਅਸੀਂ ਜੋੜਨ ਦੇ ਚੱਕਰ ਚ ਹਾਂ ਨਾ ਮਤਲਬ ਕਿਤੇ ਨਾ ਕਿਤੇ ਮੈਸੂੂਸ ਹੁੰਦਾ ਵੀ ਧਰਮ ਦੀ ਜਿਹੜੀ ਪਰਿਭਾਸ਼ਾ ਆ ਧਰਮ ਕਰਮ ਵਿੱਚ ਪ੍ਰਗਟ ਹੋਣਾ ਚਾਹੀਦਾ ਜਿਹੜਾ ਧਰਮ ਆ ਨਾ ਉਹ ਤੁਹਾਡੇ ਕਰਮ ਚ ਵੀ ਨਜ਼ਰ ਆਉਣਾ ਰਿਫਲੈਕਟ ਹੋਣਾ ਚਾਹੀਦਾ ਸੋ ਤੁਸੀਂ ਧਰਮ ਨਹੀਂ ਹੋ ਧਰਮ ਦੁਕਾਨਦਾਰੀਆਂ ਬਣ ਗਏ ਹੁਣ ਤਾਂ ਚਲੋ ਇਹਦੇ ਤੇ ਕੀ ਕਹਿਣਾ ਪਰ ਧਰਮ ਕਰਮ ਵਿੱਚ ਪ੍ਰਗਟ ਹੋਣਾ ਚਾਹੀਦਾ ਰਿਲੀਜੀਅਨ ਜਿਹੜਾ ਨਾ ਨਹੀਂ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਨਵੀਂ ਸਰਕਾਰ ਆਈ ਮੈਂ ਇਹਦੇ ਤੇ ਜ਼ਰੂਰ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਜਿਹੜੀ ਹੁਣ ਆ ਕਿ ਇਹ ਵੀ ਪੁਰਾਣੀਆਂ ਸਰਕਾਰਾਂ ਤਰ੍ਹਾਂ ਤੁਹਾਨੂੰ ਤੰਗ ਕਰਦੇ ਆ ਮੰਤਰੀ ਐਮ ਐਲ ਏ ਜਾਂ ਕੁਝ ਬਦਲਾਅ ਵਾਕਈ ਨਜ਼ਰ ਆਇਆ ਤੁਹਾਡੇ ਸਾਹਮਣੇ ਆ ਜਿੱਦਾਂ ਕੰਮ ਕਰ ਰਹੇ ਆ ਪਰ ਫੇਰ ਵੀ ਡੀ ਐਚਓ ਲੱਗੇ ਆ ਜੇ ਸਰਕਾਰ ਬਹੁਤ ਐਂਟੀ ਹੁੰਦੀ ਜਾਂ ਕੰਮ ਕਰਨ ਦੇ ਦਿੱਕਤ ਪੈਦਾ ਕਰਦੀ ਫੇਰ ਮੇਰੀ ਬਦਲੀ ਕਰ ਦੇਣੀ ਸੀ ਛੱਟੀ ਇਹਨਾਂ ਨੇ ਕਿਉਂਕਿ ਕੰਮ ਤਾਂ ਮੈਂ ਹੁਣ ਵੀ ਓਦਾਂ ਦਾ ਹੀ ਕਰਦਾ ਜਿਹਨੂੰ ਲੋਕ ਪੁੱਠੇ ਕਹਿੰਦੇ ਹੋਣੇ ਜਾਂ ਉਹ ਪੁੱਠੇ ਇੱਕ ਸਵਾਲ ਸੀਗਾ ਤੁਹਾਡਾ ਫੇਰ ਤੁਹਾਡੇ ਦੋਸਤ ਤੁਹਾਨੂੰ ਨਹੀਂ ਕਹਿੰਦੇ ਫੇਰ ਜਿੱਦਾਂ ਕਈ ਵਾਰੀ ਤੂੰ ਕਿਹੜੇ ਆਹ ਗੱਲ ਪਹਿਲਾਂ ਕੰਪਲੀਟ ਕਰ ਦਿਓ ਕਿ ਤੁਹਾਨੂੰ ਕੋਈ ਕਦੇ ਇੰਟਰਫੇਅਰ ਕਰਿਆ ਕਿ ਨਹੀਂ ਸ ਇੰਟਰਫੀਰੈਂਸ ਬਹੁਤ ਮਾਈਲਡ ਹੋਈ ਆ ਪਹਿਲਾਂ ਜਦੋਂ ਜਦ ਜਲੰਧਰ ਗਏ ਆ ਹੂੰ ਉੱਥੇ ਵੀ ਜਿੱਦਾਂ ਉਹਨਾਂ ਨੂੰ ਲੱਗਣ ਲੱਗ ਪਿਆ ਹੌਲੀ ਹੌਲੀ ਕਿ ਇਹ ਬੰਦੇ ਨੂੰ ਫਾਇਦਾ ਨਹੀਂ ਫੋਨ ਫੋਨ ਕਰਨ ਦਾ ਇਹਨੇ ਢੀਠ ਹੈ ਇਹਨੇ ਜਿੱਥੇ ਸੈਂਪਲ ਲੈਣਾ ਲੈ ਹੀ ਲੈਣਾ ਫਿਰ ਜਦੋਂ ਤੁਹਾਨੂੰ ਲੱਗਦਾ ਕਿ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ ਉੱਥੇ ਫਿਰ ਚੁੱਪ ਕਰਨਾ ਹੀ ਪਸੰਦ ਕਰਦੇ ਅਗਲੇ ਨਾਕ ਹੋਏ ਨੂੰ ਫਾਇਦਾ ਕੀ ਅਗਲਿਆਂ ਦੀ ਆਪਣੀ ਵੀ ਲੱਗਦਾ ਮੋਰਓਵਰ ਮੋਰਓਵਰ ਇਹ ਜਿਹੜਾ ਇੱਥੇ ਥੋੜਾ ਜਿਹਾ ਥੋੜ ਮਤਲਬ ਅੱਛਾ ਲੱਗਾ ਮਜ਼ਾ ਆਇਆ ਸਰਕਾਰ ਚ ਕੰਮ ਕਰਨ ਦਾ ਤੇ ਥੋੜਾ ਖੁੱਲੇ ਹੱਥ ਖੁੱਲੇ ਆ ਵੀ ਜਿੱਦਾਂ ਜਿੱਦਾਂ ਤਰਨ ਤਰਨ ਸੈਂਪਲਿੰਗ ਕੀਤੀ ਆ ਹੁਣ ਉੱਥੇ ਦੇ ਐਮਐਲਏ ਸਾਹਿਬ ਨੇ ਮੈਨੂੰ ਖੁਦ ਬੁਲਾਇਆ ਵੀ ਚਾਹ ਪੀਣੀ ਘਰ ਆਇਓ ਅੱਛਾ ਤੇ ਮੈਂ ਜਦੋਂ ਗਿਆ ਮੈਨੂੰ ਸੀਗਾ ਸ਼ਾਇਦ ਇਹ ਮੈਨੂੰ ਕਹਿਣਗੇ ਵੀ ਤੂੰ ਸੈਂਪਲਿੰਗ ਕਰਦਾ ਇਦਾਂ ਕਰਦਾ ਮਨ 'ਚ ਸੀਗੀ ਗੱਲ ਅੱਛਾ ਪਰ ਜਦੋਂ ਉਹਨਾਂ ਨਾਲ ਜਾ ਕੇ ਬੈਠਾ ਤਾਂ ਉਹਨਾਂ ਨੇ ਮੈਨੂੰ ਲਿਸਟ ਦਿੱਤੀ ਹੂੰ ਤੇ ਫੋਨ ਆਉਂਦੇ ਆ ਕਾਲਸ ਬਹੁਤ ਛੱਡੀਏ ਤੇ ਉਹ ਜਦੋਂ ਸੈਂਪਲਿੰਗ ਉਹਨਾਂ ਨੇ ਮੈਨੂੰ ਕਿਹਾ ਡਾਕਟਰ ਸਾਹਿਬ ਆਹ ਬੰਦੇ ਆ ਤੇ ਬਹੁਤ ਇਲਾਕੇ ਨੂੰ ਸ਼ਿਕਾਇਤ ਹੈ ਇਹ ਮਿਲਾਵਟ ਖੋਰੀ ਕਰਦੇ ਇਹਨਾਂ ਦੀ ਸੈਂਪਲਿੰਗ ਜ਼ਰੂਰ ਕਰੋ ਮਤਲਬ ਕੋਈ ਰੋਕਣ ਦੀ ਕਰਦਾ ਸੈਂਪਲ ਤੇ ਕੋਈ ਕਰਾਉਣ ਦੀ ਕਰਦਾ ਫਰਕ ਤਾਂ ਦੋਨਾਂ ਚ ਨਾ ਕੋਈ ਕਹਿੰਦਾ ਰੁਕ ਰੋਕ ਰਿਹਾ ਕੋਈ ਕਹਿੰਦਾ ਕਰੋ ਇਹਦੀ ਦਿਸ ਇਜ਼ ਦਾ ਡਿਫਰੈਂਸ ਸੋ ਸਰਕਾਰ ਚ ਇਹ ਇੱਕ ਅੰਤਰ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਮੇਰਾ ਪ੍ਰੈਕਟੀਕਲ ਜੋ ਦੇਖਿਆ ਅਗਲੀ ਗੱਲ ਦੋਸਤਾਂ ਦੀ ਹੁਣ ਜਦੋਂ ਮੇਰੀ ਬਦਲੀ ਹੋਈ ਨਾ ਉੱਥੇ ਵਿਕਰ ਮੈਂ ਮੈਨੂੰ ਉਹਨੇ ਇੱਕ ਦੋਸਤ ਨੇ ਕਿਹਾ ਪਹਿਲਾ ਡੀ ਐਚਓ ਸੀਗਾ ਤੇ ਉਹ ਮੈਨੂੰ ਕਹਿੰਦਾ ਤੂੰ ਬੜੇ ਪੰਜਾਬੀ ਚ ਗਾਵਾ ਹੁਣ ਮੈਂ ਲਫਜ਼ ਬੋਲਾ ਉਹ ਪੰਜਾਬੀ ਦਾ ਜਿਹੜਾ ਬੋਲੇ ਕਹਿੰਦਾ ਤੂੰ ਬੜੀ ਪੂਸ਼ ਚੱਕੀ ਸੀਗੀ ਹਾਂ ਕਹਿੰਦਾ ਹੁਣ ਲੈ ਲੈ ਮਜ਼ਾ ਜਦੋਂ ਬੋਰ ਫਜ਼ਲ ਕਾ ਬਦਲੀ ਹੋ ਗਈ ਤੈਨੂੰ ਕਹਿੰਦੇ ਹੁੰਦੇ ਵੀ ਨਾ ਕਰ ਬਹੁਤਾ ਪੰਗੇ ਨਾ ਲੈ ਹਾਂ ਹਾਂ ਮੈਂ ਪਤਾ ਕੀ ਕਹਾ ਮੈਂ ਕਹਾ ਜੋ ਤੁਹਾਡੇ ਕੰਡੇ ਵਿਜਿਓ ਚੁਗ ਰਹੇ ਹਾਂ ਜੋ ਤੁਹਾਡੀਆਂ ਪਿਰ ਤਾਂ ਪਾਈਆਂ ਉਹਦੇ ਕਰਕੇ ਤਕਲੀਫ ਹੋ ਰਹੀ ਮੈਨੂੰ ਤੁਹਾਡਾ ਦੋਸਤ ਡੀ ਐਚ ਸੀ ਮੇਰੇ ਤੋਂ ਪਹਿਲਾਂ ਹੋਏ ਸੀ ਪਹਿਲਾਂ ਸੀ ਠੀਕ ਹੈ ਪਹਿਲਾਂ ਮੈਂ ਕਹਾ ਤੁਸੀਂ ਲੋਕਾਂ ਨੇ ਜੋ ਕੀਤਾ ਨਾ ਉਹ ਮੈਂ ਸਫਰ ਕਰ ਰਹੇ ਹਾਂ ਤੁਹਾਨੂੰ ਸੱਚੀ ਦੱਸਾਂ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਦਾਂ ਮੈਨੇਜ ਹੋ ਜਾਣਾ ਉਹਨਾਂ ਨੂੰ ਲੱਗਦਾ ਸੀ ਇਹਨੂੰ ਇਦਾਂ ਕਰ ਲਓ ਮਰੋੜੋ ਜੀ ਦੀ ਧਣ ਮੈਂ ਕਹਾ ਯਾਰ ਜੇ ਤੁਸੀਂ ਇਦਾਂ ਰਹੇ ਹੁੰਦੇ ਮੇਰੇ ਅੰਗ ਮੈਂ ਆਉਣ ਵਾਲਿਆਂ ਦੇ ਰਾਹ ਸੌਖਾ ਕਰ ਰਿਹਾ ਹੁਣ ਔਰ ਮੇਰੀ ਜਦੋਂ ਪਹਿਲੀ ਮੀਟਿੰਗ ਤੇ ਮੈਂ ਗਿਆ ਜਦੋਂ ਸਟੇ ਲੈ ਕੇ ਮੁੰਡਿਆਂ ਨੇ ਖੜੇ ਹੋ ਕੇ ਕਲਾਪਿੰਗ ਵੀ ਕੀਤੀ ਮੇਰੇ ਲਈ ਜਿਹੜੇ ਉੱਥੇ ਡੀ ਐਚਓ ਸਾਰੇ ਸੀ ਪੰਜਾਬ ਤੋਂ ਆਏ ਜਦੋਂ ਮੀਟਿੰਗ ਤੇ ਗਿਆ ਚੰਡੀਗੜ੍ਹ ਤੇ ਉਹਨਾਂ ਨੇ ਕਿਹਾ ਵੀ ਤੂੰ ਸਾਡੇ ਲਈ ਵਧੀਆ ਕੀਤਾ ਸੌਖਾ ਕੀਤਾ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕੰਮ ਜਿੱਦਾਂ ਖਲੰਦਾ ਨਵੇਂ ਵਾਲੇ ਮੁੰਡਿਆਂ 'ਚ ਫਰਕ ਆ ਨਵੀਂ ਪੀੜ੍ਹੀ ਔਰ ਤੁਹਾਡੇ ਵਾਲੀ ਪੀੜ੍ਹੀ ਜਿਹੜੀ ਉਹਦੇ 'ਚ ਫਰਕ ਹੈਗਾ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਇੱਥੇ ਹੂੰ ਜੋ ਤਾਂ ਨਾ ਪੋਜ਼ਿਟਿਵ ਨਾ ਨੈਗੇਟਿਵ ਕਹਿਣਾ ਜੌਬ 'ਚ ਨਹੀਂ ਰਹੂੰਗਾ ਫੇਰ ਸ਼ਾਇਦ ਬਹੁਤ ਕੁਝ ਕਹੂੰਗਾ ਹਾਂ ਰਾਜਨੀਤੀ 'ਚ ਆਉਣ ਦਾ ਇੰਟਰਸਟ ਹੈਗਾ ਤੁਹਾਨੂੰ ਕਿਉਂਕਿ ਤੁਸੀਂ ਗੱਲ ਕੀਤੀ ਕਿ ਹੁਸ਼ਿਆਰਪੁਰ ਨਹੀਂ ਛੱਡਣਾ ਰਾਜਨੀਤੀ 'ਚ ਆਉਣ 'ਚ ਦਿਲਚਸਪੀ ਰੱਖ ਮਕਸਦ ਰਾਜਨੀਤੀ ਕਰਨਾ ਨਹੀਂ ਹੁਸ਼ਿਆਰਪੁਰ ਚੈਸ ਕਰਕੇ ਨਹੀਂ ਟਿਕਿਆ ਹੂੰ ਪਿਆਰ ਇਹਨਾਂ ਦਿੱਤਾ ਰਾਜਨੀਤੀ ਚੇਸ ਕਰਕੇ ਵੀ ਲੋਕਾਂ ਨੇ ਤੁਸੀਂ ਕਮੈਂਟਸ ਪੜੋ ਜਾਂ ਕੁਝ ਮੇਰੇ ਜਿਹੜੇ ਮੀਡੀਆ ਤੇ ਮੇਰੀ ਨਿਊਜ਼ ਪੈਂਦੀਆਂ ਤਾਂ ਮੇਰੇ ਤੋਂ ਲੋਕੀ ਐਕਸਪੈਕਟ ਕਰਦੇ ਆ ਵੀ ਜਿੱਦਾਂ ਲੋਕੀ ਕਮਾਉਂਦੇ ਪਏ ਇਹ ਬੰਦਾ ਆ ਹੋਣਾ ਚਾਹੀਦਾ ਕਈ ਵਾਰ ਸੋਸ਼ਲ ਮੀਡੀਆ ਤੇ ਬਰਾ ਬੋਕ ਕਰਦੇ ਬੰਦੇ ਨੂੰ ਕਮੈਂਟ ਪਾਉਂਦੇ ਪਰ ਉਹ ਬੂਟਾ ਨਹੀਂ ਪਾਉਂਦੇ ਤਾਂ ਕੀ ਹੋਇਆ ਜੇ ਤਾਂ ਮੈਂ ਪੈਸਾ ਕਮਾਣ ਲਈ ਆਉਣਾ ਹੋਇਆ ਫੇਰ ਤਾਂ ਮੈਨੂੰ ਟੈਂਸ਼ਨ ਹੋਊਗੀ ਵੀ ਮੈਂ ਨਹੀਂ ਯਾਰ ਅਚੀਵ ਕਰ ਸਕਿਆ ਬਣਾਉਣਾ ਸੀ 100 ਏਕੜ ਦਾ ਫਾਰਮ ਉਸ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਉਹ ਰਹਿ ਗਿਆ ਖਾਬ ਵਿੱਚ ਧਰਿਆ ਧਰਿਆ ਤਜੇ ਮੈਂ ਸੇਵਾ ਕਰਨੀ ਆਉਣਾ ਲੋਕਾਂ ਦੀ ਤਾਂ ਫੇਰ ਤਾਂ ਮੇਰੇ ਖਿਆਲ ਇਹ ਹਾਰ ਗਿਆਂ ਦੀ ਵੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਲੋਕ ਸਭਾ ਇਲੈਕਸ਼ਨ ਨੇੜੇ ਆ ਇਲੈਕਸ਼ਨ ਲੜਨ ਜਾ ਰਹੇ ਹਾਂ ਤੁਸੀਂ ਜੇ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਜ਼ਰੂਰ ਲੜੂੰਗਾ ਪਰ ਮੇਰਾ ਮੋਟਿਵ ਨਹੀਂ ਬਦਲੂਗਾ ਮੇਰਾ ਜਿਹੜਾ ਨਾ ਮੋਟਿਵਾ ਚਾਹੁੰਦੇ ਕੀ ਆ ਵਿਕਰਮ ਹਮ ਆਪਾਂ ਇਮਾਨਦਾਰ ਅਫਸਰ ਕੋਈ ਹੋਵੇ ਉਹਨੂੰ ਸਮ ਇਫ ਤੁਸੀਂ ਚਾਹੁੰਦੇ ਵੀ ਇਹ ਬੰਦਾ ਇਹਦੇ ਚ ਆਵੇ ਰਾਜਨੀਤੀ ਜਾਂ ਇਹ ਆ ਅਫਸਰ ਹੋਣਾ ਚਾਹੀਦਾ ਤਾਂ ਤੁਸੀਂ ਇਸੇ ਕਰਕੇ ਚਾਹੁੰਦੇ ਵੀ ਰਾਜਨੀਤੀ ਜਾਵੇ ਤਾਂ ਐਕਸਪੈਕਟ ਤਾਂ ਇਹੀ ਕਰਦੇ ਨੇ ਵੀ ਸਮਾਜ ਲੋਕਾਂ ਨੂੰ ਕੁਝ ਥੋੜਾ ਰਾਹਤ ਮਿਲੂਗੀ ਕੁਝ ਏਦਾਂ ਮਿਲੂਗਾ ਲੋਕੀ ਐਕਸਪੈਕਟ ਕਰਦੇ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਬਿਲਕੁਲ ਜੇ ਪਹਿਲਾਂ ਵੀ ਸਾਰਾ ਸਿਸਟਮ ਠੀਕ ਹੋਵੇ ਮੇਰੇ ਤੋਂ ਪਹਿਲਾਂ ਡੀ ਐਚਓ ਇਮਾਨਦਾਰ ਹੋਣ ਮੇਰੇ ਤੋਂ ਬਾਅਦ ਇਮਾਨਦਾਰ ਹੋਣ ਮੈਂ ਤਾਂ ਕੁਝ ਵੀ ਨਾ ਹੋਵਾਂ ਮੇਰੇ ਤੋਂ ਬਾਅਦ ਠੋਕ ਕੇ ਕੰਮ ਕਰਨ ਐਡਲਟਰੇਸ਼ਨ ਲਈ ਕੰਮ ਕਰਨ ਤਾਂ ਤੁਹਾਨੂੰ ਕੀ ਲੱਗਦਾ ਮੈਂ ਹਾਈਲਾਈਟ ਹੋਣਾ ਸੀਗਾ ਨਹੀਂ ਹੋਣਾ ਸੀ ਹਾਈਲਾਈਟ ਕਿਉਂਕਿ ਜਦ ਪਹਿਲਾਂ ਵੀ ਉਦਾਂ ਹੀ ਚੱਲ ਰਿਹਾ ਸਿਸਟਮ ਮੈਂ ਵੀ ਚੱਲ ਰਿਹਾ ਕਿਉਂਕਿ ਕਿਤਨਾ ਕਿਤ ਲੋਕਾਂ ਨੂੰ ਲੱਗਦਾ ਪਹਿਲਾਂ ਨਹੀਂ ਹੋਇਆ ਹੁਣ ਹੋਇਆ ਹੂੰ ਤਾਂ ਲੋਕੀ ਹਾਈਲਾਈਟ ਹੋਇਆ ਮੈਂ ਹੂੰ ਲੋਕਾਂ ਨੂੰ ਲੱਗਦਾ ਪਹਿਲਾਂ ਨਹੀਂ ਹੋਇਆ 20 ਸਾਲ 30 ਸਾਲ ਤੋਂ ਨਹੀਂ ਦੇਖਿਆ ਇਦਾਂ ਹੁਣ ਦੇਖਣ ਲੱਗੇ ਆ ਆਪਾਂ ਹੂੰ ਜਿਦ ਇਦਾਂ ਹੀ ਲੋਕੀ ਰਾਜਨੀਤੀ ਚ ਥੋੜੇ ਨਾਲ ਦੇ ਜਿਹੜੇ ਡੀ ਐਚਓ ਆ ਉਹ ਤਰਾਜ ਨਹੀਂ ਕਰਦੇ ਇਸ ਗੱਲ ਦਾ ਵੀ ਲਖਵੀਰ ਸਿੰਘ ਕੀ ਕਰੀ ਜਨਾ ਯਾਰ ਲੋਕ ਸਾਨੂੰ ਸਵਾਲ ਪੁੱਛਦੇ ਆ ਮੁਹਾਲੀ ਵਾਲਿਆਂ ਤੇ ਮੈਂ ਕਹਿੰਨਾ ਜਿਹੜੇ ਵੀ ਜ਼ਿਲ੍ਹਾ ਸਿਹਤ ਅਫਸਰ ਨੇ ਕਦੇ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਨਹੀਂ ਆਈਆਂ ਕਦੇ ਮੈਨੂੰ ਨਹੀਂ ਲੱਗਦਾ ਕਿ ਕਦੇ ਕੋਈ ਐਕਸ਼ਨ ਕਰਿਆ ਹੋ ਕੋਈ ਹੋਰ ਬਾਕੀ ਜ਼ਿਲ੍ਹੇ ਵੀ ਜਿਹੜੇ ਹੈਗੇ ਆ ਕਦੇ ਉਹਨੇ ਇਤਰਾਜ਼ ਜਤਾਇਆ ਤੁਹਾਡੇ ਤੇ ਤੁਹਾਡੇ ਬਰਾਬਰ ਦੇ ਜਿਹੜੇ ਅਫਸਰ ਆ ਵੀ ਕੀ ਕਰੀਅ ਨੇ ਮੇਰੇ ਤੋਂ ਤਾਂ ਲੋਕਾਂ ਨੂੰ ਹੁਣ ਗੱਲ ਕਰਨ ਤੋਂ ਵੀ ਡਰ ਲੱਗਦਾ ਲੋਕਾਂ ਨੂੰ ਮੇਰੇ ਨਾਲ ਉਹਨਾਂ ਨੂੰ ਇਹ ਲੱਗਦਾ ਵੀ ਜਿੱਦਾਂ ਹੁਣ ਇੱਕ ਪਿੱਛੇ ਜਾ ਕੇ ਸੈਂਪਲ ਭਰਿਆ ਸੀ ਕਿ ਇੱਥੇ ਕੈਫੇ ਕੋਈ ਫੇ ਜਾਦੇ ਉਦੋਂ ਕੌਕਰੋਚਾਂ ਦੀ ਫੌਜ ਤੁਰੇ ਫਿਰਦੀ ਸੀ ਹੈਨਾ ਤੇ ਮੈਂ ਜਦੋਂ ਵਾਈਟ ਮੈਰੀ ਲਈ ਮੀਡੀਆ ਨੇ ਤੇ ਮੈਂ ਉਹਦੇ ਚ ਕਹਿਆ ਵੀ ਮੇਰੇ ਇੱਕ ਮਿੱਤਰ ਨੇ ਫੋਨ ਕਰਕੇ ਕਿਹਾ ਵੀ ਇੱਥੇ ਰਹਿਣ ਦਿਓ ਯਾਰ ਇਹਨੂੰ ਮਾਫ ਤੇ ਮੈਂ ਉਹਨੂੰ ਕਿਹਾ ਕਿ ਤੂੰ ਕਾ ਕਰੋ ਚੰਖਾਲਾ ਇੱਥੇ ਆ ਕੇ ਫਿਰ ਇਹਦੀ ਜੇ ਤੂੰ ਬਚਾਉਣਾ ਹੈ ਤੇ ਤੇ ਮੈਨੂੰ ਉਹ ਦੋਸਤ ਮੇਰਾ ਕਹਿੰਦਾ ਮੈਨੂੰ ਡਾਰੇ ਸਗਲ ਦਾ ਲੱਗਦਾ ਵੀ ਮੇਰਾ ਨਾਂ ਨਾ ਲੈ ਦੇ ਕਿਤੇ ਵਿੱਚ ਫੋਨ ਦੇ ਸੋ ਜਦੋਂ ਤੁਹਾਨੂੰ ਲੋਕੀ ਲੱਗਣ ਲੱਪੇਂਦਾ ਤੁਸੀਂ ਇੰਨੇ ਵੋਕਲ ਤੁਸੀਂ ਇਦਾਂ ਮਤਲਬ ਸੋਸਾਇਟੀ ਚ ਅੱਛਾ ਕਰਨ ਲਈ ਬਹੁਤ ਕਹਦੇ ਦੋਸਤ ਤੁਹਾਡੇ ਐਵੇਂ ਕਹਿੰਦੇ ਤੂੰ ਤਾਂ ਕਰੈਕ ਹੋ ਗਿਆ ਲੱਗਦਾ ਹਾਂ ਕਹਿ ਸਕਦੇ ਆ ਇਦਾਂ ਨਹੀਂ ਉਹ ਤਾਂ ਸਾਰਿਆਂ ਨੂੰ ਅੱਜ ਤੱਕ ਜਿਹੜੇ ਬੰਦਿਆਂ ਨੂੰ ਵੀ ਜਨੂੰਨ ਹੁੰਦਾ ਕੰਮ ਕਰਨ ਦਾ ਪਹਿਲਿਆਂ ਨੂੰ ਵੀ ਉਹਨਾਂ ਨੂੰ ਪਾਗਲ ਤਾਂ ਕਹੀ ਜਾਂਦੇ ਥੋੜੇ ਬਹੁਤ ਕਹਿੰਦੇ ਆ ਸਾਨੂੰ ਵੀ ਕਹਿੰਦੇ ਹੋਗੇ ਉੱਡ ਨਹੀਂ ਕਹਿੰਦੇ ਬਹੁਤੇ ਪਰ ਅੰਦਰੋਂ ਖਾਤੇ ਤਾਂ ਕਹਿੰਦੇ ਹੋਗੇ ਹਾਂਜੀ ਕਹਿ ਵੀ ਦਿੰਦੇ ਮੂੰਹ ਤੇ ਵੀ ਮੂੰਹ ਤੇ ਕਹਿੰਦੇ ਹਾਂਜੀ ਕਹਿ ਦਿੰਦੇ ਕਈ ਵਾਰੀ ਤੂੰ ਹਾਂਜੀ ਉਹ ਫਰੈਂਡਸ਼ਿਪ ਹੁੰਦੀ ਇਹਨਾਂ ਦਾ ਦੋਸਤੀ ਦਾ ਨਹੀਂ ਹੁੰਦਾ ਦੋਸਤ ਦੀ ਦੋਸਤ ਨੂੰ ਚਿੰਤਾ ਹੁੰਦੀ ਵੀ ਨੁਕਸਾਨ ਨਾ ਕਰਾ ਲੈ ਕਿਉਂਕਿ ਮੇਰੇ ਵਾਸਤੇ ਤੁਸੀਂ ਮੇਰੀਆਂ ਅੱਧੀਆਂ ਕਾਲਸ ਤਾਂ ਇਹ ਦੇਖੋਗੇ ਜਿਹੜੇ ਮੈਨੂੰ ਅੱਧੀ ਰਾਤ ਨੂੰ ਇੱਕ ਬੰਦੇ ਨੇ ਫੋਨ ਕੀਤਾ ਕਹਿੰਦਾ ਮੇਰੀ ਬੇਟ ਮੈਂ ਪਿੱਛੇ ਪਾਣੀ ਪਤ ਤੋਂ ਉਧਰੋਂ ਤੇ ਮੇਰੀ ਬੇਟੀ ਇੱਥੇ ਪਟਿਆਲੇ ਪੜ੍ਹਦੀ ਮੈਂ ਉਹਦੇ ਕੋਲ ਰਹਿ ਰਿਹਾ ਉਹ ਮੈਨੂੰ ਕਹਿ ਰਹੇ ਵੀ ਡਾਕਟਰ ਸਾਹਿਬ ਮੈਂ ਤੁਹਾਨੂੰ ਸਿਰਫ ਇਸ ਕਰਕੇ ਉਹਦੋਂ ਮੈਂ ਤਰਨ ਤਰਨ ਸੀਗਾ ਉਹ ਮੈਨੂੰ ਕਹਿੰਦਾ ਮੈਂ ਸਿਰਫ ਇਸ ਕਰਕੇ ਕਾਲ ਕੀਤੀ ਆ ਵੀ ਆਪਣਾ ਧਿਆਨ ਰੱਖਿਆ ਕਰੋ ਇਕੱਲੇ ਤੁਰੇ ਫਿਰਦੇ ਤੁਹਾਨੂੰ ਕੋਈ ਹਾਰਟ ਨਾ ਕਰੇ ਕਦੇ ਧਮਕੀਆਂ ਆਈਆਂ ਤੁਹਾਨੂੰ ਡਾਕਟਰ ਸਾਹਿਬ ਪਿਛਲੇ ਦੌਰ ਚ ਬਥੇਰੀਆਂ ਆਈਆਂ ਹੁਣ ਨਹੀਂ ਆਉਂਦੀਆਂ ਕਿਹਦੀਆਂ ਧਮਕੀਆਂ ਧਮਕੀਆਂ ਆ ਜਾਂਦੀਆਂ ਸੀ ਕਈਆਂ ਦੀਆਂ ਥ੍ਰੈਟ ਕਰਨੀ ਵੀ ਤੈਨੂੰ ਦੇਖ ਲਾਂਗੇ ਆ ਕਰ ਦਾਂਗੇ ਸਿਕਿਉਰਿਟੀ ਦੀ ਵੀ ਮੰਗ ਕੀਤੀ ਐ ਐਸਐਸਪੀ ਸਾਹਿਬ ਨੂੰ ਲਿਖ ਕੇ ਮਿਲੀ ਨਹੀਂ ਪਰ ਉਹਨੂੰ ਲੈ ਕੇ ਕਰਦਾ ਹੁੰਦਾ ਨਾ ਵੀ ਮੈਨੂੰ ਸਿਕਿਉਰਿਟੀ ਦਾ ਮੈਂ ਸੈਂਪਲਿੰਗ ਤੇ ਜਾਣਾ ਮੈਂ ਰਿਟਰਨ ਲੈਟਰ ਵੀ ਦਿੱਤੀ ਕਿਹਦੀ ਗੱਲ ਹੈ ਹਾਂਜੀ ਕਿਹੱਚ ਦਿੱਤੀ ਨਹੀਂ ਮੈਨੂੰ ਸਿਕਿਉਰਿਟੀ ਹੁਣ ਡਿਮਾਂਡ ਕੀਤੀ ਤੁਸੀਂ ਜਾਂ ਹੁਣ ਹੁੰਦਾ ਨਹੀਂ ਹੁਣ ਨਹੀਂ ਮੈਂ ਕੀਤੀ ਡਿਮਾਂਡ ਹੁਣ ਕੋਈ ਲੋਕ ਨਹੀਂ ਮੈਨੂੰ ਲੋੜ ਨਹੀਂ ਧਮਕੀਆਂ ਕਿਸ ਤਰ੍ਹਾਂ ਦੀ ਲੋਕਲ ਲੈਵਲ ਤੇ ਇੱਕ ਤਾਂ ਧਮਕੀਆਂ ਮੰਨ ਲਓ ਤੁਸੀਂ ਦੁੱਧ ਦੀ ਘੇਰ ਲੇ ਉਹਨਾਂ ਦੀਆਂ ਧਮਕੀਆਂ ਜਾਂ ਹੁਣ ਪ੍ਰਵਾਸੀ ਘੇਰ ਲੇ ਉਹਨਾਂ ਦੇ ਧਮਕੀਆਂ ਕਿਤੇ ਤੁਹਾਨੂੰ ਲੱਗਿਆ ਵੀ ਕੋਈ ਵੱਡਾ ਜਾਂ ਮੰਨ ਲਓ ਕੋਈ ਬਿਜ਼ਨਸਮੈਨ ਬੰਦਾ ਉਹਦਾ ਕੰਮ ਸਫਰ ਕਰਦਾ ਤੁਸੀਂ ਔਰ ਉਹਨੇ ਕਿਸੇ ਗੈਂਗਸਟਰ ਤੋਂ ਧਮਕੀ ਦਿਵਾਤੀ ਹੋ ਆਪਾਂ ਬਹੁਤਾ ਇਸ ਪਰਸਨੇ ਜਾਂਦੇ ਪੇ ਥ੍ਰੈਟਸ ਹੁੰਦੀਆਂ ਸੀ ਆ ਜਾਂਦੀਆਂ ਸੀ ਆ WhatsApp ਕਾਲ ਆ ਜਾਣੀ ਥ੍ਰੈਟ ਆ ਜਾਣੀ ਉਹਨੂੰ ਇਦਾਂ ਹੁੰਦਾ ਸੀ ਉਹ ਤਾਂ ਹਾਈਲਾਈਟ ਨਹੀਂ ਕਰਨਾ ਜ਼ਿਕਰ ਨਹੀਂ ਕਰਦਾ ਫੇ ਫੈਮਿਲੀ ਡਿਸਟਰਬ ਹੋ ਜੂਗੀ ਐਵੇਂ ਪਾਪਾ ਨੂੰ ਕੁਝ ਹੋ ਜਾਏਗਾ ਬੱਚੇ ਹੋ ਸਕਦੇ ਹੈ ਨਾ ਇਦਾਂ ਫਿਰ ਉਹ ਆਪਣੇ ਨਾਲ ਹੀ ਸੋਚਦਾ ਸੀ ਕਿ ਜੇ ਦੁੱਖ ਤਾਂ ਵਧੇਰੇ ਪਰ ਦੱਸਣੇ ਨਹੀਂ ਯਾਰ ਨੂੰ ਹੈ ਨਾ ਅਸੀਂ ਨਹੀਂ ਦੱਸਣੇ ਉਹ ਆਪਣੇ ਅੰਦਰ ਆਪਣਾ ਰੱਖ ਲੈਂਦਾ ਸੀ ਕਿ ਜੋ ਹੋਣਾ ਵਾਪਰਣਾ ਉਹ ਤਾਂ ਵਾਪਰ ਹੀ ਜਾਣਾ ਕੱਲ ਨੂੰ ਐਵੇਂ ਬਾਕੀਆਂ ਨੂੰ ਜੇ 4 ਸਾਲ 6 ਮਹੀਨੇ ਦੂਜਿਆਂ ਨੂੰ ਕਹਨ ਪਰੇਸ਼ਾਨ ਕਰਨਾ ਹੁਣ ਸਿਕਿਉਰਿਟੀ ਦੀ ਲੋਡ ਮੈਨੂੰ ਲੱਗਦਾ ਜ਼ਿਆਦਾ ਹੋਣੀ ਹੈ ਮਰਨ ਦਾ ਡਰ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਹਾਂ ਕੋਈ ਬਹੁਤਾ ਨਹੀਂ ਇਦਾਂ ਨਹੀਂ ਲੱਗਦਾ ਇਦਾਂ ਲੱਗਦਾ ਵੀ ਬਹੁਤ ਜੀ ਲਿਆ ਆ ਬੜਾ ਸੁਣਾ ਜੀ ਲਿਆ ਆ ਇਦਾਂ ਲੱਗਦਾ ਵੀ ਜੇ ਧਰਮ ਦਾ ਕਨਸੈਪਟ ਦੇਖੀਏ ਤਾਂ ਜੇ ਚੰਗਾ ਕੰਮ ਕਰਾਂਗੇ ਅੱਗੇ ਘੁੰਮਣ ਵਾਲੀ ਕੁਰਸੀ ਮਿਲੂਗੀ ਹਾਂ ਰਿਵੋਲਵਿੰਗ ਚੇਅਰ ਮਿਲੂਗੀ ਗਾਂ ਵੀ ਮਾਰ ਕੇ ਹਾਂ ਲੱਗਦਾ ਵਿਸ਼ਵਾਸ ਆ ਫੇ ਕੋਈ ਐਡੀ ਗੱਲ ਨਹੀਂ ਤੁਸੀਂ ਚੰਗਾ ਕੰਮ ਕਰੋ ਛੁਪ ਕਾਜ ਲਈ ਜੇ ਕੁਝ ਵੀ ਹੋ ਜਾਏ ਤਾਂ ਮੇਰੇ ਖਿਆਲ ਤਿਆਰ ਰਹਿਣਾ ਚਾਹੀਦਾ ਔਰ ਆਪਣੇ ਇਸ ਪੰਜਾਬ ਲਈ ਇਸ ਇਹਦੀ ਧਰਤੀ ਲਈ ਪੰਜਾਬ ਪੰਜਾਬੀ ਲੋਕਾਂ ਲਈ ਜੇ ਉਹਨਾਂ ਦੇ ਲਈ ਕੁਝ ਕਰ ਕਰ ਜਾਵਾਂਗੇ ਜਿਹੜੀ ਇਹ ਸਰਵਿਸ ਪਈ ਹੈ ਤੁਹਾਡੀ ਹਜੇ ਤਿੰਨ ਸਾਢੇ ਤਿੰਨ ਸਾਲ ਪਈ ਹੈ 33 ਸਾਲ 33 ਸਾਲ ਪਰ ਜੇ ਮੰਨ ਲਓ ਲੋਕ ਸਭਾ ਇਲੈਕਸ਼ਨ ਤੁਸੀਂ ਲੜਦੇ ਹੋ ਆਹ ਫਿਰ ਤਾਂ ਰਿਟਾਇਰਮੈਂਟ ਲੈਣੀ ਪੈਣੀ ਰਿਟਾਇਰਮੈਂਟ ਲਾਉਂਗੇ ਤਾਂ ਕਿ ਹਾਂ ਜੇ ਮੈਂ ਨਹੀਂ ਜੇ ਉਹ ਤਾਂ ਪੈਰਿਸ ਸਿਸਟਮ ਅਗਰ ਉਹ ਤਾਂ ਸੰਵਿਧਾਨਕ ਹੈ ਕੋਈ ਗੱਲ ਤੇ ਜੇ ਤੁਸੀਂ ਜੋਬ ਇਲੈਕਸ਼ਨ ਲੜਨਾ ਤੇ ਜੋਬ ਚਲੀ ਪੈਣੀ ਕੁਇਟ ਕਰਨੀ ਪੈਣੀ ਮੈਂ ਉਹੀ ਕਹਿ ਰਿਹਾ ਕਿ ਫਿਰ ਤੁਸੀਂ ਮਨ ਬਣਾ ਚੁੱਕੇ ਹੋ ਨੌਕਰੀ ਛੱਡਣ ਦਾ ਉਹ ਤਾਂ ਇਦਾਂ ਨਹੀਂ ਹੈਗਾ ਵੀ ਜਿਹੜਾ ਜਿੱਦਾਂ ਸਿਸਟਮ ਦੇ ਵਿੱਚ ਜਿੱਦਾਂ MP ਇਲੈਕਸ਼ਨ ਲੜਦੇ ਆ ਤੇ ਉਹ MP ਹਾਰ ਜਾਂਦਾ ਜੇ ਉਹ ਐਮਐਲਏ ਆ ਤਾਂ ਮੁੜ ਕੇ ਫੇਰ ਐਮਐਲਏ ਰਹਿ ਜਾਂਦਾ ਸਾਡੇ ਤੇ ਨਹੀਂ ਇਦਾਂ ਹੁੰਦਾ ਆ ਪਿੱਛੇ ਜਿਹੜੇ ਬਹੁਤ ਐਮਪੀਆ ਨੂੰ ਬੀਜੇਪੀ ਨੇ ਟਿਕਟਾਂ ਦਿੱਤੀਆਂ ਉਹ ਜਿੱਤ ਗਏ ਜਿਹੜੇ ਉਹਨਾਂ ਨੂੰ ਨਹੀਂ ਜੇ ਉਹ ਹਾਰ ਜਾਂਦੇ ਆ ਹਾਰ ਜਾਂਦੇ ਚਲੋ ਫਿਰ ਤਾਂ ਐਮਪੀ ਬਣੇ ਰਹਿਣਗੇ ਨਹੀਂ 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 ਜੇ ਉਹ ਹਾਰ ਜਾਂਦਾ ਕੋਈ ਐਮਪੀ ਜਿੱਦਾਂ ਸਾਡੇ ਇੱਥੇ ਹੋਇਆ ਜੇ ਉਹ ਐਮਐਲਏ ਵੀ ਹੈਗੇ ਪਹਿਲਾਂ ਜਿੱਦਾਂ ਉਹ ਐਮਐਲਏ ਸਿਟਿੰਗ ਤੇ ਉਸ ਤੋਂ ਬਾਅਦ ਐਮਪੀ ਦਾ ਇਲੈਕਸ਼ਨ ਲੜਦੇ ਜੋ ਐਮਪੀ ਹਾਰ ਜਾਂਦੇ ਤਾਂ ਐਮਐਲਏ ਹੋ ਰਹਿ ਜਾਂਦੇ ਇਹੀ ਗੱਲ ਮੈਂ ਕਹਿ ਰਿਹਾ ਕਿਉਂਕਿ ਅਸੀਂ ਨਹੀਂ ਇਦਾਂ ਹੈਗੇ ਜੌਬ 'ਚ ਸਾਡੀ ਨਹੀਂ ਹੈਗੀ ਅਸੀਂ ਤਾਂ ਜੌਬ ਸਾਡੀ ਜਾਣੀ ਜਾਣੀ ਛੱਡ ਕੇ ਇੱਕ ਚੀਜ਼ ਚੁਣਨੀ ਪੈਣੀ ਹਾਂ ਇੱਕ ਚੀਜ਼ ਚੁਣਨੀ ਪਾਰਟੀ ਕਿਹੜੀ ਤੋਂ ਇਲੈਕਸ਼ਨ ਲੜਨ ਜਾ ਰਹੇ ਕੋਈ ਇਦਾਂ ਦਾ ਮद्दा ਨਹੀਂ ਜੇ ਮੈਡੀਕਲ ਕਾਲਜ ਦਾਖਲ ਹੋਣਾ ਸੀ ਜਦੋਂ ਹਾਂ ਉਦੋਂ ਜਿੱਤ ਇੱਛਾ ਤਾਂ ਸੀਗੀ ਐਮਜ਼ ਵਿੱਚ ਜਾਈਏ ਪਰ ਉੱਥੇ ਮਿਲੇ ਨਹੀਂ ਮਿਲੀ ਸੀਟ ਤਾਂ ਫਿਰ ਅੰਮ੍ਰਿਤਸਰ ਡਿਗਰੀ ਕਰ ਲਈ ਜਿਹੜੀ ਕਾਲਜ ਗਏ ਆ ਪਰ ਜਿਹੜੇ ਕਾਲਜ ਚ ਗਏ ਫਿਰ ਉੱਥੇ ਵਿੱਚ ਚੰਗੀ ਤਰ੍ਹਾਂ ਕੰਮ ਕੀਤਾ ਜਿੱਥੇ ਵੀ ਜੇ ਕੋਈ ਪਲੇਟਫਾਰਮ ਦੇਗਾ ਉਹਦੇ ਹੋ ਕੇ ਰਹਾਂਗਾ ਫੋਨ ਕਰਦੇ ਤੁਹਾਨੂੰ ਪਾਰਟੀਾਂ ਵਾਲੇ ਕੋਈ ਭਾਜੀਪੀ ਕਾਂਗਰਸ ਆਵਾਜ਼ ਨਾ ਕੋਈ ਇਦਾਂ ਦਾ ਨਹੀਂ ਹੈਗਾ ਅਜੇ ਤਾਂ ਮੈਨੂੰ ਜੋਬ ਦਾ ਹੀ ਨਜ਼ਰੀਆ ਨਹੀਂ ਉਹ ਦੇਖਦੇ ਵੀ ਨੌਕਰੀ ਚ ਹੈਗਾ ਅਜੇ ਉਹ ਮੈਨੂੰ ਇਦਾਂ ਕੰਸੀਡਰ ਨਹੀਂ ਕਰਦੇ ਵੀ ਰਾਜਨੀਤੀ ਚਾਹ ਸਕਦਾ ਹੈ ਉਹ ਬਹੁਤਾ ਕੰਸੀਡਰ ਨਹੀਂ ਕਰਦੇ ਪਰ ਜੇ ਮੌਕਾ ਮਿਲੂਗਾ ਤਾਂ ਮੈਂ ਅਵੇਲ ਕਰੂੰਗਾ ਫਿਰ ਮੈਂ ਮਿਹਨਤ ਕਰੂੰਗਾ ਮਤਲਬ ਮੈਨੂੰ ਇਦਾਂ ਮੇਰਾ ਵਿਸ਼ਵਾਸ ਹੈ ਕਿ ਜੇ 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 ਗਵਰਨਮੈਂਟ ਹੀ ਮੰਨ ਲਓ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਮੰਨ ਲਓ ਆਵਾਦੀ ਪਾਰਟੀ ਲੀਡਰਸ਼ਿਪ ਕਹਿੰਦੀ ਆ ਕਿ ਲਖਵੀਰ ਜੀ ਅਸੀਂ ਸਾਨੂੰ ਤੁਹਾਡਾ ਕੰਮ ਪਸੰਦ ਆਇਆ ਤੁਸੀਂ ਇਲੈਕਸ਼ਨ ਲੜੋਗੇ ਵਿਚਾਰ ਉਹ ਵਿਚਾਰੂੰਗਾ ਜ਼ਰੂਰ ਵਿਚਾਰੂੰਗਾ ਵਿਚਾਰ ਸਕਦਾ ਫੈਮਿਲੀ ਨਾਲ ਡਿਸਕਸ ਕਰੂੰਗਾ ਤੇ ਦੋਸਤ ਮਿੱਤਰ ਬਹੁਤ ਚਾਣ ਵਾਲੇ ਆ ਉਹਨਾਂ ਨਾਲ ਡਿਸਕਸ ਕਰੂੰਗਾ ਜੋ ਕਲੈਕਟਿਵ ਡਿਸੀਜਨ ਹੋਊਗਾ ਮੈਰਿਟ ਤੇ ਉਹ ਕਰੂੰਗਾ ਇੱਕ ਗੱਲ ਜ਼ਰੂਰ ਹੈਗੀ ਆ ਤੇ ਜਿਹੜੇ ਨਾ ਜਿੱਦਾਂ ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਭਈ ਜਿਹੜਾ ਮੈਂ ਕਿਤੇ ਵੀ ਚਲ ਜਾਵਾਂ ਮੇਰਾ ਮੋਟਿਵ ਨਹੀਂ ਬਦਲੋਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਜੇ ਮੈਂ ਸਮਾਜ ਦੀ ਸੇਵਾ 29 ਸਾਲ ਨੌਕਰੀ ਚ ਇਦਾਂ ਕੀਤੀ ਆਨੈਸਟੀ ਕੀਤੀ ਆ ਜੇ ਲੋਕੀ ਕਹਿਣਗੇ ਪੈਸੇ ਲਈ ਕਰਦਾ ਤਾਂ ਪੈਸੇ ਕਮਾਉਣ ਦਾ ਤਿੰਨ ਸਾਲ ਵੀ ਮੌਕਾ ਮਿਲੇ ਜਾਂ ਫਿਰ ਕਿਉਂ ਨਹੀਂ ਕਮਾ ਲੈ ਮੈਂ ਲੈ ਸਕਦਾ ਸੀ ਲੈ ਲੈਂਦਾ ਕਿਉਂ ਨਹੀਂ ਲੈ ਤਾਂ ਹੋਰ ਲੋਕਾਂ ਨੂੰ ਕੀ ਚਾਹੀਦਾ ਤਾਂ ਮੈਨੂੰ ਤਾਂ 10 ਵੀ ਕਰੋੜ ਕਮਾ ਲੈਣੇ ਤਾਂ ਪੈਸੇ ਚਲੋ ਕਰੋੜਾਂ ਦਾ ਫਤ ਨਹੀਂ ਪਰ ਮੈਂ ਲੈ ਸਕਦਾ ਸੀਗਾ ਪਰ ਮੈਂ ਉਹਨੂੰ ਨਹੀਂ ਤਿਆਗਿਆ ਮੈਂ ਤਾਂ ਮੈਂ ਉਹ ਤਾਂ ਮੇਰੇ ਹੱਥ ਚ ਸੀਗੀ ਚੀਜ਼ ਤੇ ਰਾਜਨੀਤੀ ਦਾ ਪਤਾ ਨਹੀਂ ਜਿੱਤਣਾ ਕਿ ਹਾਰਨਾ ਕੱਲ ਨੂੰ ਬਣਨਾ ਕਿ ਨਹੀਂ ਬਣਨਾ ਜੋਬ ਛੱਡ ਕੇ ਤੁਸੀਂ ਔਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਨਾ ਮੈਂ ਇੱਥੇ ਅਫਸਰਾਂ ਨੂੰ ਦੇਖਿਆ ਆਪਣੇ ਨੂੰ ਜਦੋਂ ਲਾਸਟ ਪੀਰੀਅਡ ਹੁੰਦਾ ਨਾ ਵਿਕਰਮ ਜੀ ਉਦੋਂ ਉਹ ਪੱਪਾਂ ਭਰ ਹੋਏ ਹੁੰਦੇ ਆ ਕਿ 6 ਮਹੀਨੇ ਦੀ ਐਕਸਟੈਂਸ਼ਨ ਹੋਰ ਮਿਲ ਜੇ ਸਾਨੂੰ ਤੇ ਮੈਂ 3.5 ਸਾਲ ਦੀ ਜੋਬ ਕੁਇਟ ਕਰ ਰਿਹਾ ਔਰ ਇਸ ਸਮੇਂ ਚ ਹੋ ਸਕਦਾ ਮੈਂ ਪੰਜਾਬ ਦੀ ਪੀਕ ਪੋਸਟ ਪੋਸਿਬਿਲਟੀ ਹੋ ਸਕਦਾ ਮੈਂ ਉਹ ਵੀ ਮੈਨੂੰ ਮਿਲ ਜਵੇ ਸਿਵਲ ਸਰਜਨ ਤਾਂ ਮੈਂ ਬਾਣੀ ਜਾਣਾ ਤੇ ਮੈਂ ਤਿਆਗ ਰਿਹਾ ਐਡੀਆਂ ਵੱਡੀਆਂ ਪੋਸਟਾਂ ਤੇ ਕੋਈ ਤਾਂ ਗੱਲ ਹੈਗੀ ਆ ਅੰਦਰੋਂ ਮਤਲਬ ਇਹਨਾਂ ਜ਼ਰੂਰ ਕੀ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਪੋਲਿਟਿਕਸ ਜਾ ਕੇ ਨਹੀਂ ਦੇਖੋ ਰਾਜਨੀਤੀ 'ਚ ਇਦਾਂ ਵੀ ਨਾ ਮੰਨ ਕੇ ਚਲੇ ਮੈਂ ਆ ਹੀ ਗਿਆ ਪਰ ਇਦਾਂ ਜ਼ਰੂਰ ਹੈਗਾ ਵੀ ਜੇ ਮੈਂ ਮੈਨੂੰ ਇਦਾਂ ਲੱਗਦਾ ਵੀ ਜਦੋਂ ਚੇਅਰ ਵੱਡੀ ਹੁੰਦੀ ਹੈ ਤੁਸੀਂ ਕਈ ਵਾਰ ਕਲਪ ਦੇ ਰਹੇ ਨੇ ਦੂਜੇ ਮਸਲਿਆਂ 'ਚ ਤੇ ਤੁਹਾਨੂੰ ਪੱਲੇ ਨਹੀਂ ਕੁਝ ਪੈਂਦਾ ਹਨਾ ਜਿੱਦਾਂ ਤੁਹਾਨੂੰ ਤੁਹਾਨੂੰ ਦੂਜਾ ਮੈਟਰ ਹੈ ਨਾ ਫੂਡ ਸੇਫਟੀ 'ਚ ਤੁਸੀਂ ਕੰਮ ਕਰ ਸਕਦੇ ਕਿਉਂਕਿ ਤੁਸੀਂ ਆਫੀਸਰ ਇਨਚਾਰਜ ਆ ਪਰ ਕਈ ਫੀਲਡ ਐ ਹੋਜੇ ਜਿੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਔਰ ਤੁਹਾਨੂੰ ਲੂਪ ਹੋਲ ਪਤਾ ਉਹਨਾਂ ਦੇ ਪਰ ਮੈਨੂੰ ਪਤਾ ਹੈ ਨਾ ਉਹ ਕੁਝ ਮੈਨੂੰ ਪਤਾ ਹੈ ਟੈਕਨੀਕਲੀ ਮੈਂ ਬਹੁਤ ਕੁਝ ਸਿੱਖ ਲਿਆ ਸਿੱਖਿਆ ਵੀ ਆ ਪੂਰਾ ਨੇ ਪਰ ਬਹੁਤ ਕੁਝ ਸਿੱਖ ਲਿਆ ਮੈਨੂੰ ਲੱਗਦਾ ਵੀ ਮੈਂ ਬਿਹਤਰ ਚੀਜ਼ਾਂ ਕਰਨ ਚ ਮੈਨੂੰ ਬਹੁਤ ਨੋਲਿਜ ਹੋਣਾ ਬੜਾ ਜ਼ਰੂਰੀ ਆ ਤੁਹਾਨੂੰ ਟੈਕਨੀਕਲੀ ਤੁਸੀਂ ਠੀਕ ਕਰਨ ਲਈ ਚੀਜ਼ਾਂ ਦਾ ਤੁਹਾਨੂੰ ਸਿਸਟਮ ਦਾ ਥੋੜਾ ਸਮਝ ਹੋ ਜਾ ਜਿਆਦਾ ਹੈਲਥ ਬਾਰੇ ਵੀ ਸਿਸਟਮ ਜਿੱਦਾਂ ਮੈਨੂੰ ਕੀ ਚੀਜ਼ਾਂ ਦਾ ਗਹਿਰਾਈ ਚ ਪਤਾ ਆ ਕਿ ਕਿਹੜੀ ਚੀਜ਼ਾਂ ਕਿੱਦਾਂ ਕਿੱਥੇ ਲੋਕਾਂ ਦੇ ਵਿੱਚतरी ਲਿਖੀ ਹੋ ਸਕਦਾ ਸੋ ਉਹ ਚੀਜ਼ ਮੈਨੂੰ ਇਹ ਲੱਗਦਾ ਵੀ ਜਿਹੜੇ ਹੋਰ ਖੇਤਰ ਵੀ ਬਹੁਤ ਸਾਰੇ ਆ ਜੌਬ ਦੇ ਜਿੱਦਾਂ ਇਹ ਡੀ ਐਚਓ ਦਾ ਫੂਡ ਸੇਫਟੀ ਦਾ ਵੀ ਆ ਤੇ ਉਹ ਫੀਲਡ ਚ ਵੀ ਤੁਸੀਂ ਵੱਡੀ ਚੇਅਰ ਮਿਲ ਜੂ ਤੁਸੀਂ ਉਹਨਾਂ ਚ ਵੀ ਦਖਲ ਅੰਦਾਜ਼ੀ ਕਰ ਸਕਦੇ ਆ ਇਨ ਦਾ ਇੰਟਰਸਟ ਆਫ ਪੀਪਲ ਲੋਕ ਹਿਤ ਲੋਕ ਹਿਤ ਚ ਦੇਸ਼ ਦੇ ਹਿਤ ਚ ਪੰਜਾਬ ਦੇ ਹਿਤ ਚ ਤੁਸੀਂ ਦਖਲ ਅੰਦਾਜ਼ ਹੁਣ ਨਹੀਂ ਮੈਂ ਉਹਨਾਂ ਚ ਕਰ ਸਕਦਾ ਹੁਣ ਮੈਂ ਥੋੜਾ ਜਿਹਾ ਇਸ ਪਾਸੇ ਆਉਣਾ ਜਿੱਥੇ ਤੁਸੀਂ ਲਗਾਤਾਰ ਐਕਸ਼ਨ ਕਰ ਰਹੇ ਹੋ ਲਗਾਤਾਰ ਪਿਛਲੇ ਦਿਨੀ ਤੁਸੀਂ ਬਰਫੀ ਵਾਲਿਆਂ ਦਾ ਜ਼ਿਕਰ ਕੀਤਾ ਮੱਛੀ ਵਾਲਿਆਂ ਦਾ ਜ਼ਿਕਰ ਕੀਤਾ ਬੇਲਨਿਆਂ ਦਾ ਜ਼ਿਕਰ ਕੀਤਾ ਤੁਸੀਂ ਪਿਛਲੇ ਦਿਨੀ ਇੱਕ ਸਟੇਟਮੈਂਟ ਦਿੱਤੀ ਕਿ ਜਿਹੜੇ ਪ੍ਰਵਾਸੀ ਆ ਪ੍ਰਵਾਸੀਆਂ ਨੇ ਜ਼ਿਆਦਾ ਗੜਬੜ ਕੀਤੀ ਹੋਈ ਹੈ ਇੱਥੇ ਆ ਕੇ ਜਿਹੜੇ ਖਾਸ ਤੌਰ ਤੇ ਮੈਂ ਮੈਨੂੰ ਲੱਗਦਾ ਕਹਿਣਾ ਤਾਂ ਨਹੀਂ ਚਾਹੀਦਾ ਪਰ ਲੋਕਾਂ ਦੀ ਭਲਾਈ ਦੇ ਵਾਸਤੇ ਕਿਉਂਕਿ ਜਿਹੜੇ ਬਾਹਰਲੇ ਮੈਂ ਇਧਰ ਮੱਝੇ ਵਾਲੇ ਬੰਨੇ ਜਾ ਕੇ ਆਇਆ ਦੁਆਬੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਦੁਆਬੇ ਚ ਖਾਸ ਕਰਕੇ ਜਿਆਦਾ ਪ੍ਰਵਾਸੀਆਂ ਨੇ ਲਾਏ ਹੋਏ ਖਾਸ ਕਰਕੇ ਭਈਆਂ ਨੇ ਜਿਹੜੇ ਮਿਲ ਨੇ ਲਾਏ ਹੋਏ ਗੁੜ ਕੱਢੀ ਜਾਂਦੇ ਆ ਤੇ ਉਹ ਚੀਜ਼ ਨੂੰ ਤੇ ਤੁਸੀਂ ਕਦੇ ਜਾ ਕੇ ਦੇਖਿਆ ਕਿਵੇਂ ਕਿ ਛੁੱਧਾ ਉਹ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਦੇਖੋ ਗੱਲ ਇਹ ਹੈਗੀ ਆ ਪਹਿਲੀ ਤਾਂ ਗੱਲ ਇਹ ਪਈ ਇਦਾਂ ਨਹੀਂ ਮੰਨ ਕੇ ਚੱਲਣਾ ਚਾਹੀਦਾ ਕਿ ਐਡਾਲਟਰੇਸ਼ਨ ਚਾਹੇ ਕੋਈ ਕਰੇ ਚਾਹੇ ਆਸਾਮ ਦਾ ਕਰੇ ਚਾਹੇ ਹਿਮਾਚਲ ਦਾ ਕਰੇ ਚਾਹੇ ਬਿਹਾਰ ਦਾ ਕਰੇ ਚਾਹੇ ਯੂਪੀ ਦਾ ਕਰੇ ਚਾਹੇ ਪੰਜਾਬੀ ਕਰੇ ਐਡਲਟਰੇਸ਼ਨ ਕਰਨ ਵਾਲਾ ਐਂਟੀ ਸੋਸ਼ਲ ਹੈ ਉਹ ਬੰਦਾ ਸਮਾਜ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਨੰਬਰ 1 ਇਹ ਅਸੀਂ ਉੱਤੇ ਇਹ ਟੈਗ ਹਰ ਗਿਜ ਨਹੀਂ ਲਾਉਣੇ ਪਈ ਉਹ ਫਲਾਣੀ ਕਮਿਊਨਿਟੀ ਦਾ ਕਮਿਊਨਿਟੀ ਦਾ ਇਹ ਨਹੀਂ ਗੱਲ ਖਰੀ ਵੀ ਨਹੀਂ ਹੈਗੀ ਇਨਸਾਨ ਸਾਰੇ ਇਨਸਾਨ ਆਰ ਵਧੀਆ ਇਨਸਾਨ ਆ ਔਰ ਯੂਪੀ ਬਿਹਾਰ ਕਿਹੜਾ ਸਾਡੇ ਆਪਣਾ ਹੀ ਇੰਡੀਆ ਹੀ ਮੁਲਕ ਆ ਆਪਣਾ ਹੀ ਬੰਦੇ ਆ ਫਰਕ ਗੱਲ ਸਿਰਫ ਕੀ ਹੈ ਜਿਹੜੀ ਉਹ ਉਹਨੂੰ ਇਦਾਂ ਨਹੀਂ ਲੈਣਾ ਚਾਹੀਦਾ ਲੋਕਾਂ ਨੂੰ ਪ੍ਰਵਾਸੀ ਪ੍ਰਵਾਸੀ ਕਹਿੰਦੇ ਇਹ ਗੱਲ ਸਿਰਫ ਇੰਨੀ ਆ ਜਦੋਂ ਤੁਸੀਂ ਪੇਠੇ ਵਾਲਿਆਂ ਨੂੰ ਫੜਦੇ ਤਰਨ ਤਰਨ ਚ ਜਾ ਕੇ ਲੋਕ ਕੇ ਛਿਪਕੇ ਬਣਾ ਰਿਆ ਪਾਣੀ ਨਹੀਂ ਟੈਸਟ ਕਰਾਉਂਦਾ ਸੈਂਪਲਸ ਲਾਇਸੈਂਸ ਫੂਡ ਦਾ ਨਹੀਂ ਲਿਆ ਫੂਡ ਸੇਫਟੀ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਇਹਨੇ ਕੱਚੇ ਬਣਾਣਾ ਪਾ ਕੇ ਕੱਚੇ ਪਾ ਕੇ ਇਕੱਲੇ ਹੀ ਲੱਗੇ ਹੋਏ ਬੰਦੇ ਕੋਈ ਹਾਈਜਨ ਦਾ ਖਿਆਲ ਨਹੀਂ ਰੱਖਿਆ ਤੇ ਫਿਰ ਤੁਹਾਨੂੰ ਫਿਰ ਤੁਸੀਂ ਜਦੋਂ ਜੂਸ ਵਾਲਿਆਂ ਨੂੰ ਫੜਦੇ ਆ ਵੀ ਜਿਹੜਾ ਇਹ ਰੰਗ ਕਲਰ ਨਾਨ ਪਰਮਿਟਿਡ ਪਾ ਕੇ ਬਣਾਉਂਦੇ ਆ ਜਦੋਂ ਤੁਸੀਂ ਪੂਜੀ ਵਾਲਿਆਂ ਨੂੰ ਫੜਦੇ ਆ ਇਦਾਂ ਜਦੋਂ ਤੁਸੀਂ ਥਾਂ ਥਾਂ ਜਾ ਕੇ ਇਹਨਾਂ ਨੂੰ ਜਾਦਾ ਮੈਜੋਰਿਟੀ ਜਦੋਂ ਹੂੰ 90% ਜਦੋਂ ਦੇਖਦੇ ਵੀ ਇਹ ਤਾਂ ਮਿਆਰ ਕੋਈ ਰੱਖਦੇ ਹੀ ਨਹੀਂ ਹੈਗੇ ਹੂੰ ਪਤਾ ਨਹੀਂ ਉਹਨਾਂ ਦਾ ਟੈਂਪਰਮੈਂਟ ਇਦਾਂ ਦਾ ਆ ਹੂੰ ਉਹਨਾਂ ਦਾ ਸੁਭਾਅ ਉਹਨਾਂ ਦੀ ਲਾਈਫ ਇਦਾਂ ਦੀ ਸਟਾਈਲ ਇਦਾਂ ਦਾ ਲਾਈਫਸਟਾਈਲ ਭਈ ਉਹ ਇਦਾਂ ਕਰ ਸਕਦੇ ਆ ਮੈਂ ਪਹਿਲਾਂ ਵੀ ਕਿਹਾ ਹੋ ਸਕਦਾ ਉਹ ਇਦਾਂ ਜਿੱਦਾਂ ਸਾਡੇ ਕੇਵਰ ਨੇੜੇ ਹੁੰਦੇ ਉਹ ਇਦਾਂ ਦੇ ਹਾਲਾਤਾਂ ਚ ਰੋਟੀ ਵੀ ਬੈਠ ਕੇ ਖਾ ਲੈਂਦੇ ਉੱਥੇ ਹੀ ਸਭ ਕੁਝ ਅਸੀਂ ਨਹੀਂ ਖਾ ਸਕਦੇ ਹੂੰ ਸਾਡੀ ਤਾਂ ਮੇਰੀ ਤਾਂ ਮਦਰ ਕਹਿੰਦੇ ਹੁੰਦੇ ਸੀ ਕਾਕਾ ਟਾਇਲਟ ਬਾਹਰ ਕੱਢੋ ਮੈਂ ਨਹੀਂ ਅੰਦਰ ਤੁਹਾਨੂੰ ਟਾਇਲਟ ਘਰ ਚ ਬਣਾਓ ਉੱਥੇ ਸੌਣੇ ਉੱਥੇ ਤੁਸੀਂ ਟਾਇਲਟ ਬਣਾ ਲਈ ਉਹ ਕਹਿੰਦੇ ਹੁੰਦੇ ਬਾਹਰ ਬਣਾਓ ਟਾਇਲਟ ਮਤਲਬ ਉਹ ਕਹਿਣਦਾ ਹਰ ਬੰਦੇ ਦਾ ਆਪਣਾ ਆਪਣਾ ਹੈਗਾ ਯਾਰ ਅਸੀਂ ਨਹੀਂ ਕਰ ਸਕਦੇ ਹੁਣ ਤੁਸੀਂ ਦੱਸੋ ਤਬਾਕੂ ਤਮਾਕੂ ਨੂੰ ਨਹੀਂ ਸਾਡੇ ਪੰਜਾਬੀ ਬਹੁਤੇ ਲਾਈਕ ਕਰਦੇ ਪਰ ਮੈਂ ਉਹਨਾਂ ਨੂੰ ਦੇਖਿਆ ਪਾਨ ਖਾਂਦੇ ਆ ਥੁੱਕਦੇ ਆ ਉੱਥੇ ਐਦਾਂ ਤਮਾਕੂ ਮਲਦੇ ਆ ਹੁਣ ਜਿਹੜਾ ਪੂਜੀਆ ਬਣ ਕੇ ਪੈਕ ਹੋ ਕੇ ਚਲ ਜਾਣਾ ਉਹ ਪਤਾ ਨਹੀਂ ਕਿੰਨਾ ਨੇ ਵਿਚਾਰਿਆਂ ਨੇ ਖਾਣਾ ਜਿਹੜਾ ਤਬਾਕੂ ਨੂੰ ਲਾਈਕ ਹੀ ਨਹੀਂ ਕਰਦਾ ਗੱਲ ਰਿਲੀਜੀਅਨ ਦੀ ਨਹੀਂ ਹੈਗੀ ਕੋਈ ਵੀ ਬੰਦਾ ਹੋ ਸਕਦਾ ਜਿਹੜਾ ਸਮੋਕਿੰਗ ਨਹੀਂ ਲਾਈਕ ਕਰਦਾ ਤਮਾਕੂ ਨੂੰ ਨਹੀਂ ਲੈ ਕਰਦਾ ਉਹਨੂੰ ਧੱਕੇ ਨਾਲ ਕਿਉਂ ਥੋਪ ਰਹੇ ਤੁਸੀਂ ਤਮਾਕੂ ਧੱਕੇ ਨਾਲ ਵਿਚਾਰੇ ਨੂੰ ਉਹਨੂੰ ਉਦਾਂ ਦੀ ਚੀਜ਼ ਖਾਣੀ ਪੈ ਰਹੀ ਜੇ ਹੁਣ ਫਿਸ਼ ਅੱਜ ਇੱਥੇ ਓਪਨ ਮਾਰਕੀਟ ਲਾਈ ਹੋਈ ਆਂ ਫਿਸ਼ ਅੱਗਾ ਮੱਖੀਆਂ ਪਰਮਾਰ ਐ ਜਰ ਚਿਕਨ ਫਿਸ਼ ਮੀਟ ਨਾਨ ਵੇਜ ਜਿਹੜਾ ਖਾਂਦਾ ਉਹ ਖਾਵੇ ਤੁਹਾਡੇ ਤੋਂ ਲੈ ਲੈ ਕੋਈ ਇਤਰਾਜ਼ ਥੋੜਾ ਲੈ ਲੈ ਤੁਸੀਂ ਤੁਸੀਂ ਕਟਾਈ ਤੁਸੀਂ ਸ਼ਰਮ ਕਰ ਰਹੇ ਜਿਹੜਾ ਬੰਦਾ ਨਹੀਂ ਪਸੰਦ ਕਰਦਾ ਤੁਸੀਂ ਉਹਦੇ ਵੀ ਉਹਨੂੰ ਵੀ ਮਾਰ ਰਹੇ ਹੋ ਉਹਦੇ ਥੋਪ ਰਹੇ ਹੋ ਉਹਦੇ ਤੇ ਇਹ ਚੀਜ਼ਾਂ ਤੁਸੀਂ ਕਰੋ ਬਿਜ਼ਨਸ ਉਹ ਕੀ ਇਸ਼ੂ ਸੀਗਾ ਤੁਸੀਂ ਮੱਛੀ ਵਾਲਿਆਂ ਨੂੰ ਵੀ ਕਿਹਾ ਉਹ ਰੋਲਾ ਕਿਉਂ ਪਿਆ ਸੀਗਾ ਉਹ ਜਰੂਰ ਮੈਂ ਚਾਹਣਾ ਤੁਸੀਂ ਦੱਸਿਓ ਰੋਲਾ ਨਹੀਂ ਸੀ ਕੋਈ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰ ਇਹ ਕਹਿ ਚੁੱਕੇ ਆ ਜਾਂ-ਜਾਂ ਕੇ ਇਹਨਾਂ ਨੂੰ ਲੈਕਚਰ ਕਰਕੇ ਕਿੰਨੀ ਵਾਰ ਕਿਹਾ ਵੀ ਯਾਰ ਇਹ ਫੂਡ ਦਾ ਜਿਹੜਾ ਕੰਮ ਹੈ ਇਹ ਹਾਈਜਨ ਦਾ ਖਿਆਲ ਰੱਖੋ ਮੀਟ ਵੈਸੇ ਵੀ ਇਦਾਂ ਦੀ ਚੀਜ਼ ਹੈ ਇਹਦੇ ਚ ਹਾਈਜਨ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਇਹ ਚ ਬੈਕਟੀਰੀਆ ਗਰੋ ਹੋਣ ਦੇ ਬਹੁਤ ਮੀਡੀਆ ਇਦਾਂ ਦਾ ਉਹ ਮੀਡੀਆ ਮਤਲਬ ਜਿਹ ਮੀਡੀਅਮ ਜਿਹ ਚ ਗਰੋ ਕਰ ਸਕਦੇ ਬੈਕਟੀਰੀਆ ਤੇ ਮੈਂ ਇਹ ਕਿਹਾ ਸੀ ਵੀ ਇੰਨਾ ਹੀ ਚਾਹੀਦਾ ਭਈ ਤੁਸੀਂ ਓਪਨ ਛੱਡਿਓ ਨਾ ਡਸਟ ਨਾ ਦੇ ਟੱਕਣਾ ਹੁਣ ਤੁਸੀਂ ਇੱਕ ਗੱਲ ਦੱਸੋ ਆ ਜਿਹੜੇ ਬੰਦੇ ਬਾਹਰ ਓਪਨ ਮਠਿਆਈਆਂ ਲਾਉਂਦੇ ਸੀਗੇ ਹਨਾ ਤੁਸੀਂ ਆਪੂੰ ਖੜੇ ਹੋਇਓ ਜਰਾ 5 ਮਿੰਟ ਸੜਕ ਤੇ 10 ਮਿੰਟ ਤੁਸੀਂ ਆ ਕੇ ਇਦਾਂ ਆਪਣੇ ਸਕਿਨ ਨੂੰ ਕਰਕੇ ਦੇਖਿਓ ਤੁਹਾਡੀ ਸਕਿਨ ਤੇ ਡਸਟ ਹੋਊਗੀ ਠੀਕ ਹੈ ਨਾ ਹੋਊਗੀ ਕਿ ਨਹੀਂ ਹੱਥ ਧੋਵੋਗੇ ਤੁਹਾਨੂੰ ਹੱਥਾਂ ਤੋਂ ਪਤਾ ਲੱਗ ਜਾਊ ਜਿਹੜੀ ਮਠਿਆਈ ਬਾਹਰ ਰੱਖੀ ਕੀ ਉੱਤੇ ਡਸਟ ਨਹੀਂ ਪੈ ਰਹੀ ਇਹ ਚੀਜ਼ਾਂ ਮੈਂ ਸੈਂਸਿਟਿਵਲੀ ਲਈਆਂ ਔਰ ਮੈਂ ਕਾਫੀ ਹੱਦ ਤੱਕ ਠੀਕ ਕੀਤੀਆਂ ਇਸ ਵਾਰੀ ਦੀਵਾਲੀ ਲੋਕਾਂ ਦੀ ਬਦਲੀ ਬਦਲੀ ਸੀਗੀ ਅੱਛਾ ਇਸ ਵਾਰੀ ਫੈਸਟੀਵਲ ਬਦਲੇ ਸੀ ਲੋਕਾਂ ਦੇ ਦਿਸ਼ਾਰੇ ਤੇ ਫੈਸਟੀਵਲ ਦਾ ਜਿਹੜੀ ਲੋਕੀ ਨਾ ਕਹਿੰਦੇ ਸੀ ਕਿ ਚੇਂਜ ਆਈ ਔਰ ਮੈਂ ਇੱਕ ਚੀਜ਼ ਕਹਿਣਾ ਜਿਹੜਾ ਲੋਕਾਂ ਨੂੰ ਲੱਗਦਾ ਸੀ ਨਾ ਹੈਪੀ ਨਹੀਂ ਹੋ ਸਕਦਾ ਕੁਝ ਐਵੇਂ ਹੀ ਲੱਗਿਆ ਕੁਝ ਨਹੀਂ ਹੋ ਸਕਦਾ ਹਮ ਸਾਡੀ ਨੀਅਤ ਸਾਫ਼ ਨਹੀਂ ਚਾਹੀਦੀ ਸਾਡੇ ਮੁੰਡੇ ਜਿਹੜੇ ਬਾਹਰ ਜਾਈ ਜਾਂਦੇ ਆ ਮੈਨੂੰ ਲੱਗਦਾ ਉਹ ਉਹ ਜਿਹੜੇ ਮੁੰਡੇ ਬਾਹਰ ਜਾਂਦੇ ਅਗਰ ਉਹੀ ਬੇਲਣਾ ਯੂਪੀ ਬਿਹਾਰ ਦੇ ਅਸੀਂ ਇਸ ਇਸ਼ੂ ਤੇ ਮੈਂ ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨੌਜਵਾਨ ਬਾਹਰ ਜਾਈ ਜਾਂਦੇ ਆ ਪ੍ਰਵਾਸ ਕਰ ਰਹੇ ਆ ਨੌਜਵਾਨ ਕਿ ਤੁਹਾਡੀ ਫੈਮਲੀ ਦੇ ਵਿੱਚੋਂ ਵੀ ਬੱਚੇ ਇੱਥੇ ਨੌਕਰੀ ਕਰਨਾ ਚਾਹੁੰਦੇ ਆ ਜਾਂ ਤੁਹਾਡੇ ਫੈਮਲੀ ਚਾਹੁੰਦੀ ਹੈ ਕਿ ਅਸੀਂ ਵਿਦੇਸ਼ ਜਾਈ ਕਿਉਂਕਿ ਵਿਦੇਸ਼ ਜਾਣ ਦਾ ਰੁਝਾਨ ਬਹੁਤ ਅੱਜਕੱਲ੍ਹ ਦੇਖੋ 25 25 ਲੱਖ 40 40 50 50 ਲੱਖ ਲਾ ਕੇ ਤਾਂ ਡੌਂਕੀਆਂ ਲਾ ਲਾ ਕੇ ਅਮਰੀਕਾ ਜਾਈ ਜਾਂਦੇ ਬੰਦੇ ਕੋਈ ਚਾਹੁੰਦਾ ਕੋਈ ਮਾਪੇ ਚਾਹੁੰਦੇ ਵੀ ਸਾਡਾ ਬੱਚਾ ਡੌਂਕੀਆਂ ਲਾ ਕੇ ਜਾਵੇ ਗਲਤ ਤਰੀਕੇ ਨਾਲ ਜਾਵੇ ਹਨਾ ਜਿਹੜੇ ਉਹਨਾਂ ਏਜੰਟਾਂ ਦੇ ਜਿਹੜੇ ਉਹ ਮੰਨ ਟ੍ਰੈਫਿਕਿੰਗ ਵਿਚਾਰੇ ਕਿੱਦਾਂ ਬਾਰਡਰ ਕਰਾਸ ਕਰਦੇ ਮਰਮੁਕ ਵੀ ਜਾਂਦੇ ਕਈ ਕੋਈ ਮਾਪੇ ਥੋੜਾ ਚਾਹੁੰਦੇ ਪਰ ਰੋਟੀ ਰੋਜੀ ਨਾ ਪੇਟ ਆ ਜਾਣਾ ਪੈਂਦਾ ਮੈਨੂੰ ਲੱਗਦਾ ਵੀ ਜੇ ਬਾਹਰਲੇ ਬੰਦੇ ਤੁਹਾਡੇ ਸਟੇਟ ਚ ਆ ਕੇ ਲੱਖਾਂ ਰੁਪਈਆ ਯਾਰ ਕਮਾ ਸਕਦੇ ਚਾਹੇ ਬੇਲਣੇ ਲਾ ਕੇ ਜਾਂ ਹੋਰ ਬਿਜ਼ਨਸ ਕਰਕੇ ਕਰ ਸਕਦੇ ਚਾਹੇ ਪੇਠੇ ਦਾ ਪੂਜੀ ਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਨਾ ਜੋ ਕੈਨੇਡਾ ਅਮਰੀਕਾ ਤੁਸੀਂ ਪੜੇ ਲਿਖੇ ਹੋ ਇੱਥੇ ਪੜੇ ਲਿਖੇ ਬੰਦੇ ਨੇ ਗੁੱੜ ਦੇ ਬੜੇ ਵੱਡੇ ਬਿਜ਼ਨਸ ਕਰ ਲਿਆ ਆਪਣੇ ਪੰਜਾਬ ਚ ਕਰੋ ਫੋਰਨ ਜਾਣਾ ਬੁਰਾ ਨਹੀਂ ਹੈਗਾ ਫੋਰਨ ਜਾ ਕੇ ਜੇ ਲੇਬਰ ਹੀ ਕਰਨੀ ਹੈ ਤਾਂ ਆਪਣੀ ਸਟੇਟ ਚ ਲੇਬਰ ਵੀ ਕੀਤੀ ਜਾ ਸਕਦੀ ਹੈ ਫੋਰਨ ਚ ਜਾ ਕੇ ਵਿਦੇਸ਼ਾਂ ਚ ਜਰ ਉੱਥੇ ਇੱਕ ਸਿਸਟਮ ਹੈ ਨਾ ਚੰਗਾ ਵਧੀਆ ਸਿਸਟਮ ਹੈ ਨਾ ਜਿਹਦੇ ਚ ਸਾਰੇ ਚ ਵਿਚਰਦੇ ਆ ਤਾਂ ਸਿਸਟਮ ਨੂੰ ਗੰਦਾ ਕੌਣ ਇੱਥੇ ਕਰ ਰਿਹਾ ਅਡਲਟਰੈਂਟ ਕੌਣ ਮਿਲਾਵਟ ਖੋਰੀ ਕੌਣ ਰਹਿ ਕਰ ਰਿਹਾ ਜੇ ਲਾਅ ਐਂਡ ਆਰਡਰ ਨੂੰ ਤੋੜ ਰਿਹਾ ਤੇ ਕੌਣ ਤੋੜ ਰਿਹਾ ਅਸੀਂ ਲੋਕ ਸਮਾਜ ਹੀ ਬੰਦੇ ਆਪਣੇ ਹੀ ਆ ਜਿਹੜੇ ਵਸਦੇ ਉਹ ਲੋਕੀ ਇਹਨੂੰ ਇਨਸ਼ੋਰ ਕਰਨਾ ਸ਼ੁਰੂ ਕਰ ਦੇਣ ਮਾਨਸਿਕਤਾ ਬਦਲ ਜਾਏ ਮਾਈਂਡ ਸੈਟ ਹੀ ਆ ਨਾ ਬਦਲ ਜਾਵੇ ਤਾਂ ਇਹੀ ਦੇਸ਼ 'ਚ ਸਭ ਕੁਝ ਹੋ ਸਕਦਾ ਸਾਡਾ ਕੋਈ ਜੇ ਸੋਨੇ ਦੀ ਚਿੜੀਆ ਕਿਹਾ ਤਾਂ ਝੂਠ ਥੋੜੋ ਸੀ ਇੰਡੀਆ ਨੂੰ ਕਿਹਾ ਉਹ ਸੋਨੇ ਦੀ ਚਿੜੀਆ ਖੰਭ ਵੀ ਉੱਡ ਗਏ ਤੇ ਸਭ ਕੁਝ ਹੋ ਜਾਊਗਾ ਸਾਡੇ ਵੀ ਵਧੀਆ ਚੀਜ਼ਾਂ ਹੋ ਸਕਦੀਆਂ ਜੀ ਆਪਾਂ ਜੇ ਥੋੜਾ ਆਪਣੇ ਕੰਟਰੀ ਨਾਲ ਮੋਰਓਵਰ ਤੁਸੀਂ ਆਪਣੇ ਮਾਪਿਆਂ ਕੋਲ रह ਸਕਦੇ ਆ ਤੁਹਾਡੇ ਮਾਪੇ ਬਿਮਾਰ ਹੋ ਜਾਂਦੇ ਵਿਚਾਰੇ ਦਵਾਈ داروں ਨੂੰ ਗਵੰਡੀ ਨੂੰ ਕਹਿੰਦੇ ਮੈਨੂੰ ਲੈ ਕੇ ਹਸਪਤਲ ਜਾ ਆਪਣੇ ਪੁੱਤਰ ਦਾ ਹੱਕ ਪਹਿਲਾਂ ਹੁੰਦਾ ਵੀ ਉਹਨਾਂ ਨੂੰ ਲੈ ਕੇ ਜਾਵੇ ਪਰ ਕਹਿੰਦੇ ਜਿਹੜੀਆਂ ਚੀਜ਼ਾਂ ਖਾਸ ਤੌਰ ਤੇ ਵੇਲਣੇ ਦੀ ਤੁਸੀਂ ਜ਼ਿਕਰ ਕੀਤਾ ਕਹਿੰਦੇ ਜੇ ਸ਼ੁੱਧ ਚੀਜ਼ ਬਣਾਉਣੀ ਹੈ ਤਾਂ ਉਹਦੇ ਤੇ ਤਾਂ ਕੋਸਟ ਬਹੁਤ ਆ ਜਾਂਦੀ ਔਰ ਖਰੀਦਦੇ ਨਹੀਂਗੇ ਆਮ ਲੋਕ ਦੇਖੋ ਸਰ ਐਦਾਂ ਦੀ ਗੱਲ ਇਹ ਸਿਰਫ ਮਾਈਂਡ ਸੈਟ ਹੈ ਮੈਂ ਪਹਿਲਾਂ ਵੀ ਕਿਹਾ ਜਿਹੜਾ ਪਨੀਰ ਹੈ ਜਿਹੜਾ ਬੰਦਾ ਪਨੀਰ ਖਰੀਦਦਾ ਉਹ 200 ਰੁਪਏ ਕਿਲੋ ਵਾਲਾ ਵੀ ਤਾਂ ਪਨੀਰ ਖਰੀਦਦਾ ਹੀ ਆ ਜਾ ਕੇ ਤਾਂ ਉਹੀ ਪਨੀਰ ਉਹ ਨਾ ਖਾਵੇ ਜਾਂ ਉਹਨੂੰ ਮਹਿਸੂਸ ਹੋ ਜਾਏ ਉਹ ਘੱਟ ਖਾ ਲੇ ਔਰ ਇੱਕ ਚੀਜ਼ ਯਾਦ ਰੱਖਿਓ ਜਦੋਂ ਤੁਸੀਂ ਆਪਣੇ ਬੱਚਿਆਂ ਲਈ ਪਨੀਰ ਖੜੋਗੇ ਇੱਕ ਛੋਟੀ ਫੈਮਿਲੀ ਯੂਨਿਟ ਲਈ ਖੜੋਗੇ ਕਦੇ ਤੁਸੀਂ 200 ਵਾਲਾ ਪਨੀਰ ਨਹੀਂ ਖਰੀਦਦੇ ਤੁਸੀਂ 3 350 ਵਾਲਾ ਮਿਆਰੀ ਪਨੀਰ ਖਰੀਦਦੇ ਮੈਂ ਲਿਖ ਕੇ ਦੇ ਦੇਣਾ ਤੁਹਾਨੂੰ ਜਦੋਂ ਤੁਸੀਂ ਲੰਗਰ ਕਰਾਉਣੇ ਵੱਡੇ ਕਿਤੇ ਉਦੋਂ ਹੀ ਤੁਸੀਂ ਜਿਹੜਾ ਹੈ ਨਾ ਕਹਿੰਦਾ ਨੇ 200 ਵਾਲਾ ਚੱਲੋ ਪਨੀਰ ਵਾਲੇ ਮਸਲੇ ਦੇ ਉੱਪਰ ਆਉਣਾ ਹੁਣ ਤੁਸੀਂ ਗੱਲ ਕਰਦੇ ਆ ਸਰ ਇੱਕ ਜਿਹੜਾ ਟਾਂਡੇ ਗਏ ਸੈਂਪਲ ਪਰ ਉਹਨੂੰ ਕਿਹਾ ਪਨੀਰ ਦੇ ਸੈਂਪਲ ਲੈਣੇ ਉਹ ਲੈ ਆ ਉਹਨੂੰ ਕਿਹਾ ਵੀ ਉਹ ਪਨੀਰ ਦੂਜਾ ਉਹ ਕਹਿੰਦਾ ਵੀ ਇੱਕ ਪਨੀਰ ਅਸੀਂ ਕਿਉਂ ਦੌੜ ਗਏ ਬੰਦੇ ਜਿਹੜੇ ਪਹਿਲਾਂ ਅਸੀਂ 5 ਵਜੇ ਅਸੀਂ ਰੇਡ ਕਰਨਾ ਸੀਗਾ ਉਹ ਦੌੜ ਗਏ ਹੁਣ ਤੁਸੀਂ ਦੱਸੋ ਵੀ ਉਹ ਬੰਦਾ ਕਹਿੰਦਾ ਜੀ ਮੇਰੀ ਪਹਿਲਾਂ ਇੱਕ ਪ੍ਰੋਬਲਮ ਸੁਣਾ ਮੈਂ ਕਹਾ ਹਾਂਜੀ ਕਹਿੰਦਾ ਸਵੇਰੇ ਇੱਕ ਬੰਦਾ ਆਇਆ ਉਹਨੇ ਕੋਈ ਧਾਰਮਿਕ ਪ੍ਰੋਗਰਾਮ ਕਰਾਉਣਾ ਸੀਗਾ ਉਹ ਸਾਨੂੰ ਕਹਿੰਦਾ ਵੀ ਪਨੀਰ ਚਾਹੀਦਾ ਮੈਨੂੰ 25 ਕਿਲੋ ਜਿੰਨਾ ਵੀ ਚਾਹੀਦਾ ਉਹ ਕਹਿੰਦਾ ਵੀ ਲੈ ਲਓ ਪਨੀਰ ਅਹੀਂ ਕਹਿੰਦਾ ਉਹਨੂੰ 350 ਵਾਲਾ ਜਾਂ ਜਿਹੜਾ ਵੀ ਲਗਭਗ ਉਦਾਂ ਦਾ ਮਿਆਰੀ ਪਨੀਰ ਸੀਗਾ ਉਹ ਦਿਖਾਇਆ ਵੀ ਆ ਲੈ ਲਓ ਉਹ ਕਹਿੰਦਾ ਜੀ ਮੈਨੂੰ 200 ਵਾਲਾ ਚਾਹੀਦਾ ਉਹ ਕਹਿੰਦਾ ਯਾਰ ਤੁਸੀਂ 200 ਵਾਲਾ ਕਿਉਂ ਲੈਣਾ ਚਾਹੁੰਦੇ ਤੁਸੀਂ ਤਾਂ ਧਾਰਮਿਕ ਪ੍ਰੋਗਰਾਮ ਘਰੇ ਕਰੇ ਕਰਾ ਰਹੇ ਆ ਧਰਮ ਦਾ ਰੱਬ ਦਾ ਤੇ ਤੁਸੀਂ ਪਨੀਰ ਵਧੀਆ ਪਾਓ ਫਿਰ ਉਹ ਕਹਿੰਦਾ ਉਹ ਲੋਕਾਂ ਨੇ ਖਾਣਾ ਆ ਆ ਕੇ ਘਰੇ ਚੱਲ ਜਾਣਾ ਦਫਾ ਕਰੋ ਕਹਿੰਦਾ ਫਲਾ ਦੋ ਮਤਲਬ ਜਿਹੜੀ ਮਾਨਸਿਕਤਾ ਇਦਾਂ ਦੀ ਖਰੀ ਨਹੀਂ ਹੈਗੀ ਤੁਹਾਨੂੰ ਕੋਈ ਲੋਕ ਵਿਚਾਰੇ ਜਿਹੜੇ ਤੁਹਾਡੇ ਲੰਗਰ ਖਾਣਗੇ ਉਸ ਦਿਨ ਘਰ ਆ ਕੇ ਉਹ ਤੁਹਾਨੂੰ ਜ਼ਬਰਦਸਤੀ ਕਹਿੰਦੇ ਵੀ ਸਾਨੂੰ ਪਨੀਰ ਖਵਾ ਵੈਸੇ ਵੀ ਸਾਡੀ ਲੰਗਰ ਦੀ ਮਰਿਆਦਾ ਆ ਪੇ ਦਾਲ ਫੁਲਕਾ ਹੀ ਸਾਨੂੰ ਵਧੀਆ ਲੱਗਦਾ ਸ਼ੁੱਧ ਚੀਜ਼ ਜਰ ਖਵਾਓ ਜੇ ਗੈਰਮੇ ਆ ਰਹੀ ਹੈ ਥੱਲੇ ਗਿਰੀ ਹੋਈ ਚੀਜ਼ ਆ ਉਹ ਨਾ ਖਵਾਈ ਜਾਵੇ ਆਪਣਾ ਮਾਈਂਡ ਸੈਟ ਚੇਂਜ ਕਰੀਏ ਹੁਣ ਪਾਣੀ ਦੀ ਗੱਲ ਕੀਤੀ ਆ ਪਾਣੀ ਨੂੰ ਮੈਂ ਪਿੱਛੇ ਜੇ ਇੰਨਾ ਹਾਈਲਾਈਟ ਕੀਤਾ ਤੇ ਪਾਣੀ ਜਿਹੜਾ ਉਹ ਗਲਾਸ ਚ ਹੈਗਾ ਪੈਕ ਕਰਿਆ ਹੋਇਆ ਗਲਾਸ ਪਾਣੀ ਵਾਲਾ ਹਾਂਜੀ ਉਹ ਕਿਵੇਂ ਉਹਦੇ ਬਾਰੇ ਵੀ ਤੁਸੀਂ ਕਹਿ ਰਹੇ ਸੀਗੇ ਕਿ ਇਹ ਵੀ ਨਾ ਪਾਣੀ ਪਿਓ ਲੋਕਾਂ ਨੂੰ ਤੁਸੀਂ ਦੇਖਿਓ ਮੈਂ ਵੀਡੀਓ ਦੇਖੀ ਇੱਕ ਉਹ ਪਾਣੀ ਜਿਹੜਾ ਨਾ ਜੀ ਤੁਸੀਂ ਦੱਸੋ ਉਹ ਪਾਣੀ ਤੇ ਇੱਕ ਇੰਡੀਅਨ ਬਿਊਰੋ ਸਟੈਂਡਰਡ ਹੈ ਸਾਡਾ ਹੈ ਨਾ ਸਟੈਂਡਰਡ ਹੈ ਸਾਡਾ ਆਈਐਸ ਦਾ ਮਾਰਕ ਜਿੱਦਾਂ ਇਦਾਂ ਹੁੰਦਾ ਹੈ ਹੈ ਨਾ ਉੱਥੇ ਕੋਈ ਆਈਐਸ ਦਾ ਮਾਰਕ ਨਹੀਂ ਉਸ ਪਾਣੀ ਤੇ ਉਸ ਪਾਣੀ ਤੇ ਫੂਡ ਸੇਫਟੀ ਲਾਇਸੈਂਸ ਜਿਹੜਾ ਉਹਦਾ ਕੋਈ ਨੰਬਰ ਨਹੀਂ ਉਸ ਪਾਣੀ ਤੇ ਕੋਈ ਵੈਜ ਨਾਨ ਵੈਜ ਦਾ ਨਿਸ਼ਾਨ ਹੁੰਦਾ ਕਿਸੇ ਤੇ ਵੀ ਦੇਖਿਓ ਉਹ ਨਹੀਂ ਹੈਗਾ ਉਸ ਪਾਣੀ ਤੇ ਬੈਚ ਨੰਬਰ ਲਿਖਿਆ ਹੈ ਕੱਲ ਬੈਚ ਨੰਬਰ ਅੱਗੇ ਕੁਝ ਨਹੀਂ ਲਿਖਿਆ ਬੈਚ ਨੰਬਰ ਖਾਲੀ ਖਦਾਮ ਭਰ ਲਓ ਤੁਸੀਂ ਆਪੇ ਫਿਰ ਉੱਥੇ ਲਿਖਿਆ ਪੈਕਿੰਗ ਦੀ ਡੇਟ ਲਿਖੀ ਆ ਅੱਗੇ ਕੁਝ ਨਹੀਂ ਲਿਖਿਆ ਫਿਰ ਬੈਸਟ ਬਿਫੋਰ ਲਿਖਿਆ ਅੱਗੇ ਕੁਝ ਨਹੀਂ ਲਿਖਿਆ ਉਹਨੇ ਪਤਾ ਕੀ ਲਿਖਿਆ ਸੀਗਾ ਉਹਨੇ ਲਿਖਿਆ ਸੀ ਕਿ ਡੱਬੇ ਤੇ ਜਾਨੀ ਜਿਹੜਾ ਬਾਕਸ ਬਾਹਰ ਹੈ ਨਾ ਉਹਦੇ ਤੇ ਲਿਖਿਆ ਹੋਇਆ ਅੱਛਾ ਜਿੱਦਾਂ ਉਹਨੇ ਲਿਖਿਆ ਉਹਦੇ ਮੋਰੇ ਲਿਖਿਆ ਕਿ ਬਾਕਸ ਤੇ ਲਿਖਿਆ ਹੋਇਆ ਅਸੀਂ ਬਾਕਸ ਚੱਕ ਲਿਆ ਜਿਹੜਾ ਕਾਰਟਨ ਕਾਰਟਨ ਅਸੀਂ ਕਾਰਟਨ ਚੱਕ ਲਿਆ ਪੂਰਾ ਡੱਬਾ ਤੇ ਸੈਂਪਲ ਵੀ ਉਹਦਾ ਡੱਬੇ ਦਾ ਹੀ ਭੇਜਤਾ ਫਿਰ ਫੂਡ ਲੈਬ ਨੂੰ ਪੇ ਲਾਇਬ ਸਾਡੀ ਦੇਖ ਲਵੇ ਪੇ ਜਿਹੜਾ ਬਾਹਰ ਡੱਬਾ ਇਹ ਲਿਖਦਾ ਪੇ ਡੱਬੇ ਤੇ ਲਿਖਿਆ ਉਹ ਡੱਬਾ ਵੀ ਦੇਖ ਲੈ ਪੇ ਲਿਖਿਆ ਕਿ ਨਹੀਂ ਲਿਖਿਆ ਡੱਬੇ ਤੇ ਵੀ ਨਹੀਂ ਲਿਖਿਆ ਫਿਰ ਜਿਹੜਾ ਉੱਤੇ ਪੈਕਿੰਗ ਵਾਲੇ ਦਾ ਐਡਰੈਸ ਲਿਖਿਆ ਉਹ ਪਤਾ ਕੀ ਲਿਖਿਆ ਹੈ ਜੀਟੀ ਰੋਡ ਪੰਜਾਬ ਇੰਡੀਆ ਅੱਛਾ ਇਹ ਕਿਹੜਾ ਐਡਰੈਸ ਹੋਇਆ ਜਿਹੜਾ ਬੰਦਾ ਛੁਪ ਕੇ ਹੁਣ ਆ ਮੈਨੂੰ ਇੱਥੇ ਬੈਠੇ ਇੱਕ ਕਾਲ ਆਈ ਸੀਗੀ ਅਗਰ ਸ਼ਾਇਦ ਤੁਸੀਂ ਵਿੱਚ ਸੁਣਿਆ ਕਿ ਨਹੀਂ ਗੁਰਦਾਸਪੁਰ ਤੋਂ ਬੰਦਾ ਜਾ ਕੇ ਤੁਹਾਨੂੰ ਕਹਿ ਰਿਹਾ ਔਰ ਉਹ ਕਹਿ ਰਹੇ ਵੀ ਸਾਡੇ ਪਾਣੀ ਘਰ ਚ ਕੋਈ ਪੈਕ ਕਰਦਾ ਬੰਦਾ ਉਹ ਇਦਾਂ ਦਾ ਗਲਾਸ ਪੈਕ ਕਰਦਾ ਜਿਹੜਾ ਜਿਹੜਾ ਉਹਨੇ ਮੈਨੂੰ ਜ਼ਿਕਰ ਕੀਤਾ ਵੀ ਜਿੱਦਾਂ ਤੁਸੀਂ ਪਾਣੀ ਦਾ ਜ਼ਿਕਰ ਕੀਤਾ ਇਹੋ ਹੀ ਪਾਣੀ ਸਾਡੇ ਵੀ ਪੈਕ ਹੁੰਦਾ ਫਿਰ ਇਹ ਪਾਣੀ ਜਿਹੜਾ ਆ ਮੈਂ ਸਾਰੇ ਪਾਸੇ ਇਹ ਗੱਲ ਕਹਿਣੀ ਚਾਹੁੰਦਾ ਸੀ ਜੇ ਬਣਾਉਣ ਵਾਲਾ ਪਾਣੀ ਇਦਾਂ ਦਾ ਸ਼ਰਮ ਨਹੀਂ ਕਰਦਾ ਕੋਈ ਉਹਨੂੰ ਕੋਈ ਸ਼ਰਮ ਨਹੀਂ ਉਹ ਠੀਠ ਹੈ ਜਿੱਦੀ ਹੈ ਆਪਾਂ ਖਰੀਦਣ ਵਾਲਾ ਬੰਦਾ ਨਾ ਲਵੇ ਉਹ ਨਾ ਲਵੇ ਜਦੋਂ ਅਸੀਂ ਕਹੇ ਫੰਕਸ਼ਨ 'ਚ ਇਕੱਠੇ ਹੋ ਪਨੇ ਪਾਣੀ ਚੱਕਾਂਗੇ ਪੀਵਾਂਗੇ ਦੁਕਾਨਾਂ 'ਤੇ ਸਾਨੂੰ ਮੋਰੇ ਰੱਖ ਦਿੰਦੇ ਸ਼ਮਸ਼ਾਨ ਘੜ 'ਚ ਜਾਓ ਸਾਡੇ ਮੋਰੇ ਰੱਖ ਦਿੰਦੇ ਕਈ ਜਗ੍ਹਾ ਮੈਂ ਦੇਖਿਆ ਕਿਸੇ ਪ੍ਰੋਗਰਾਮ 'ਚ ਬੁਢਾ ਵੜ ਗਏ ਉੱਥੇ ਯਸ਼ ਚੋਪੜਾ ਜੀ ਕਿਹੜੇ ਜਿਹੜੇ ਜਗਬਾਣੀ ਵਾਲੇ ਉਹ ਵੀ ਆਏ ਹੋਏ ਸੀ ਅਸੀਂ ਬੈਠੇ ਹੋ ਇਕੱਠੇ ਮੋਰੇ ਫੇ ਪਾਣੀ ਉਹੀ ਰੱਖਿਆ ਹੋਇਆ ਸੀ ਇੱਥੇ ਮੰਤਰੀ ਸਾਹਿਬ ਇੱਕ ਫੰਕਸ਼ਨ 'ਚ ਗਏ ਆ ਜਿੱਦਣ ਬਾਬਾ ਬਿਸ਼ਕਰਮਾਡੇ ਜੀ ਦਾ ਸੀ ਉੱਥੇ ਪਾਣੀ ਉਹੀ ਮੋਰੇ ਰੱਖਿਆ ਗਲਾਸਾਂ ਮਤਲਬ ਯਾਰ ਜਿਹੜੇ ਖਰੀਦਣ ਵਾਲੇ ਬੰਦੇ ਮੈਂ ਤਾਂ ਚਾਹੁੰਨਾ ਸਫਲ ਹੋਵਾਂਗੇ ਇੱਕ ਦਿਨ ਕੋਈ ਐਡੀ ਗੱਲ ਨਹੀਂ ਹਮ ਜੀਤਾਂਗੇ ਇੱਕ ਦਿਨ ਕਹਿੰਦੇ ਹਾਂ ਨਾ ਹਮ ਕਾ ਹੋਵਾਂਗੇ ਕਾਮਯਾਬ ਇੱਕ ਦਿਨ ਹੋਵਾਂਗੇ ਕਾਮਯਾਬ ਹੋਵਾਂਗੇ ਕੋਈ ਨਹੀਂ ਬੜਾ ਫਰਕ ਪੈ ਰਿਹਾ ਔਰ ਪਾਣੀ ਜਿਹੜਾ ਨਾ ਹਟਣਗੇ ਲੋਕੀ ਖਰੀਦਦੇ ਨੇ ਸਮਝਾਓ ਜਿਹੜਾ ਪਾਣੀ ਅਸੀਂ ਪੀ ਰਹੇ ਆ ਬੋਤਲਾਂ ਲੈ ਲੈਨੇ ਅਸੀਂ ਪਾਣੀ ਦੀਆਂ ਔਰ ਉਹ ਕਿਉਂਕਿ ਮੈਂ ਨਾਂ ਲੈ ਕੇ ਵੀ ਜੇ ਕਰਾਂ ਤਾਂ ਬਿਸਲੈਰੀ ਬਹੁਤ ਇੱਕ ਬ੍ਰਾਂਡ ਆ ਖੈਰ ਔਰ ਉਹਦੇ ਡਿਟੋ ਨਾਂ ਲੈ ਲੈ ਕੇ ਕੋਈ ਬਿਲਸਰੀ ਕਰੀ ਜਾਂਦਾ ਕੋਈ ਬਿਸਲੇ ਕੋਈ ਕੁਛ ਫਲਾਣਾ ਟਮਿਕਾ ਇਸ ਤਰ੍ਹਾਂ ਦੇ ਮਤਲਬ ਨਾਂ ਵੀ ਜਿਹੜੇ ਆ ਉਹ ਵੱਡੀਆਂ ਕੰਪਨੀਆਂ ਦੇ ਥੋੜਾ ਜਿਆਦਾ ਤੋੜ ਭੰਨ ਕੇ ਇੱਧਰ ਲੱਖਾ ਰਿਧਰ ਕਰਤਾ ਇੱਧਰ ਲਾ ਇੱਧਰ ਕਿ ਜਿਹੜਾ ਸੜਕ ਦੇ ਬੋਤਲਾਂ ਪਾਣੀ ਦੀਆਂ ਪੈਕ ਕਰੀਆਂ ਪਈਆਂ ਜਾਂ ਦਫ਼ਤਰਾਂ ਦੇ ਵਿੱਚ ਵੀ ਲੋਕ ਬੋਤਲਾਂ ਵੱਡੀਆਂ-ਵੱਡੀਆਂ ਮੰਗਾ ਕੇ ਉਹ ਉਹਦੇ ਉੱਪਰ ਕੈਂਪਰ ਦੇ ਉੱਪਰ ਰਖਵਾ ਕੇ ਲਾ ਲੈਂਦੇ ਕਿ ਉਹ ਪਾਣੀ ਪੀਣਾ ਚਾਹੀਦਾ ਹੈ ਕਿ ਨਹੀਂ ਪੀਣਾ ਚਾਹੀਦਾ ਦੇਖੋ ਜੇ ਅਗਰ ਫੂਡ ਸੇਫਟੀ ਲਾਇਸੈਂਸ ਉਸ ਬੰਦੇ ਨੇ ਪਾਣੀ ਭਰਨ ਵਾਲੇ ਨੇ ਪਾਣੀ ਵੱਡੀਆਂ ਪੈਕ ਕਰਨ ਵਾਲੇ ਨੇ ਸਾਡਾ ਲਿਆ ਉਹਨੇ ਕੋਈ ਪਲਾਂਟ ਪਲਾਂਟ ਲਾਇਆ ਹੈ ਨਾ ਜਿੱਦਾਂ ਉਹ ਪਾਣੀ ਦੇ ਨਾਰਮਸ ਫੂਡ ਸੇਫਟੀ ਸਟੈਂਡਰਡ ਅਥਾਰਟੀਜ਼ ਦੇ ਜਿਹੜੇ ਨਿਯਮਾਂ ਦੀ ਅਗਰ ਉਹ ਪਾਲਣਾ ਕਰਦਾ ਉਹਦੇ ਮੁਤਾਬਕ ਪਾਣੀ ਬਣਾ ਕੇ ਵੇਚਦਾ ਜੋ ਜੋ ਵੀ ਪਹਿਲਾਂ ਮੈਂ ਜੜੀਆਂ ਕਮੀਆਂ ਦਾ ਜ਼ਿਕਰ ਕੀਤਾ ਅਗਰ ਉਹਨੂੰ ਦੂਰ ਉਹ ਨਹੀਂ ਕਮੀਆਂ ਕੋਈ ਰਹਿੰਦੀਆਂ ਤਾਂ ਮੈਂ ਉਹਦੇ ਤੇ ਸਵਾਲ ਨਹੀਂ ਉਠਾਉਣਾ ਉਹ ਪਾਣੀ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਅਜੀ ਕਜੀ ਸੋਚਿਆ ਸੀ ਯਾਰ ਉਹਦਾ ਪਾਣੀ ਪੀਣਾ ਅਜ ਨਿੱਕੇ ਹੁੰਦੇ ਸੀ ਕਦੇ ਨਲਕੇ ਦਾ ਪਾਣੀ ਢੇੜ ਕੇ ਹੈਂਡ ਪੰਪ ਦਾ ਢੇੜੀਦਾ ਹੁਣ ਜਦੋਂ ਧਰਤੀ 'ਚ ਲੋਕੀ ਇੰਡਸਟਰੀਅਲ ਲਿਸਟ ਜਾਂ ਕੋਈ ਪਾਣੀ ਜਿਹੜਾ ਉਹ ਆਪਣਾ ਟ੍ਰੀਟਮੈਂਟ ਨਹੀਂ ਕਰਦੇ ਉਹ ਪਾਣੀ ਜਦੋਂ ਧਰਤੀ 'ਚ ਛੁੱਟੀ ਜਾਂਦੇ ਸਾਡੀ ਚ ਤਾਂ ਉਹ ਪਾਣੀ ਚ ਹੈਵੀ ਮੈਟਲਸ ਹੋਰ ਸਾਰੀਆਂ ਪੋਲੂਟ ਕਰੀ ਜਾਂਦੇ ਆ ਉਹ ਜਦੋਂ ਪਾਣੀ ਤਾਂ ਅਸੀਂ ਧਰਤੀ ਚੋਂ ਕੱਢ ਕੇ ਜਦੋਂ ਪੀਣਾ ਜਿਹੜਾ ਉਸਕ ਲੇਅਰ ਦਾ ਪਾਣੀ ਆ ਉਹ ਤਾਂ ਜਿਵੇਂ ਹੀ ਪੋਲੂਟਡ ਹੋ ਗਿਆ ਮੰਨ ਲਓ ਤੇ ਲੋਕੀ ਵਿਚਾਰੇ ਜਦੋਂ ਉਹ ਪਾਣੀ ਪੀਣਗੇ ਤਾਂ ਫਿਰ ਉਹ ਕੈਂਸਰ ਕਾਰਸਿਨੋਜਨ ਜਾਂ ਕਿਡਨੀ ਫੇਲਰ ਲਿਵਰ ਫੇਲਰ ਬਿਮਾਰੀਆਂ ਕਿੰਨੀਆਂ ਹੈਵੀ ਮੈਟਲਸ ਬਾਡੀ ਤੇ ਚੱਲ ਜਾਣਗੀਆਂ ਜਾਂ ਲਿਵਰ ਵੀ ਫੇਲ ਹੋ ਜਾਏਗਾ ਮਤਲਬ ਕਹਿਣ ਦਾ ਮੇਰਾ ਇਹ ਆ ਭਈ ਜਿਹੜਾ ਉਹ ਪੋਲੂਸ਼ਨ ਵਾਲਾ ਪਾਰਟ ਆ ਜਿਹੜਾ ਪਾਣੀ ਪੋਲੂਟ ਹੋ ਰਿਹਾ ਪਹਿਲਾਂ ਤਾਂ ਉਧਰ ਵੀ ਉਹ ਬੰਦਿਆਂ ਨੂੰ ਪੈਸੇ ਦੇ ਨਰੇਪੁਰੇ ਨਹੀਂ ਪਿੱਛੇ ਪੈਣਾ ਚਾ ਜਿਹੜੀ ਹਿਊਮਨ ਲਾਈਫ ਆ ਬਹੁਤ ਕੀਮਤੀ ਆ ਜੇ ਵਿਦੇਸ਼ਾਂ ਦੀ ਗੱਲ ਕਰਦੇ ਤਾਂ ਉੱਥੇ ਮਨੁੱਖੀ ਜਿੰਦਾ 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 ਜ਼ਿੰਦਗੀਆਂ ਬਹੁਤ ਕੀਮਤੀ ਆ ਸਾਨੂੰ ਵੀ ਆਪਣਾ ਦੇਸ਼ ਚ ਇਦਾਂ ਸਮਝਣਾ ਪਊਗਾ ਕਰਨਾ ਪਊਗਾ ਜਿੰਦਾ ਜ਼ਿੰਦਗੀ ਬਹੁਤ ਵੱਡੀ ਆ ਹਿਊਮਨ ਲਾਈਫ ਮੈਂ ਤਾਂ ਹੀ ਤਾਂ ਇਹਦੇ ਤੇ ਕਦੀ ਕੰਪਰੋਮਾਈਜ਼ ਨਹੀਂ ਕਰਦਾ ਵੈਸੇ ਤਾਂ ਮੈਂ ਹੋਰ ਵੀ ਚੀਜ਼ਾਂ ਤੇ ਨਹੀਂ ਕਦੀ ਕੀਤਾ ਪਰ ਹੋਰ ਚੀਜ਼ ਤੇ ਚਲੋ ਤੁਸੀਂ ਕਰ ਲਓ ਜਿੱਥੇ ਕੋਈ ਨਹੀਂ ਹੁੰਦਾ ਮੈਂ ਪੈਸੇ ਲੈਣ ਦੀ ਗੱਲ ਨਹੀਂ ਕਰਦਾ ਤੇ ਜਿੰਨੇ ਜਮ ਇੱਧਰ ਉੱਧਰ ਹੋ ਜਾਏ ਕੋਈ ਗੱਲ ਨਹੀਂ ਫਲੈਕਸੀਬਿਲਟੀ ਵੀ ਹੁੰਦੀ ਕਿਸੇ ਦੇ ਪਰਪਰ ਕਰ ਲਈ ਭਲੇ ਲਈ ਕੁਝ ਕਰਨ ਦੇ ਪਰ ਇੱਥੇ ਤੁਹਾਨੂੰ ਰਿਜਿਡ ਹੋਣਾ ਚਾਹੀਦਾ ਇੱਥੇ ਕ腐ਪਸ਼ਨ ਦਾ ਨਾਂ ਨਿਸ਼ਾਨੀ ਚਾਹੀਦਾ ਇੱਥੇ ਫੂਡ ਸੈਂਪ ਸੇਫਟੀ ਦੇ ਵਿੱਚ ਬਿਲਕੁਲ ਦਖਲਅੰਦਾਜ਼ੀ ਨਹੀਂ ਕਿਸੇ ਦੀ ਚਾਹੀਦੀ ਕਿਉਂਕਿ ਜਿਹੜਾ ਬੰਦਾ ਸਾਨੂੰ ਰੋਕਦਾ ਆ ਜਿਹੜਾ ਸਾਨੂੰ ਜਲੀਲ ਕਰਦਾ ਆ ਆਫਟਰ ਆਲ ਉਹ ਵੀ ਤਾਂ ਫੂਡ ਖਾਂਦਾ ਆ ਆਫਟਰ ਆਲ ਉਹ ਵੀ ਬੱਚੇ ਵੀ ਤਾਂ ਖਾਂਦੇ ਆ ਆਫਟਰ ਆਲ ਇਹ ਜਿਹੜਾ ਮੈਟਰ ਹੈ ਫੂਡ ਸੇਫਟੀ ਜਿਹੜਾ ਉਹਦੇ ਨਾਲ ਫੈਮਿਲੀ ਦਾ ਵੀ ਜੁੜਿਆ ਹੋਇਆ ਹੈ ਪਿੱਛੇ ਜੇ ਨਿਊਜ਼ੀਲੈਂਡ ਜਾ ਕੇ ਆਇਆ ਉੱਥੇ ਜਾ ਕੇ ਦੇਖਿਆ ਤਾਂ ਮੈਨੂੰ ਤਾਂ ਦਿਨ ਰਾਤ ਦਾ ਹੀ ਚੇਂਜ ਲੱਗੇ ਇਸ ਚੀਜ਼ ਦਾ ਖਾਸ ਤੌਰ ਤੇ ਕਿਉਂਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਦਿਨ ਸਾਡੇ ਨਾਲੋਂ 6.5 ਘੰਟੇ ਅੱਗੇ ਆ ਦਿਨ ਰਾਤ ਦਾ ਇਸ ਕਰਕੇ ਕਿ ਪਨੀਰ ਜਿਹੜਾ ਤੁਸੀਂ ਪਨੀਰ ਦਾ ਜਿਹੜਾ ਜ਼ਿਕਰ ਕੀਤਾ 350 ਰੁਪਏ ਮੈਂ ਉੱਥੇ ਦੇਖਿਆ ਮੈਂ ਕਿਹਾ ਯਾਰ ਆ ਪਨੀਰ ਤਾਂ ਜਿਹੜਾ ਆਪਾਂ ਘਰ ਬਣਾਉਨੇ ਹੁੰਦੇ ਆ ਉਹਦੇ ਨਾਲੋਂ ਵੀ ਸ਼ੁੱਧ ਪਨੀਰ ਲੱਗਦਾ ਏ ਕਹਿੰਦਾ ਇੱਥੇ ਉਹਨਾਂ ਨੇ ਮੈਨੂੰ ਦੱਸਿਆ ਰਿਸ਼ਤੇਦਾਰਾਂ ਦੀ ਉਥੇ ਡੇਰੀ ਵੀ ਆ ਬ੍ਰਦਰ ਦਾ ਉਥੇ ਮਿਲਕ ਦਾ ਕੰਮ ਬੜਾ ਰੈਸਟੋਰੈਂਟ ਸੀਗਾ ਔਰ ਉਹਨਾਂ ਨੇ ਮੈਨੂੰ ਸਮਝਾਇਆ ਕਹਿੰਦੇ ਇੱਥੇ ਤਾਂ ਜੇ ਤੁਸੀਂ ਕੋਈ ਵੀ ਚੀਜ਼ ਲਾਪਰਵਾਹੀ ਕੀਤੀ ਤੁਹਾਨੂੰ ਫਾਈਨ ਹੀ ਇਹੋ ਜੇ ਹੋਣੇ ਆ ਕਿ ਤੁਸੀਂ ਡਿਫਾਲਟਰ ਹੋ ਜਾਣਾ ਬੈਂਕ ਦੇ ਇਹੋ ਇਹੋ ਜੀਆਂ ਕਹਿੰਦੇ ਕਾਨੂੰਨ ਆ ਇੱਥੇ ਕਿ ਬੰਦਾ ਡਰਦਾ ਮਾਰਾ ਹੀ ਕੋਈ ਮਾੜਾ ਮੋਟਾ ਵੀ ਉਹਨੇ ਕੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਹੁਣ ਤੁਸੀਂ ਇੱਕ ਗੱਲ ਦੇਖੋ ਸਰ ਕਈ ਵਾਰੀ ਨਾ ਸਵਾਲ ਨਹੀਂ ਉਠਾਉਣਾ ਕਿਸੇ ਤੇ ਪਰ ਕਈ ਵਾਰੀ ਇਦਾਂ ਹੁੰਦਾ ਵੀ ਜਦੋਂ ਸੈਂਪਲ ਪਰਦੇ ਆ ਜਦੋਂ ਦਸੂਏ ਜਾਂ ਕਈ ਜਗ੍ਹਾ ਲੈਨੇ ਸਾਨੂੰ ਪਤਾ ਹੁੰਦਾ ਵੀ ਇਹ ਮਿਆਰੀ ਨਹੀਂ ਹੈ ਸੈਂਪਲ ਸਾਨੂੰ ਪਤਾ ਲੱਗ ਜਾਂਦਾ ਥੋੜਾ ਬਹੁਤਾ ਨਹੀਂ ਲੱਗਦਾ ਥੋੜਾ ਤਾਂ ਲੱਗ ਜਾਂਦਾ ਜਦੋਂ ਉਹ ਸੈਂਪਲ ਪਾਸ ਆ ਜਾਂਦਾ ਫਿਰ ਅਪ ਟੂ ਮਾਰ ਕਹਿੰਦਾ ਮੈਂ ਇਹ ਚੀਜ਼ ਚਾਹੁੰਦਾ ਵੀ ਕਿਤਨਾ ਕਿਤੇ ਕੋਈ ਨਾ ਕੋਈ ਲੂਪ ਹੋਲ ਸਿਸਟਮ ਚ ਵੀ ਲੋਕੀ ਫਾਇਦਾ ਉਠਾਉਂਦੇ ਆ ਕਿਤਨਾ ਕਿਤੇ ਇਦਾਂ ਰਹਿ ਜਾਂਦਾ ਜਿੱਥੇ 100% ਟਰਾਂਸਪੇਰੈਂਸੀ ਆ ਜਾਏ ਨਾ ਪਾਰਦਰਸ਼ਤਾ ਆ ਜਾਏ ਤਾਂ ਸਿਸਟਮ ਸਾਡੇ ਵੀ ਹੈਗਾ ਪਰ ਟਰਾਂਸਪੇਰੈਂਸੀ ਆ ਜਾਏ ਉਹ ਚੀਜ਼ਾਂ ਐਗਜ਼ੀਕਿਊਟ ਹੋਣ ਲਾਗੂ ਹੋ ਜਾਣ ਉਹ ਚੀਜ਼ਾਂ ਕੋਈ ਕਮੀ ਨਹੀਂ ਸਾਡੇ ਦੇਸ਼ ਚ ਉੱਪਰ ਵੀ ਤੁਹਾਨੂੰ ਲੱਗਦਾ ਅਪਰੋਚ ਹੋ ਸਕਦੀ ਜਿੱਥੇ ਤੁਸੀਂ ਸਿੰਪਲ ਭੇਜ ਦਿਓ ਕਿ ਉੱਥੇ ਮੈਂ ਸਵਾਲ ਨਹੀਂ ਉਠਾਉਣਾ ਕਿਸੇ ਤੇ ਬਟ ਮੈਂ ਇਹ ਜ਼ਰੂਰ ਕਹਿਣਾ ਵੀ ਜਿੱਦਾਂ ਕਈ ਚੀਜ਼ਾਂ ਦੇ ਮਤਲਬ ਜਿੱਦਾਂ ਲੱਗਦਾ ਵੀ ਇਹ ਚੀਜ਼ ਇਦਾਂ ਆ ਫਿਰ ਦੇਖੋ ਪੇ ਮੈਂ ਹੁਣ ਗੱਲ ਕਰਦਾ ਮੈਨੂੰ ਇਦਾਂ ਲੱਗਦਾ ਵੀ ਜਦੋਂ ਹੁਣ ਸਾਡਾ ਕੋਈ ਸੈਂਪਲ ਅਨਸੇਫ ਆ ਗਿਆ ਕਿਸੇ ਦਾ ਜਿਹਦਾ ਚਮਚਮ ਦਾ ਥੋੜੇ ਦਿਨ ਪਹਿਲਾਂ ਕਿਸੇ ਜਗ੍ਹਾ ਤੋਂ ਭਰੇ ਇੱਥੇ ਆਪਣੇ ਜ਼ਿਲ੍ਹੇ 'ਚ ਉਹ ਅਨਸੇਫ ਆ ਗਿਆ ਉਹਦੇ ਦੋ ਸੈਂਪਲ ਹੋਰ ਭਰੇ ਉਹ ਵੀ ਫੇਲ ਆ ਗਏ ਸਬਸਟੈਂਡਰਡ ਆ ਗਏ ਮਤਲਬ ਮੇਰਾ ਕਹਿਣ ਦਾ ਵੀ ਮੈਂ ਮੈਂ ਜਦੋਂ ਕਿਤੇ ਜਾਂਨਾ ਆ ਤਾਂ ਮੇਰਾ ਨਜ਼ਰੀਆ ਹੁੰਦਾ ਵੀ ਇਹ 'ਚ ਕਲਰ ਜ਼ਿਆਦਾ ਪਾਇਆ ਆ ਆ ਗੋੜਜ ਬਣਾਇਆ ਨੇ ਕਲਰ ਪਾਇਆ ਇਹਦੇ 'ਚ ਆ ਚੀਜ਼ ਲੱਗਦੀ ਆ ਹਨਾ ਫਿਰ ਜਦੋਂ ਉਹ ਸੈਂਪਲ ਕਈ ਵਾਰੀ ਪਾਸ ਆ ਜਾਵੇ ਫਿਰ ਥੋੜਾ ਜਨਾ ਉਹ ਬੰਦਾ ਫਿਰ ਸਾਨੂੰ ਟੀਟਣਾ ਵੀ ਦਿਖਾਉਂਦਾ ਵੀ ਥੋੜਾ ਉਹ ਕਹਿੰਦਾ ਵੀ ਕੀ ਕਰ ਕਰ ਲਿਆ ਤੁਸੀਂ ਜਾਂ ਕਿਦਾਂ ਉਹ ਸਾਨੂੰ ਥੋੜਾ ਅੱਖਾਂ ਵੀ ਦਿਖਾਉਂਦਾ ਪਰ ਉਹ ਚੀਜ਼ ਫਿਰ ਸਿਸਟਮ ਜਦੋਂ ਤੁਸੀਂ ਕੰਮ ਕਰਨਾ ਫਿਰ ਮਾੜੀ-ਮੁੱਡੀਆਂ ਹਣਤਾਈਆਂ ਨੂੰ ਤੁਸੀਂ ਇੱਕਦਮ ਤਾਂ ਸਾਰਾ ਸਿਸਟਮ ਨਹੀਂ ਠੀਕ ਕਰ ਸਕਦੇ ਪਨੀਰ ਦੇ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਤੁਸੀਂ ਥੋੜਾ ਜਿਹਾ ਖੁੱਲ ਕੇ ਬਰੀਫ ਕਰਿਓ ਪੰਜ ਚਾਰ ਚੀਜ਼ਾਂ ਤੇ ਔਰ ਕਿਉਂਕਿ ਪਨੀਰ ਜਿਹੜਾ ਆਮ ਤੌਰ ਤੇ ਵਿਕ ਰਿਹਾ ਕਿਉਂਕਿ ਮੈਨੂੰ ਇੱਕ ਰੈਸਟੋਰੈਂਟ ਵਾਲੇ ਨੇ ਗੱਲ ਦੱਸੀ ਕਹਿੰਦਾ ਜਿਹੜਾ ਅਸੀਂ ਕਹਿੰਦਾ ਦੁੱਧ ਲੈ ਕੇ ਆਉਨੇ ਆ ਕਹਿੰਦਾ 60-70 ਰੁਪਏ ਕਿਲੋ ਸਾਨੂੰ ਦੁੱਧ ਪਿਓਰ ਮਿਲਦਾ ਮੈਂ ਬੋਲਣ ਲੱ ਲਾਈਵ ਹੋ ਕੇ ਆਦਮਪੁਰ ਚ ਕਰਤਾਰਪੁਰ ਚੋਂ ਸੈਂਪਲ ਪਨੀਰ ਬਣ ਕੇ ਆਇਆ ਸੀ ਤੇ ਜਿਹਨੇ ਉਸ ਪਨੀਰ ਜਿਹੜਾ ਬਣਾਉਂਦਾ ਸੀਗਾ ਬੰਦਾ ਉਹਨੇ ਮੈਨੂੰ ਬੜੀ ਲੰਬੀ ਫੋਨ ਤੇ 10 ਸੈਕਿੰਡ ਚ ਮੈਂ ਕੰਪਲੀਟ ਕਰਦਾ ਛੋਟਾ ਜਿਹਾ ਮੇਰਾ ਸਵਾਲ ਹੈ ਜਿੱਦਿ ਜਿਹੜਾ ਲੋਕ ਪਨੀਰ ਖਾ ਰਹੇ ਆ ਕੀ ਇਹ ਪਨੀਰ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਪਨੀਰ ਨੂੰ ਕੋਈ ਨਹੀਂ ਆਪਾਂ ਬਾਅਦ ਵਿੱਚ ਕਰ ਲਵਾਂਗੇ ਕਰ ਲਾਂਗੇ ਠੀਕ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਨੀਰ ਨੂੰ ਲੈ ਕੇ ਲੋਕ ਬਹੁਤ ਕੀ ਪਨੀਰ ਖਾਣਾ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਆ ਪਨੀਰ ਕਿਸ ਤਰੀਕੇ ਨਾਲ ਬਣਦਾ ਕਿ ਜਿਹੜਾ ਪਨੀਰ ਸਾਨੂੰ ਰੈਸਟੋਰੈਂਟਾਂ ਤੇ ਮਿਲਦਾ ਇਹ ਵਾਕਈ ਖਾਣ ਲਾਇਕ ਪਨੀਰ ਹੁੰਦਾ ਜਾਂ ਜਿਹੜਾ ਚੰਗਾ ਪਨੀਰ ਆ ਸ਼ੁੱਧ ਉਹਦੀ ਪਛਾਣ ਕਿਵੇਂ ਕੀਤੀ ਜਾਵੇ ਦੇਖੋ ਮੈਂ 3 ਵਜੇ ਵੀ ਰੇਡ ਕਰਕੇ ਬਾਰਡਰ ਤੇ ਗੁਰਦਾਸਪੁਰਾ ਨੂੰ ਜਿਹੜਾ ਸਾਡਾ ਐਡਜਾਇਨਿੰਗ ਡਿਸਟ੍ਰਿਕਟ ਆ ਉੱਥੇ ਆਪਾਂ ਬਾਰਡਰ ਤੇ ਜਾ ਕੇ ਵੀ ਨਾਕੇ ਲਾਏ ਪੂਰੀ ਫੌਗ ਤੋਂ 3 3 ਵਜੇ ਗੱਡੀਆਂ ਲਈਆਂ ਫੜੀਆਂ ਪਨੀਰ ਦੇ ਸੈਂਪਲ ਭਰੇ ਫਿਰ ਹਮ ਸਾਡੀ ਸਾਡੇ ਜਿਹੜਾ ਸੈਂਪਲ ਦੁੱਧ ਪਨੀਰ ਦੇ ਜਿੰਨੇ ਵੀ ਆ ਉਹ ਚ ਅਨਸੇਫ ਨਹੀਂ ਆਇਆ ਕਦੀ ਸਾਡੇ ਸਬਸਟੈਂਡਰਡ ਆਉਂਦਾ ਸਬਸਟੈਂਡਰਡ ਦਾ ਮਤਲਬ ਤੋਂ ਕਰੀਮ ਲਾ ਲਈ ਜਾਂਦੀ ਫੈਟ ਕੱਢ ਦੋ ਜਿਹੜੀ ਜਿਹੜੀ ਚੀਜ਼ ਅਸਲੀ ਘਿਓ ਵਾਲੀ 파ਟ ਜਿੱਦਾਂ ਕਹਿੰਦੇ ਥਿੰਦਾ ਜਿਹੜਾ ਉਹ ਕੱਢ ਲਿਆ ਜਾਂਦਾ ਜਿੱਦਾਂ ਦੁੱਧ ਚੋਂ ਵੀ ਇਦਾਂ ਹੀ ਕਰਦੇ ਆ ਆਪਣਾ ਮਤਲਬ ਕੱਢ ਲੈਂਦੇ ਜਿਹੜਾ ਜਿਹੜਾ ਸਬਸਟੈਂਡਰਡ ਆਉਂਦਾ ਸਬਸਟੈਂਡਰਡ ਦਾ ਕੇਸ ਜਿਹੜਾ ਐਡੀਸੀ ਦੇ ਲੱਗਦਾ ਅਦਾਲਤ ਵਿੱਚ ਜਿਹੜਾ ਦੂਜਾ ਉਹ ਸੀਜੀਐਮ ਦੇ ਅਦਾਲਤ ਮਾਨਯੋਗ ਅਦਾਲਤ ਵਿੱਚ ਲੱਗਦਾ ਜਿਹੜਾ ਅਨਸੇਫ ਹੁੰਦਾ ਅਨਸੇਫ ਵਿੱਚ ਸਜ਼ਾ ਕੈਦ ਵੀ ਹੋ ਸਕਦੀ ਆ ਪੈਨਲਟੀ ਵੀ ਇਦਾਂ ਪੈਨਲਟੀ ਕੱਲੀ ਹੁੰਦੀ ਐ ਡੀਸੀ ਸਾਹਿਬ ਦੇ ਜਿਹੜਾ ਸਬਸਟੈਂਡਰਡ ਐ ਮੈਂ ਕਹਿੰਦਾ ਸਾਡੇ ਜਿਹੜਾ ਦੁੱਧ ਪਨੀਰ ਜੋ ਅਸੀਂ ਇਸ ਤਜਰਬਾ ਪ੍ਰੈਕਟੀਕਲ ਜੋ ਦੇਖਿਆ ਉਹ ਇਹ ਹੁੰਦਾ ਹੁਣ ਮੈਂ ਇੱਕ ਗੱਲ ਕਰਦਾ ਸਬਸਟੈਂਡਰਡ ਤੇ ਜਿਹੜਾ ਉਹ ਪਨੀਰ ਭਰਿਆ ਜਾਂਦਾ ਮੈਂ ਗੱਲ ਜਲਾ ਆਦਮਪੁਰ ਚ ਲਾਈਵ ਕੀਤੀ ਉਸ ਬੰਦੇ ਨੇ ਮੈਨੂੰ ਬਹੁਤ ਕੁਛ ਧਮਕੀਆਂ ਵੀ ਦਿੱਤੀਆਂ ਜਦੋਂ ਕਰਤਾਰਪੁਰ ਦਾ ਪੋਲਿਟਿਸ਼ੀਅਨ ਨਾਲ ਬਹੁਤ ਵੱਡਾ ਰਿਲੇਟਡ ਬੰਦਾ ਸੀ ਜਿਹੜਾ ਪਨੀਰ ਦਾ ਜਿਹਦਾ ਕੰਮ ਸੀਗਾ ਮੈਨੂੰ ਉਹ ਕਹਿ ਰਹੇ ਵੀ ਤੁਸੀਂ ਐਦਾਂ ਕੀਤਾ ਤੁਹਾਨੂੰ ਕਿਹਾ ਵੀ ਸੀ ਤੁਸੀਂ ਫੇਰ ਨਹੀਂ ਰੁਕੇ ਸੈਂਪਲ ਭਰ ਲੈ ਮੈਂ ਕਿਹਾ ਸਰ ਆਪਾਂ ਤਾਂ ਸੈਂਪਲਿੰਗ ਡਿਊਟੀ ਸਰਕਾਰ ਦੀ ਵਜੋਂ ਨੇ ਨਾ ਆਪਾਂ ਕਿਹੜਾ ਕੋਈ ਆਪਣਾ ਘਰੋਂ ਆਰਡਰ ਲੈ ਕੇ ਆਏ ਆ ਫੇਰ ਸਰਕਾਰ ਨੇ ਲਾਇਆ ਸਾਨੂੰ ਜਲੰਧਰ ਵੀ ਸਰਕਾਰ ਨੇ ਲਾਇਆ ਆਪਾਂ ਸੈਂਪਲਿੰਗ ਕਰ ਲਈ ਮੈਂ ਉੱਥੇ ਬੰਦਾ ਜਿਹੜਾ ਮੁੰਡਾ ਆਇਆ ਜਿਹੜਾ ਪਨੀਰ ਲੈ ਕੇ ਸਰਦਾਰ ਲੜਕਾ ਸੀਗਾ ਉਹਨੂੰ ਮੈਂ ਕਿਹਾ ਬੇਟਾ ਇੱਕ ਗੱਲ ਦੱਸ ਮੈਨੂੰ ਸੱਚ-ਸੱਚ ਦੱਸੀ ਜਿਹੜੀ ਦੁਕਾਨ ਤੇ ਸੈਂਪਲ ਦਿੱਤਾ ਹੁਣ ਮੇਰੀ ਇੱਕ ਗੱਲ ਸੁਣਿਓ ਜਿਸ ਜਿਹੜਾ ਮੈਂ ਉਹ ਗੱਡੀ ਵਾਲੇ ਦਾ ਸੈਂਪਲ ਲਿਆ ਪਨੀਰ ਦਾ ਉਹ ਸੈਂਪਲ ਉਹਦਾ ਲੈ ਲਿਆ ਪੋਸਿਬਿਲਟੀ ਕੋਈ ਵੀ ਹੋ ਸਕਦੀ ਬਟ ਮੈਂ ਤੁਹਾਨੂੰ ਤਜਰਬਾ ਦੱਸ ਰਿਹਾ ਜਦੋਂ ਉਹਦਾ ਪਨੀਰ ਦਾ ਸੈਂਪਲ ਲਿਆ ਉਹਨੂੰ ਮੈਂ ਕਿਹਾ ਬੇਟਾ ਇੱਕ ਗੱਲ ਦੱਸ ਤੂੰ ਕਿੰਨੇ ਰੁਪਏ ਕਿਲੋ ਇਹਨੂੰ ਪਨੀਰ ਦੇਣਾ ਉਹ ਕਹਿੰਦੇ 200 ਰੁਪਏ ਕਿਲੋ ਇਹਨੂੰ 200 ਦੇਣਾ ਆਬਵੀਅਸਲੀ 30 40 50 ਰੁਪਏ ਉਹਨੇ ਵੀ ਮਾਰਜਨ ਰੱਖਣਾ ਹੀ ਆ ਨਾ ਉਹ ਐਡੀ ਪਿਕਅਪ ਗੱਡੀ ਲੈ ਕੇ ਤੁਰਿਆ ਡਰਾਈਵਰ ਦੀ ਸੈਲਰੀ ਆ ਫਿਰ ਹੋਰ ਖਰਚੇ ਕੱਢੂਗਾ ਤਾਂ ਮੇਰੇ ਖਿਆਲੋਂ 100 ਰੁਪਏ ਸਵਾ 100 ਪਨੀਰ ਪਿਆ ਹੋਊਗਾ ਤਾਂ ਹੀ ਜਾ ਕੇ ਕਿਤੇ ਉਹ ਠੰਡਾ ਕਰੋਗੇ ਨਹੀਂ ਤਾਂ ਠੰਡਾ ਹੀ ਬੰਦ ਹੋ ਜਾਣਾ ਉਹਦਾ ਮੈਂ ਉਹਨੂੰ ਕਿ ਪੇ ਜਿਹੜਾ ਪਨੀਰ ਹੈ ਉਹ ਕਿੰਨੇ ਦੁੱਧ ਚੋਂ ਨਿਕਲਦਾ ਹਮ ਸਹੀ ਜਿਹੜਾ ਅਸਲੀ ਪਨੀਰ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਇਹ ਗੱਲ ਡੀਪਲੀ ਕੰਪਲੀਟ ਵਧੀਆ ਕਰਿਓ ਹੁਣ ਸੁਣੋ ਮੇਰੀ ਗੱਲ ਤੁਸੀਂ ਕੋਈ ਵੀ ਚੀਜ਼ ਆ ਨਾ ਤੁਸੀਂ ਅਨਾਰ ਦਾ ਜੂਸ ਕਿੰਨੇ 35 ਰੁਪਏ ਦਾ ਤੁਹਾਨੂੰ ਬੰਦਾ ਪਲਾ ਰਿਹਾ ਜਿਹੜਾ ਉੱਥੇ ਜਿਹਨੂੰ ਆਪਾਂ ਫੜਿਆ ਜਿਹਨੂੰ ਹਾਈਲਾਈਟ ਕੀਤਾ ਅੱਜ ਉਹ ਹੀ ਜੂਸ 150 ਰੁਪਏ ਦਾ ਗਲਾਸ ਪਲਾ ਰਿਆ ਅਨਾਰ ਦਾ 200 ਰੁਪਏ ਦਾ ਬਣਾ ਰਿਹਾ ਅਨਾਰ ਦਾ ਜੂਸ ਪਲਾ ਰਿਆ ਉਹੀ 35 ਰੁਪਏ ਦਾ ਪਲਾਉਂਦਾ ਸੀ ਲੋਕਾਂ ਨੂੰ ਵੀ ਤਾਂ ਚਾਹੀਦਾ ਇੱਕ ਘਰੇ ਜਾ ਕੇ ਇੱਕ ਤਜਰਬਾ ਕਰੋ ਟ੍ਰਾਇਲ ਕਰੋ ਐਕਸਪੈਰੀਮੈਂਟ ਕਰੋ ਤੁਸੀਂ ਅਨਾਰ ਲਿਜਾਓ ਕਿਲੋ ਪੰਜ ਅਨਾਰ ਲਿਜਾਓ ਘਰ ਜਾ ਕੇ ਜੂਸ ਕੱਢੋ ਉਹਦਾ ਜੂਸ ਕੱਢ ਕੇ ਦੇਖੋ ਤੁਹਾਨੂੰ ਕਿੰਨੇ ਦਾ 35 ਰੁਪਏ ਦਾ ਪੁੱਗਦਾ ਨਹੀਂ ਪੁੱਗਦਾ ਤੇ ਤੁਹਾਡੀ ਅਕਲ ਕਿਉਂ ਨਹੀਂ ਕੰਮ ਕਰਦੀ ਪਈ ਉਹ ਤੁਹਾਡੀ ਪਨੀਰ ਵਾਲੇ ਨੂੰ ਪਨੀਰ ਦੀ ਗੱਲ ਕਰਦਾ ਹੁਣ ਪਨੀਰ ਜੇ 5 ਲੀਟਰ ਦੁੱਧ ਚੋਂ ਕਟੋ-ਕਟ ਚਵਾਵਾਂ ਦੁੱਧ ਜਿਹੜਾ ਸਹੀ ਦੁੱਧ ਚੋਂ 5 ਲੀਟਰ 5 ਕਿਲੋ ਦੁੱਧ ਚੋਂ 1 ਕਿਲੋ ਪਨੀਰ ਬਣਦਾ ਅੱਛਾ ਪੁੱਛ ਲਓ ਭਾਵੇਂ ਕਿਸ ਨੂੰ 5 ਕਿਲੋ ਚੋਂ ਸਰ 5 ਕਿਲੋ ਦੁੱਧ ਚੋਂ ਪਨੀਰ ਬਣੂ ਬਿਕਰਮ ਜੀ ਕਟੋ-ਕਟ ਉਹ ਦੁੱਧ ਲਗਭਗ 300 ਰੁਪਏ ਦੇ ਆਸ-ਪਾਸ ਉਹ ਜਿਹੜਾ ਦੁੱਧ ਪੈਂਦਾ ਬਿਲਕੁਲ ਪੈ ਗਿਆ ਹਾਂ ਫਿਰ 20-30 ਰੁਪਏ ਚਾੜੀ ਉਹ ਅਗਲਾ ਵੀ ਕਮਾਊਗਾ ਹਨਾ ਉਹ ਕਿੱਦਾਂ ਤੁਹਾਨੂੰ 200 ਰੁਪਏ ਨੂੰ ਪਨੀਰ ਦੇ ਦੋ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਐ ਤੋ ਹੀ ਨਹੀਂ ਸਕਦਾ ਉਹ ਪਨੀਰ ਪਨੀਰ ਹੈ ਹੀ ਨਹੀਂ ਉਹ ਦਾਨੀ ਪੁਰਸ਼ ਥੋੜਾ ਆ ਤੁਹਾਨੂੰ 200 ਰੁਪਏ ਦਾ ਪਨੀਰ ਦੇ ਰਿਹਾ ਉਹਨੂੰ 350 ਦਾ ਪੈਂਦਾ ਤਾਂ ਤੁਹਾਨੂੰ 200 ਦੇ ਦੇ ਰਿਹਾ ਮੰਨ ਲਓ ਉਹ ਦਾਨੀ ਪੁਰਸ਼ ਐ ਫਿਰ 150 ਰੁਪਏ ਕਰ ਪਰ ਕਿਲੋ ਮਗਰ ਛੱਡੀ ਜਾਂਦਾ ਉਹ ਮੈਂ ਇੱਕ ਗੱਲ ਕਰਦਾ ਇਹ ਪਨੀਰ ਜਿਹੜਾ ਆ ਲੋਕਾਂ ਨੂੰ ਜਦੋਂ ਤੁਹਾਡੇ ਕੋਲ ਮਿਲਕ ਨਹੀਂ ਹੈਗਾ ਇੰਨਾ ਹੂੰ ਜਿਨ੍ਹਾਂ ਕੰਟਰੀਆਂ 'ਚ ਪਾਣੀ ਯਾਰ ਖਤਮ ਹੋ ਜਾਂਦਾ ਉਹ ਨਹਾਉਣ ਲਈ ਵੀ ਪਾਣੀ ਨਹੀਂ ਦਿੰਦੇ ਹੁਣ ਇਸ ਵੇਲੇ ਉੱਥੇ ਰੋਕ ਲੱਗ ਜਾਂਦੀ ਵੀ ਤੁਸੀਂ 1 ਮਹੀਨਾ ਨਹਾਉਂਗੇ ਨਹੀਂ ਹੂੰ ਲੱਗੀ ਹੋਇਆ ਕਈ ਕੰਟਰੀ 'ਚ ਮੈਂ ਦੇਖਿਆ ਕਈ ਇਹੋ ਜਿਹੇ ਹੈਗੇ ਜਦੋਂ ਤੁਹਾਨੂੰ ਪਤਾ ਤੁਹਾਡੇ ਕੋਲ ਮਿਲਕ ਇੰਨਾ ਨਹੀਂ ਪ੍ਰੋਡਿਊਸ ਹੈਗਾ ਮਿਰਕ ਨਹੀਂ ਨਹੀਂ ਹੈਗਾ ਤੁਹਾਡੀ ਡਿਮਾਂਡ ਵੱਧ ਹੈ ਤੁਸੀਂ ਮਿਲਕ ਵੱਲ ਨੂੰ ਨਾ ਤੁਰੋ ਯਾਰ ਚੀਜ਼ਾਂ ਹੋਰ ਖਾਣ ਨੂੰ ਬਹੁਤ ਹੁੰਦੀਆਂ ਜਦੋਂ ਚੀਜ਼ ਮਿਲਕ ਵੱਲ ਨੂੰ ਫੋਕਸ ਰੱਖੋਗੇ ਪਨੀਰ ਖਾਓਗੇ ਘਰ ਬਣਾ ਕੇ ਖਾ ਲਓ ਜਦੋਂ ਉਹ ਪਨੀਰ ਵਾਲ ਨੂੰ ਤੁਹਾਡੀ ਨਹੀਂ ਬਦਲਦਾ ਤੁਹਾਡਾ ਰਵਈਆ ਤਾਂ ਫਿਰ ਜਿਹੜਾ ਵੇਚਣ ਵਾਲੇ ਨੇ ਤਾਂ ਤਿਆਰ ਬੈਠਾ ਹੈ ਜੀ ਤੁਸੀਂ ਲਓ ਤਾਂ 200 ਰੁਪਏ ਕਾਦਾ ਬਣਦਾ ਫਿਰ ਪਨੀਰ ਪਨੀਰ ਦਾ ਚਖੋ ਜੀ ਜੋ ਆਪਾਂ ਦੇਖਿਆ ਉਹ ਜਿਹੜੀ ਕਰੀਮ ਲਾ ਕੇ ਸਪ੍ਰੇਟੇ ਜਿਹਦਾ ਦੁੱਧ ਬਣਾ ਲੈਂਦਾ ਸੁਣਦੇ ਆ ਇਹ ਆ ਪੇ ਸੰਘਾੜਿਆਂ ਦਾ ਆਟਾ ਵੀ ਪਾਉਂਦੇ ਸੁਣਦੇ ਜੀ ਫੁੱਲੀਆਂ ਦਾ ਵੀ ਉਹ ਪਾਉਂਦੇ ਆ ਇਹ ਚੀਜ਼ਾਂ ਅਸੀਂ ਸੁਣਦੇ ਵੀ ਕਈ ਤਰ੍ਹਾਂ ਦੀ ਪ੍ਰੈਕਟਿਸ ਆ ਉਹ ਮਲਾਵਟ ਖੋਰ ਨੂੰ ਜਿਆਦਾ ਪਤਾ ਉਹ ਪਾਉਂਦਾ ਕਿ ਕਿ ਲੋਕੀ ਤਾਂ ਕਈ ਕੁਝ ਕਹਿੰਦੇ ਜੂਰੀਆ ਪਾਉਂਦੇ ਜੀ ਸ਼ੈਂਪੂ ਪਾਉਂਦੇ ਇਹ ਥਿੰਦਾ ਬਣਾਉਣ ਲਈ ਲੋਕੀ ਕਈ ਕੁਝ ਕਹਿੰਦੇ ਆ ਉਹ ਕੀ ਮਿਲਾਉਂਦੇ ਪਤਾ ਨਹੀਂ ਪਰ ਅਸੀਂ ਜਿੰਨੇ ਸਿੰਪਲ ਅੱਜ ਤੱਕ ਭਰੇ ਆ ਸਬ ਸਟੈਂਡਰਡ ਆਏ ਅਨ ਸੇਫ ਨਹੀਂ ਆਏ ਅਨ ਸੇਫ ਕਲਰ ਕਰਕੇ ਸੈਂਪਲ ਬਹੁਤ ਆਏ ਆ ਔਰ ਸਭ ਤੋਂ ਵੱਡਾ ਦੁਖਾਂਤ ਜਿਹ ਚਾਹੇ ਬਰਫੀ ਵੱਡੇ ਵੱਡੇ ਨਾਮੀ ਗ੍ਰਾਮੀ ਇੱਥੇ ਬੰਦਿਆਂ ਦੀ ਬਣਦੀ ਆ ਮੈਂ ਉਹਨੂੰ ਨੰਗਿਆ ਕੀਤਾ ਕਿ ਜਿੱਥੇ ਉਹ ਬਣਦੀ ਆ ਨਾ ਉਹ ਨਹੀਂ ਤੁਹਾਨੂੰ ਪਤਾ ਤੁਸੀਂ ਕੈਨੇਡਾ ਬਰਫੀ ਲੈ ਜਾ ਕੇ ਬਣਦੀ ਆ ਤੁਸੀਂ ਕੈਨੇਡਾ ਲੈ ਜਾ ਕੇ ਬਰਫੀ ਤਾਂ ਖਾ ਲਈ ਫੇ ਫਲਾਣੀ ਦੁਕਾਨ ਦੀ ਮਸ਼ਹੂਰ ਬਰਫੀ ਆ ਪਰ ਤੁਹਾਨੂੰ ਕੀ ਪਤਾ ਜਿੱਥੇ ਕੱਚੇ ਬਣਾਣਾ ਉੱਥੇ ਟੰਗੇ ਆ ਉੱਥੇ ਕਾਕਰੋਚ ਘਮ ਰਹੇ ਉਸੇ ਵਰਕਸ਼ਾਪ ਚ ਉੱਥੇ ਅੰਦਰ ਟਾਇਲਟ ਆ ਜਿਹੜੀ ਟਾਇਲਟ ਗੰਦਨਾ ਭਰੀ ਆ ਉੱਥੇ ਉਹ ਯੂਜ਼ ਕਰ ਰਹੇ ਜਿਹੜੇ ਪ੍ਰਵਾਸੀ ਉੱਥੇ ਵਰਕਰ ਲੱਗੇ ਹੋਏ ਆ ਉਹ ਉੱਥੇ ਕੋਈ ਮਿਆਰ ਹੀ ਨਹੀਂ ਹੈਗਾ ਫੂਡ ਸੇਫਟੀ ਕਲੀਨ ਹਾਈਜਿੰਦਾ ਉਹਨਾਂ ਦੇ ਅਨਹਾਈਜਨ ਦੇ ਚਲਾਨ ਵੀ ਕੱਟੇ ਆਪਾਂ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਆ ਤੇ ਉਹਨਾਂ ਦੀ ਟਾਇਲਟ ਵੀ ਹੁਣ ਬਾਹਰ ਨਿਕਲਣ ਰਹੀ ਆ ਫਰਕ ਤਾਂ ਪਿਆ ਜੀ ਜੇ ਕਿਸੇ ਬੇਕਰੀ ਨੂੰ ਮੈਂ ਪੁਆਇੰਟ ਆਊਟ ਕੀਤਾ ਹੁਣ ਉਹਦੀਆਂ ਟਾਇਲਾਂ ਲੱਗ ਰਹੀਆਂ ਫਰਸ਼ ਤੇ ਖੱਡੇ ਪਏ ਸੀ ਪਹਿਲਾਂ ਉੱਥੇ ਤਾਂ ਉਦਾਂ ਹੀ ਗੰਦ ਗੰਦਾ ਕਦੀ ਸਾਫ਼ ਹੀ ਨਹੀਂ ਸਰਫੇ ਕੋਈ ਸਰਫੇਸ ਹੁੰਦਾ ਜਿਹੜਾ ਕਲੀਨ ਹੋ ਸਕਦਾ ਉਹਦਾ ਸਰਫੇਸ ਹੀ ਨਹੀਂ ਕੋਈ ਵੀ ਕਲੀਨ ਜਿਹੜਾ ਹੋ ਸਕੇ ਉਹਨੇ ਵੀ ਸ਼ੁਰੂ ਕਰਤੀ ਜਿਹੜਾ ਇੱਕ ਮੈਂ ਸੁਣਿਆ ਸੀ ਰੂਬੀ ਬੇਕਰੀ ਪਤਾ ਨਹੀਂ ਉਹਨੇ ਵੀ ਹੁਣ ਕੰਮ ਬੜਾ ਵਧੀਆ ਕਹਿੰਦੇ ਸ਼ੁਰੂ ਕਰਤਾ ਜਿਹੜਾ ਇੱਥੇ ਇੱਕ ਕੈਫੇ ਕੁਫੇ ਸੀਗਾ ਉਹਨੇ ਵੀ ਬਹੁਤ ਸੋਹਣਾ ਕਰਨ ਕਿਚਨ ਕਹਿੰਦੇ ਬਣਾ ਲਈ ਮੈਂ ਗਿਆ ਨਹੀਂ ਉਦਾਂ ਮੈਂ ਸੁਣਿਆ ਜਿਹੜਾ ਟਾਇਲਟ ਤੇ ਮੈਂ ਪੁਆਇੰਟ ਕੀਤਾ ਉਹ ਟਾਇਲਟ ਵੀ ਹੁਣ ਬਾਹਰ ਕੱਢ ਲਈ ਦਹੀਂ ਦੇ ਬ ਦਾ ਜਾਂ ਜਿਹੜਾ ਦਹੀਂ ਬਣਾ ਕੇ ਹੋਟਲਾਂ ਦੇ ਉੱਪਰ ਵੇਚਦੇ ਆ ਇਹ ਇਹਦੇ ਬਾਰੇ ਦੇਖੋ ਜਿਹੜਾ ਦਹੀਂ ਆ ਨਾ ਪਾਊਡਰ ਮਿਲਕ ਜਾਂ ਸੁੱਕੇ ਦੁੱਧਾਂ ਜਿਹੜਾ ਲੋਕੀ ਬਣਾਉਂਦੇ ਨੰਬਰ 1 ਤਾਂ ਇਹ ਜਦੋਂ ਦੁੱਧ ਨਹੀਂ ਹੁੰਦਾ ਉਹਦੇ ਤੋਂ ਡਿਮਾਂਡ ਉਹ ਪੂਰੀ ਕਰ ਲੈਂਦੇ ਵੀ ਜਦੋਂ ਸੀਜ਼ਨ ਡਰਾਈ ਜਾ ਆ ਜਾਂਦਾ ਜਦੋਂ ਮਿਲਕ ਨਹੀਂ ਹੁੰਦਾ ਤੁਹਾਡੇ ਕੋਲ ਤਾਂ ਉਹ ਕੰਪਨੀਆਂ ਜਿਹੜੀਆਂ ਅੱਛੀਆਂ ਬ੍ਰਾਂਡਡ ਹੋ ਸੁੱਕਾ ਦੁੱਧ ਰੱਖ ਲੈਂਦੇ ਉਹਨਾਂ ਨੂੰ ਕਰਕੇ ਫਿਰ ਦੁੱਧ ਸਪਲਾਈ ਕਰ ਦਿੰਦੇ ਪੂਰੀ ਡਿਮਾਂਡ ਪੂਰੀ ਕਰ ਦਿੰਦੇ ਆ ਉਹ ਤੋਂ ਦਹੀਂ ਵੀ ਬਣ ਜਾਂਦਾ ਉਹ ਤੋਂ ਪਨੀਰ ਵੀ ਬਣ ਜਾਂਦਾ ਉਹ ਤੋਂ ਸਭ ਕੁਝ ਦੁੱਧ ਚੋਂ ਬਣ ਜਾਂਦਾ ਜਿਹੜਾ अच्छੀਆਂ ਕੰਪਨੀਆਂ ਦੇ ਮੈਂ ਸੈਂਪਲ ਭਰੇ ਆ ਜਿਹੜੇ ਅੱਛੇ ਸਹੀ ਬੰਦੇ ਮਿਆਰੀ ਕੰਮ ਵੀ ਕਰਦੇ ਲੋਕ ਐ ਈ ਗੱਲ ਨਹੀਂ ਉਹਨਾਂ ਦੇ ਸੈਂਪਲ ਪਾਸ ਆਇਆ ਬੜੇ ਵਧੀਆ ਆਇਆ ਕੋਈ ਦਿੱਕਤ ਨਹੀਂ ਆਈ ਲੂਜ਼ ਸੈਂਪਲ ਵੀ ਦੁੱਧ ਦੇ ਪਾਸ ਆਇਆ ਕਈ ਲੋਕ ਸਾਨੂੰ ਦੁੱਧ ਦੀ ਵੀ ਇਦਾਂ ਦੇ ਕਹਿੰਦੇ ਵੀ ਤੁਹਾਡਾ ਸੈਂਪਲ ਭਰੋ ਮੇਰਾ ਨੰਬਰ ਲੈ ਜਾਓ ਮੇਰਾ ਸੈਂਪਲ ਭਰੋ ਕਹਿੰਦੇ ਲੋਕੀ ਜਿਹੜਾ ਚੰਗਾ ਕੰਮ ਕਰਦੇ ਉਹਨਾਂ ਨੂੰ ਆਪਣੇ ਆਪ 'ਚ ਨਾ ਪੂਰਾ ਵਿਸ਼ਵਾਸ ਵੀ ਹੈਗਾ ਦੁੱਧੀਆਂ ਬਾਰੇ ਜ਼ਰੂਰ ਮੈਂ ਇੱਕ ਗੱਲ ਜਾਣਨੀ ਚਾਹਨਾ ਇਹ ਜ਼ਰੂਰ ਕਿਹਾ ਜਾਂਦਾ ਦੁੱਧ ਦੀ ਸਾਰੇ ਨਹੀਂ ਹੋਣਗੇ ਕੁਝ ਇੱਕ ਦੇ ਬਾਰੇ ਮੈਂ ਜਰੂਰ ਜਾਨਣਾ ਚਾਹਣਾ ਤੁਹਾਡਾ ਤਜਰਬਾ ਦੁੱਧੀਆਂ ਬਾਰੇ ਕਿਵੇਂ ਦਾ ਰਿਹਾ ਕੁਝ ਸਾਰੇ ਬਾਰੇ ਨਹੀਂ ਜਿੰਨਿਆਂ ਬਾਰੇ ਜੋ ਮੇਰਾ ਜਿਹੜਾ ਮਾੜਾ ਰਿਹਾ ਕਿ ਜੇ ਪਾਣੀ ਪਾ ਦਿੰਦੇ ਆ ਜਾਂ ਕੁਝ ਹੋਰ ਯੂਰੀਆ ਮਿਕਸ ਹੋ ਜਾਂਦੀ ਹੈ ਦੁੱਧ ਦੇ ਵਿੱਚ ਮੇਰਾ ਜਿਹੜਾ ਨਾ ਪਰਪ ਜਿਹੜਾ ਮੇਰੀ ਤਜਰਬਾ ਆ ਜੋ ਮੈਂ ਦੇਖਿਆ ਜਿਹੜੀ ਚੀਜ਼ ਮੈਂ ਦੇਖੀ ਨਹੀਂ ਮੈਂ ਨਹੀਂ ਉਹਦਾ ਕਹੂੰਗਾ ਜੇਕਰ ਹੁਣ ਨੂੰ ਜੋ ਮਰਜੀ ਰਿਊਮਰਸ ਹੋਣ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਦੀ ਇੱਕ ਦਿਨ ਮੀਟਿੰਗ 'ਚ ਵੀ ਕਿਹਾ ਹੈ ਕਿ ਉਹ ਵੀ ਬੈਠੇ ਦੁੱਧ ਹੀ ਸਾਰੇ ਮਿਲਕ ਨਾਲ ਜੁੜੇ ਹੋਏ ਧੰਦੇ ਵਾਲੇ ਮੈਂ ਕਿਹਾ ਕਿ ਦੁੱਧ ਸਾਡੇ ਜਿਹੜਾ ਨਾ ਅਸੀਂ ਇਹਨਾਂ ਨੂੰ ਖੁਸ਼ ਕਰਨ ਲਈ ਉਹ ਤਾਂ ਦੁੱਧ ਦਾ ਰੇਟ ਵਧਾਇਆ ਸੀ ਤਾਂ ਕੋਈ ਮੀਟਿੰਗ ਉਹਦੇ ਸਬੰਧ ਚ ਸੀ ਮੈਂ ਕਿਹਾ ਸਾਡੇ ਦੁੱਧ ਸਬਸਟੈਂਡਰਡ ਤਾਂ ਆਇਆ ਪਰ ਅਨਸੇਫ ਰੀਕ ਹੋਇਆ ਅਨਸੇਫ ਦਾ ਮਤਲਬ ਹੈਜ਼ਰਡਸ ਸਰੀਰ ਲਈ ਖਤਰਨਾਕ ਜਿਹਨੂੰ ਤੂੰ ਯੂਰੀਆ ਕਹੋ ਜੋ ਮਰਜੀ ਕਹੋ ਫੋਰਨ ਫੈਟ ਕਹੋ ਜੋ ਮਰਜੀ ਹੈ ਨਾ ਕਹੋ ਤੇ ਉਦਾਂ ਦਾ ਨਹੀਂ ਆਇਆ ਸਾਡੇ ਜਿਹੜਾ ਦੁੱਧ ਆਇਆ ਸਾਰਾ ਉਹ ਜ਼ਿਆਦਾ ਸਬਸਟੈਂਡਡ ਹੈ ਮਤਲਬ ਮੇਰਾ ਕਹਿਣ ਦਾ ਉਹ ਚ ਪਾਣੀ ਐਡ ਕਰਨ ਦਾ ਚਲਣ ਜ਼ਿਆਦਾ ਆ ਦੁੱਧ ਪਤਲਾ ਕਰਕੇ ਵੇਚਣ ਦਾ ਜ਼ਿਆਦਾ ਆ ਬਟ ਜਿਹੜਾ ਬੰਦਾ ਅੱਜ ਵੀ ਕੋਈ ਕਹਿੰਦਾ ਆ ਉਹ ਕਹਿੰਦੇ ਆ ਫੇ ਲੋਕੀ ਪੈਸਾ ਦੇਣਾ ਸ਼ੁਰੂ ਕਰ ਦੇਣ ਜੀ ਅਸੀਂ ਸ਼ੁੱਧ ਦੁੱਧ ਦੇ ਦਿੰਨੇ ਆ ਸਾਰੇ ਕਹਿੰਦੇ ਆ ਉਹ ਸਾਨੂੰ ਜਦੋਂ ਮੇਰਾ ਦੁੱਧੀਆਂ ਨੇ ਘਰਾਓ ਕੀਤਾ ਸੀ ਉਹੀ ਤਾਂ ਕਹਿੰਦੇ ਸੀ ਉਹ ਕਹਿੰਦੇ ਜੀ ਲੋਕੀ ਸਾਨੂੰ ਦੁੱਧ ਦਾ ਪੈਸਾ ਦੇਣਾ ਸ਼ੁਰੂ ਕਰ ਦੇਣ ਪੱਠੇ ਇੰਨੇ ਦੇ ਫਲਾਣਾ ਖਰਚਾ ਇੰਨੇ ਦਾ ਸਾਨੂੰ ਨਹੀਂ ਪੋਗਦਾ ਦੁੱਧ ਇੰਨੇ ਦਾ ਜਦੋਂ ਲੋਕੀ ਕਹਿੰਦੇ 30 ਰੁਪਏ 35 ਰੁਪਏ ਲੀਟਰ ਦੁੱਧ ਦਿਓ ਤਗਲਾ ਫੇ ਪਾਣੀ ਪਾ ਕੇ ਤੁਹਾਨੂੰ ਦਿੰਦਾ ਮੈਂ ਕਹਿੰਦਾ ਯਾਰ ਤੁਸੀਂ 50 ਰੁਪਏ ਦੁੱਧ ਲੈ ਲਿਆ ਕਰੋ ਲੀਟਰ ਛੁੱਧ ਦੁੱਧ ਲੈ ਲਿਆ ਕਰੋ ਅੱਧਾ ਕਿਲੋ ਪਾਣੀ ਆਪ ਹੀ ਪਾ ਲਿਆ ਕਰੋ ਕਰੇ ਜ਼ਰੂਰ ਦੁੱਧੀ ਤੋਂ ਪਉਣਾ ਕਾਸਾ ਪਾਣੀ ਤਾਂ ਮਿਆਰੀ ਪਾਉਂਗੇ ਉਹਦੇ ਵਿੱਚ ਨਾਲੇ ਦੇਖੋਗੇ ਕਿ ਕਿਤੇ ਨਹਿਰ ਨੂਰ ਵਾਲਾ ਤਾਂ ਨਹੀਂ ਪਾਇਆ ਨਹਿਰ ਵਾਲਾ ਤਾਂ ਨਹੀਂ ਪਾਣੀ ਤਾਂ ਮਿਆਰੀ ਪਾ ਲੋਗੇ ਮਤਲਬ ਮੇਰਾ ਕਹਿਣਾ ਦਾ ਮੈਂ ਇਹ ਦੁੱਧ ਦੇ ਬਾਰੇ ਵਿੱਚ ਮੈਂ ਕਹਿਣਾ ਚਾਹੁੰਦਾ ਜੋ ਪ੍ਰੈਕਟੀਕਲ ਜੋ ਰੀਅਲ ਪਿਕਚਰ ਹੋਏ ਆ ਤੇ ਸਬ ਸਟੈਂਡਰਡ ਮਿਲਕ ਜ਼ਰੂਰ ਸਬ ਸਟੈਂਡਰਡ ਪਨੀਰ ਮਿਲਕ ਪ੍ਰੋਡਕਟ ਹੈ ਤੇ ਪਰ ਜਿਹੜਾ ਅਨਸੇਫ ਜਿਆਦਾ ਸਿੰਪਲ ਆਇਆ ਉਹ ਜਿਆਦਾ ਸਿੰਪਲ ਜਿੱਦਾਂ ਮਿਰਚਾਂ ਦਾ ਮੇਰਾ ਆਇਆ ਪਿੱਛੇ ਜਿਹੜੀ ਮਿਰਚ ਹੈ ਉਹ ਅਨਸੇਫ ਆਇਆ ਮਿਰਚ ਮਿਰਚ ਜਿਹੜੀ ਲਾਲ ਮਿਰਚ ਹੁੰਦੀਆਂ ਖੁੱਲੀਆਂ ਪਈਆਂ ਜਿਹੜੀਆਂ ਹਾਂਜੀ ਲਾਲ ਮਿਰਚ ਨਹੀਂ ਹੁੰਦੀ ਜਿਹੜੀ ਦੇਗੀ ਮਿਰਚ ਵਰਗੀ ਉਹ ਅਨਸੇਫ ਆਇਆ ਇਹ ਕੀ ਮਤਲਬ ਇਹਨਾਂ ਚ ਕੀ ਇਹੋ ਜਿਹਾ ਪਾਉਂਦੇ ਵੀ ਮਤਲਬ ਅਨਸੇਫ ਤੁਸੀਂ ਦੱਸਿਆ ਕਿ ਅੱਛਾ ਮਿਰਚ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਿੰਪਲ ਪਰ ਹੈ ਉਹ ਖਤਰਨਾਕ ਆ ਬ ਹੈਜ਼ਰਡਸ ਖਤਰਨਾਕ ਇਹ ਕੀ ਸੀਗਾ ਉੱਚ ਪਾਉਂਦੇ ਉੱਚ ਕਿਉਂ ਦੱਸਦਾ ਨਾ ਮੈਂ ਉਹਦੇ ਚ ਕੀ ਪਾਉਂਦੇ ਆ ਬੇਸਿਕਲੀ ਕੀ ਆ ਜਿਹੜੇ ਹਲਵਾਈ ਆ ਤੁਸੀਂ ਜਦੋਂ ਕਲਰ ਦੇ ਚੱਕਰ ਚ ਯਾਰ ਪੈ ਗਏ ਲਾਲ ਕਰਨਾ ਉਹਨੂੰ ਤੇਰੀ ਲਾਲ ਹੋਣੀ ਚਾਹੀਦੀ ਪਨੀਰ ਕੜਾਈ ਪਨੀਰ ਵਗੈਰੇ ਲਾਲ ਹੋਣਾ ਚਾਹੀਦਾ ਉਹ ਨੇਚਰਲ ਹਲਦੀ ਦਾ ਕਲਰ ਹੋਣਾ ਅਲੱਗ ਗੱਲ ਆ ਜਦੋਂ ਤੁਹਾਨੂੰ ਬਹੁਤ ਇੱਛਾ ਤੁਹਾਡੇ ਮਨ ਚ ਆ ਤੁਹਾਨੂੰ ਸੋਹਣਾ ਦਿਖਾਉਣ ਦੀ ਲੋਕਾਂ ਦੀ ਜਦੋਂ ਡਿਮਾਂਡ ਆ ਕਲਰ 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 ਰੰਗ 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 ਯਾਰ ਸੂਟਾਂ ਦੇ ਹੁੰਦੇ ਆ ਘਰ ਦੇ ਪੇਂਟ ਦੇ ਰੰਗ ਹੁੰਦੇ ਗੱਡੀਆਂ ਦੇ ਰੰਗ ਦੇਖੋ ਕੋਈ ਹੋਰ ਚੀਜ਼ ਦਾ ਰੰਗ ਰੱਖੋ ਕੋਈ ਉਤਰਾਜ ਨਹੀਂ ਘਟੇ ਲਾਇਕ ਹੋਰ ਚੀਜ਼ ਰਹੀ ਜਰ ਖਾਣੇ ਦੀ ਚੀਜ਼ ਦਾ ਰੰਗ ਕਿਉਂ ਦੇਖਦੇ ਆ ਕਲਰ ਦੇਖਦੇ ਆ ਉਹ ਤਾਂ ਤੁਹਾਡੇ ਅੱਖਾਂ ਲਈ ਥੋੜਾ ਉਹ ਤੁਹਾਡੇ ਸਿਹਤ ਲਈ ਫਿੱਟ ਚਾਹੀਦੀ ਆ ਸੋ ਜਿਹੜੀ ਉਹ ਕਲਰ ਦੇ ਕਰਕੇ ਉਹ ਉਹ ਰੰਗ ਜਿਹੜਾ ਨਾਨ ਪਰਮਿਟਿਡ ਕਲਰ ਉਹਦੇ ਚ ਮਿਰਚਾਂ ਚ ਪਾਉਂਦੇ ਆ ਜਿਹੜੇ ਚਮਚਮ ਅਨਸੇਫ ਮੇਰੀ ਆਈ ਆ ਉਹ ਕਲਰ ਅਨਸੇਫ ਆ ਨਾਨ ਪਰਮਿਟਿਡ ਕਲਰ ਆਇਆ ਜਿਹੜਾ ਪਿੱਛੇ ਜੇ ਅਸੀਂ ਇੱਕ ਚਮਚਮ ਬਸ ਸਟੈਂਡ ਇੱਥੋਂ ਲੱਗਿਓ ਫੜੀ ਸੀ ਉਹ ਦੁਕਾਨ ਵੀ ਬੰਦ ਹੋ ਗਈ ਹਸ਼ਾਰਪੁਰ ਚ ਉਹ ਮਠਿਆਈ ਦੀ ਬਹੁਤ ਵੱਡੀ ਸ਼ਾਪ ਆ ਉਹ ਵੀ ਅਨਸੇਫ ਆ ਗਈ ਉਹਦੇ ਪ੍ਰੋਡਕਟ ਅੱਛਾ ਮਿਰਚਾਂ ਚ ਕੀ ਬੋਲਸੀ ਉਹ ਜ਼ਰੂਰ ਮੈਨੂੰ ਦੱਸਿਓ ਦੇਖੋ ਸਰ ਉਹਦੇ ਚ ਜ਼ਿਆਦਾਤਰ ਨਾਨ ਪਰਮਿਟਿਡ ਕਲਰ ਹੀ ਹੁੰਦਾ ਜਿਸ ਸਾਨੂੰ ਪਿੱਛੇ ਹੁੰਦਾ ਵੀ ਨਾਨ ਪਰਮਿਟਿਡ ਕਲਰ ਜਿਹੜਾ ਨਾ ਸਿੰਥੈਟਿਕ ਕਲਰ ਉਹਦੇ ਚ ਪਾਉਂਦੇ ਸਿੰਥੈਟਿਕ ਕਲਰ ਕੀ ਕੋਈ ਕਲਰ ਤੁਹਾਡੇ ਜਿਹੜਾ ਵਰਤਦੇ ਆ ਹਿਰਮਚੀ ਵਰਤਦੇ ਆ ਟੈਰਾਕੋਟਾ ਵਰਤਦੇ ਮਤਲਬ ਇਦਾਂ ਲਾਈਕ that ਹੁਣ ਇੱਕ ਕਲਰ ਚ ਵਿੱਚ ਉਹ ਬੈਨੀਫਿਟ ਮਿਲਿਆ ਉਹ ਬੰਦੇ ਕਲਰ ਚ ਬਚਿਆ ਉਹ ਕਹਿੰਦਾ ਜੀ ਕਲਰ ਅਸੀਂ ਜਿਹੜਾ ਨਾ ਉਹਦੇ ਚ ਬੈਨੀਫਿਟ ਮਾਨਜੋਗ ਅਦਾਲਤ ਚ ਇਹ ਲਿਆ ਵੀ ਜਿਹੜਾ ਕਲਰ ਸੀ ਹੋਲੀ ਦਾ ਰੱਖਿਆ ਸੀਗਾ ਤੇ ਇਹਨਾਂ ਨੇ ਜਿਹੜਾ ਸੈਂਪਲ ਆ ਉਹ ਮਿਰਚ ਦਾ ਨਹੀਂ ਲਿਆ ਹੋਲੀ ਦੇ ਜਿਹੜੇ ਕਲਰ ਸੀਗੇ ਉਹ ਵਰਤੇ ਲਿਆ ਇਹ ਕਹਿੰਦਾ ਇਹ ਕਹਿੰਦਾ ਜਾਨੀ ਬੈਂਸ ਚਾਰਗੂ ਚ ਮਤਲਬ ਬੇਸਿਕਲੀ ਜਿਹੜੀ ਉਹ ਕਲਰ ਦਾ ਜਿਹੜਾ ਚੱਲਣਾ ਲੋਕਾਂ ਨੂੰ ਇਹ ਬੰਦ ਕਰਨਾ ਚਾਹੀਦਾ ਹਲਵਾਈਆਂ ਤੇ ਜਦੋਂ ਤੁਸੀਂ ਛੁੱਟਦੇ ਲੋ ਨੂੰ ਕਹੋ ਵੀ ਆਪਾਂ ਨੂੰ ਨੇਚਰਲ ਜਿੱਦਾਂ ਮੇਰੇ ਇੱਕ ਪਿੱਛੇ ਮੀਟਿੰਗ ਇੰਟਰਵਿਊ ਲਈ ਕਹੇ ਚੈਨਲ ਨੇ ਮੈਨੂੰ ਕਹਿੰਦਾ ਵੀ ਆਹ ਜਿਹੜਾ ਫੂਡ ਪਿਆ ਇਹਦੇ ਵਿੱਚ ਤੁਸੀਂ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਲੱਗਦੀ ਕੋਈ ਚੀਜ਼ ਜਿਹੜੀ ਤੁਹਾਨੂੰ ਠੀਕ ਨਹੀਂ ਲੱਗਦੀ ਮੈਂ ਕਿਹਾ ਜਿਹੜਾ ਪਨੀਰ ਪਿਆ ਜਿਹੜਾ ਉਹ ਕੜਾਈ ਪਨੀਰ ਲਿਆਂਦਾ ਸੀਗਾ ਮੈਂ ਕਿਹਾ ਇਸਨ ਕਲਰ ਪਾਇਆ ਜ਼ਿਆਦਾ ਪਾਇਆ ਬਹੁਤ ਮੈਂ ਉਹਨੂੰ ਕਹਿ ਦਿੱਤਾ ਉਹ ਬੰਦੇ ਨੂੰ ਵेटर ਨੂੰ ਅਸੀਂ ਪੁੱਛਿਆ ਵਿੱਚ ਕਲਰ ਪਾਇਆ ਕਹਿੰਦਾ ਹਾਂਜੀ ਪਾਇਆ ਮੈਂ ਕਿਹਾ ਅਸੀਂ ਤੇਤੋਂ ਮੰਗਿਆ ਕਲਰ ਅਸੀਂ ਤੁਹਾਨੂੰ ਕਿਹਾ ਸੀਗਾ ਤੂੰ ਕਿਉਂ ਪਾਇਆ ਉਹ ਫਟਾਫਟ ਚੁੱਕ ਕੇ ਲੈ ਗਿਆ ਕਲਰ ਡਰਦਾ ਹੀ ਚੁੱਕ ਕੇ ਲੈ ਗਿਆ ਫਿਰ ਉਹਨੇ ਨੈਚੁਰਲ ਜੈਲੋਇਸ਼ਾ ਕਲਰ ਜੋ ਪਨੀਰ ਦਾ ਹਲਦੀ ਦਾ ਜਿੰਨਾ ਕਲਰ ਹੋਊਗਾ ਉਹ ਹੋਊਗਾ ਅਦਰਵਾਇਜ਼ ਇਦਾਂ ਚੇਂਜ ਆਊਗੀ ਔਰ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋਊਗਾ ਪੱਕਾ ਲਾਗੂ ਹੋਊਗਾ ਪੱਕਾ ਹੋਊਗਾ ਇੱਕ ਦਿਨ ਲੋਕਾਂ ਨੂੰ ਮਿਆਰੀ ਚੀਜ਼ ਮਿਲੂਗੀ ਮੈਨੂੰ ਮੈਨੂੰ ਲੱਗਦਾ ਮਿਲੂਗਾ ਕਿਉਂਕਿ ਜਿੰਨਾ ਲੋਕਾਂ ਤੋਂ ਪਿਆਰ ਮਿਲਿਆ ਰਿਸਪੌਂਸ ਮਿਲਿਆ ਆਪਾਂ ਨੂੰ ਕੰਮ ਇਹ ਕਰਨ ਦਾ ਫੋੜ ਤੇ ਮੈਨੂੰ ਲੱਗਿਆ ਕਿ ਲੋਕੀ ਚਾਹੁੰਦੇ ਆ ਲੋਕੀ ਇਨਵੋਲਵ ਹੋਣਾ ਚਾਹੁੰਦੇ ਲੋਕੀ ਤੁਹਾਡੇ ਸਾਹਮਣੇ ਤੇ ਬੈਠੇ ਇੱਕ ਫੋਨ ਆਇਆ ਸੀ ਵੀ ਸਾਡੀ ਮਦਦ ਦੀ ਜ਼ਰੂਰਤ ਆ ਵੀ ਮੈਂ ਬੀਏ ਪੜਿਆ ਮੁੰਡਾ ਕਹਿ ਰਿਹਾ ਸੀ ਵੀ ਮੈਨੂੰ ਜਦੋਂ ਕਹੋ ਮੇਰੀ ਹੈਲਪ ਲੈ ਲਓ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਡੇ ਦੇ ਤੌਰ ਤੇ ਵਲਾਂਟਿਅਰ ਦੇ ਤੌਰ ਤੇ ਤੇ ਮਤਲਬ ਮੇਰਾ ਕਹਿਣ ਦਾ ਲੋਕੀ ਚਾਹੁੰਦੇ ਆ ਲੋਕਾਂ ਨੂੰ ਮਿਆਰੀ ਬੱਚੀਆਂ ਖਾਂਦੇ ਆ ਲੋਕ ਮਠਾਈਆਂ ਦੇ ਵਿੱਚ ਤਾਂ ਕਹਿੰਦੇ ਸਭ ਤੋਂ ਵੱਧ ਗੜਬੜ ਹੁੰਦਾ ਮਸਲਾ ਮਠਾਈਆਂ ਦੇ ਵਿੱਚ ਸਭ ਤੋਂ ਵੱਡੀ ਗੜਬੜ ਤੁਸੀਂ ਸਭ ਤੋਂ ਜ਼ਿਆਦਾ ਮਠਾਈਆਂ ਚ ਗੜਬੜ ਜਿਹੜੀ ਦੇਖੀ ਜਾਂ ਕਿਹੜੀ ਮਠਾਈ ਚ ਗੜਬੜ ਹੁੰਦੀ ਸਭ ਤੋਂ ਜ਼ਿਆਦਾਤਰ ਮੈਂ ਕਲਰ ਵਾਲੀ ਮਠਾਈਆਂ ਚ ਗੜਬੜ ਕਹਿੰਨਾ ਕਲਰ ਕਲਰ ਹਾਂ ਨਹੀਂ ਕਿਹੜੀ ਮਠਾਈ ਗੁਲਾਬ ਕਲਰ ਜਿੱਦਾਂ ਚਮਚਮ ਆ ਜਾਂਦੀ ਆ ਜਾਂ ਕਈ ਵਾਰੀ ਤੁਸੀਂ ਬੇਸਣ ਚ ਕਲਰ ਬਹੁਤ ਜ਼ਿਆਦਾ ਪਾਇਆ ਹੁੰਦਾ ਲੱਡੂਆਂ ਚ ਬਹੁਤ ਜ਼ਿਆਦਾ ਕਲਰ ਪਾਇਆ ਹੁੰਦਾ ਤੁਸੀਂ ਦੇਖਿਓ ਕਿ ਅੱਜ ਕੱਲ ਤਾਂ ਤੁਹਾਡੇ ਦੇਖੋ ਜੀ ਉਹ ਫਟ ਪੋਟੈਟੋ ਫਿੰਗਰਜ਼ ਨਹੀਂ ਹੁੰਦੇ ਜਿਹੜੇ ਫਰੈਂਚ ਫ੍ਰਾਈਜ਼ ਆ ਜਿਹਨੂੰ ਕਹਿੰਦੇ ਆ ਤੁਸੀਂ ਹੈਰਾਨ ਹੋ ਜਾਣਾ ਉਹ ਵੀ ਅੱਜਕੱਲ੍ਹ ਵਿਆਹ ਸ਼ਾਦੀਆਂ ਚ ਲਾਲ ਕਰੀ ਜਾਂਦੇ ਆ ਜਰ ਉਹਨੂੰ ਤੁਸੀਂ ਦੇਖ ਲਿਆ ਤੁਸੀਂ ਉਹ ਚ ਵੀ ਕਲਰ ਬਹੁਤ ਪਾਉਣ ਲੱਪੇ ਫੇ ਯਾਰ ਉਹਨੂੰ ਕਿਉਂ ਕਲਰ ਪਾ ਰਹੇ ਤੁਸੀਂ ਨੇਚਰਲ ਕਲਰ ਜਿਹੜਾ ਫਰਾਈ ਕਰੋ ਜਾਂ ਫਿਰ ਉਹ ਜਿਹੜਾ ਸਭ ਤੋਂ ਵੱਡੀ ਗੱਲ ਜਿਹੜਾ ਫਰਾਈ ਕਰਦੇ ਆ 3 ਟਾਈਮਸ ਆਫ ਬਾਅਦ ਉਹ ਨਹੀਂ ਫਰਾਈ ਹੋਣਾ ਚਾਹੀਦਾ ਉਹ ਚ ਕੋਈ ਚੀਜ਼ ਤਿੰਨ ਵਾਰੀ ਤਬਾਜ ਇੱਥੇ ਜਦੋਂ ਉਹ ਪਿੱਛੇ ਜੇ ਸੈਂਪਲ ਲਿਆ ਇੱਕ ਜਗ੍ਹਾ ਕੈਂਟੀਨ ਤੋਂ ਉਹ ਕਾਲਾ ਗਾਰੇ ਵਾਲਾ ਸਰਗਾ ਤੇ ਐਲਸੀ ਜੱਚੋ ਤળી ਜਾਂਦਾ ਲੋਕਾਂ ਨੂੰ ਖਵਾਈ ਜਾਂਦਾ ਮਤਲਬ ਸੈਂਪਲਿੰਗ ਉਹ ਉਹਦਾ ਸਾਰਾ ਕੁਝ ਕਰਤਾ ਲਾਇਸੈਂਸ ਨਹੀਂ ਲਿਆ ਕਿੰਨੇ ਕਿੰਨੇ ਚਰਤੋਂ ਔਰ ਇੱਕ ਚੀਜ਼ ਯਾਦ ਰੱਖੀਏ ਜਦੋਂ ਕੋਈ ਵੀ ਬੰਦਾ ਫੂਡ ਸੇਫਟੀ ਲਾਇਸੈਂਸ ਲਊਗਾ ਨਾ ਤਾਂ ਉਹ ਸਾਡੇ ਪਟੇ ਤੇ ਚੜ ਜਾਣਾ ਸਾਡੇ ਰਜਿਸਟ੍ਰੇਸ਼ਨ ਚ ਉਹਨੇ ਆ ਜਾਣਾ ਅਸੀਂ ਵਿਜ਼ਿਟ ਵੀ ਕਰਨਾ ਅਸੀਂ ਆਡਿਟ ਵੀ ਉਹਦਾ ਕਰਾ ਦੇਣਾ ਅਸੀਂ ਉਹਦੀ ਇਨਸਪੈਕਸ਼ਨਸ ਵੀ ਕਰਾ ਦੇਣੀ ਅਸੀਂ ਉਹਦਾ ਹੋ ਸਕਦਾ ਹਾਈਜਨ ਰੇਟਿੰਗ ਚ ਵੀ ਉਹਨੂੰ ਕਦੀ ਰੱਖ ਲਾਂਗੇ ਉਹਦੀ ਕਰਾ ਲਾਂਗੇ ਹਨਾ ਸਾਰਾ ਖੋਜੋਦੇ ਤੇ ਪੈਰਾਮੀਟਰ ਸਾਡਾ ਲਾਗੂ ਹੋ ਜਾਊਗਾ ਪਰ ਜਿਹਨੇ ਲੋਕੇ ਕੰਮ ਕਰਨਾ ਸਾਨੂੰ ਪਤਾ ਹੀ ਨਹੀਂ ਉਹ ਤਾਂ ਜੋ ਗੰਧ ਖਲਾਈ ਜਾਂ ਲੋਕਾਂ ਨੂੰ ਜੋਦਾ ਉਹ ਗੋਲ ਗੱਪਿਆਂ ਦਾ ਬਹੁਤ ਲੋਕਾਂ ਨੂੰ ਸ਼ੌਂਕ ਹੈ ਅੱਜਕੱਲ ਬੀਬੀਆਂ ਨੂੰ ਤਾਂ ਖਾਸ ਤੌਰ ਤੇ ਗੋਲ ਗੱਪੇ ਬਹੁਤ ਰੇੜੀਆਂ ਲੱਗਦੀਆਂ ਸੜਕਾਂ ਦੇ ਕੰਡੇ ਤੇ ਉਹਦੇ ਬਾਰੇ ਜ਼ਰੂਰ ਦੱਸੋ ਇਹਨਾਂ ਦੇ ਵਿੱਚ ਕਿੰਨਾ ਕਿ ਗੜਬੜ ਹੋਦੀ ਲੋਕਾਂ ਦੇ ਦੇਖੋ ਦੇਖੋ ਪਹਿਲੀ ਤਾਂ ਗੱਲ ਹੈ ਵੀ ਜਿਹੜਾ ਪਾਣੀ ਯੂਜ਼ ਕਰਦੇ ਆ ਪਾਣੀ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਪੇ ਪਾਣੀ ਜਿਹੜਾ ਆ ਪਾਣੀ ਸਭ ਤੋਂ ਵੱਡੀ ਗੱਲ ਚਾਹੇ ਉਹ ਹੋਟਲ ਰੈਸਟੋਰੈਂਟ ਚਾ ਕੋਈ ਵੀ ਜਿੱਦਾਂ ਹੈਗਾ ਉਹਦਾ ਪਾਣੀ 6 ਮਹੀਨੇ ਬਾਅਦ ਉਹਦੀ ਰਿਪੋਰਟ ਕਰਾਉਣੀ ਪਾਣੀ ਦੀ ਜਿੱਦਾਂ ਪੇਠੇ ਵਾਲਾ ਕੰਮ ਕਰਦਾ ਇਹਨਾਂ ਨੂੰ ਪਾਣੀ ਦਾ ਸੈਂਪਲ ਕਰਾਇਆ ਕਦੇ ਨੋ ਮਤਲਬ ਜਿਹੜਾ ਪਾਣੀ ਦਾ ਵਾਟਰ ਦਾ ਸੈਂਪਲ ਹੋਣਾ ਚਾਹੀਦਾ ਜਿਹੜਾ ਪਾਣੀ ਤੁਸੀਂ ਯੂਜ਼ ਕਰਦੇ ਆ ਤੇ ਉਹ ਟੈਸਟ ਨਹੀਂ ਕਦੀ ਕਰਾਇਆ ਜਿਹੜੀ ਹੋਰ ਚੀਜ਼ਾਂ ਸਾਡੀਆਂ ਉਹ ਵੀ ਮੈਂ ਇੱਕ ਗੱਲ ਕਰਦਾ ਵੀ ਜਦੋਂ ਬੰਦੇ ਨੇ ਉਹ ਮਿਆਰ ਹੀ ਨਹੀਂ ਕਦੀ ਦੇਖਿਆ ਉਹ ਪਾਣੀ ਦਾ ਟੈਸਟਿੰਗ ਨਹੀਂ ਕਰਾਈ ਜਿੱਦਾਂ ਉਹ ਹੋਟਲ ਤੇ ਕੋਈ ਕੰਮ ਕਰਦਾ ਤੇ ਜਦੋਂ ਉਹ ਚੀਜ਼ਾਂ ਉਹ ਉਹਨੂੰ ਕਰੂਗਾ ਉਹ ਤੇ ਓਬਵੀਅਸਲੀ ਚੀਜ਼ ਜਿਹੜੀ ਪ੍ਰੋਡਕਟ ਆਊਗੀ ਬਾਹਰ ਉਹ ਸੇਫ ਹੋਊਗੀ ਖਾਣ ਲਈ ਉਹ ਮਿਆਰੀ ਹੋਊਗੀ ਜਦੋਂ ਉੱਥੇ ਤੁਸੀਂ ਹੋਰ ਚੀਜ਼ਾਂ ਦਾ ਹਾਈਜੀਨ ਦਾ ਬਿਲਕੁਲ ਨਹੀਂ ਖਿਆਲ ਰੱਖ ਰਹੇ ਉਹ ਜਿਹੜੇ ਬਣਦੇ ਆ ਗੋਲ ਗੱਪੇ ਉਹ ਕਿਵੇਂ ਜਿਹੜੇ ਹਾਲਾਤ ਤੁਸੀਂ ਕਦੇ ਵੀ ਦੇਖਿਓ ਜਿੱਥੇ ਇਹ ਬੰਦੇ ਜਿਆਦਾ ਪ੍ਰਵਾਸੀ ਆ ਜਿਆਦਾਤਰ ਉਹ ਲੋਕ ਸ਼ਾਵਾਂ ਵਾਲਾ ਬਹੁਤ ਘੱਟ ਪੰਜਾਬੀ ਆ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਜਿੱਥੇ ਕੰਮ ਕਰਦੇ ਆ ਦੇਖੋਗੇ ਨਾ ਤੁਸੀਂ ਤੁਸ ਖਾਓਗੇ ਨਹੀਂ ਗੋਲ ਗੱਫੇ ਕਰੇ ਮੈਂ ਇਹ ਤਾਂ ਕਹਿਣਾ ਚਾਹੁੰਦਾ ਕਿ ਜਿੱਥੇ ਇਹ ਛੋਟੇ ਛੋਟੇ ਕੋਲੀਆਂ ਜਾਂ ਕਮਰੇ ਜੇ ਲੈ ਕੇ ਜਿੱਥੇ ਬੈਠੇ ਹੋ ਆ ਇਹ ਜਦੋਂ ਇਹਨਾਂ ਦੇ ਕਮਰਿਆਂ ਚ ਜਾ ਕੇ ਉਤਿਆਰ ਕਰਾ ਕੇ ਤਾਂ ਉੱਥੋਂ ਹੀ ਲਿਆਉਂਦੇ ਨਾ ਜਿੱਥੇ ਇਹਨਾਂ ਨੇ ਪਨੀਰ ਰੱਖਿਆ ਵੇਚ ਰਹੇ ਆ ਕਈ ਇਦਾਂ ਹੈਗੇ ਆ ਪ੍ਰਵਾਸੀ ਉਹ ਜਿਹੜਾ ਪਨੀਰ ਜਿੱਦਾਂ ਦੇ ਹਾਲਾਤਾਂ ਚ ਰੱਖਿਆ ਉਹ ਬਹੁਤ ਮਾੜਾ ਜਿੱਥੇ ਗੋਲ ਗੱਫੇ ਨੇ ਬਣਾਉਣੇ ਉਹ ਬਹੁਤ ਮਾੜਾ ਜਿਹੜਾ ਇਹਨੇ ਪਾਣੀ ਯੂਜ਼ ਕਰਨਾ ਉਹਦਾ ਇਹਨਾਂ ਨੇ ਕੋਈ ਮਿਆਰ ਨਹੀਂ ਦੇਖਣਾ ਇਹਨਾਂ ਨੂੰ ਤਾਂ ਪੈਸਾ ਚਾਹੀਦਾ ਟਾਵਲ ਇਹਨਾਂ ਨੇ ਇਦਾਂ ਗੰਦਾ ਰੱਖਿਆ ਹੁੰਦਾ ਉਹਦੇ ਨਾਲ ਹੱਥ ਸਾਫ਼ ਕਰਦੇ ਉਹਨਾਂ ਪਲੇਟਾਂ ਸਾਫ਼ ਕਰਦੇ ਉਹ ਟਾਵਲ ਤਾਂ ਪਹਿਲਾਂ ਨਾਲ ਵੀ ਗੰਦੀ ਕਰ ਦੂਗਾ ਇਦਾਂ ਦਾ ਗੰਦੇ ਰੱਖੇ ਹੋਏ ਆ ਸੋ ਪਾਉਂਦੇ ਕੀ ਇਹ ਪਾਣੀ 'ਚ ਪਾਣੀ 'ਚ ਜ਼ਿਆਦਾਤਰ ਕਹਿੰਦੇ ਵੀ ਸੁਣਦੇ ਆ ਕਿ ਉਹ ਇਦਾਂ ਦਾ ਤਜਰਬਾ ਕੋਈ ਆਇਆ ਨਹੀਂ ਕਿ ਪਾਣੀ 'ਚ ਹੈ ਤਜਾਬ ਐਸਿਡ ਮਿਲਾਉਂਦੇ ਆ ਜਿਹੜਾ ਨੈਚੁਰਲ ਪਾਣੀ ਖੱਟਾ ਜਿਹੜਾ ਹੋਣਾ ਚਾਹੀਦਾ ਜਿਹੜੀ ਜੋ ਉਹ ਉਹ ਪਾਣੀ ਦੇ ਵਿੱਚ ਨਹੀਂ ਪਉਂਦੇ ਜਿਵੇਂ ਲੀਵਗੈਰਾ ਦਾ ਪਾਣੀ ਆ ਜਾਂ ਉਹ ਆ ਇਹ ਉਹ ਦਾ ਘੱਟ ਸਸਤੀ ਚੀਜ਼ ਮਤਲਬ ਦੇਖੋ ਤੁਸੀਂ ਵੀ ਕਲਰ ਪਾਉਣਾ ਹਮ ਕਲਰ ਚ ਵੀ ਕਮਾਈ ਕਰਨੀ ਵੀ ਜੇ ਚੀਜ਼ ਕੋਈ ਤੁਸੀਂ ਚਾਹਣਾ ਹੀ ਆ ਤੇ ਉਹ ਉਹ ਚੀਜ਼ ਵੀ ਮਿਆਰ ਨਹੀਂ ਉਹਦਾ ਰੱਖਣਾ ਇਹਨਾਂ ਨੇ ਕਲਰ ਗੁੜ ਬਣਾਉਣ ਵਾਲੇ ਕਲਰ ਵਰਤੇ ਸੀ ਤੁਸੀਂ ਹੈਰਾਨ ਹੋਗੇ ਆ ਦੇਖੋ ਆ ਤੁਹਾਨੂੰ ਲੱਗ ਰਿਹਾ ਮੇਰੇ ਸ਼ੂਜ਼ ਤੇ ਕਲਰ ਹਮ ਹਨਾ ਇਹ ਜਿਹੜਾ ਕਲਰ ਬੂਟਾਂ ਤੇ ਆ ਮੇਰੇ ਲੱਗ ਰਹੇ ਹਨਾ ਕਲਰ ਇਹ ਸਾਰਾ ਕਲਰ ਗੋੜ ਦੇ ਰੰਗ ਦਾ ਆ ਅੱਛਾ ਇਹ ਮੇਰੇ ਮਹੀਨਾ ਹੋ ਗਿਆ ਡੇਢ ਲੱਥਾ ਨਹੀਂ ਅਜੇ ਹੂੰ ਇਹਨੂੰ ਧੋ ਵੀ ਲਿਆ ਮੈਂ ਕਿੰਨੀ ਵਾਰੀ ਹੂੰ ਮੰਨ ਲਓ ਇਹ ਕਲਰ ਤੁਹਾਡੇ ਅੰਦਰ ਲੈ ਜਾਣਾ ਸੀ ਇਹਨਾਂ ਨੇ ਗੋੜ ਚ ਔਰ ਇਹ ਪ੍ਰਵਾਸੀ ਭਾਰਤੀ ਜਾਂ ਹੋਰ ਆ ਤੁਸੀਂ ਦੱਸੋ ਮੈਂ ਇਹ ਕਹਿਣਾ ਚਾਹੁੰਨਾ ਪੇ ਜਦੋਂ ਗੁੜ ਦਾ ਜੋ ਨੇਚਰਲ ਕਲਰ ਆ ਲੋਕਾਂ ਨੂੰ ਉਹ ਦਿਓ ਕਾਲਾ ਹੋਵੇ ਯਾਰ ਕੋਈ ਸ਼ੁੱਧ ਹੋਣਾ ਚਾਹੀਦਾ ਅਸੀਂ ਕਲਰ ਤੋਂ ਕੀ ਲੈਣਾ ਸ਼ੁੱਧ ਦੋ ਚੀਜ਼ ਸਾਨੂੰ ਰਸਗੁੱਲੇ ਸੈਫੋਲਾਈਟ ਪਾ ਕੇ ਨਾ ਚਿੱਟੇ ਕਰਦੇ ਨਿਖਾਰਦੇ ਆ ਸੈਫੋਲਾਈਟ ਨਾਲ ਗੁੜ ਤੁਸੀਂ ਸੈਫੋਲਾਈਟ ਨਾਲ ਸੈਫੋਲਾਈਟ ਕੀ ਹੁੰਦਾ ਸੈਫੋਲਾਈਟ ਇੱਕ ਇਦਾਂ ਦਾ ਕੈਮੀਕਲ ਆ ਪਾਊਡਰ ਟਾਈਪ ਡੱਬਾ ਜਿਹਾ ਲੈ ਲੈਂਦੇ ਆ ਇੱਥੋਂ ਮਿਲ ਜਾਂਦਾ ਕੈਮੀਕਲ ਜਿਹੜੀਆਂ ਦੁਕਾਨਾਂ ਕਿ ਜਿੱਥੋਂ ਮਿਲਦੇ ਆ ਉਹ ਮੈਂ ਦੇਖਿਆ ਉਹ ਸੈਫੋਲਾਈਟ ਫਾਰ ਡਿਟਰਜੈਂਟ ਵਿੱਚ ਪੈਂਦਾ ਅੱਛਾ ਜਿਹੜੇ ਕੱਪੜੇ ਧੋਣ ਵਾਲੇ ਸਾਬਣ ਸਰਫ ਜਿਹੜੇ ਡਿਟਰਜੈਂਟ ਕੋਈ ਵੀ ਹੋ ਸਕਦਾ ਡਿਟਰਜੈਂਟ ਪਾਊਡਰ ਉਹਦੇ ਵਿੱਚ ਪੈਂਦਾ ਹੂੰ ਉਹ ਜਿਹੜਾ ਡਿਟਰਜੈਂਟ ਆ ਉਹਦੇ ਚੋਂ ਪਾਉਂਦੇ ਆ ਤੇ ਉਹ ਜਿਹੜਾ ਆ ਉਹ 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 ਤੁਸੀਂ ਦੱਸੋ ਉਹ ਚੀਜ਼ ਖਾਣ ਦੇ ਵਿੱਚ ਥੋੜਾ ਉਹ ਤੁਸੀਂ ਕੱਪੜੇ ਨਾ ਖਾਣ ਲਈ ਤਾਂ ਬਰਤ ਲਾਉਂਗੇ ਯਾਰ ਤੋ ਸਿਰ ਅਸਗੁੱਲੇ ਜਾਂ ਗੋੜਨ ਖਾਣ ਲਈ ਥੋੜਾ ਵਰਤ ਸਕਦੇ ਆ ਉਹ ਚੀਜ਼ ਤੁਹਾਡੇ ਖਾਣ ਵਾਲੀ ਆ ਉਹ ਕੱਪੜੇ ਤੁਹਾਡੇ ਪਹਿਨਣ ਵਾਸਤੇ ਆ ਯਾਰ ਉਹ ਤੁਹਾਡੇ ਅੰਦਰ ਜਾਣੀ ਗੱਲ ਫੇਰ ਉੱਥੇ ਆ ਗਈ ਵੀ ਇਹ ਖਿਆਲ ਨਹੀਂ ਰੱਖਦੇ ਹੈਗੇ ਪ੍ਰਵਾਸੀ ਇਹਨਾਂ ਨਾਲ ਸਾਨੂੰ ਪ੍ਰੋਬਲਮ ਨਹੀਂ ਹੈਗੀ ਇਹ ਟਾਇਲ ਦਾ ਕੰਮ ਕਰਦੇ ਆ ਕਾਰਨ ਸਾਨੂੰ ਮਜ਼ਾ ਹੁੰਦਾ ਇਹਨਾਂ ਤੋਂ ਕਰਾਉਨੇ ਆਪਾਂ ਆਪਾਂ ਰੰਗ ਘਰ ਚ ਨਾ ਤੋ ਕਰਾ ਲੈਨੇ ਆ ਪੀਓਪੀ ਨਾ ਤੋ ਕਰਾ ਲੈਨੇ ਸਭ ਕੁਝ ਨਾ ਤੋ ਕਰਾ ਲੈਨੇ ਆ ਅੱਛਾ ਕੰਮ ਕਰਦੇ ਆ ਪੂੜ ਦਾ ਕੰਮ ਰਵਦਾ ਵਾਸਤਾ ਜੇ ਨਹੀਂ ਕਰ ਸਕਦੇ ਨਾ ਨਾ ਕਰੋ ਤੁਸੀਂ ਜੇ ਨਹੀਂ ਹਾਈਜਨ ਦਾ ਤੁਸੀਂ ਖਿਆਲ ਰੱਖ ਸਕਦੇ ਨਾ ਸਾਨੂੰ ਨਹੀਂ ਮਨਜ਼ੂਰ ਹੈਗਾ ਤੁਸੀਂ ਇਦਾਂ ਕਰ ਲੈਂਦੇ ਹੋਗੇ ਕੱਚੇ ਬਰੈਣਾ ਪਾ ਕੇ ਤੁਸੀਂ ਇਦਾਂ ਕਰ ਲੈਂਦੇ ਹੋਗੇ ਫਿਰ ਟਾਇਲਟ ਚ ਪੱਟੀ ਪਈ ਉੱਥੇ ਹੀ ਤੇ ਉੱਥੇ ਤੁਸੀਂ ਖਾਈ ਜਾਂਦੇ ਹੋਗੇ ਅਸੀਂ ਨਹੀਂ ਯਾਰ ਕਰ ਸਕਦੇ ਸਾਰੇ ਨਹੀਂ ਕਰ ਸਕਦੇ ਤੁਸੀਂ ਤਵਾਖੂ ਖਾ ਸਕਦੇ ਹੋ ਤੁਸੀਂ ਕੋਈ ਚੀਜ਼ ਇਹਨਾਂ ਨੂੰ ਮੈਂ ਕਹਿੰਦਾ ਤੁਸੀਂ ਉਹਨਾਂ ਨੂੰ ਜਰਦਾ ਖਾ ਸਕਦੇ ਹੋ ਜੇ ਕੁਝ ਵੀ ਲਾਈਕ 댓 ਪਾਨ ਖਾ ਸਕਦੇ ਹੋ ਪਰ ਜਰ ਨਹੀਂ ਖਾਂਦੇ ਲੋਕ ਜਿਹੜੇ ਤੁਸੀਂ ਉਹਨਾਂ ਨੂੰ ਨਾ ਥੋਪੋ ਯਾਰ ਉਹਨਾਂ ਤੇ ਨਾ ਮੜਵੇ ਇਦਾਂ ਦੀਆਂ ਚੀਜ਼ਾਂ ਗੋਲ ਗੱਪਿਆਂ ਵਾਲੀ ਗੱਲ ਥੋੜੀ ਜੀ ਮੈਂ ਇਹ ਚਾਹੁੰਦਾ ਸੀ ਕਿ ਹੋਰ ਤੁਸੀਂ ਜਿਵੇਂ ਕਿਹਾ ਕਿ ਵਿਚੋਂ ਪਾ ਦਿੰਦੇ ਪਾਊਡਰ ਉਹਦੇ ਵਾਸਤੇ ਉਹ ਕਿੰਨਾ ਕੁ ਨੁਕਸਾਨਦਾਇਕ ਹੁੰਦਾ ਫਿਰ ਉਹ ਚੀਜ਼ਾਂ ਜਿਹੜੀਆਂ ਨਾ ਜਦੋਂ ਸੈਂਪਲ ਪਰ ਰੰਗੇ ਜਾਂ ਲਾਵਾਂਗੇ ਉਹ ਅਨਸੇਫ ਆ ਜਾਣਗੀਆਂ ਔਰ ਇਹਨਾਂ ਬੰਦਿਆਂ ਦੀ ਇੱਕ ਭੜੀ ਇਹਨਾਂ ਨੂੰ ਇਹ ਐਡਵਾਂਟੇਜ ਲੱਗਦਾ ਆਪਣੇ ਆਪ ਨੂੰ ਇਹਨਾਂ ਨੂੰ ਲੱਗਦਾ ਵੀ ਇਹ ਤੰਦੇ ਚ ਇਨਵੋਲ ਵਾ ਮੰਨ ਲਓ ਇਹਨਾਂ ਦਾ ਸੈਂਪਲ ਪਰ ਲਿਆ ਮੰਨ ਲਓ ਕੱਲ ਨੂੰ ਅਨਸੇਫ ਆ ਗਿਆ ਮੰਨ ਲਓ ਗੁੜ ਦੇ ਸੈਂਪਲ ਮੈਕਸਿਮਮ ਸਾਡੇ ਸਬਸਟੈਂਡਰਡ ਆਏ ਪਿਛਲੇ ਸਾਲ ਦੇ ਰੰਗ ਕਰਕੇ ਕਲਰ ਕਰਕੇ ਇਹ ਲੋਕ ਅ ਮੁਰਕੇ ਜਦੋਂ ਅਸੀਂ ਨੋਟਿਸ ਦੇਣੇ ਆ ਇਹਨਾਂ ਨੇ ਮੁੜ ਕੇ ਆਉਣਾ ਹੀ ਨਹੀਂ ਜਦੋਂ ਇਹਨਾਂ ਨੂੰ ਲੱਗਿਆ ਵੀ ਸੈਂਪਲ ਫੇਲ ਆ ਗਿਆ ਇਹਨਾਂ ਨੇ ਕੀ ਆ ਇਥੋਂ 20 30 50 ਕਿਲੋਮੀਟਰ ਪਰੇ ਜਾ ਕੇ ਸਪੀਲਣਾ ਲਾ ਲੂਗੇ ਜਾਂ ਕਿਸੇ ਦੂਜੇ ਜ਼ਿਲ੍ਹੇ ਚ ਲਾ ਲੂਗੇ ਇਹਨਾਂ ਨੇ ਹੂੰ ਮਤਲਬ ਸਾਨੂੰ ਲੱਭਣਾ ਨਹੀਂ ਸਾਨੂੰ ਮਾਨ ਜੋਗ ਅਦਾਲਤ ਵਿੱਚ ਪੇਚ ਦਿੱਕਤ ਆ ਜਾਣੀ ਵੀ ਤੁਸੀਂ ਪੇਸ਼ ਕਰੋ ਬੰਦਾ ਇਹਨਾਂ ਦਾ ਪਤਾ ਹੀ ਨਹੀਂ ਕਿੱਥੇ ਚਲ ਗਿਆ ਹੂੰ ਇਹਨਾਂ ਨੂੰ ਹੈਗਾ ਵੀ ਸਾਡੇ ਤਾਂ ਬੰਦੇ ਦਾ ਬੰਦ ਕਰ ਜਾਂਦੇ ਹੈ ਫੋਨ ਨੰਬਰ ਬੰਦ ਕਰ ਜਾਂਦੇ ਬੰਦ ਫੋਨ ਨੰਬਰ ਬਦਲ ਲੈਂਦੇ ਆ ਇਹ ਬੰਦੇ ਹਾਥੀ ਨਹੀਂ ਆਉਣੇ ਪਨੀਰ ਫੜ ਕੇ ਵੇਚੀ ਜਾਣਾ ਬਸ ਚਾਹੀ ਪਨੀਰ ਦਾ ਸੈਂਪਲ ਲੈ ਲੈਣਾਂ ਬਸ ਚੋਂ ਮੁੜ ਕੇ ਇਹਨਾਂ ਨੇ ਉੱਥੇ ਜਾਓ ਕਿਹੜਾ ਜੁਪੀ ਜਾ ਕੇ ਕਿੰਨਾ ਫੜੇ ਜਾ ਉਹ ਕਿੱਥੇ ਬਿਹਾਰ ਚ ਜਾ ਕੇ ਫੜੇ ਜਾਊਗਾ ਕੋਈ ਇਹੋ ਜਿਹੇ ਹੋਏ ਵੀ ਜਿਨ੍ਹਾਂ ਨੂੰ ਤੁਸੀਂ ਸਜ਼ਾ ਕਰਾਈਏ ਜਾਂ ਜੇਲ੍ਹ ਭਜਵਾਏ ਬੰਦੇ ਪਰ ਜਦੋਂ ਕੇਸ ਲੱਗੇ ਐਸ ਜੰਦੇ ਇਦਾਂ ਨਹੀਂ ਹੈਗਾ ਦਿੱਕਤ ਉਹਦੇ ਚ ਕੇਸ ਜਿੰਨੇ ਲੱਗੇ ਸੀਗੇ ਪਹਿਲੇ ਐਕਟ ਵਿੱਚ ਉਹ ਜ਼ਿਆਦਾਤਰ ਕੇਸ 'ਚ ਇਹੀ ਸਜ਼ਾ ਸਭ ਤੋਂ ਵੱਡੀ ਮਹਿੰਜ ਦੇਖੀ ਪੰਜ-ਪੰਜ ਸਾਲ ਜਦੋਂ ਘੁੰਮਦੇ ਰਹਿੰਦੇ ਅਦਾਲਤ 'ਚ ਕੋ ਲੋਕੀ ਇਹੀ ਸਜ਼ਾ ਆ ਜਿਹੜੀ بڑے ਲੂਪ ਹੋਲਾ ਕਿਤੇ ਪ੍ਰਾਈਵੇਟ ਵਿਟਨੈਸ ਨਹੀਂ ਜੁਆਇਨ ਕਰਦਾ ਗੁਆਇ ਨਹੀਂ ਲੋਕ ਦਿੰਦੇ ਜਿਹਦਾ ਬੈਨੀਫਿਟ ਲੈ ਜਾਂਦੇ ਲੋਕ ਬਚ ਜਾਂਦੇ ਆ ਪਰ ਸਜ਼ਾਵਾਂ ਵੀ ਹੁੰਦੀਆਂ ਆ ਹਾਂ ਲੱਗੇ ਆ ਜਿੱਦਾਂ ਹੁਣ ਸੈਂਪਲ ਆ ਉਹਦੇ ਚ ਕਈਆਂ ਚ ਸਜ਼ਾਵਾਂ ਹੋਣਗੀਆਂ ਔਰ ਜਿੱਦਾਂ ਕਮਿਸ਼ਨਰ ਫੂਡ ਕਹਿੰਦੇ ਆ ਵੀ ਜਿੱਥੇ ਸਜ਼ਾ ਹੰਡੀ ਆ ਉਹਨੂੰ ਹਾਈਲਾਈਟ ਕਰੋ ਫਿਰ ਬੰਦੇ ਨੂੰ ਜਦੋਂ ਸਜ਼ਾ ਹੋ ਜਾਏ ਤੁਹਾਨੂੰ ਲੱਗਦਾ ਕਿ ਜੇ ਬਾਕੀ ਥਾਵਾਂ ਤੇ ਵੀ ਅਪਸਰ ਐ ਕੰਮ ਕਰਨ ਲੱਗ ਜਾਣ ਹੁਣ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਲੋਕ ਲੋਕ ਵੀ ਇਹਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਲੋਕ ਸਸਤੀ ਚੀਜ਼ ਨਾ ਲੈਣ ਥੋੜਾ ਜਿਹਾ ਉਹ ਦੇਖ ਲੈਣ ਕਿ ਚੀਜ਼ ਕੁਆਂਟੀਟੀ ਘੱਟ ਲੈ ਲੈਣ ਘੱਟ ਪਾਣੀ ਲੈਣ ਨਾ ਖਾਣ ਦਾਲਾ ਖਾਣ ਹੋਰ ਚੀਜ਼ਾਂ ਚ ਚੈਨ ਹੋਰ ਚ ਚੁਣਾਵ ਕਰ ਲੋ ਹੋਰ ਸਿਲੈਕਟ ਕਰ ਲੋ ਥਾਂ ਲਈ ਜਰੂਰੀ ਥੋੜਾ ਕੋਈ ਇੱਕ ਚੀਜ਼ ਉਹਦੇ ਦਵਾਲੀ ਹੈ ਦਿਲ ਕਰਦਾ ਤਾਂ ਖਾ ਲਓ ਘੱਟ ਖਾ ਲਓ ਮਤਲਬ ਲੋਕਾਂ ਦਾ ਬਹੁਤ ਵੱਡਾ ਬਲ ਹੈ ਲੋ ਜੇ ਸ਼ਾਈ ਪਨੀਰ ਖਾਣਾ ਤੁਸੀਂ ਤੋ ਜੇ ਸ਼ਾਈ ਪਨੀਰ ਦੀ ਥਾਂ ਤੇ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਜ਼ਹਿਰ ਖਾ ਰਹੇ ਹੋ ਨਾ ਖਾਓ ਤਵ ਨਾ ਖਾਓ ਮਤਲਬ ਜੇ ਪਾਣੀ ਪੀਣਾ ਤਾਂ ਉਹ ਨਾ ਪਾਣੀ ਪੀਓ ਉਹਦੇ ਵਾਲਾ ਜਿਹੜਾ ਉਹ ਗਲਾਸਾਂ ਵਾਲਾ ਜਿਹੜਾ ਵੇਖਦਾ ਨਜਾਇਜ਼ ਹੈ ਤੁਸੀਂ ਜਿਹੜਾ ਕਲਰ ਨਾਰ ਦਾ ਜੂਸ ਪੀਣਾ ਹੈ ਤੇ अनार ਦਾ ਨਾਂ ਵੀ ਹੋਰ ਜੂਸ ਪੀਣਾ ਮਸਮੀਦਾ ਨਹੀਂ ਪਾਹੇ ਜ਼ਰੂਰੀ ਥੋੜਾ ਨਕਲੀ ਛੇਤ ਲਈ ਖਰਾਬ ਕਰਨ ਵਾਲਾ ਜੂਸ ਪੀਣਾ ਸਿਹਤਾਂ ਤੁਹਾਡੀ ਹੈ ਨਾ ਔਰ ਤੁਹਾਡੀ ਸਿਹਤ ਦਾ ਤੁਹਾਨੂੰ ਫਿਕਰ ਕਰਨਾ ਪੈਣਾ ਦੂਜੇ ਨੂੰ ਨਹੀਂ ਫਿਕਰ ਹੈਗਾ ਆਮ ਲੋਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਮੈਂ ਚਾਹੁੰਦਾ ਕੈਮਰੇ ਤੇ ਇੱਕ ਵਾਰ ਫਿਰ ਦੱਸ ਦਿਓ ਕਿ ਜੇ ਕੋਈ ਕਿਸੇ ਚੀਜ਼ ਦੀ ਖਰੀਦਦਾਰੀ ਕਰਨੀ ਹੈ ਕੁਝ ਲੈਣਾ ਕਿਹੜੀਆਂ ਕਿਹੜੀਆਂ ਗੱਲਾਂ ਦਾ ਪ੍ਰਾਇਓਰਟੀ ਦਾ ਖਿਆਲ ਰੱਖਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਬੰਦਾ ਕਿਤੇ ਜਾਂਦਾ ਸਾਹਮਣੇ ਜਿੱਦਾਂ ਤੁਸੀਂ ਇੱਥੇ ਕੋਈ ਚੀਜ਼ ਟੰਗੀਆਂ ਦੇਖਦੇ ਨੇ ਲਾਮਿਨੇਟਡ ਦੇਖਦੇ ਆ ਉਥੇ ਫੂਡ ਸੇਫਟੀ ਦਾ ਲਾਇਸ ਜਦੋਂ ਫਰੇਮ ਦੇ ਟਾਈਮ ਫੋਟੋ ਫਰੇਮ ਕੋਈ ਵੀ ਜਦੋਂ ਬੰਦਾ ਉੱਥੇ ਜਾਂਦਾ ਉਹਨੂੰ ਪਹਿਲਾਂ ਪੁੱਛੇ ਵੀ ਤੇਰਾ ਲਾਇਸੈਂਸ ਤੇ ਦਿਖਾ ਦੇ ਹੈਗਾ ਤੇਰੇ ਕੋਲ ਲਾਇਆ ਕਿਉਂ ਨਹੀਂ ਇੱਥੇ ਸਾਹਮਣੇ ਲੋਕ ਇਦਾਂ ਦਾ ਸਵਾਲ ਉਠਾਉਣ ਫਿਰ ਦੂਜੀ ਗੱਲ ਹੈ ਜਿੱਥੇ ਕਲਰ ਦਾ ਇਸਤੇਮਾਲ ਕਰਦੇ ਉਹਨੂੰ ਸਵਾਲ ਉਠਾਉਣ ਪਏ ਰੰਗ ਕਿਉਂ ਇੰਨਾ ਪਾਇਆ ਮਠਿਆਈ ਚ ਫਿਰ ਜਿੱਦਾਂ ਕਿਤੇ ਸਫਾਈ ਦਾ ਕਿ ਜਿਹੜੇ ਫੂਡ ਸੇਫਟੀ ਗੀਅਰਸ ਹੈਗੇ ਆ ਜੇ ਉਹ ਨਹੀਂ ਫਾਲੋ ਕਰ ਰਿਆ ਕਿਰਤੇ ਕੈਪ ਨਹੀਂ ਲਾਈ ਐਪਰਨ ਨਹੀਂ ਪਾਇਆ ਚਿਕਨ ਦਾ ਜਦਾ ਮੀਟ ਦਾ ਕੰਮ ਕਰਦੇ ਕੈਪਰਨ ਨਹੀਂ ਪਾਇਆ ਹੋਇਆ ਕੋਈ ਗਲਵਜ਼ ਨੇਲ ਬਧੋ ਬੜਬੜੇ ਬੰਦਿਆਂ ਦੇ ਵਰਕਰਾਂ ਦੇ ਹਨਾ ਬਾਲ ਵਿੱਚ ਡਿੱਗ ਜਾਂਦੇ ਖਾਣੇ ਦੇ ਉਦਾਂ ਹੀ ਨੰਗੇ ਕੱਚੇ ਪਾ ਕੇ ਫਿਰੋ ਤਾਂ ਜੇ ਮੈਨੂੰ ਦਿਸਦਾ ਤਾਂ ਲੋਕਾਂ ਨੂੰ ਵੀ ਤਾਂ ਦਿਸਦਾ ਹੀ ਆ ਇਹ ਚੀਜ਼ਾਂ ਜੇ ਮੈਨੂੰ ਗਲਾਸ ਦਿਸਦਾ ਤਾਂ ਤੁਹਾਨੂੰ ਵੀ ਲੋਕਾਂ ਨੂੰ ਦਿਸਦਾ ਹੀ ਆ ਜੇ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਵੀ 200 ਰੁਪਏ ਕਿਲੋ ਪਨੀਰ ਸ਼ੁੱਧ ਨਹੀਂ ਮਿਲ ਸਕਦਾ ਤਾਂ ਲੋਕਾਂ ਨੂੰ ਵੀ ਦਿਸਦਾ ਹੀ ਆ ਮਤਲਬ ਲੋਕੀਆ ਅਵੇਅਰ ਹੋਣ ਔਰ ਲੋਕੀ ਜਿਹੜੀ ਇਹਨਾਂ ਦੀ ਵਰਕਸ਼ਾਪ ਜ਼ਰੂਰ ਚੈੱਕ ਕਰਿਆ ਕਰਨ ਲੋਕੀ ਜਦੋਂ ਜੋਸ਼ ਪੀਣ ਲੱਗਦੇ ਤਾਂ ਉੱਤਰ ਕੇ ਉਹਦਾ ਜੋ ਰੋਲਾ ਪੈ ਜਾਊਗਾ ਵਰਕਸ਼ਾਪ ਚੈੱਕ ਕਰਨ ਲੱਗੇ ਆ ਆਮ ਬੰਦੇ ਨਹੀਂ ਕਿਉਂ ਚ ਰੋਲਾ ਪੈ ਜਾਊਗਾ ਕਿਉਂ ਰੋਲਾ ਪਾਉਂ ਕਿਉਂ ਉਹਨੂੰ ਕਵੇ ਉਹਦੀ ਕੋਈ ਪ੍ਰੋਬਲਮ ਥੋੜਾ ਆਪਾਂ ਕ੍ਰੀਏਟ ਕਰਨੀ ਉਹਦੇ ਅੰਦਰ ਜਾ ਕੇ ਕਹਿਣ ਵੀ ਜਰਾ ਮੈਂ ਯਾਰ ਜਦ ਤੇਰੇ ਤੋਂ ਹਰ ਚੀਜ਼ ਡਿਸਪਲੇ ਤੇ ਲਾਈ ਆ ਜਦ ਤੂੰ ਹਰ ਚੀਜ਼ ਸਾਨੂੰ ਦਿਖਾਉਣਾ ਆ ਫੇ ਮਠਿਆਈ ਦਿਖਾਉਣਾ ਮਠਿਆਈ ਜਿੱਥੇ ਬਣੀ ਉਹ ਵੀ ਤਾਂ ਅਸੀਂ ਦੇਖ ਲਈਏ ਦੋ ਮਿੰਟ ਯਾਰ ਐਦਾਂ ਕੌਣ ਰੋਕ ਸਕਦਾ ਲੋਕਾਂ ਲੋਕੀ ਦੇਖ ਤਾਂ ਸਕਦੇ ਆ ਨਾ ਅੰਦਰ ਜਾ ਕੇ ਤੇ ਤੇਰੇ ਜਿਹ ਪਿਆਹੇ ਦੇ ਕੇ ਦੋ ਤਰ੍ਹਾਂ ਦੀਆਂ ਚੀਜ਼ਾਂ ਲੈਣੀਆਂ ਦੋ ਚੀਜ਼ਾਂ ਉਹ ਚੀਜ਼ ਉਹ ਜਿਹੜੀ ਚੀਜ਼ ਮੈਂ ਖਰੀਦਣੀ ਪੈਸੇ ਦੇ ਉਹਦੇ ਦੋ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਇੱਕ ਤਾਂ ਉਹ ਸੇਫ ਹੋਣੀ ਚਾਹੀਦੀ ਖਾਣ ਲਈ ਸੁਰੱਖਿਅਤ ਹੋਣੀ ਚਾਹੀਦੀ ਨੰਬਰ ਤੋਂ ਉਹਦਾ ਸਟੈਂਡਰਡ ਹੋਣਾ ਚਾਹੀਦਾ ਮਿਆਰ ਹੋਣਾ ਚਾਹੀਦਾ ਜਿਹੜਾ ਮਿਆਰ ਐਫਐਸਐਸਆਈ ਇਹ ਆਈ ਤਾਂ ਇਹ ਕਰਦੀ ਆ ਜੇ ਉਹਨੂੰ ਲੱਗੇ ਜਦੋਂ ਅਸੀਂ ਤੈਨੂੰ ਯਾਰ ਪੈਸਾ ਦੇਣਾ ਹੈ ਅਸੀਂ ਉਹ ਮੈਂ ਦੋਨੇ ਚੀਜ਼ਾਂ ਸੇਫ ਤੇ ਸਟੈਂਡਰਡ ਦੇਖਣ ਵਾਸਤੇ ਅਸੀਂ ਕਿਚਨ ਨਾਲ ਜੁੜੀ ਹੋਈ ਗੱਲ ਆ ਉਹ ਤੇਰੀ ਵਰਕਸ਼ਾਪ ਨਾਲ ਜੁੜੀ ਗੱਲ ਆ ਅਸੀਂ ਵਰਕਸ਼ਾਪ 'ਚ ਦੇਖਾਂਗੇ ਵੀ ਜਿਹੜੀ ਪਿਆ ਚੀਜ਼ ਅਸੀਂ ਪੈਸੇ ਦੇ ਰਹੇ ਆ ਉਹ ਹਾਈਜਨ ਦਾ ਤੂੰ ਖਿਆਲ ਰੱਖਿਆ ਅੰਦਰ ਜਿਹੜਾ ਆਇਲ ਕਿੰਨੀ ਕ ਵਾਰੀ ਵਰਤ ਰਹੇ ਆ ਜਿਹੜਾ ਤਲ ਰਹੇ ਆ ਜੱਚ ਅੰਦਰ ਤੇਰੇ ਧੂਆਂ ਜਾਂ ਕਿਦਾਂ ਤੇਰੇ ਕਿਰਲੀਆਂ ਤਾਂ ਨਹੀਂ ਵਿੱਚ ਵਿੱਚ ਚੂਹੇ ਤਾਂ ਨਹੀਂ ਘੁੰਮੇ ਜਾਂਦੇ ਹਾਈਜਨ ਕਿੰਨੀ ਕ ਇੱਕ ਮੈਂ ਪਿੱਛੇ ਜੇ ਨਾ ਨਵਜੂਦ ਕੌਰ ਸਿੱਧੂ ਨੇ ਨਵਜੂਦ ਸਿੰਘ ਸਿੱਧੂ ਉਹਨਾਂ ਦੇ ਵਾਈਫ ਉਹਨਾਂ ਨੂੰ ਪਿੱਛੇ ਜੇ ਕੈਂਸਰ ਹੋ ਗਿਆ ਸੀ ਹੁਣ ਤਾਂ ਚਲੋ ਰੱਬ ਦੀ ਕਿਰਪਾ ਨਾਲ ਹਾਂਜੀ ਪਤਾ ਲੱਗਾ ਟ੍ਰੀਟਮੈਂਟ ਚੱਲ ਰਿਹਾ ਹੈ ਟ੍ਰੀਟਮੈਂਟ ਵੀ ਚੱਲ ਰਿਹਾ ਉਹਨਾਂ ਦਾ ਠੀਕ ਹੋ ਰਿਹਾ ਉਹਨਾਂ ਨੇ ਇੱਕ ਗੱਲ ਕਹੀ ਕ ਦੇਖੋ ਗੱਲ ਪਤਾ ਕਿ ਜਿਹੜੀ ਚੀਜ਼ ਉਹ ਆ ਆਪਾਂ ਇਦਾਂ ਨਹੀਂ ਕਹਿ ਸਕਦੇ ਜੇ ਜਿੱਦਾਂ ਐਫਐਸਐਸਆਈ ਨੇ ਜਿਹੜਾ ਉਹ ਪਰਮਿਟ ਕੀਤਾ ਆ ਉਹ ਮੈਨੂੰ ਜਾਂ ਕਿਸੇ ਨੂੰ ਕੋਈ ਰਾਈਟ ਨਹੀਂ ਹੈਗਾ ਕਿਸੇ ਦੇਖੋ ਕਿਸੇ ਚੀਜ਼ ਦਾ ਵੀ ਜੇ ਦੇਸੀ ਕਿਹਾ ਆ ਜਾਂ ਬਨਸਪਤੀ ਕਿਹਾ ਆ ਜਾਂ ਰਿਫਾਈਨਡ ਆ ਜਾਂ ਜਿਹੜੀ ਵੀ ਆਇਲ ਆ ਕੋਈ ਕੋਕੋ ਕੋਈ ਵੀ ਕੋਕੋਨਟ ਆਇਲ ਆ ਜਾਂ ਕੋਈ ਚੀਜ਼ ਖਾਣ ਵਾਲੀ ਚਾਹੇ ਅਦੂ ਜੱਜਤ ਹੁੰਦਾ ਤੇਲ ਹੁੰਦਾ ਜਾਂ ਕੋਈ ਚੀਜ਼ ਜਿਹੜੀ ਵੀ ਚੀਜ਼ ਹੈ ਐਫਐਸਐਸਆਈ ਨੇ ਉਹ ਉਸ ਤੇਲ ਦਾ ਉਹਦਾ ਇੱਕ ਮਿਆਰ ਫਿਕਸ ਕਰਤਾ ਵੀ ਇਹਦੇ ਚ ਆ ਹੋਣਾ ਚਾਹੀਦਾ ਔਰ ਯੂਜ਼ ਕਰਨ ਲਈ ਵੀ ਪੈਰਾਮੀਟਰ ਤੈਅ ਕਰਤਾ ਵੀ ਉਹਨੂੰ ਯੂਜ਼ ਕਿੰਨੀ ਵਾਰੀ ਕਰਨਾ ਜੇ ਉਹ ਐਫਐਸਐਸਆਈ ਦੇ ਪੈਮਾਨੇ ਤੇ ਰਿਫਾਈਨਡ ਜਾਂ ਕੋਈ ਵੀ ਖਰਾ ਉੱਤਰ ਦਾ ਉਹ ਦੇਸੀ ਰਿਫਾਈਨਡ ਦੇਸੀ ਨਹੀਂ ਹੋ ਸਕਦਾ ਰਿਫਾਈਨਡ ਦੇਸੀ ਕਿ ਦੇਸੀ ਕਿ ਰਿਫਾਈਨਡ ਰਿਫਾਈਨਡ ਹੈ ਜਿੱਦਾਂ ਕਹਿ ਦੋ ਉਹ ਚੀਜ਼ ਜਿਹੜੀ ਆ ਤੁਹਾਨੂੰ ਕਈ ਫੈਟ ਫ੍ਰੀ ਜਾਂ ਘੱਟ ਫੈਟ ਵਾਲਾ ਦੁੱਧ ਵੀ ਤਾਂ ਮਿਲਦਾ ਕੰਪਨੀਆਂ ਬਣਾਉਂਦੀਆਂ ਜਿਹਦਾ येलो ਕਲਰ ਆ ਗ੍ਰੀਨ ਕੋਈ ਰੈੱਡ ਕਲਰ ਵਾਲਾ ਬਹੁਤ ਜ਼ਿਆਦਾ ਹਾਈ ਫੈਟ ਹੈ ਜਿਹੜਾ ਟੌਨਡ ਮਿਲ ਕੇ ਜਿਹੜਾ ਇਦਾਂ ਵੀ ਮਤਲਬ ਕਹਿੰਦਾ ਐਫਐਸਐਸਏ ਨੇ ਹਰ ਚੀਜ਼ ਦਾ ਬਫਲੋਂ ਮਿਲਕ ਗਾਂ ਦਾ ਮਿਲਕ ਪਨੀਰ ਦੁੱਧ ਕਿਓ ਹਰ ਚੀਜ਼ ਕਲਰ ਹਰ ਚੀਜ਼ ਦਾ ਉਹਨੇ ਇੱਕ ਪੈਰਾਮੀਟਰ ਬਣਾਇਆ ਰਿਫਾਈਨਡ ਦਾ ਅਗਰ ਉਸ ਪੈਰਾਮੀਟਰ ਤੇ ਕੋਈ ਇਦਾਂ ਤਾਂ ਫੇ ਸਾਰੇ ਸਟੇਟਮੈਂਟਾਂ ਅਸੀਂ ਦੇਣ ਲੱਪਾਂਗੇ ਜ਼ਹਿਰ ਆ ਫਲਾਣੀ ਚ ਜ਼ਹਿਰ ਉਹਦੇ ਬਾਰੇ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਅਗਰ ਉਹ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਾਰਮ ਨੂੰ ਜਿਹੜਾ ਪੂਰਾ ਖਰਾ ਉੱਤਰ ਰਿਹਾ ਉੱਤੇ ਮਿਆਰ ਨਾ ਖਰਾ ਉੱਤਰ ਰਿਹਾ ਉਹ ਚੀਜ਼ ਮਿਆਰੀ ਆ ਖਾਣ ਵਾਲੀ ਆ ਅਗਰ ਉਹਦੇ ਤੇ ਨਹੀਂ ਖਰੀ ਉੱਤਰਦੀ ਤਾਂ ਉਹ ਮਿਆਰੀ ਨਹੀਂ ਹੈਗੀ ਔਰ ਸਾਡੇ ਕੋਲ ਫੂਡ ਸੇਫਟੀ ਟੀਮ ਕੋਲ ਸਿਰਫ ਇਹੀ ਤਰੀਕਾ ਆ ਫਿਰ ਅਸੀਂ ਫੂਡ ਐਂਡ ਡਰੱਗ ਲੈਵ ਖਰੜਨ ਨੂੰ भेज दिए जहां उनू और ऊपर नहीं सेंटर दी लैब गाजियाबाद नो चेक करने दी लैब नो भेज दिए साडे कोल सिर्फ यही प्रमाण ਆ ਜਿਹੜਾ ਉਹਦੇ ਚ ਨਹੀਂ ਖਰਾ ਉਤਰੂਗਾ ਉਹਦੇ ਫਿਰ ਖਿਲਾਫ ਲੀਗਲ ਕਾਰਵਾਈ ਵੀ ਹੋਣੀ ਆ ਸਭ ਕੁਛ ਹੋਣਾ ਇਹ ਕਹਿਣ ਮੇਰੇ ਜ਼बान दे ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ऑथेंटिक ਗੱਲਾਂ ਆ ਔਰ ਰਿਕਾਰਡਡ ਗੱਲਾਂ ਆ ਠੀਕ ਹੈ ਹਮ ਔਰ ਇੱਕ ਮੇਰਾ ਆਖੀਰਲਾ ਸਵਾਲ ਆ ਬਹੁਤ ਸਾਰੇ ਸਨਮਾਨ ਤੁਹਾਨੂੰ ਮਿਲੇ ਆ ਔਰ ਮੈਨ ਲੱਗਦਾ ਬਹੁਤ ਹੀ ਤੈਹੋ ਜਿਹਾ ਕਿ ਡਬਲ ਕਰ ਕਰਕੇ ਰੱਖੇ ਹੋਏ ਆ ਇਹ ਪਿਛਲੇ ਹੁਣ ਰੀਸੈਂਟਲੀ ਜਦੋਂ ਉਹ ਐਕਸ਼ਨ ਮੋਡ ਚ ਆਏ ਉਦੋਂ ਦੇ ਮਿਲੇ ਕਿਉਂਕਿ ਆਹ ਦੇਖੋ ਭਰੇ ਭਰੇ ਪਏ ਉੱਪਰ ਸਾਰੇ ਇਹ ਸਪੀਡ ਜਿਹੜੀ ਪਹਿਲਾਂ ਸੀ ਥੋੜੀ ਸਲੋ ਸੀਗੀ ਮਿਲਣ ਦੀ ਹਾਂ ਪਰ ਹੁਣ ਥੋੜੇ ਸਮੇਂ ਵਿੱਚ ਤਾਂ ਤੇਜ਼ੀ ਬਹੁਤ ਆ ਗਈ ਆ ਫਟਾਫਟ ਇੱਕ ਦਿਨ ਚ 5 5 7 7 ਜਗ੍ਹਾ ਵੀ ਜਾਣਾ ਪੈ ਜਾਂਦਾ ਸਨਮਾਨ ਮਿਲਦਾ ਪਿਆਰ ਮਿਲਦਾ ਆ ਹੁਣੇ ਹੀ ਬੈਠੇ ਬਿਠੇ ਤਿੰਨ ਜਗ੍ਹਾ ਤਲਵਾੜੇ ਇੱਕ ਜਗ੍ਹਾ ਹੋਰ ਇੱਥੇ ਸਕੂਲ ਐ ਕੋਥੇ ਵੀ ਬੁਲਾ ਲਿਆ ਇਹ ਤਿੰਨ ਜਗ੍ਹਾ ਤਾਂ ਹੁਣੇ ਥੋੜੇ ਚਿਰ ਚ ਤੋਂ ਪਹਿਲਾਂ ਪ੍ਰੋਗਰਾਮ ਬਣ ਗਏ ਫੇ ਸਾਡੇ ਉੱਥੇ ਵੀ ਆਇਓ ਉੱਥੇ ਵੀ ਆਇਓ ਲੋਕੀ ਪਿਆਰ ਦਿੰਦੇ ਜੀ ਹੋਰ ਸਨਮਾਨ ਹਰ ਬੰਦੇ ਦੇ ਚਲੋ ਹਿੱਸੇ ਵੀ ਨਹੀਂ ਆਉਂਦਾ ਹਰ ਬੰਦਾ ਮੈਨੂੰ ਨਹੀਂ ਲੱਗਦਾ ਚਲੋ ਕਿ ਹਰ ਬੰਦਾ ਸਾਡੀ ਗੱਲ ਤੋਂ ਇੰਪ੍ਰੈਸ ਹੋ ਵੀ ਜਾਂ ਸਾਡੀ ਗੱਲ ਸੁਣ ਕੇ ਉਹ ਵੀ ਇਸ ਤਰੀਕੇ ਨਾਲ ਕਰੇ ਕੋਈ ਜ਼ਰੂਰੀ ਨਹੀਂ ਹੁੰਦਾ ਕਿਸੇ ਨੇ ਸੁਣਨਾ ਕਿਸੇ ਨੇ ਅਮਲ ਕਰਨਾ ਨਾ ਕਰੇ ਡਿਫਰੈਂਟ ਗੱਲ ਪਰ ਬਾਕੀ ਦੇ ਅਫਸਰ ਉਹਨਾਂ ਨੂੰ ਇਹ ਦੇਖ ਕੇ ਲੱਗਦਾ ਨਹੀਂ ਜਾਂ ਹੋਣੀ ਆ ਥੋੜੇ ਬਹੁਤ ਐਕਸ਼ਨ ਫੋਨ ਲੱਗੇ ਉਹਨਾਂ ਨੂੰ ਵੀ ਕਿ ਭਾਈ ਲਖਵੀਰ ਸਿੰਘ ਕੱਲਾ ਹੀ ਪੂਰੇ ਪੰਜਾਬ ਛਾਇਆ ਹੈ ਮੈਂ ਮੇਰੇ ਸਾਹਮਣੇ ਤੁਹਾਨੂੰ ਹਰਿਆਣੇ ਤੋਂ ਫੋਨ ਆ ਰਹੇ ਹਨ ਯੂਕੇ ਤੋਂ ਫੋਨ ਆ ਰਹੇ ਹੈ ਯੂਰਪ ਤੋਂ ਫੋਨ ਆ ਰਹੇ ਆਰਮੇਨੀਆ ਤੋਂ ਫੋਨ ਆ ਰਹੇ ਆ ਰਮਾਨੀਆ ਤੋਂ ਵਕ ਵਕ ਦੇਸ਼ਾਂ ਤੋਂ ਬਾਹਰ ਜਿਹੜੇ ਬੰਦੇ ਇਧਰੋਂ ਐਨ ਆਰ ਆਈ ਬਾਹਰੋਂ ਬੈਠ ਕੇ ਤੁਹਾਨੂੰ ਫੋਨ ਕਰ ਰਹੇ ਹਾਂਜੀ 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 ਤਾਂ ਉਹਨਾਂ ਦੇ ਵਿੱਚ ਕੋਈ ਕੰਪੀਟੀਸ਼ਨ ਚੱਲਦਾ ਨਹੀਂ ਯਾਰ ਅਸੀਂ ਵੀ ਕੁਛ ਕਰ ਲਈਏ ਦੇਖੋ ਜਿਹੜੇ ਬੰਦੇ ਕਈ ਆ ਜਿੱਦਾਂ ਹੁਣ ਮੈਂ ਇੱਕ ਪਾਣੀ ਵਾਲੇ ਨੂੰ ਕਿਹਾ ਸੀਗਾ ਵੀ ਇਹਨੂੰ ਢਾਈ ਸਾਲ ਵੀ ਪਹਿਲਾਂ ਕਿਹਾ ਸੀ ਪਾਣੀ ਨਾਲ ਵਿੱਚ ਇਹ ਚ ਪਲਾਸਟਿਕ ਦਾ ਪੀਸ ਨਿਕਲਿਆ ਉੱਥ ਹਰ ਬੰਦਾ ਕਈ ਵਾਰੀ ਨਾ ਇੰਨਾ ਢੀਠ ਹੁੰਦਾ ਉਹ ਸੈਂਸ ਉਹਦੇ ਉਹਦੇ ਪਤਾ ਨਹੀਂ ਸੈਂਟਰ ਇਸ ਰਿਸੈਪਟਰ ਹੀ ਮਰ ਗਏ ਹੋਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਮੈਂ ਵੀ ਤਾਂ ਕਿਸੇ ਨੂੰ ਦੇਖ ਕੇ ਨਕਲ ਕਰ ਹੀ ਲੈਣਾ ਜਦੋਂ ਮੈਨੂੰ ਲੱਗਦਾ ਫਲਾਣਾ ਬੰਦਾ ਅੱਛਾ ਕੰਮ ਕਰਦਾ ਜਿਹਨੂੰ ਕਹਿੰਦੇ ਗੁਰਬਾਣੀ ਚ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਉਹ ਰੀਸ ਕਰਨ ਨੂੰ ਮਤਲਬ ਜਿਹੜੀ ਆਕਾਸ਼ ਚ ਉੱਡਦੇ ਪੰਛੀਆਂ ਨੂੰ ਦੇਖ ਕੇ ਜਿਹੜੇ ਕੀਟ ਪਤੰਗੇ ਥੱਲੇ ਜ਼ਮੀਨ ਤੇ ਉਹਨਾਂ ਦਾ ਵੀ ਦਿਲ ਕਰਦਾ ਸੀ ਵੀ ਉਡਾਣ ਮਾਰੀਏ ਹਰ ਇੱਕ ਦਾ ਜੇ ਕੋਈ ਅੱਛਾ ਕੰਮ ਕਰਦਾ ਮੈਂ ਉਹਦੀਆਂ ਉਹ ਤੋਂ ਦੇਖ ਕੇ ਸਿੱਖਦਾ ਜੇ ਮੇਰੇ ਕੋ ਕੋਈ ਅੱਛਾ ਕੰਮ ਹੋਇਆ ਤਾਂ ਬਾਕੀਆਂ ਨੂੰ ਵੀ ਕਾਪੀ ਕਰ ਲੈਣੀ ਚਾਹੀਦੀ ਆ ਪਰ ਕਾਪੀ ਅੱਧੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਓਪਨਲੀ ਇਹ ਵੀ ਕਹਿਣਾ ਹੁੰਨਾ ਵੀ ਕੰਮ ਤਾਂ ਚਲੋ ਕਰਦੇ ਹੀ ਆ ਪਰ ਮੈਂ ਨਾਲ ਇਹ ਗੱਲ ਕਹਿਣਾ ਨਾ ਵੀ ਜੇ ਕਿਸੇ ਤੋਂ ਜ਼ਿਲੇ ਚ ਮੈਂ ਕਦੀ ਕਿਸੇ ਤੋਂ 1 ਰੁਪਇਆ ਵੀ ਲਿਆ ਤਾਂ ਉਹ ਵੀ ਜ਼ਰੂਰ ਮੈਨੂੰ ਦੱਸ ਦਵੇ ਤੇ ਬਾਕੀਆਂ ਨੂੰ ਵੀ ਉਹ ਦਿਨ ਵੇਟ ਕਰਦੇ ਜਦੋਂ ਸਾਰੇ ਇਹ ਗੱਲ ਕਹਿਣਗੇ ਫੇ ਜੇ ਕਹੇ ਤਾਂ ਪੈਹਾ ਵੀ ਲੈ ਆ ਤਾਂ ਦੱਸੋ ਵੀ ਮਿੱਤਰੋ ਤੇ ਉਹ 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 ਤਾਂ ਤਾਂ ਹੀ ਕਿਹਾ ਜਾਊਗਾ ਜੇ ਫਿਰ ਥੋੜਾ ਆਪਾਂ ਸਾਫ਼ ਸੁਥਰੇ ਹੋਵਾਂਗੇ ਉਦੋਂ ਤਾਂ ਨਹੀਂ ਤਾਂ ਲੋਕੀ ਕਹਿ ਨਹੀਂ ਦੇਣਗੇ ਆ ਕੇ ਵੀ ਤੈਨੂੰ ਕੱਲ 2000 ਰੁਪਏ ਨਹੀਂ ਫੜਾਇਆ ਸੀਗਾ ਪੰਜ ਪੰਜ ਸੌ ਦਾਲੇ ਨੋਟਾਂ ਦੀ ਗੱਟੀ ਨਹੀਂ ਫੜਾਈ ਸੀ ਉਹਨੇ ਇਦਾਂ ਤਾਂ ਕਹਿਣਾ ਵੀ ਔਖਾ ਨਾ ਇਦਾਂ ਦਾ ਕਲੇਮ ਘੋਸ਼ਣਾ ਕਰਨਾ ਔਖਾ ਲੋਕੀ ਤੁਹਾਨੂੰ ਕਹਿ ਵੀ ਦੇਣਗੇ ਲੋਕੀ ਬੜੇ ਇਦਾਂ ਥੋੜਾ ਕਹਿ ਦੇਣਗੇ ਵੀ ਤੈਨੂੰ ਆਹ ਦਿੱਤਾ ਨਹੀਂ ਸੀਗਾ ਹਾਂ ਸੋ ਵੇਟ ਕਰਾਂਗੇ ਇਹ ਜਿਹੜਾ ਸਨਮਾਨ ਪਿਆਰ ਮਿਲਿਆ ਜੀ ਇਹ ਥੋੜੇ ਚਿਰ ਚ ਤੇਜ਼ੀ ਆਈ ਆ ਤੇ ਰੱਬ ਮਿਹਰ ਕਰੇ ਆਉਂਦੇ ਸਮੇਂ ਚ ਸ਼ਾਇਰ ਹੋਰ ਤੇਜ਼ੀ ਵੀ ਆ ਜਾਏ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਸੀਂ ਇਸੇ ਤਰੀਕੇ ਦੇ ਨਾਲ ਖਿੱਚੀ ਚੱਲੋ ਫੱਟੇ ਚੱਕੀ ਚੱਲੋ ਬਹੁਤ ਧੰਨਵਾਦ ਤੁਸੀਂ ਬਹੁਤ ਸਮਝਦਾਰ ਹੋ ਸ਼ੁਕਰੀਆ ਮन्ने ਵਿਕਰਮ ਜੀ ਸ਼ੁਕਰੀਆ ਤਾਂ ਸਾਡੀ ਕੋਸ਼ਿਸ਼ ਸੀ ਕਿ ਲਗਾਤਾਰ ਅਸੀਂ ਕਨੈਕਟ ਕਰ ਰਹੇ ਹਾਂ ਅਫਸਰਾਂ ਨੂੰ ਜਿਹੜੇ ਅਫਸਰ ਵਧੀਆ ਕੰਮ ਕਰ ਰਹੇ ਆ ਜਿਹੜੇ ਅਫਸਰ ਦਬੰਗੇ ਨਾਲ ਕੰਮ ਕਰ ਰਹੇ ਆ ਜਿਹੜੇ ਘੈਂਟ ਕੰਮ ਕਰ ਰਹੇ ਆ ਉਹਨਾਂ ਘੈਂਟ ਘੈਂਟ ਅਫਸਰਾਂ ਦੇ ਨਾਲ ਲਗਾਤਾਰ ਤੁਹਾਡੀਆਂ ਮੁਲਾਕਾਤਾਂ ਕਰਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪ੍ਰੋ ਪੰਜਾਬੀ